ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੇਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਵੀਰ ਵੀਰੋਂ ਨੇ ਰੋਜ਼ ਵਧਾਈਆਂ ਦਿੰਦੇ ਸੀ ਹੋਰ ਨੈਸ਼ਨਲ ਅਵਾਰਡ ਵੀ ਇਹਨਾਂ ਦੇ। ਇਹ ਕਿਹੜੇ ਵੇਲੇ ਕਰ ਗਏ ਤੁਸੀਂ ਇੰਟਰਵਿਊ ਬਾਈ? ਇਹਨਾਂ ਨੇ ਕੀਤੀ ਸੀ ਸਾਡੇ ਨਾਲ ਬੇਮੌਸਮ ਜਿਹਾ ਇੰਟਰਵਿਊ। ਹਾਂ, ਇਹ ਚਪੇੜਾ ਮਾਰਨ ਵਾਲੇ ਬਾਜੀ ਮਾਰਨ ਵਾਲੇ। ਉਸ ਟਾਈਮ ਤਾਂ ਮੈਂ ਬਿਨਾਂ ਤਿਆਰੀ ਤੋਂ ਐਵੇਂ ਹੀ ਮੈਨੂੰ ਆਫਰ ਮਿਲ ਗਿਆ ਤਾਂ ਮੈਂ ਫਿਲਮ ਕਰ ਲਈ। ਤੇ ਕੈਰੀਅਰ ਵੀ ਸਟੇਕ ਹੁੰਦਾ, ਇੱਕ ਤੋਂ ਬਾਅਦ ਦੂਜੀ ਝੜ ਜਦੋਂ ਫਿਲਮ, ਉਹ ਤਾਂ ਫਿਰ ਪ੍ਰੋਬਲਮ ਹੋ ਜਾਂਦੀ ਹੈ, ਟਰਸਟ ਟੁੱਟ ਜਾਂਦਾ ਲੋਕਾਂ ਦਾ, ਰਾਈਟ? ਐਂਡ ਉਹਨਾਂ ਦਾ ਡੈਬਿਊ ਸੀ ਐਂਡ ਆਈ ਜਸਟ ਲਵ ਹਰ, ਯੂ ਨੋ, ਉਹ ਵੱਡੀ ਐਕਟਰਸ ਨੇ, ਨਿੱਕੀ ਜੀ ਹੈ। ਤੇ ਫਿਰ ਮੈਂ ਅਰਵਿੰਦਰ ਖੈਰੇ ਨੂੰ ਕਿਹਾ, ਆਪਣੇ ਡਾਇਰੈਕਟਰ ਨੇ ਸਾਡੇ, ਮੈਂ ਕਿਹਾ ਯਾਰ ਸਿੰਮੀ ਦਾ ਨਾ ਨੰਬਰ ਮੰਗਵਾ ਕੇ ਦੇ, ਪ੍ਰੋਫੈਸ਼ਨਲਿਜ਼ਮ 'ਚ ਕੰਮ ਖਰਾਬ ਹੋ ਜਾਂਦਾ ਯਾਰ, ਦੋਸਤੀ 'ਚ ਕਰਦੇ ਹਾਂ ਤਾਂ ਯਾਰ ਤੁਸੀਂ ਐਂ ਵੀ ਖੁਸ਼ੀ ਨਾਲ ਚੱਲਦਾ ਰਹਿੰਦਾ ਕੰਮ। ਪੈਸੇ ਤਾਂ ਚਲੋ ਠੀਕ ਆ, ਦੂਜਿਆਂ ਨੇ ਵੀ ਦੇਣੇ ਆ, ਇਹ ਥੋੜ੍ਹੇ ਜਿਹੇ ਘੱਟ ਦੇ ਦੇਣਗੇ, ਪਰ ਉੱਥੇ ਸ਼ੁਕਲ ਮੇਲਾ ਮਾਹੌਲ ਲੱਗਿਆ ਰਹੂ। ਉਹਨਾਂ ਨੂੰ ਗਿਫਟਸ ਦੋ। ਓ ਮਾਈ ਗੋਡ, 11 ਆ ਗਿਆ, ਉਹ ਦੇ ਦਿਓ। ਫਿਰ ਕਿਵੇਂ ਬਣਾ ਲਈ ਸਲਾਹ? ਇਹ ਕਿਹੜੇ ਬੰਦੇ ਨੇ ਕਿੱਥੋਂ ਤੋਰੀ ਹੋਊਗੀ ਗੱਲ, ਹੈ ਨਾ? ਹੋਰ 6-7 ਗੱਲਾਂ ਹੋਰ ਸੋਚ ਸੁਣੀਆਂ ਮੇਰੇ ਬਾਰੇ। ਮੈਨੂੰ ਲੱਗਦਾ ਸਭ ਤੋਂ ਵੱਡੀ ਆਹੀ ਸੀ ਮੇਰੇ ਖਿਆਲ ਅਮਿਤਾਭ ਬੱਚਨ ਜੀ ਦੇ ਨਾਲ, ਹੈ ਨਾ? ਵੈਰੀ ਨਾਈਸ। ਫਿਲਮਾਂ ਮੈਂ ਹਰ ਫਿਲਮ ਵੇਖਦਾ ਮਾੜੀ ਚੰਗੀ, ਜਦੋਂ ਮੈਨੂੰ ਸਮਾਂ ਲੱਗਦਾ ਮੈਂ ਵੇਖ ਕੇ ਆਉਣਾ, ਤੁਹਾਨੂੰ ਬਹੁਤ ਕੁਝ ਸਿੱਖ ਕੇ ਆਉਣਾ ਵਿੱਚੋਂ। ਓ ਤੂੰ ਮੇਰੀ ਕੀ ਲੱਗਦੀ, ਦੱਟ ਅਲਾਉਂਸਮੈਂਟ ਕਰ ਦੂ ਸਪੀਕਰਾਂ 'ਚ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਪੰਜਾਬੀ ਮੀਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੀ ਹੈ ਪੰਜਾਬੀ ਇੰਡਸਟਰੀ ਦੀ ਆਉਣ ਵਾਲੀ ਸਭ ਤੋਂ ਵੱਡੀ ਥ੍ਰੀਕੁਅਲ ਨਿੱਕਾ ਜ਼ੈਲਦਾਰ 3 ਦੀ ਸਟਾਰਕਾਸਟ ਐਮੀ ਵਿਰਕ ਤੇ ਸੋਨੀਆ ਕੌਰ ਜੀ। ਵੈਲਕਮ ਟੂ ਪੰਜਾਬੀ ਮੀਨੀਆ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ, ਕੀ ਹਾਲ ਨੇ? ਚੜ੍ਹਦੀ ਕਲਾ ਜੀ, ਬਹੁਤ ਵਧੀਆ, ਬੜਾ ਵਧੀਆ। ਐਮੀ ਜੀ, ਗਰਮੀਆਂ ਸੌਖੀਆਂ ਲੰਘ ਗਈਆਂ ਹੋਣੀਆਂ, ਤੁਸੀਂ ਲੰਡਨ ਗਏ ਹੋਏ ਸੀ ਮੇ 'ਚ, ਹੁਣ ਸਪਟੈਂਬਰ 'ਚ ਵਾਪਸ ਆਏ ਹੋ, ਤੁਸੀਂ ਗਰਮੀਆਂ ਵੱਖ ਵੱਖ ਮਤਲਬ ਵਧੀਆ ਕੱਢ ਆਏ ਹੋ ਆਪਣੀ ਹੁਣ ਉੱਥੇ? ਨਹੀਂ, ਉੱਥੇ ਵੀ ਬੜਾ ਲਾਈਕ ਅਨਐਕਸਪੈਕਟਿਡ, ਮਤਲਬ ਤੁਸੀਂ ਕਹਿ ਸਕਦੇ ਹੋ ਕਿਸੇ ਵੇਲੇ ਵੀ ਕੁਛ ਵੀ ਹੋ ਜਾਂਦਾ ਸੀ। ਜਦੋਂ ਮੀਂਹ ਪੈਣ ਲੱਗ ਪੈਣੀ, ਠੰਡ ਹੋ ਜਾਂਦੀ ਸੀ, ਅਤੇ ਜਦੋਂ ਮਤਲਬ ਧੁੱਪ ਹੁੰਦੀ ਉਦੋਂ ਨਜਾਇਜ਼ ਗਰਮੀ, ਅਤੇ ਉਹ ਮੇਰੇ ਡਿਸੀਜਨ ਕਈ ਵਾਰੀ ਬਹੁਤ ਗਲਤ ਹੁੰਦੇ ਸੀਗੇ, ਕੁਛ ਕੁ ਜਿਵੇਂ ਮੈਚਿਸ ਸੀਗੇ ਵਿੱਚ, ਅਤੇ ਉਹਨਾਂ ਦੇ ਵਿੱਚ ਮੈਂ ਕਿਹਾ ਵੀ ਚੱਲ ਯਾਰ ਇਹ 'ਚ ਸਵੈਟਰ ਰਹਿਣ ਦਿੰਦੇ ਹਾਂ ਪਾਉਣ ਨੂੰ, ਅੱਜ ਤਾਂ ਧੁੱਪ ਆ, ਅਤੇ ਉਹ ਮੈਚ ਚੱਲਦਾ ਸੀ 4-5 ਦਿਨ ਸ਼ੂਟ, ਅਤੇ ਉਹ ਅਗਲੇ 5 ਦਿਨ ਮੀਂਹ, ਅਤੇ ਅਗਲੇ ਕੂੜੇ ਰਹਿਣਾ ਵੀ ਜਦੋਂ ਕੰਟੀਨਿਊਟੀ 'ਚ ਕਿਸੇ ਫਸ ਗਏ, ਅਤੇ ਉਹ ਦਿਨ ਕਹਿ ਅਗਲੇ ਦਿਨ ਇੱਕ ਦਿਨ ਵੀ ਮੀਂਹ ਪਈ ਜਾਵੇ ਉਸੇ ਕੰਟੀਨਿਊਟੀ 'ਚ, ਅਗਲੇ ਦਿਨ ਮੈਂ ਸਵੈਟਰ ਪਾ ਲਵਾਂਗਾ, ਦਫਾ ਛੇਤੀ ਮੈਚ ਮੁੱਕਿਆ ਯਾਰ, ਅਤੇ ਅਗਲੇ ਦਿਨ ਮੈਂ ਸਵੈਟਰ ਪਾ ਲਿਆ, ਤੂੰ ਅਗਲੇ 5 ਦਿਨ ਗਰਮੀ, ਸਵੈਟਰ ਫੋਰ ਸਰੀ ਵਾਲਾ ਪਾਇਆ, ਆਹ ਯਾਰ ਚੰਗੀ ਆ ਘਰ ਆਈ ਆ, ਆਹ ਟੇਕ ਕਰਦਾ ਸੀ ਸਵੈਟਰ ਲਾ ਕੇ ਰੱਖ ਦਿੰਦੇ ਸੀ, ਇੰਨੀ ਗਰਮੀ ਹੁੰਦੀ ਉਦੋਂ ਬੋਲਿੰਗ ਬੁਲਿੰਗ ਕਰਦੇ ਸੀ ਫਾਸਟ, ਸੋ ਮਤਲਬ ਔਨ ਐਂਡ ਆਫ ਜਿਹਾ ਹੀ ਰਿਹਾ ਕੰਮ। ਪਰ ਚਲੋ ਫਿਰ ਵੀ ਬੜਾ ਸੌਖਾ। ਤੇ ਐਮੀ ਜੀ, ਨਿੱਕਾ ਜ਼ੈਲਦਾਰ ਦੇ ਦਰਸ਼ਨ ਸਾਨੂੰ 3 ਸਾਲ ਪਹਿਲਾਂ ਹੋਏ ਸੀ, ਉਸ ਤੋਂ ਬਾਅਦ ਅਸੀਂ ਨਿੱਕੇ ਦੇ ਬੜੇ ਮੋੜ ਦੇਖੇ, ਬੜੇ ਵਧੀਆ ਵਧੀਆ ਕਿੱਸੇ, ਹੁਣ ਪਿਛਲੇ ਸਾਲ ਵੀ ਦੇਖੇ, ਹੁਣ ਵੀ ਫਿਰ ਦੇਖਣ ਜਾਵਾਂਗੇ। ਇੱਕ ਗੱਲ ਮੈਨੂੰ ਦੱਸੋ, ਇਹ ਨਿੱਕਾ ਵੱਡਾ ਕਦੋਂ ਹੋਊਗਾ? ਹੁਣ ਤੁਸੀਂ ਮਤਲਬ ਤੁਹਾਨੂੰ ਦਿਖਾਈ ਜਾ ਰਹੇ ਹੋ, ਨਹੀਂ ਕਰਨਾ ਹੀ ਨਹੀਂ ਵੱਡਾ ਇਹਨੂੰ ਜ਼ੈਲਦਾਰ ਨੂੰ, ਛੋਟਾ ਹੀ ਰੱਖਣਾ ਨਿੱਕਾ ਜ਼ੈਲਦਾਰ ਹੋਊਗਾ, ਨਿੱਕਾ ਜ਼ੈਲਦਾਰ ਹੀ ਸੀਕੁਅਲ ਜਾਣਗੇ ਜਿੰਨੇ ਤਰਾਉਣੀ ਹੈ, ਜ਼ੈਲਦਾਰ ਵੱਡਾ ਨਹੀਂ ਕਰਨਾ, ਨਹੀਂ ਵੱਡਾ ਕਰਨਾ। ਉਸ ਤੋਂ ਪਹਿਲਾਂ ਐਮੀ ਜੀ, ਇੰਟਰਵਿਊ ਅੱਗੇ ਵਧਣ ਤੋਂ ਪਹਿਲਾਂ ਹਰਜੀਤਾ ਨੂੰ ਨੈਸ਼ਨਲ ਅਵਾਰਡ ਮਿਲਿਆ, ਉਹਦੇ ਲਈ ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਥੈਂਕ ਯੂ ਸੋ ਮਚ, ਤੁਹਾਡਾ ਸਾਰਾ ਬਹੁਤ ਬਹੁਤ, ਬੇਸ਼ੱਕ ਨਾ ਹੋਇਆ ਬਟ ਤੁਹਾਡੀ ਉਸ ਮਿਹਨਤ ਨੂੰ ਅੱਜ 1.5 ਇਅਰਸ ਸਭ ਮਤਲਬ ਸਾਲ ਬਾਅਦ ਬਹੁਤ ਵਧੀਆ ਰੈਕਗਨੀਸ਼ਨ ਮਿਲ ਰਹੀ ਹੈ, ਕਿੱਦਾਂ ਦਾ ਫੀਲ ਹੋ ਰਿਹਾ? ਬੜਾ ਵਧੀਆ ਲੱਗਿਆ। ਮੈਂ ਉਦੋਂ ਆਪਾਂ ਬਾਹਰ ਹੀ ਸੀ ਨਾ, ਲੰਡਨ ਹੀ ਸੀਗੇ, ਅਤੇ ਉਦੋਂ ਕ੍ਰਿਕਟ ਦਾ ਸ਼ੂਟ ਕਰਦੇ ਸੀਗੇ ਮੈਚਾਂ ਦਾ, ਅਤੇ ਉਦੋਂ ਮੈਸੇਜ ਆਇਆ ਮੈਨੂੰ ਸਵੇਰੇ 11:00 ਵਗੈਰਾ, ਮੇਰੇ ਵੱਡੇ ਬ੍ਰਦਰ ਦਾ ਭਗਵੰਤ ਭਾਈ, ਉਹਨਾਂ ਦਾ ਕਹਿੰਦਾ ਨੈਸ਼ਨਲ ਅਵਾਰਡ ਮਿਲਿਆ ਆਪਾਂ ਨੂੰ, ਅਤੇ ਉਹ ਨਾਲ ਬੱਚੇ ਨੂੰ ਸਮੀਪ ਨੂੰ ਮਿਲਿਆ ਬੈਸਟ ਐਕਟਰ ਦਾ ਕਿੱਡ ਦਾ, ਅਤੇ ਯਾਰ ਮੈਂ ਕਿਹਾ ਤਾਂ ਕਮਾਲ ਹੋ ਗਈ। ਅਤੇ ਨਾਲ ਹੀ ਉਦੋਂ ਮੇਰੇ ਪੰਕਜ ਸਰ ਸੀਗੇ ਉੱਥੇ, ਪੰਕਜ ਤ੍ਰਿਪਾਠੀ ਸਾਹਿਬ ਨੇ ਮੇਰੇ ਨਾਲ ਕੰਮ ਕੀਤਾ ਫਿਲਮ ਦੇ ਵਿੱਚ, ਅਤੇ ਉਹਨਾਂ ਨੂੰ ਵੀ ਦੱਸਿਆ ਸਰ ਆਪਾਂ ਵੀ ਗਾਟ ਨੈਸ਼ਨਲ ਅਵਾਰਡ, ਰੀਅਲੀ ਹੈਪੀ, ਅਤੇ ਉਹ ਬੜੀ ਵੱਡੀ ਅਚੀਵਮੈਂਟ ਆ। ਰਣਵੀਰ ਵੀਰ ਉਹਨਾਂ ਰੋਜ਼ ਵਧਾਈਆਂ ਦਿੰਦੇ ਸੀ ਹੋਰ ਨੈਸ਼ਨਲ ਅਵਾਰਡ ਵੀ, ਕਿਉਂਕਿ ਇਟਸ ਬਿਗ ਅਚੀਵਮੈਂਟ, ਸੌਂਗ
ਇੰਡਸਟਰੀ ਲਈ ਬਹੁਤ ਵੱਡੀ ਅਚੀਵਮੈਂਟ ਹੈ, ਬੜੀ ਵੱਡੀ, ਆਪਣੇ ਕਾਫੀ ਸਾਲ ਹੋ ਗਏ ਪੰਜਾਬੀ ਫਿਲਮ ਕੋਈ ਨੋਮੀਨੇਟ ਜਾਂ ਪੰਜਾਬੀ ਫਿਲਮ ਕੋਈ ਉੱਥੇ ਰਜਿਸਟਰ ਨਹੀਂ ਸੀ ਹੋਈ, ਬਿਕਾਜ਼ ਉਹ ਪਹਿਲਾਂ ਰਜਿਸਟਰ ਕਰਦੇ ਆ ਫਿਲਮਾਂ ਤੇ ਫਿਰ ਉਸ ਤੋਂ ਬਾਅਦ ਚ ਉਹ ਅਵਾਰਡਸ ਦਿੰਦੇ ਨੇ, ਤੇ ਕਾਫੀ ਸਾਲਾਂ ਤੋਂ ਮਤਲਬ 1984 ਨੂੰ ਮਿਲਿਆ ਸੀਗਾ ਨੈਸ਼ਨਲ ਅਵਾਰਡ, ਤੇ ਉਸ ਤੋਂ ਬਾਅਦ ਸ਼ਾਇਦ ਇੱਕ ਫਿਲਮ ਨੂੰ ਹੋਰ ਮਿਲਿਆ ਆਪਣੇ, ਮਤਲਬ ਚਿਰ ਬਾਅਦ ਮਿਲਦਾ, ਉਦੋਂ ਵੀ 15 ਸਾਲਾਂ ਬਾਅਦ ਮਿਲੇ ਸੀਗਾ, ਪਹਿਲਾਂ ਮਿਲਿਆ ਸੀਗਾ ਫਿਲਮਾਂ ਨੂੰ ਅਵਾਰਡ, ਤੇ ਬਹੁਤ ਮਤਲਬ ਘੱਟ ਫਿਲਮਾਂ ਨੂੰ ਮਿਲਿਆ ਜਿਹੜਾ ਨੈਸ਼ਨਲ ਅਵਾਰਡ ਪੰਜਾਬੀ ਫਿਲਮਾਂ ਨੂੰ, ਤੇ ਆਏ ਸਾਲ ਹਿੰਦੀ ਫਿਲਮਾਂ ਦੇ ਵਿੱਚ ਤੋਂ ਕਲੈਕਟ ਕੀਤੇ ਜਾਂਦੇ ਨੇ, ਤੇ ਨੈਸ਼ਨਲ ਅਵਾਰਡ ਮਿਲਣਾ ਜਨਰਲੀ ਇਜ਼ ਅ ਬਿਗ ਥਿੰਗ, ਤੇ ਸਾਰੀ ਟੀਮ ਨੂੰ ਮਿਲਿਆ, ਮਤਲਬ ਮੈਨੂੰ ਬੈਸਟ ਐਕਟਰ ਤਾਂ ਨਹੀਂ, ਸਾਡੀ ਸਾਰੀ ਫਿਲਮ ਨੂੰ ਬੈਸਟ, ਸਾਰੀ ਟੀਮ ਨੂੰ ਬੈਸਟ ਫਿਲਮ ਦਾ ਮਿਲਿਆ, ਜਿਹਦੇ ਸਾਡੇ ਡਾਇਰੈਕਟਰ ਸਾਹਿਬ ਵੀ ਆਉਂਦੇ ਨੇ ਦਾਦੂ, ਅਤੇ ਰਾਈਟਰ ਸਾਹਿਬ ਜਗਦੀਪ, ਸਾਡੇ ਪ੍ਰੋਡਿਊਸਰ ਨੇ ਸਾਰੇ, ਸੋ ਜਿੰਨੀ ਵੀ ਸਟਾਰ ਕਾਸਟ ਆ ਸਾਰਿਆਂ ਨੂੰ ਅਵਾਰਡ ਮਿਲਿਆ, ਅਤੇ ਸਾਰੇ ਪੰਜਾਬੀਆਂ ਨੂੰ ਨੈਸ਼ਨਲ ਅਵਾਰਡ ਮਿਲਿਆ। ਫਿਰ ਤਾਂ ਇੱਕ ਵਾਰ ਕੰਗਰੈਚੁਲੇਸ਼ਨ, ਤੁਹਾਡੀ ਮਿਹਨਤ ਸਫਲ ਹੋਈ ਆ, ਕੰਗਰੈਚੁਲੇਸ਼ਨ। ਅਤੇ ਸੋਨੀਆ, ਤੁਸੀਂ ਪੰਜਾਬੀ ਮੀਡੀਆ ਨਾਲ ਨਾ ਇੱਕ ਇੰਟਰਵਿਊ ਕੀਤਾ ਸੀ ਮਹੀਨਾ ਕੁ ਪਹਿਲੇ, ਤੁਸੀਂ ਇਹ ਕਿਹਾ ਸੀ, ਇਹ ਦਾਅਵਾ ਕੀਤਾ ਸੀਗਾ ਕਿ ਇਹਨਾਂ ਨੇ ਕੀਤੀ ਸੀ ਸਾਡੇ ਨਾਲ ਬੇਮੌਸਮ ਜਾਂ ਇੰਟਰਵਿਊ, ਹਾਂ ਇਹਨਾਂ ਨੇ ਚੁੱਪ ਚੁੱਪੀ ਤੇ ਸਾਡੇ ਨਾਲ ਇੰਟਰਵਿਊ ਕਰ ਲਈ ਸੀ, ਜੋ ਬੇਮੌਸਮੀ ਬਾਰਿਸ਼ ਹੋ ਜਾਂਦੀ ਸੀ, ਦਰਵਾਜ਼ੇ ਖੁੱਲ ਜਾਣੇ, ਮੇਰਾ ਫਿਊਚਰ ਬਿਲਕੁਲ ਬ੍ਰਾਈਟ ਹੋ ਜਾਣਾ ਇਸ ਕਿਰਦਾਰ ਤੋਂ ਬਾਅਦ, ਥੋੜਾ ਜਿਹੜੀ ਵੀ ਫਿਲਮ ਲੋਕੀ ਪਸੰਦ ਕਰਦੇ ਆ ਨਾ, ਉਹਦੇ 'ਚ ਭਾਵਾਂ ਤੁਹਾਡਾ ਇੱਕ ਸੈਕਿੰਡ ਦਾ ਵੀ ਰੋਲ ਆ, ਤੁਸੀਂ ਫੇਰਾ ਕੱਢ ਕੇ ਮੁੜ ਗਏ, ਲੋਕੀ ਤੁਹਾਨੂੰ ਰੈਕਗਨਾਈਜ਼ ਕਰ ਲੈਂਦੇ ਆ, ਯਾਰ ਮੈਂ ਤੁਹਾਨੂੰ ਉੱਥੇ ਵੀ ਕਿਹਾ ਸੀ, ਇਟਸ ਅ ਬਿਗ ਥਿੰਗ। ਸੋ ਤੁਸੀਂ, ਹਾਂ ਤੁਸੀਂ ਇਸ ਇੰਟਰਵਿਊ 'ਚ ਕਹਿ ਕੇ ਗਏ ਸੀ ਕਿ ਇਸ ਕਿਰਦਾਰ ਤੋਂ ਬਾਅਦ ਮੇਰੇ ਪੰਜਾਬੀ ਇੰਡਸਟਰੀ 'ਚ ਬਹੁਤ ਬ੍ਰਾਈਟ ਫਿਊਚਰ ਹੋ ਜਾਣਾ, ਥੋੜ੍ਹਾ ਸਾਨੂੰ ਕਿਰਦਾਰ ਬਾਰੇ ਖੁੱਲ੍ਹ ਕੇ ਦੱਸੋਗੇ, ਹੈ ਕੀ ਅਜਿਹਾ ਕਿਰਦਾਰ 'ਚ? ਹਾਂ ਇਹ ਗੱਲ ਮੈਂ ਜ਼ਰੂਰ ਗਈ ਸੀ, ਬਟ ਹੁਣ ਵਾਲੀ ਗੱਲ ਮੈਂ ਤੁਹਾਡੀ ਮੰਨਣੀ ਨਹੀਂ ਹਜੇ, ਬਿਕਾਜ਼ ਜੇ ਹੁਣ ਦੱਸਤਾ ਨਾ ਤਾਂ ਮੈਨੂੰ ਲੱਗਦਾ ਕਿ ਪ੍ਰੋਡਕਸ਼ਨ ਹਾਊਸ ਜਾਂ ਡਾਇਰੈਕਟਰ ਨੇ ਦਰਵਾਜ਼ੇ ਬੰਦ ਕਰ ਦੇਣੇ ਕਿ ਕੁੜੀ ਸਾਰਾ ਕੁਝ ਇਹ ਤਾਂ ਪਹਿਲਾਂ ਦੱਸ ਜਾਂਦੀ ਹੈ, ਇਹਨੇ ਲੈਣੀ, ਇਹ ਗਲਤ ਕੰਮ ਕਰ ਰਹੀ ਆ, ਆ ਜਿਹੜੀ ਚੀਜ਼ ਹੈ ਹਜੇ ਨਹੀਂ ਕਰਾਂਗੇ, ਬਟ ਮੈਨੂੰ ਲੱਗਦਾ ਕਿ 20 ਸਤੰਬਰ ਜਿਹੜੀ ਹੈ ਹੁਣ ਆਉਣ ਹੀ ਵਾਲੀ ਹੈ, ਬਟ ਹਾਂ ਅਫਕੋਰਸ ਮੇਰਾ ਜਿਹੜਾ ਕੈਰੇਕਟਰ ਹੈ, ਇਨਫੈਕਟ ਨਿੱਕਾ ਵਨ 'ਚ ਵੀ ਜਿਹੜਾ ਮੇਰਾ ਰੋਲ ਸੀਗਾ, ਅੱਜ ਵੀ ਕਦੇ ਕੋਈ ਮਿਲ ਜਾਂਦਾ ਤਾਂ ਵੋਡਕਾ ਚੱਲਦੀ ਹੈ ਜਾਂ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੋਕ ਕਹਿੰਦੇ ਰਹਿੰਦੇ ਨੇ, ਸੋ ਅਫਕੋਰਸ ਦਿਸ ਵਨ ਇਜ਼ ਅਮੇਜ਼ਿੰਗ। ਠੀਕ ਹੈ, ਅਤੇ ਐਮੀ ਜੀ ਜਿਹੜਾ ਨਿੱਕਾ ਜ਼ੈਲਦਾਰ 3 ਹੈ, ਇੰਡਸਟਰੀ ਦਾ ਪਹਿਲਾ ਥ੍ਰੀਕੁਅਲ ਆ, ਤੀਜਾ ਜਿਹੜਾ ਆਉਣ ਵਾਲਾ, ਬਹੁਤ ਵੱਡੀ ਗੱਲ ਹੈ ਆਪਣੇ ਆਪ 'ਚ ਹੀ। ਅਤੇ ਨਿੱਕਾ ਜ਼ੈਲਦਾਰ ਨੂੰ ਨਾ ਆਪਾਂ ਆਲਮੋਸਟ ਇੱਕ ਰੋਮਾਂਟਿਕ ਕਾਮੇਡੀ ਟਾਈਪ ਲੈਂਦੇ ਹਾਂ, ਬਟ ਜਿਵੇਂ ਇਸ ਵਾਰ ਟ੍ਰੇਲਰ ਦੇਖਿਆ ਇਹਦੇ 'ਚ ਕਾਮੇਡੀ 'ਚ ਜ਼ਿਆਦਾ ਜ਼ੋਰ ਲੱਗ ਰਿਹਾ, ਕਾਮੇਡੀ 'ਤੇ ਜ਼ਿਆਦਾ ਜ਼ੋਰ ਲਾਇਆ ਗਿਆ ਇੱਦਾਂ ਲੱਗ ਰਿਹਾ, ਇੱਦਾਂ ਦਾ ਕੁਛ ਹੈਗਾ ਕਿ ਪਿਕਚਰ 'ਚ ਜ਼ਿਆਦਾ ਕਾਮੇਡੀ ਹੈ ਇਸ ਵਾਰ ਲਵ ਤੋਂ? ਅੱਛਾ, ਰੋਮਾਂਟਿਕ ਤੋਂ ਜ਼ਿਆਦਾ ਨਾ ਰੋਮੈਂਸ ਨਾ ਉਹ ਇਮੋਸ਼ਨਸ ਨੇ, ਅੱਛਾ ਓਨਲੀ ਕਾਮੇਡੀ, ਇਹ ਦਾਅਵਾ ਵੀ ਆ ਕਿਹਾ ਵੀ ਗਿਆ ਅਤੇ ਸੱਚ ਵੀ ਆ, ਸਾਰੀ ਫਿਲਮ ਕਾਮੇਡੀ ਆ, ਇਹ ਨਹੀਂ ਵੀ ਨੋਨ ਸੈਂਸ ਕਾਮੇਡੀ ਆ ਜਿਹਦੇ 'ਚ ਸੈਂਸ ਨਹੀਂ ਹੈਗੀ, ਸੈਂਸੇਬਲ ਕਾਮੇਡੀ ਸੱਚ ਆ ਅਤੇ ਬਟ ਕਾਮੇਡੀ ਦੇ ਵਿੱਚ ਆ। ਅਤੇ ਐਮੀ ਜੀ ਦੋਨੋਂ ਪਿਛਲੀ ਫਿਲਮਾਂ 'ਚ ਨਾ ਦੋਨੋਂ ਕੁੜੀਆਂ ਨੇ ਪੂਰੀ ਕੋਸ਼ਿਸ਼ ਕੀਤੀ ਬਾਜ਼ੀ ਮਾਰਨ ਦੀ, ਵਾਮਿਕਾ ਹੋ ਗਏ ਅਤੇ ਸੋਨੀਆ ਵੀ ਹੋ ਗਏ, ਪਰ ਹਰ ਵਾਰ ਸੋਨਮ ਬਾਜ਼ੀ ਮਾਰ ਜਾਂਦੀ ਸੀ, ਇਸ ਵਾਰ ਪਿਕਚਰ 'ਚ ਕਿਵੇਂ ਮਾਰੀ ਹੈ ਬਾਜ਼ੀ? ਥੋੜ੍ਹੀ ਜਿਹੀ ਹਿੰਟ ਹੀ ਦੇ ਜੋ ਸਾਨੂੰ ਯਾਦ ਆ ਇਸ ਵਾਰ ਪਿਕਚਰ 'ਚ। ਜਿਹੜੀ ਗੱਲ ਦਾ ਮੈਂ ਆਨਸਰ ਹੀ ਨਹੀਂ ਦੇਣਾ ਉਹ ਤੁਸੀਂ ਵੇਖੋ, ਤੇ 10-15 ਸਕਿੰਟ ਵੇਸਟ ਕੀਤੇ, ਮੈਨੂੰ ਲੱਗਦਾ ਕਿ ਪੋਸਟਰ ਦੇਖ ਕੇ ਤਾਂ ਲੱਗਦਾ ਨਿਰਮਲ ਬਾਜੀ ਮਾਰੀ ਹੈ, ਇਹ ਚਪੇੜਾ ਮਾਰਨ ਵਾਲੇ ਬਾਜੀ ਮਾਰਨ ਵਾਲੇ ਲਬੇੜੇ ਕਰਦੇ ਫਿਲਮ 'ਚ, ਅਤੇ ਵੇਖੋ ਆਪਾਂ ਚਲੋ ਹੱਸਣਾ ਹੱਸਦਾ ਰਹਿ ਗਿਆ। ਜਨਰਲੀ ਜਿਹੜਾ ਇਹ ਕੁਸ਼ਚਨ ਆ ਇਹ ਸਸਪੈਂਸ ਰਹੇ ਤਾਂ ਜ਼ਿਆਦਾ ਵਧੀਆ ਲੱਗਦਾ ਹੁੰਦਾ, ਬਿਕਾਜ਼
ਉਹੀ ਇੱਕ ਚੀਜ਼ ਹੁੰਦੀ ਹੈ ਵੀ ਕਿੱਧਰ ਨੂੰ ਜਾਣਾ, ਨਹੀਂ ਯਾਰ ਇਹਦੇ ਵੱਲ ਜਾਣਾ ਚਾਹੀਦਾ ਸੀ, ਨਹੀਂ ਯਾਰ ਇਹਦੇ ਵੱਲ ਜਾਣਾ ਚਾਹੀਦਾ ਸੀਗਾ, ਉਦੋਂ ਫਿਰ ਫਿਲਮ 'ਚ ਹਾਂ ਹੁਣ ਠੀਕ ਹੈ ਇਹਦੇ ਵੱਲ ਜਾਣਾ ਚਾਹੀਦਾ ਸੀਗਾ, ਉਦੋਂ ਫਿਰ ਅਸੀਂ ਸਸਪੈਂਸ 'ਚ ਰਹੀਏ ਮਤਲਬ, ਹੈ ਨਾ। ਅਤੇ ਸੋਨੀਆ ਨਿੱਕਾ ਜ਼ੈਲਦਾਰ 3 ਸਾਲ ਪਹਿਲਾਂ ਆਈ ਸੀ, ਤੁਸੀਂ ਉਸ ਤੋਂ ਬਾਅਦ ਫਿਲਮ ਤੋਂ ਗਾਇਬ ਜੇ ਹੋ ਗਏ ਸੀ, ਤੁਹਾਨੂੰ ਬਹੁਤ ਔਫਰ ਵੀ ਆਏ ਹੋਣੇ ਆ, ਕਿਸੇ ਕਿਤੇ ਨਹੀਂ ਕੋਈ ਫਿਲਮ 'ਚ ਆ, ਮਤਲਬ ਕਿਵੇਂ ਰਿਹਾ ਉਹ ਟਾਈਮ, ਤੁਸੀਂ ਗਾਇਬ ਵੀ ਹੋ ਗਏ ਸੀ ਥੋੜ੍ਹਾ ਜਿਹਾ? ਹਾਂ ਐਗਜੈਕਟਲੀ ਆਲਮੋਸਟ 3 ਸਾਲ, ਕਿਉਂਕਿ ਉਦੋਂ ਵੀ ਸਪਟੈਂਬਰ 'ਚ 2016 'ਚ ਰਿਲੀਜ਼ ਹੋਈ ਸੀ ਫਿਲਮ, ਹੁਣ ਫਿਰ ਸਪਟੈਂਬਰ 2019। ਹਾਂ ਅਫਕੋਰਸ ਇੰਨੀ ਵੱਡੀ ਫਿਲਮ ਕੀਤੀ ਸੀ, ਵਧੀਆ ਰੋਲ ਸੀਗਾ ਤਾਂ ਔਫਰਸ ਆਏ ਸੀਗੇ, ਬਟ ਆਈ ਵਾਜ਼ ਪ੍ਰੀਟੀ ਮੱਚ ਸ਼ੋਰ ਕਿ ਇਫ ਆਈ ਡੂ ਸਮਥਿੰਗ ਆਈ ਡੂ ਸਮਥਿੰਗ ਰੀਅਲੀ ਗੁੱਡ। ਸੋ ਮੈਨੂੰ ਥੋੜ੍ਹੀ ਜਿਹੀ ਪ੍ਰਿਪਰੇਸ਼ਨਸ ਕਰਨੀਆਂ ਸੀਗੀਆਂ, ਮੈਂ ਥੋੜ੍ਹੀ ਜਿਹੀ ਤਿਆਰੀ ਕਰਨੀ ਸੀ, ਬਿਕੋਜ਼ ਉਸ ਟਾਈਮ ਤਾਂ ਮੈਂ ਬਿਨਾਂ ਤਿਆਰੀ ਤੋਂ ਐਵੇਂ ਹੀ ਮੈਨੂੰ ਔਫਰ ਮਿਲ ਗਿਆ ਤਾਂ ਮੈਂ ਫਿਲਮ ਕਰ ਲਈ, ਪਰ ਮੈਨੂੰ ਲੱਗਿਆ ਕਿ ਅਗਰ ਮੈਂ ਸੱਚੀਓ ਕਰੀਅਰ ਬਣਾਉਣਾ ਇਸ ਲਾਈਨ ਦੇ ਵਿੱਚ ਨਾ, ਤਾਂ ਮੈਨੂੰ ਥੋੜ੍ਹਾ ਜਿਹਾ ਕੰਮ ਕਰਨਾ ਪਊਗਾ ਆਪਣੇ 'ਤੇ। ਸੋ ਆਈ ਡਿਡ ਦੈਟ ਐਂਡ ਆਫਟਰ 3 ਈਅਰਸ ਅਗੇਨ ਆਮ ਬੈਕ ਵਿਦ ਨਿੱਕਾ। ਸੋ ਦੈਟਸ ਦ ਬੈਸਟ ਥਿੰਗ, ਨਿੱਕਾ ਲੈਟਸ ਟਾਕ ਉਸੇ ਬ੍ਰਾਂਡ ਨਾਲ ਵਾਪਸ, ਉਸੇ ਬ੍ਰਾਂਡ ਨਾਲ ਸਟਾਰਟ। ਅਤੇ ਐਮੀ ਜੀ ਟ੍ਰੇਲਰ 'ਚ ਇੱਕ ਚੀਜ਼ ਬੜੀ ਵਧੀਆ ਜਿਹੜੀ ਇੰਟਰਸਟਿੰਗ ਜਿਹੀ ਲੱਗ ਰਹੀ ਹੈ ਨਾ, ਉਹ ਹੈ ਤੁਹਾਡਾ ਸਰਦਾਰ ਸੋਹੀ ਜੀ, ਤੋਂ ਤੁਸੀਂ ਉਹ ਕਰਨ ਦੀ ਇਮੀਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਿ ਉਹ ਡਿਫੀਕਲਟ ਸੀਗਾ ਜਾਂ ਈਜ਼ੀ ਸੀਗਾ ਉਹਨਾਂ ਦੀ ਐਕਟਿੰਗ, ਉਹਨਾਂ ਦੇ ਕਿਰਦਾਰ ਚਾਹੁੰਦੇ? ਕੁਸ਼ਕ ਮਤਲਬ ਕੁਸ਼ਕ ਜਿਹੜੇ ਸੀਨਸ ਨੇ ਅਤੇ ਉਹ, ਸੋਰੀ ਉਹ ਗੱਲ ਮੈਂ ਫਿਲਮ ਦੀ ਦੱਸੂੰਗਾ ਅਤੇ ਉਹ ਡਿਸਕਲੋਜ਼ ਹੁੰਦੀ ਹੈ ਗੱਲ, ਕਿਤੇ ਕਿਤੇ ਕੀਤਾ ਮੈਂ ਉਹ। ਅੱਛਾ, ਉੱਦਾਂ ਦਾ? ਅੱਛਾ, ਸਾਰੀ ਉਸ ਕਰੈਕਟਰ 'ਚ ਨਹੀਂ ਕੀਤਾ, ਕਿਤੇ ਕਿਤੇ ਕੀਤਾ, ਅਤੇ ਉਹ ਤੁਹਾਨੂੰ ਪਤਾ ਲੱਗੂਗਾ ਵੀ ਕਿਉਂ ਕੀਤਾ। ਅੱਛਾ, ਠੀਕ ਹੈ। ਅਤੇ ਹੁਣ ਜਿਹੜੇ ਮੈਂ ਸਵਾਲ ਪੁੱਛਣ ਜਾ ਰਹੀ ਹਾਂ ਬੜੇ ਲਾਈਟ ਹਾਰਟਿਡ ਜੇ ਨੇ, ਮਤਲਬ ਥੋੜ੍ਹੇ ਮਜ਼ਾਕੀਆ ਟਾਈਪ ਸਵਾਲ ਨੇ। ਤੁਸੀਂ ਨਾ ਫਿਲਮ 'ਚ ਬੜਾ ਕੁਛ ਹੈ, ਮੈਂਗੋ ਸ਼ੇਕ, ਪਿੱਜ਼ਾ, ਬਰਗਰ ਬੜੇ ਖਾਧੇ, ਕਿੰਨੀ ਕੁ ਵਾਰ ਢਿੱਡ ਖਰਾਬ ਹੋਇਆ ਸੀ ਸ਼ੂਟ ਦੇ ਦੌਰਾਨ ਹੀ ਇਹ ਚੀਜ਼ਾਂ? ਨਹੀਂ, ਉਹ ਮੇਰਾ ਮੈਂਗੋ ਸ਼ੇਕ ਵਾਲੀ ਗੱਲ ਆ, ਉਹ ਤਾਂ ਦਵਾਈ ਹੁੰਦੀ ਹੈ। ਅੱਛਾ, ਉਹ ਕਹਿੰਦੇ ਮੈਂਗੋ ਸ਼ੇਕ ਯਾਰ ਮੌਸਮ 'ਚ ਤਾਂ ਮਿਲਦਾ ਨਹੀਂ, ਇਹ ਕਿੱਧਰੋਂ ਚੱਕੀ ਫਿਰਦਾ, ਉਹ ਪੀਂਦਾ ਨਹੀਂ ਫਿਰ। ਅੱਛਾ, ਅਤੇ ਪਿੱਜ਼ਾ ਖਾਧਾ ਸੀਗਾ ਅਤੇ ਉਦੋਂ ਮਤਲਬ ਮੈਂ ਠੀਕ ਡਾਈਟ 'ਤੇ ਸੀਗਾ, ਮਤਲਬ ਕੰਟਰੋਲ ਨਹੀਂ ਸੀ ਕੀਤੀ ਹੋਈ ਡਾਈਟ 'ਤੇ, ਫਿਰ ਪੀਜ਼ਾ ਭੱਜ ਜਾਂਦਾ। ਅਤੇ ਜੇ ਹਾਂ ਤੁਸੀਂ ਸਟ੍ਰਿਕਟ ਡਾਈਟ 'ਤੇ ਹੋ ਜਾਂ ਤੁਸੀਂ ਕਿਸੇ ਹੋਰ ਡਾਈਟ 'ਤੇ, ਮਤਲਬ ਤੁਸੀਂ ਘੱਟ ਖਾਧ, ਕਾਰਬਸ ਘੱਟ ਕੀਤੇ ਹੋ, ਫਿਰ ਜਦੋਂ ਤੁਸੀਂ ਰਾਈਟ ਵੇ ਖਾਂਦੇ ਹੋ, ਇਹ ਕਾਫੀ ਫਿਲਮਾਂ 'ਚ ਹੁੰਦਾ ਇੱਦਾਂ। ਅੱਛਾ, ਹਰਜੀਤ ਵੇਲੇ ਹੋਇਆ ਸੀ ਮੇਰੇ ਨਾਲ, ਉਦੋਂ ਤਾਂ ਤੁਸੀਂ ਮਤਲਬ ਉਦੋਂ ਸ਼ੂਟ ਵੇਲੇ ਜੀ, ਮਤਲਬ ਉਹ ਨਹੀਂ ਖਾਧਾ ਨਹੀਂ ਸੀਗਾ, ਮਤਲਬ ਫਿਲਮ ਦੇ ਵਿੱਚ ਸੀਨ ਨਹੀਂ ਸੀ ਵੀ ਖਾਣਾ ਸੀਗਾ, ਉਹ ਹੋਟਲ ਆ ਕੇ ਜਿੱਦਣ ਮੈਂ ਆਪਣਾ ਫਿਨਿਸ਼ ਕੀਤਾ ਸੀਗਾ ਐਪਸ ਊਪਸ ਵਾਲਾ ਸੀ, ਬਿਕੋਜ਼ ਤੁਹਾਡੇ ਲਿਵਰ ਦਾ ਸਾਈਜ਼ ਛੋਟਾ ਹੋ ਜਾਂਦਾ ਅਤੇ ਤੁਹਾਡੀ ਜਿਹੜੀ ਉਹ ਆ ਪਾਚਨ ਸ਼ਕਤੀ ਜਾਂ ਤੁਸੀਂ ਜਿੰਨੇ ਕਾਰਬਸ ਲੈਣੇ ਨੇ ਉਹ ਜਦੋਂ ਤੁਸੀਂ ਐਕਸੈਸ 'ਚ ਖਾ ਲੈਂਦੇ ਹੋ ਉਸ ਟਾਈਮ, ਉਦੋਂ ਮੇਰਾ ਹਾਰਡਲੀ 1000 ਕੈਲੋਰੀ ਖਾਂਦਾ ਸੀਗਾ, 500-1000 ਕੈਲੋਰੀ ਹੁੰਦੀ ਸੀਗੀ ਹਾਰਡ, ਅਤੇ ਸਿਰਫ ਅੰਡੇ ਹੁੰਦੇ ਸੀ, ਅੰਡੇ 'ਚ ਕਿਹੜੀਆਂ ਕੈਲੋਰੀਜ਼ ਹੁੰਦੀਆਂ ਨੇ, ਅਤੇ ਸ਼ਾਮ ਨੂੰ ਮਤਲਬ ਫਿਸ਼ ਹੁੰਦੀ ਸੀਗੀ ਵਿਦਆਊਟ ਨੂਨ, ਅਤੇ ਜਸਟ ਮਤਲਬ ਜਿਹੜੀ ਉਹ ਰੋਸਟਡ ਹੁੰਦੀ ਸੀਗੀ ਵਿਦਆਊਟ ਨਮਕ, ਬਿਕੋਜ਼ ਉਦੋਂ ਪਾਣੀ ਵੀ ਬਹੁਤ ਸ਼ੈਡ ਹੋਇਆ ਸੀਗਾ, ਉਦੋਂ ਫਿਲਮ ਹਰਜੀਤੇ ਵੇਲੇ ਸੀਗਾ ਉਦੋਂ ਇਸ ਚੀਜ਼ ਦਾ ਉਹ, ਅਤੇ ਹੁਣ ਉਦੋਂ ਮਤਲਬ ਬੇਸਿਕਲੀ ਉਦੋਂ ਮੈਂ ਫਿਰ ਆ ਕੇ ਉੱਥੇ ਸਾਗ ਦਾਲ ਸਾਰਾ ਕੁਛ ਅਰਾਊਂਡ ਤੁਸੀਂ 500 ਕੈਲੋਰੀਜ਼ ਤੋਂ ਜੰਪ ਮਾਰਦੇ ਸੀ 5000 ਕੈਲੋਰੀਜ਼, ਅੰਦਰ ਲੇਬਰ ਚੜੀ ਆ ਗਿਆ, ਢਿੱਡ 'ਚ ਲੇਬਰ ਬੈਠੀ ਗਿਆ, ਭੁੱਖੀ ਡਿੱਗੀ ਵੀ, ਉਹ ਤਾਂ ਸਮਾਨ ਸੱਟੀ ਉਹਨਾਂ ਹਾਲੇ ਬੌਲੇ ਹੋ ਗਏ, ਉਹ ਇੱਧਰ ਨੂੰ ਭੱਜਣ, ਇੱਧਰ ਨੂੰ ਫਿਰ ਅਪਸੈਟ ਹੋ ਗਿਆ ਢਿੱਡ। ਚਲੋ ਹੁਣ ਠੀਕ ਸੀ ਇਸ ਵਾਰ, ਹੈ ਨਾ ਕੰਮ ਆਪਣਾ। ਅਤੇ ਸੋਨੀਆ, ਤੁਸੀਂ ਨਿੱਕਾ ਜਿਵੇਂ ਤਿੰਨੋਂ ਪਾਰਟਸ ਕੀਤੇ ਆ, ਕਿਹੜੀ ਫਿਲਮ 'ਚ ਪ੍ਰੋਡਿਊਸਰਸ ਨੇ ਸਭ ਤੋਂ ਜ਼ਿਆਦਾ ਪੈਂਪਰ ਕੀਤਾ ਸੀ, ਕਿਹੜੇ ਵਾਲੇ ਪਾਰਟ 'ਚ? ਆਈ ਗੈਸ ਮੈਂ 3 ਪਾਰਟ ਨਹੀਂ, ਵੈਸੇ ਟੈਕਨੀਕਲੀ ਮੈਂ 3 ਕੀਤੇ ਆ, 1 ਔਰ 3 ਦੇ ਵਿੱਚ ਮੈਂ ਐਜ਼ ਐਨ ਐਕਟਰ ਕੰਮ ਕਰ ਰਹੀ ਹਾਂ, 2 ਦੇ ਵਿੱਚ ਕੰਮ ਨਹੀਂ ਸੀ ਕੋਈ ਕਰ ਰਹੀ, ਬਟ ਆਈ ਵਾਜ ਜਸਟ ਨੋਟਿਸਿੰਗ ਬਿਕੋਜ਼ ਆਈ ਵਾਂਟਡ ਟੂ ਲਰਨ ਸਮਥਿੰਗ ਦੈਰ, ਕਿਉਂਕਿ ਸਾਰੇ ਵਧੀਆ ਐਕਟਰਸ ਕੰਮ ਕਰ ਰਹੇ ਸੀ। ਸੋ ਆਈ ਗੈਸ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਉਹ ਬਹੁਤ ਅਮੇਜ਼ਿੰਗ ਨੇ, ਮੈਨੂੰ ਨਹੀਂ ਮਤਲਬ ਸਾਰੇ ਆਰਟਿਸਟ ਨੂੰ ਵੀ ਬਹੁਤ ਪੈਂਪਰ ਕਰਦੇ ਨੇ, ਪਰੇਸ਼ਾਨ ਨਹੀਂ ਕਰਦੇ ਨੇ, ਬਹੁਤ ਮਤਲਬ ਜ਼ਿਆਦਾ ਲਾਡ ਦੁਲਾਰ ਦਿੰਦੇ ਸੀ ਉਸ ਵਿੱਚ, ਜ਼ਿਆਦਾ ਧਿਆਨ ਸਾਰਿਆਂ ਨਾਲ ਹੀ ਪਿਆਰ ਕਰਦੇ ਨੇ, ਜ਼ਿਆਦਾ ਧਿਆਨ ਰੱਖਿਆ ਜਾਂਦੇ ਸੀ, ਉਹ ਫਿਰ ਕਰਦੇ ਕਿ ਨਹੀਂ ਕਰਦੇ, ਅਸੀਂ ਉਹਨਾਂ ਦਾ ਜ਼ਰੂਰ ਕਰਦੇ ਹਾਂ। ਠੀਕ ਹੈ। ਅਤੇ
ਸੋਨੀਆ ਹੁਣ ਤੁਸੀਂ ਫਿਲਮਾਂ ਵੀ ਮਤਲਬ ਨਿੱਕਾ ਦੀ ਸਾਰੀ ਸੀਰੀਜ਼ ਵੀ ਸ਼ੂਟ ਕਰ ਚੁੱਕੇ ਹੋ, ਇਹਨਾਂ ਦੌਰਾਨ ਇੱਕ ਅਜਿਹਾ ਸੀਨ ਜਿਹਨੇ ਹੱਥ ਖੜੇ ਕਰਾਤੇ ਉਹਨੇ ਹੋ ਹੀ ਨਹੀਂ ਰਿਹਾ ਸੀ ਉਹ ਸੀਨ, ਕੋਈ ਇੱਕ ਅਜਿਹਾ ਸੀਨ ਇੱਦਾਂ ਤਾਂ ਨਹੀਂ ਕਿ ਮਤਲਬ ਆਪਣੇ ਤੋਂ ਨਹੀਂ ਹੋ ਰਿਹਾ ਸੀ, ਲੇਕਿਨ ਜਿਹੜਾ ਮੇਰਾ ਐਂਟਰੀ ਸੀਨ ਹੈ ਬਹੁਤ ਮੈਨੂੰ ਲੱਗਦਾ 3-4 ਵਾਰ ਹੋਇਆ ਉਹ ਆਪਣਾ ਸੀਨ ਸ਼ੂਟ ਐਂਟਰੀ ਸੀਨ ਵਿਚ ਵਨ ਜਿਹੜਾ ਮਤਲਬ ਮੇਰਾ ਫਿਲਮ ਦੀ ਐਂਟਰੀ ਹੈ ਉਹ ਪਹਿਲੇ ਸਕੇਡਿਊਲ ਚ ਕਾਫੀ ਕੁਝ ਜਿਵੇਂ ਪਹਿਲਾਂ ਸਕੇਡਿਊਲ ਸੀਗਾ ਸਭ ਤੋਂ ਪਹਿਲਾਂ ਉਹ ਸਕੇਡਿਊਲ ਚ ਕੀਤਾ, ਕਈ ਵਾਰੀ ਲਾਈਟ ਦਾ ਫਰਕ ਪੈ ਜਾਂਦਾ ਵੀ ਅੱਧਾ ਸੀਨ ਹੋਇਆ ਤੇ ਅੱਧਾ ਰਹਿ ਗਿਆ, ਹੁਣ ਸੇਮ ਲਾਈਟ ਜਦੋਂ ਅਗਲੇ ਦਿਨ ਆਊਗੀ ਅਗਲੇ ਦਿਨ ਰੱਬ ਨਾ ਕਰੇ ਬੱਦਲ ਆ ਗਏ ਉੱਤੇ ਤੇ ਉਸ ਟਾਈਮ ਨੂੰ ਕੋਈ ਵਾਰੀ ਇੱਕ ਇੱਕ ਸੀਨ ਨੂੰ 10-10 ਸੀਨ ਵੀ ਲੱਗ ਜਾਂਦੇ ਨੇ ਬਟ ਉਹ ਟਾਈਮ ਹੁੰਦਾ ਬਟ ਮਾਈ ਪ੍ਰੋਬਲਮ ਵਾਸ ਕਿ ਮੈਂ ਹੇਅਰ ਡੂ ਬਹੁਤ ਟਫ ਕੀਤਾ ਹੋਇਆ ਸੀ ਪੂਰੇ ਕਰਲਸ ਵਾਸ, ਮੈਨੂੰ ਕਹਿ ਦਿੰਦੇ ਸੀ ਅੱਛਾ ਇੱਦਾਂ ਵੀ ਹੋਇਆ ਕਿ ਉਹ ਕਹਿੰਦੇ ਸੀ ਅੱਜ ਆਪਾਂ ਸੀਨ ਕਰਾਂਗੇ, ਮੈਂ ਉੱਦਾਂ ਦਾ ਹੇਅਰ ਡੂ ਕਰ ਲੈਂਦੀ ਸੀ ਬਾਅਦ ਕਹਿੰਦੇ ਸੋਰੀ ਅੱਜ ਨਹੀਂ ਹੋਇਆ, ਦੈਟ ਵਾਸ ਰੀਅਲੀ ਉੱਦਾਂ ਬਸ ਉਸ ਸੀਨ ਦੇ ਵਿੱਚ। ਅਤੇ ਐਮੀ ਜੀ ਤੁਸੀਂ ਕੁਛ ਅਜਿਹੀਆਂ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹੋ ਜਿਹੜੀ ਹਾਈਐਸਟ 4th ਜਾਂ 5th ਨੰਬਰ 'ਤੇ ਹਾਈਐਸਟ ਗਰੋਸਰਸ ਵੀ ਚੱਲ ਰਹੀਆਂ ਨੇ ਜਿਵੇਂ ਕਿਸਮਤ ਹੀ ਹੋ ਗਈ, ਇੱਕ ਅਜਿਹੀ ਫਿਲਮ ਜਿਹਦੇ ਰਿਲੀਜ਼ ਹੋਣ ਤੋਂ ਪਹਿਲਾਂ ਤੁਹਾਡੇ ਦਿਲ 'ਚ ਬਹੁਤ ਘਾਊ ਹੋ ਰਹੀ ਹੈ ਅੱਜ ਤੱਕ ਦੀ ਸਾਰੀ ਫਿਲਮਾਂ 'ਚੋਂ ਇੱਕ ਫਿਲਮ ਕਿਸਮਤ ਉਹਦੇ ਲਈ ਸਭ ਤੋਂ ਜ਼ਿਆਦਾ ਡਰ ਰਿਹਾ ਅਤੇ ਲੌਂਗ ਲਾਚੀ ਜੇ ਇੱਕ ਚੂਜ਼ ਕਰਨੀ ਹੋਏ ਕਿਸਮਤ ਲੌਂਗਾਚੀ 'ਚ ਪ੍ਰੋਡਿਊਸਰ ਸੀਗਾ ਤਾਂ ਘਾਊ ਨਹੀਂ ਸੀ ਕਰਦਾ ਵੀ ਐਨ ਸੀ ਵੀ ਚੱਲ ਉਹ ਤੋਂ ਨਾਲੇ ਉਹ ਵੀ ਨਹੀਂ ਸੀ ਕੁਛ ਸਾਰਾ ਕੁਛ ਸਟੇਕ 'ਤੇ ਨਹੀਂ ਸੀ ਲੱਗਿਆ, ਹਰਜੀਤਾ ਫਲੋਪ ਹੋਈ ਸੀ ਕਿਸਮਤ ਤੋਂ ਪਹਿਲਾਂ ਅਤੇ ਸਾਨੂੰ ਲੱਗਦਾ ਸੀ ਯਾਰ ਕਿਤੇ ਸੀਰੀਅਸ ਫਿਲਮ ਨਾ ਵੇਖੀ ਜਾਵੇ ਕਿਉਂਕਿ ਹਰਜੀਤਾ ਵੀ ਸੀਰੀਅਸ ਸੀਗੀ ਮੋਟੀਵੇਸ਼ਨਲ ਸੀਗੀ ਬਟ ਕਿਸਮਤ ਵਾਜ਼ ਲਾਈਕ ਵੀ ਠੀਕ ਆ ਇਮੋਸ਼ਨਸ ਨੇ ਮਤਲਬ ਇਮੋਸ਼ਨਲ ਬਹੁਤ ਜ਼ਿਆਦਾ ਫਿਲਮ ਆ ਅਤੇ ਮਾਈਟ ਬੀ ਇਹ ਰੋਂਗ ਨਾ ਪੈ ਜੇ ਡਰ ਲੱਗਦਾ ਸੀ ਅਤੇ ਕੈਰੀਅਰ ਵੀ ਸਟੇਕ 'ਤੇ ਹੁੰਦਾ ਇੱਕ ਤੋਂ ਬਾਅਦ ਦੂਜੀ ਝੜ ਜਦੋਂ ਫਿਲਮ ਉਹ ਤੋਂ ਫਿਰ ਪ੍ਰੋਬਲਮ ਹੋ ਜਾਂਦੀ ਹੈ, ਟਰੱਸਟ ਟੁੱਟ ਜਾਂਦਾ ਲੋਕਾਂ ਦਾ ਰਾਈਟ, ਇੱਕ ਅੱਧੀ ਫਿਲਮ ਦਾ ਵਿੱਚੋਂ ਠੀਕ ਆ ਚੱਲ ਜਾਂਦਾ ਕੰਮ, ਜੇ ਤੁਸੀਂ ਬੈਕ ਟੂ ਬੈਕ ਗਲਤੀਆਂ ਕਰਦੇ ਹੋ ਤਾਂ ਲੋਕਾਂ ਦਾ ਟਰੱਸਟ ਟੁੱਟ ਗਿਆ ਨਾ ਅਤੇ ਫਿਰ ਕਹਿੰਦੇ ਟਰੱਸਟ ਬ੍ਰੇਕ ਨਹੀਂ ਹੋਣਾ ਚਾਹੀਦਾ, ਤੁਹਾਨੂੰ ਇੰਨਾ ਪਿਆਰ ਕਰਦਾ ਬੰਦਾ ਉਹ ਕਰਦਾ ਰਹੇ ਦੈਟਸ ਦਾ ਮੇਨ ਥਿੰਗ, ਦੈਟਸ ਤੁਸੀਂ ਫਿਰ ਉੱਥੇ ਸਸਟੇਨ ਨਹੀਂ ਸਟੇਬਲ ਰਹਿੰਦੇ ਹੋ ਤੁਹਾਡਾ ਟਰੱਸਟ ਮਤਲਬ ਬਣਿਆ ਰਹੇ ਲੋਕਾਂ 'ਤੇ ਬਿਲਟ ਰਹੇ। ਥੈਂਕ ਯੂ ਫੋਰ ਕਿਸਮਤ ਐਮੀ ਜੀ, ਬੜੀ ਹੀ ਵਧੀਆ ਸਾਨੂੰ ਤੁਸੀਂ ਲਵ ਐਰਾ ਦੇ ਗਏ ਸੀ ਅਤੇ ਸੁਣੀ ਤੁਸੀਂ ਐਮੀ ਜੀ ਦੀ ਸਾਰੀਆਂ ਫਿਲਮਾਂ ਦੇਖੀਆਂ ਹੋਣੀਆਂ, ਇੱਕ ਅਜਿਹੀ ਫਿਲਮ ਜਿਹਦੇ 'ਚ ਤੁਸੀਂ ਫੀਲ ਕਰਦੇ ਸੀ ਕਿ ਇਹ ਫਿਲਮ ਮੈਂ ਵੀ ਬੜੀ ਵਧੀਆ ਕਰ ਸਕਦੀ ਸੀ ਜੇ ਮੈਂ ਲੀਡ 'ਚ ਹੁੰਦੀ, ਕੋਈ ਇੱਕ ਅਜਿਹਾ ਕਰੈਕਟਰ ਤੁਹਾਡਾ ਫੇਵਰੇਟ ਵੀ ਰਿਹਾ ਹੋਇਆ ਕਰੈਕਟਰ ਤੁਹਾਨੂੰ ਲੱਗਦਾ ਕਿ ਉਹ ਮੇਰਾ ਫੇਵਰੇਟ ਹੈ ਮੈਂ ਬੜਾ ਵਧੀਆ ਕਰ ਸਕਦੀ ਸੀ, ਕਾਸ਼ ਮੈਂ ਉਹ ਕਰੈਕਟਰ ਕਰ ਪਾਉਂਦੀ। ਹੁਣ ਲੱਗਦਾ ਹੋਏ ਤਾਂ ਕਹਿ ਨਹੀਂ ਸਕਦੀ, ਪਹਿਲਾਂ ਮੈਨੂੰ ਪਤਾ ਸੀ ਮੈਨੂੰ ਕੰਮ ਨਹੀਂ ਆਉਂਦਾ, ਆਈ ਵਾਸ ਵੈਰੀ ਮਚ ਸ਼ੋਰ ਇੱਕ ਦੁਬਾਰਾ ਵੇਖੋ ਸਾਰੀਆਂ ਨਹੀਂ, ਬਟ ਆਈ ਰੀਲੀ ਲਵ ਬੰਬੂ ਘਾਟ, ਮੈਨੂੰ ਬਹੁਤ ਵਧੀਆ ਲੱਗੀ ਸੀ ਉਹ ਫਿਲਮ ਐਂਡ ਆਈ ਗੈਸ ਉਦੋਂ ਆਪਾਂ ਨਿੱਕਾ ਹੀ ਪਹਿਲੀ ਸ਼ੂਟ ਹੋ ਰਹੀ ਸੀ ਜਦੋਂ ਬੰਬੂ ਘਾਟ ਰਿਲੀਜ਼ ਹੋਈ ਸੀ, ਨਹੀਂ ਆਪਣੀ ਆਲਮੋਸਟ ਹੈ ਨਾ ਉਦੋਂ, ਹਾਂ ਉਦੋਂ ਮਤਲਬ ਆਲਮੋਸਟ ਆਪਣਾ ਸ਼ੂਟ ਫਿਨਿਸ਼ ਹੋ ਗਿਆ ਸੀ, ਆਈ ਲਵ ਦੈਟ ਬਿਕਾਜ਼ ਆਪਣੀ ਅਗਸਤ ਦੇ ਵਿੱਚ ਰਿਲੀਜ਼ ਜੁਲਾਈ ਲਾਸਟ ਵੀਕ ਰਿਲੀਜ਼ ਹੋਈ ਸੀਗੀ ਅੰਗਰੇਜ਼ ਸੋਰੀ ਬੰਬੂ ਘਾਟ ਤੇ ਆਪਣੀ ਨਿੱਕਾ ਹੋਈ ਸੀਗੀ ਸੈਪਟੈਂਬਰ ਔਰ ਜੁਲਾਈ 'ਚ ਆਪਣਾ ਨਿੱਕਾ ਦਾ ਸ਼ੂਟ ਚੱਲਦਾ ਸੀ, ਮੈਨੂੰ ਪਤਾ ਮੈਂ ਪਟਿਆਲੇ ਹੀ ਸੀਗੀ, ਮੈਂ ਉੱਥੇ ਹੀ ਫਿਲਮ ਦੇਖਣ ਗਈ ਸੀ ਐਂਡ ਆਈ ਰੀਲੀ ਲਵ ਦੈਟ ਫਿਲਮ। ਤੁਸੀਂ ਸੋਚਦੇ ਹੋ ਕਿ ਕਾਸ਼ ਮੈਂ ਉਹ ਫਿਲਮ 'ਚ ਹੁੰਦੀ ਹੈ ਨਾ ਕਿਰਦਾਰ, ਹਾਂ ਅਫਕੋਰਸ ਮਤਲਬ ਅਫਕੋਰਸ ਸਿਮੀ ਚਹਿਲ ਇੰਡਸਟਰੀ ਨੂੰ ਇੰਨੀ ਵੱਡੀ ਐਕਟ੍ਰੈਸ ਮਿਲੀ, ਹਾਂ ਡੈਬਿਊ ਹੈ ਨਾ ਐਂਡ ਉਹਨਾਂ ਦਾ ਡੈਬਿਊ ਸੀ ਐਂਡ ਆਈ ਜਸਟ ਲਵ ਹਰ ਯੂ ਨੋ, ਬਹੁਤ ਵੱਡੀ ਐਕਟ੍ਰੈਸ ਨੇ ਨਿੱਕੀ ਜੀ, ਆਈ ਹੈਵਨਟ ਸੀਨ ਮੈਂ ਉਹਨਾਂ ਨੂੰ ਮਿਲੀ ਨਹੀਂ, ਬਟ ਉਹ ਵੀ ਬੜੀ ਕਰਦੇ ਹੁੰਦੇ ਸੀ ਤੇ ਉਹਨਾਂ ਨਾਲ ਮੇਕਅਪ ਕਰਨਾ ਪੈਂਦਾ ਸੀਗਾ ਬਿਕਾਜ਼ ਉਹਦਾ ਕੰਪਲੈਕਸ਼ਨ ਬਹੁਤ ਜ਼ਿਆਦਾ ਗੋਰੀ ਨੀਗੀ ਅਤੇ ਮਤਲਬ ਜਿੰਨਾ ਸੋਹਣੀਆਂ ਕੁੜੀਆਂ ਦਾ ਹੁੰਦਾ ਉੱਦਾਂ ਦਾ ਕੰਪਲੈਕਸ਼ਨ, ਬਟ ਮੇਕਅਪ ਬਹੁਤ ਲੱਗਦਾ ਸੀਗਾ ਬਿਕਾਜ਼ ਡਾਰਕ ਕਰਨਾ ਅਤੇ ਉਹ ਵੀ ਬਹੁਤ ਕਜਲ ਹੁੰਦੀ ਸੀ, ਬਟ ਉਹਨੇ ਬਹੁਤ ਵਧੀਆ ਪਰਫੋਰਮ ਕੀਤਾ, ਪਹਿਲੀ ਫਿਲਮ ਸੀ ਉਹਦੀ ਅਤੇ ਅਸੀਂ ਇੱਕ ਵੀਡੀਓ ਦੇਖਿਆ ਸੀਗਾ ਸਿੰਮੀ ਦਾ ਅਤੇ ਉਹਦੇ ਅੱਗ ਪਾਣੀਆਂ ਛਾਣੀਆਂ ਮਲਾਈ ਰਾਤ ਨੂੰ ਉਹਦੇ 'ਤੇ ਨਾ ਉਹਨੇ ਦੀਵਾ ਲੱਗਿਆ ਸੀਗਾ ਉੱਥੇ ਰੈਡੀ ਹੋਈ ਹੋਈ ਸੀ ਅਤੇ ਉਹਨੇ ਉਹਦੇ 'ਤੇ ਵੀਡੀਓ ਬਣਾ ਕੇ ਪੋਸਟ ਕੀਤਾ
ਅਤੇ ਆਈ ਲਾਈਕ ਮੀ ਮੈਂ ਫਿਰ ਉਸ ਤੋਂ ਬਾਅਦ 'ਚ ਫਿਲਮ ਦੀ ਕਾਸਟਿੰਗ ਸ਼ੁਰੂ ਹੋਈ ਅਤੇ ਫਿਰ ਬਿਕੋਜ਼ ਸਾਡੇ ਕੋਲ ਕੋਈ ਕੋਂਟੈਕਟ ਨਹੀਂ ਸੀਗਾ ਉਦੋਂ ਅਤੇ ਫਿਰ ਮੈਂ ਅਰਵਿੰਦਰ ਖੈਰੇ ਨੂੰ ਕਿਹਾ ਆਪਣੇ ਡਾਇਰੈਕਟਰ ਨੇ ਸਾਡੇ, ਮੈਂ ਕਿਹਾ ਇਹਦਾ ਸਿੰਮੀ ਦਾ ਨਾ ਨੰਬਰ ਮੰਗਵਾ ਕੇ ਦੇ, ਵੀ ਉਹਦੇ ਨਾਲ ਇੱਕ ਵਾਰੀ ਪਹਿਲਾਂ ਜ਼ਰੂਰ ਗੱਲ ਕਰ ਲਈ ਵੀ ਫਿਲਮ ਬਾਰੇ ਇੱਦਾਂ ਦਾ ਕੁਛ ਆ, ਕਿਉਂਕਿ ਮੈਂ ਸਿੱਧੀ ਜੀ ਗੱਲ ਕਰੂੰਗਾ, ਕਿਉਂਕਿ ਮੈਂ ਕਿਹਾ ਮੈਨੂੰ ਆਪ ਨੂੰ ਵੀ ਨਹੀਂ ਕਰਨੀ ਆਉਣੀ ਅਤੇ ਨਾ ਮੈਨੂੰ ਪਤਾ ਲੱਗਣਾ ਨਾ, ਤੂੰ ਇੱਕ ਵਾਰੀ ਮੈਂ ਗੱਲ ਮੈਂ ਵੀ ਨਵਾਂ ਨਵਾਂ ਜਿਹਾ ਸੀਗਾ, ਮੈਂ ਕਿਹਾ ਇੱਕ ਵਾਰੀ ਗੱਲ ਕਰ ਲਈ ਤੂੰ, ਫਿਰ ਉਹਨੇ ਗੱਲ ਕੀਤੀ ਅਤੇ ਫਿਰ ਸਿੰਮੀ ਨਾਲ ਗੱਲ ਮੈਂ ਪੰਕਜ ਭਾਅ ਜੀ ਉਹਨਾਂ ਦੀ ਕਰਵਾਈ, ਸਾਡੀ ਟੀਮ ਸੀਗੀ ਨਾਲ, ਸਿਮਰ ਭਾਅ ਜੀ ਹੋਣੀ ਸੀਗੇ ਨਾਲ, ਸੋਰੀ ਸਿਮਰ ਭਾਅ ਜੀ ਕਹਿੰਦਾ ਪੰਕਜ ਸਰ, ਪੰਕਜ ਸਰ ਅਤੇ ਨਾਲ ਆਪਣਾ ਕਾਕੂ ਦੂਜੇ ਅਮੀਕ ਵੀਰੇ ਹੋਣੀ, ਅਮੀਕ ਵੀਰੇ ਹੋਣੀ ਸੀਗੇ ਨਾਲ ਸਾਡੇ ਪ੍ਰੋਡਿਊਸਰ ਅਤੇ ਨਦਰ ਫਿਲਮਸ ਵਾਲੇ। ਫਿਰ ਉਸ ਤੋਂ ਬਾਅਦ 'ਚ ਫਿਲਮ ਦਾ ਸੈਟਅਪ ਹੋਇਆ ਸਾਰਾ, ਫਿਰ ਲੁੱਕ ਟੈਸਟ ਹੋਇਆ, ਇੱਕ ਆਡੀਸ਼ਨ ਭੇਜਿਆ ਸਿੰਮੀ ਨੇ ਅਤੇ ਉਹਦੇ 'ਚ ਫਾਈਨਲ ਹੋਇਆ, ਫਿਰ ਮੇਕਅਪ ਲੁੱਕ ਟੈਸਟ ਸਭ ਕੁਛ, ਮੈਨੂੰ ਉਹਨੇ ਸੋਹਣਾ ਪਰਫੋਰਮ ਕੀਤਾ ਅਤੇ ਵਧੀਆ ਪੈਰ ਲੱਗਿਆ, ਵਧੀਆ ਫਿਲਮ। ਮੈਨੂੰ ਤਾਂ ਲੱਗਦਾ ਕਿ ਇਸ ਕਰਕੇ ਵੀ ਸ਼ੁੱਡ ਬੀ ਥੈਂਕਫੁਲ ਟੂ ਯੂ ਕਿ ਤੁਸੀਂ ਸਿੰਮੀ ਚੱਲ ਇੰਨੀ ਪਿਆਰੀ ਆਪਣੇ ਕਰਮਾ, ਮੈਂ ਹੁਣ ਕੀ ਥੈਂਕਫੁਲ ਕਿੰਨੇ ਜਣਾਂ ਦਾ ਕਿਸਮਤ ਬੜਾ ਹੀ ਮਤਲਬ ਕਿਸੇ ਪ੍ਰੋਡਿਊਸਰ ਨੇ ਫੋਨ ਕਰਕੇ ਕਿਹਾ ਹੋਇਆ ਮੀਆਂ ਥੋੜੀ ਫੀਸ ਹੀ ਘੱਟ ਕਰ ਲੈ ਯਾਰ ਆਪਣੀ, ਕਰ ਲਈ ਦੀ ਹੋਰ ਕਿਉਂ ਕਰ ਲਈ, ਥੋੜਾ ਰਿਐਕਸ਼ਨ ਆ ਹੀ ਹੁੰਦਾ ਕਰ ਲੈਨੇ ਆ, ਕੋਈ ਕੋ ਬਹੁਤ ਹੀ ਘਟਾਇਆ ਵੀ ਨਹੀਂ ਕਰੀ ਦੀ ਹੁਣ ਵੀ ਯਾਰ ਫਿਲਮਾਂ ਹੀ ਸੱਜਣਾ ਮਿੱਤਰਾਂ ਨਾਲ ਕਰਦੇ ਆ, ਬਹੁਤ ਕਿਉਂ ਬਾਹਰ ਅੰਦਰ ਜਾ ਕੇ ਪ੍ਰੋਫੈਸ਼ਨਲ ਪ੍ਰੋਡਿਊਸਰਾਂ ਨਾਲ ਕਰਦੇ ਨੇ, ਪ੍ਰੋਫੈਸ਼ਨਲ ਇੱਕ ਅੱਧਾ ਕੋ ਕਰਕੇ ਕਿਹਾ ਫਿਰ ਉਹ ਆਪ ਹੀ ਚੱਲ ਜਾਂਦੇ ਆ, ਪ੍ਰੋਫੈਸ਼ਨਲੀ ਯਾਰੀ ਦੋਸਤੀ 'ਚ ਕੰਮ ਹੁੰਦੇ ਅੱਜ ਕੱਲ੍ਹ ਜ਼ਿਆਦਾ, ਪ੍ਰੋਫੈਸ਼ਨਲਿਜ਼ਮ 'ਚ ਕੰਮ ਖਰਾਬ ਹੋ ਜਾਂਦਾ, ਯਾਰੀ ਦੋਸਤੀ 'ਚ ਕਰਦੇ ਹਾਂ ਤਾਂ ਯਾਰੀ ਦੋਸਤੀ ਐਂ ਵੀ ਖੁਸ਼ੀ ਨਾਲ ਚੱਲਦਾ ਰਹਿੰਦਾ ਕੰਮ, ਉਹਨੇ ਦੇ ਨਿੱਕੇ ਦੇ ਪ੍ਰੋਡਿਊਸਰ ਨੇ ਕਾਕੂ ਵੀਰ ਹੋਣੀ ਅਤੇ ਉੱਥੇ ਆਸਾ ਖੇਡਾ ਚੱਲ ਸੈੱਟ 'ਤੇ ਵੀ ਲੱਗਿਆ ਰਿਹਾ, ਸੈੱਟ ਦਾ ਮਾਹੌਲ ਪੋਜ਼ਿਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪੈਸੇ ਤਾਂ ਚਲੋ ਠੀਕ ਆ ਦੂਜਿਆਂ ਨੇ ਵੀ ਦੇਣੇ ਆ, ਇਹ ਥੋੜ੍ਹੇ ਜਿਹੇ ਘੱਟ ਦੇ ਦੇਣਗੇ ਪਰ ਉੱਥੇ ਸ਼ੁਕਲ ਮੇਲਾ ਮਾਹੌਲ ਲੱਗਿਆ ਰਹੂਗਾ। ਬਿਲਕੁਲ ਸੋਨੀਆ, ਸਾਡੇ ਮੁੰਡਿਆਂ ਨੂੰ ਦੋ ਟਿਪਸ ਦਿਓਗੇ ਪੰਜਾਬੀ ਮੁੰਡਿਆਂ ਨੂੰ ਕਿਵੇਂ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ, ਦੋ ਛੋਟੇ ਛੋਟੇ ਟਿਪਸ। ਕੁਛ ਨੀ, ਰਿਸਪੈਕਟ ਕਰੋ ਕੁੜੀਆਂ ਦੀ ਐਂਡ ਉਹਨਾਂ ਨੂੰ ਬਹੁਤ ਸਾਰੇ ਗਿਫਟਸ ਦਿਓ, ਗਿਫਟਸ ਮਤਲਬ ਕੁੜੀਆਂ ਨੂੰ ਮੈਂ ਕਹਾਂ ਵੀ ਮੁੰਡਿਆਂ ਨੂੰ ਜੇ ਤੁਸੀਂ ਉਹ ਕਰਨਾ ਬਣਾਉਂਦਾ ਹਾਂ ਕੁੜੀਆਂ ਨੂੰ ਤੇ ਬਸ ਡਟੋ ਉਹਨਾਂ ਨੂੰ ਗਿਫਟਸ ਦਿਓ। ਓ ਮਾਈ ਗੋਡ 11 ਆ ਗਿਆ ਉਹ ਦੇ ਦਿਓ, ਇਹ ਬਿਲਕੁਲ ਸਹੀ ਕਿ ਮੈਨੂੰ ਆਈਫੋਨ 11 ਦੇ ਦਿਓ। ਤੇ ਐਮੀ ਜੀ ਹੁਣ ਤਾਂ ਤੁਸੀਂ ਸਾਡੀ ਹੋਰ ਸ਼ਾਨ ਵਧਾ ਰਹੇ ਹੋ, ਬਾਲੀਵੁੱਡ ਆਉਣ ਜਾਣ ਸ਼ੁਰੂ ਹੋ ਗਿਆ, ਤੁਸੀਂ 83 ਦਾ ਫਿਲਮ 'ਚ ਵੀ ਆ ਰਹੇ ਹੋ ਅਤੇ ਮੈਂ ਸੁਣਿਆ ਅਮਿਤਾਭ ਬੱਚਨ ਜੀ ਨਾਲ ਵੀ ਤੁਹਾਡੀ ਕੋਈ ਗੱਲਬਾਤ ਵੈਸੇ ਚੱਲ ਰਹੀ ਹੈ, ਮਤਲਬ ਸਰੋਤਿਆਂ ਨੂੰ ਸਾਨੂੰ ਸੁਣਨ 'ਚ ਆਇਆ, ਪਰ ਮੇਰਾ ਸਵਾਲ ਉੱਥੇ ਨਹੀਂ ਹੈ, ਮੇਰਾ ਸਵਾਲ ਇਹ ਆ ਕਿ ਹੁਣ ਜਦੋਂ ਤੁਸੀਂ ਬਾਲੀਵੁੱਡ 'ਚ ਚੱਲ ਜਾਓਗੇ ਕਿਤੇ ਪੰਜਾਬੀ ਫਿਲਮਾਂ ਘੱਟ ਤਾਂ ਨਹੀਂ ਹੋ ਜਾਣਗੀਆਂ ਕਿ ਉਹ ਰਹਿਣਗੀਆਂ ਪੂਰੀਆਂ? ਨਾਲੇ ਅਮਿਤਾਭ ਬੱਚਨ ਜੀ ਵਾਲੀ ਗੱਲ ਤੇ ਮੈਨੂੰ ਵੀ ਨਹੀਂ ਪਤਾ ਸੀ ਕਿ ਤੁਸੀਂ ਹੁਣ ਸਾਨੂੰ ਵੀ ਹਾਲੇ ਅਸੀਂ ਵੀ ਸੁਣਨ ਚਾਹੀਏ ਸਾਨੂੰ ਰਿਐਕਸ਼ਨ ਕਰ ਕਿਵੇਂ ਬਣਾ ਲਈ ਸਲਾਹ, ਇਹ ਕਿਹੜੇ ਬੰਦੇ ਨੇ ਕਿੱਥੋਂ ਤੋਰੀ ਹੋਊਗੀ ਗੱਲ, ਹਨਾ ਹਨਾ ਸਾਥੇ ਸਾਡੇ ਤੱਕ ਪਹੁੰਚ ਗਈ ਕਿੰਨਾ, ਮਤਲਬ ਐਂ ਬੈਠਾ ਹੋਊਗਾ ਯਾਰ ਮੈਂ ਐਂ ਕਹਿ ਦਿਆਂ ਕਿ ਇਹਨਾਂ ਦੀ ਫਿਲਮ ਆਉਂਦੀ ਹੋਣੀ ਅਮਿਤਾਭ ਬੱਚਨ, ਨਹੀਂ ਉਹ ਨਹੀਂ ਹੱਸ ਮਤਲਬ ਵੈਸੀ ਕਰ ਰਹੇ ਜਾ ਰਹੇ, ਚੰਗੀ ਗੱਲ ਸੱਚ ਹੋ ਜੂਗੀ ਤਾਂ, ਨਹੀਂ ਸੱਚ ਹੋਈ ਤਾਂ ਬਹੁਤ ਚੰਗੀ ਗੱਲ ਆ, ਮਤਲਬ ਇਹ ਕਿਸੇ ਦੇ ਮੂੰਹੋਂ ਨਹੀਂ ਪਤਾ ਤੇ ਕਿਤੇ ਵੀ ਕੋਈ ਗੱਲ ਨਹੀਂ ਹੋਈ ਹੋਣੀ ਨਾਲੇ ਵੈਸੇ ਮੈਨੂੰ ਲੱਗਦਾ ਤੇ
ਉਹ ਜਿੰਨੇ ਕੱਲੇ ਨੇ ਤੋਰੀ ਹੋਣੀ ਗੱਲ ਉਹਦੇ ਮੂੰਹ ਚ ਵਾਫ ਵਾਫ ਲਾ ਦਿਆਂ ਤਾੜੀਆਂ ਮਾਰ ਲਈ ਉਹਦੇ ਮੂੰਹ ਚ ਕੀ ਸ਼ੱਕ ਹੈ ਕੀ ਸ਼ੱਕ ਹੈ ਤੁਸੀਂ ਤਾਂ ਮੈਂ ਵੈਸੇ ਵੀਰੇ ਅਸੀਂ ਉਹ ਕਰਦੇ ਆ ਕਰੇ ਤੂੰ ਕਿਤੇ ਬੇਟਾ ਕਰੇ ਸਾਨੂੰ ਫੋਨਾਂ ਕਿ ਨਹੀਂ ਤੇ ਵੈਸੇ ਹੀ ਹਾਂ ਚੰਗੇ ਤਾਂ ਖੈਰ ਇਹ ਹੈਗੇ ਨੇ ਵੈਸੇ ਤਾਂ ਵੀ ਡੋਨਟ ਨੋ ਈਚ ਅਦਰ ਦੈਟ ਮਚ ਕਿ ਮਤਲਬ ਅਸੀਂ ਫਿਲਮਾਂ ਦੀ ਸੈੱਟ ਤੇ ਮਿਲੇ ਸੈੱਟ ਤੋਂ ਹੀ ਅਬਜ਼ਰਵ ਕੀਤੀ ਹੋਏ ਪਰ ਚੰਗੇ ਤਾਂ ਹੈਗੇ ਨੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਰਹਿੰਦੇ ਨੇ ਮਾੜੀ ਆਦਤ ਕਦੇ ਕਦੇ ਚੁੱਪ ਹੋ ਜਾਂਦੇ ਨੇ ਅਸੀਂ ਚੁੱਪ ਨਾ ਹੋਏ ਸੋਨੀਆ ਨੇ ਬਹੁਤ ਜ਼ਿਆਦਾ ਇੰਪਰੂਵ ਕੀਤਾ ਪਹਿਲੀ ਫਿਲਮ ਤੋਂ ਜੈਨੂਇਨਲੀ ਇਸ ਵਾਰ ਤਾਂ ਬਹੁਤ ਜ਼ਿਆਦਾ ਬਿਕਾਜ਼ ਪਹਿਲਾਂ ਅਸੀਂ ਕਰਿਆ ਸੀ ਕਿ ਗਾਣਾ ਵੀ ਕੀਤਾ ਸੀ ਅਤੇ ਫਿਲਮ 'ਚ ਕਰੈਕਟਰ ਦੀ ਲੈਂਥ ਵੀ ਜ਼ਿਆਦਾ ਹੈ ਪਹਿਲੇ ਨਾਲੋਂ ਇਸ ਵਾਰੀ ਅਤੇ ਜੈਨੂਅਨਲੀ ਜਦੋਂ ਥਰਡ ਵਾਸਤੇ ਇਹ ਸੋਨੀਆ ਚੂਜ਼ ਕੀਤੀ ਸੀ ਨਾ ਅਤੇ ਆਈ ਵਾਜ਼ ਲਾਈਕ ਵੀ ਮੈਨੂੰ ਥੋੜ੍ਹਾ ਜਿਹਾ ਡਰ ਜਿਹਾ ਸੀਗਾ ਬਟ ਜਦੋਂ ਸੈੱਟ 'ਤੇ ਆਏ ਅਤੇ ਉਦੋਂ ਮਤਲਬ ਇਹਨੇ ਇੰਨਾ ਇੰਪਰੂਵ ਕੀਤਾ ਸਿੱਖਿਆ ਬਿਕਾਜ਼ ਪਹਿਲੇ ਤੋਂ ਬਾਅਦ 'ਚ ਗੈਪ ਪਿਆ ਸੀ ਦੋ ਢਾਈ ਸਾਲਾਂ ਦਾ ਅਤੇ ਨਾਲੇ ਸਿੱਖਿਆ ਵੀ ਸਿੱਖ ਕੇ ਨਾ ਸਿੱਖ ਕੇ ਸਿੱਖਣ ਨਾਲੋਂ ਜਿਹੜਾ ਆਪਾਂ ਗੈਪ ਆ ਕੇ ਫਿਲਮਾਂ ਵਾਚ ਕੀਤੀਆਂ ਜਾਂ ਸੈੱਟ 'ਤੇ ਆਏ ਨਿੱਕਾ ਜਲਦਾ ਟੂ 'ਤੇ ਜਾਂ ਕੁਛ ਵਾਚ ਕੀਤਾ ਜਾਂ ਕਰਦੇ ਵੇਖਿਆ ਸਾਰਿਆਂ ਸਾਹਮਣੇ ਉਦੋਂ ਪਤਾ ਕਰ ਸਕਦਾ ਵੇਖ ਕੇ ਫੋਰ ਐਗਜ਼ਾਮਪਲ ਅਸੀਂ ਫਿਲਮਾਂ ਮੈਂ ਹਰ ਫਿਲਮ ਵੇਖਦਾ ਮਾੜੀ ਚੰਗੀ ਜਦੋਂ ਮੈਨੂੰ ਸਮਾਂ ਲੱਗਦਾ ਮੈਂ ਵੇਖ ਕੇ ਆਉਣਾ ਉੱਥੋਂ ਮੈਂ ਬਹੁਤ ਕੁਛ ਸਿੱਖਿਆ ਉਹਨਾਂ ਵਿੱਚੋਂ ਐਕਟਿੰਗ ਦੀਆਂ ਵੀ ਕਾਫੀ ਚੀਜ਼ਾਂ ਸਿੱਖਦਾ ਅਤੇ ਫਿਰ ਉਸ ਤੋਂ ਬਾਅਦ 'ਚ ਡਾਇਰੈਕਸ਼ਨ ਦੀਆਂ ਸਿੱਖਦਾ ਚੀਜ਼ਾਂ ਰਾਈਟਿੰਗ ਦੀਆਂ ਸਾਰੀਆਂ ਚੀਜ਼ਾਂ ਸਿੱਖਦਾ ਹਰ ਬੰਦਾ ਸੋ ਇਹਨੇ ਡੈਫੀਨੇਟਲੀ ਕਾਫੀ ਚੀਜ਼ਾਂ ਵਾਚ ਕਰਕੇ ਇਹਨੇ ਬਹੁਤ ਜ਼ਿਆਦਾ ਸੋਹਣਾ ਪਰਫਾਰਮ ਕੀਤਾ ਇਹ ਚੰਗੀ ਆਦਤ ਆ ਮਾੜੀ ਹੈ ਮਾੜੀ ਮਾੜੀ ਕੱਢਣ ਵਾਸਤੇ ਤੁਸੀਂ ਮਾੜਾ ਬੰਦਾ ਲੱਗਦਾ ਜਦੋਂ ਤੁਸੀਂ ਬੜਾ ਚਿਰ ਨਾਲ ਇਕੱਠੇ ਰਹਿੰਦੇ ਹੋ ਨਾਲ ਇਕੱਠਾ ਕੰਮ ਕਰਦੇ ਹੋ ਥੋੜੇ ਚਿਰ ਬਾਅਦ ਬੰਦਾ ਕਿੰਨਾ ਵਧੀਆ ਹੁੰਦਾ ਤੇ ਐਮ ਜੀ ਇਸ ਤੋਂ ਬਾਅਦ ਹੋਰ ਵੀ ਆਪਾਂ ਚੰਗੇ ਰਹੀ ਇਸ ਤੋਂ ਬਾਅਦ ਹੁਣ ਕਿਹੜੀ ਪੰਜਾਬੀ ਫਿਲਮ ਤੇ ਸਿੰਗਲ ਟਰੈਕਸ ਲਾਈਨ ਸਿੰਗਲ ਟਰੈਕ ਸਭ ਤੋਂ ਪਹਿਲਾਂ ਆਹ ਆਪਣੀ ਫਿਲਮ ਹੈ ਜੀ ਦੂਜੀ ਨਿਕਾ ਜਲਦਾਰ 320th ਨੂੰ ਇਸ ਤੋਂ ਬਾਅਦ ਛੱਲੇ ਮੁੰਦੀਆਂ ਠੀਕ ਹੈ ਉਹ ਚ ਅਸੀਂ ਇਕੱਠੇ ਹਾਂ ਬਹੁਤ ਬਾਲੀਵੁੱਡ 'ਚ ਇਸ ਤੋਂ ਬਾਅਦ ਕੋਈ ਹੋਰ 83 ਤੋਂ ਬਾਅਦ ਕੋਈ ਫਿਲਮ 83 ਤੋਂ ਬਾਅਦ ਬੁੱਝ ਉਹ 15 ਅਗਸਤ ਨੂੰ ਰਿਲੀਜ਼ ਹੋਣੀ ਹੈ ਬੁੱਝ ਦਾ ਪ੍ਰਾਈਡ ਆਫ ਇੰਡੀਆ ਠੀਕ ਹੈ ਤੇ ਜਾਣ ਤੋਂ ਪਹਿਲਾਂ ਐਮੀ ਜੀ ਆਪਣੀ ਪਿਆਰੀ ਜੀ ਆਵਾਜ਼ 'ਚ ਕੋਈ ਫਿਲਮ ਦਾ ਗੀਤ ਸਾਨੂੰ ਗਾ ਕੇ ਜੋ ਸੁਣਾ ਪਾਓ ਥੋੜ੍ਹਾ ਜਿਹਾ ਹੋ ਮਰਾਂ ਤੇਰੇ ਉੱਤੇ ਲੋਕਾਂ ਨੂੰ ਸਿਆਣਦਾ ਨਹੀਂ ਬਿੱਲੋ ਉਹ ਕਿਵੇਂ ਕਰੀਦੀ ਚਲਾਕੀ ਜੱਟ ਜਾਣਦਾ ਨਹੀਂ ਬਿੱਲੋ ਨੇੜੇ ਹੋ ਕੇ ਬਹਿਨੀ ਹੈ ਦੂਰ ਦੂਰ ਤੱਕ ਤੂੰ ਹੀ ਰਹਿਨੀ ਹੈ ਮੇਰੇ ਦਿਲ ਦੇ ਨੀ ਸਾਰੇ ਕਿਲੋਮੀਟਰਾਂ 'ਚ ਓ ਤੂੰ ਮੇਰੀ ਕੀ ਲੱਗਦੀ ਜੱਟ ਲਾਸਮੈਂਟ ਕਰ ਦੂ ਸਪੀਕਰਾਂ 'ਚ ਕਿਆ ਬਾਤ ਹੈ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਨਿੱਕਾ ਜ਼ੈਲਦਾਰ ਤਿੰਨ ਵਾਰੇ ਆਡੀਅੰਸ ਨੂੰ ਜੀ ਮਤਲਬ ਜੈਨੂਅਲੀ ਬੜੀ ਸੋਹਣੀ ਫਿਲਮਾਂ ਸੋਹਣੀਆਂ ਤੁਸੀਂ ਜ਼ਰੂਰ ਵੇਖਿਓ ਸਾਰੇ ਜਣੇ ਜਾ ਕੇ ਵੀ ਮਿਲਿਓ ਵੀ ਪਹਿਲੀ ਦੂਜੀ ਇਕੱਠਾ ਮਿਲਾ ਕੇ ਜਿੰਨਾ ਐਂਟਰਟੇਨਮੈਂਟ ਸੀ ਉਹਨੂੰ ਡਬਲ ਅਤੇ ਉਹਨੂੰ 1000 ਨਾਲ ਮਲਟੀਪਲਾਈ ਕਰ ਲਓ ਉੰਨੀ ਜ਼ਿਆਦਾ ਘੈਂਟ ਫਿਲਮ ਹੈ ਬਿਲਕੁਲ ਸਹੀ ਕਿਹਾ ਐਮੀ ਨੇ ਬਹੁਤ ਹੀ ਜ਼ਿਆਦਾ ਐਂਟਰਟੇਨਮੈਂਟ ਹੈ ਫਿਲਮ ਦੇ ਵਿੱਚ ਸਾਂਭਿਆ ਨਹੀਂ ਸੰਭਲਣਾ ਤੁਹਾਡੇ ਕੋਲ ਸੋ 20th September ਨੂੰ ਥੀਏਟਰਸ 'ਚ ਜ਼ਰੂਰ ਜਾਓ
ਤੇ ਬਿਲਕੁਲ ਜੀ 20 ਸਪਤੰਬਰ ਨੂੰ ਨਿੱਕਾ ਜ਼ੈਲਦਾਰ 3 ਦੀ ਟੀਮ ਨੂੰ ਆਪਾਂ ਮਿਲਾਂਗੇ ਥੀਏਟਰਾਂ 'ਚ, ਉਦੋਂ ਤੱਕ ਲਈ ਇਹਨਾਂ ਦੋਨਾਂ ਨੂੰ ਆਲ ਦਾ ਬੈਸਟ ਅਤੇ ਵੈਰੀ ਵੈਰੀ ਕੰਗਰੈਚੁਲੇਸ਼ਨ, ਸਤਿ ਸ਼੍ਰੀ ਅਕਾਲ ਜੀ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਸਾਡੇ ਨਾਲ ਨੇ ਸੋਨੀਆ ਕੌਰ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਨਿੱਕਾ ਜ਼ੈਲਦਾਰ 1 ਦੇ ਵਿੱਚ ਤੇ ਵੰਸ ਅਪੋਨ ਟਾਈਮ ਇਨ ਅੰਮ੍ਰਿਤਸਰ ਦੇ ਵਿੱਚ ਦੇਖਿਆ ਤੇ ਉਹਨਾਂ ਦੇ ਕੰਮ ਨੂੰ ਸਰਾਹਿਆ, ਤੇ ਅੱਜ ਉਹ ਸਾਡੇ ਨਾਲ ਨੇ। ਆਓ ਕਰਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ, ਕਿਉਂਕਿ ਉਹਨਾਂ ਦੀ ਨਵੀਂ ਫਿਲਮ ਆ ਰਹੀਆਂ ਨੇ ਛੱਲੇ ਮੁੰਦੀਆਂ ਤੇ ਨਿੱਕਾ ਜ਼ੈਲਦਾਰ 3, ਇਸ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਨੇ ਮੇਰੇ ਸੋਨੀਆ ਕੌਰ, ਕਰਦੇ ਉਹਨਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਮੈਮ? ਆਲ ਗੁੱਡ, ਤੁਸੀਂ ਸੁਣਾਓ? ਮੈਮ ਬਹੁਤ ਵਧੀਆ ਜੀ। ਮੈਮ ਸਭ ਤੋਂ ਪਹਿਲਾਂ ਤਾਂ ਆਪਣੀ ਪੜ੍ਹਾਈ ਬਾਰੇ, ਆਪਣੀ ਜ਼ਿੰਦਗੀ ਬਾਰੇ, ਕਿੱਥੋਂ ਮੈਮ ਤੁਹਾਡਾ ਪਿਛੋਕੜ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸ ਦਿਓ। ਮੈਂ ਬੇਸਿਕਲੀ ਜੰਮੂ ਤੋਂ ਬਿਲੋਂਗ ਕਰਦੀ ਹਾਂ। ਅੱਛਾ। ਹਾਂਜੀ, ਮੇਰੀ ਫੈਮਿਲੀ ਜਿਹੜੀ ਉਹ ਜੰਮੂ ਰਹਿੰਦੇ ਹੈ, ਮੇਰੇ ਮਦਰ, ਫਾਦਰ, ਮੇਰੇ ਬ੍ਰਦਰ। ਸੋ ਮੇਰੀ ਬੋਰਨ ਬ੍ਰੋਟਅਪ ਮੈਂ ਉੱਥੇ ਦੀ ਹਾਂ, ਮੇਰੀ ਸਕੂਲਿੰਗ ਉੱਥੋਂ ਹੋਈ ਹੈ, ਦੈਨ ਮੇਰੀ ਹਾਇਰ ਸਟੱਡੀਜ਼ ਲਈ ਮੈਂ ਦਿੱਲੀ ਸ਼ਿਫਟ ਹੋ ਗਈ ਸੀ ਲਾਈਕ 4-5 ਈਅਰਸ ਬੈਕ। ਅਤੇ ਉੱਥੇ ਮਤਲਬ ਵਿਦ ਮਾਈ ਕੋਲੇਜ ਆਈ ਸਟਾਰਟਡ ਡੂਇੰਗ ਐਂਕਰਿੰਗ, ਆਈ ਐਮ ਐਨ ਐਂਕਰ ਐਜ਼ ਵੈਲ। ਓਕੇ। ਯਾ, ਸੋ ਆਈ ਐਮ ਅ ਪ੍ਰੋਪਰ ਪ੍ਰੋਫੈਸ਼ਨਲ ਐਂਕਰ, ਮੈਂ ਕਾਰਪੋਰੇਟ ਈਵੈਂਟਸ ਵਗੈਰਾ ਕਰਦੀ ਹਾਂ। ਸੋ ਵਿਦ ਦੈਟ ਮੈਨੂੰ ਇੰਟਰਸਟ ਵੀ ਸੀਗਾ, ਪਰ ਸਮ ਹਾਓ ਸਿਚੁਏਸ਼ਨਸ ਵੀ ਇੱਦਾਂ ਦੀਆਂ ਬਣ ਗਈਆਂ ਕਿ ਮੈਂ ਪੰਜਾਬੀ ਫਿਲਮ ਇੰਡਸਟਰੀ 'ਚ ਆ ਗਈ। ਜੀ, ਮੈਂ ਉਹਨਾਂ ਪ੍ਰਸਥਿਤੀਆਂ ਨੂੰ ਪੁੱਛਾਂ ਵੀ ਐਂਕਰਿੰਗ ਤੋਂ ਐਕਟਿੰਗ ਵੱਲ ਆਉਣ ਦੀ ਕਿਹੜੀਆਂ ਪ੍ਰਸਥਿਤੀਆਂ ਸੀਗੀਆਂ, ਵੀ ਕਿਹੜੀਆਂ ਉਹ ਕਾਰਨ ਸੀਗੇ ਜਿਨ੍ਹਾਂ ਨੇ ਤੁਹਾਨੂੰ ਐਂਕਰਿੰਗ ਵੱਲ, ਐਂਕਰਿੰਗ ਤੋਂ ਐਕਟਿੰਗ ਵੱਲ ਪ੍ਰੇਰਿਆ? ਫਰੈਂਡਸ। ਅੱਛਾ, ਕੀ ਲੱਗਿਆ ਉਹਨਾਂ ਨੂੰ ਫਰੈਂਡਸ ਨੂੰ ਵੀ ਤੂੰ ਐਕਟਿੰਗ ਬਹੁਤ ਅੱਛੀ ਕਰ ਲੈਂਦੀ ਆ, ਜਾਂ ਐਂਕਰਿੰਗ ਦੇ ਵਿੱਚ ਤੁਸੀਂ ਐਕਟਿੰਗ ਕਰਦੇ ਸੀ, ਕੀ ਕਰਦੇ? ਨਹੀਂ, ਐਕਚੁਲੀ ਐਕਟਿੰਗ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਰਦੀ ਹਾਂ, ਜਾਂ ਮਤਲਬ ਮੈਨੂੰ ਵੀ ਨਹੀਂ ਸੀ ਪਤਾ ਮੈਂ ਕਰ ਸਕਦੀ ਹਾਂ ਕਿ ਨਹੀਂ। ਬਟ ਮੇਰੇ ਫਰੈਂਡਸ ਮੈਨੂੰ ਐਂ ਕਹਿੰਦੇ ਸੀ ਕਿ ਲਾਈਕ ਯੂ ਆਰ ਵੈਰੀ ਟੋਲ, ਯੂ ਹੈਵ ਵੈਰੀ ਗੁੱਡ ਫਿਜ਼ੀਕ, ਸੋ ਯੂ ਸ਼ੁੱਡ ਟਰਾਈ ਫੋਰ ਫਿਲਮ। ਸੋ ਆਈ ਸੈਡ ਓਕੇ, ਆਈ ਵੁੱਡ ਲਵ ਟੂ, ਬਟ ਆਈ ਡੋਂਟ ਨੋ ਹਾਊ ਟੂ। ਸੋ ਦੇ ਵਰ ਲਾਈਕ ਕਿ ਮਤਲਬ ਦੇ ਵਰ ਸਮ ਹਾਓ ਕਨੈਕਟਿਡ ਟੂ ਪੰਜਾਬੀ ਫਿਲਮ ਇੰਡਸਟਰੀ, ਤਾਂ ਉਹਨਾਂ ਨੇ ਕਿਹਾ ਕਿ ਆਪਾਂ ਮਤਲਬ ਜਾਣਦੇ ਹਾਂ ਕੁਛ ਲੋਕਾਂ ਨੂੰ, ਹੈ ਨਾ। ਦੈਟ ਟਾਈਮ ਹਰਜੀਤ ਰਿੱਕੀ ਸਰ ਜਿਹਨਾਂ ਨੇ ਵੰਸ ਅਪੋਨ ਟਾਈਮ ਇਨ ਅੰਮ੍ਰਿਤਸਰ ਬਣਾਈ, ਸੋ ਮੇਰੇ ਫਰੈਂਡਸ ਨੇ ਮੈਨੂੰ ਉਹਨਾਂ ਨਾਲ ਮਿਲਵਾਇਆ, ਬਿਕੋਜ਼ ਹੀ ਵਾਜ਼ ਲੁਕਿੰਗ ਫੋਰ ਅ ਨਿਊ ਫੇਸ ਦੈਟ ਟਾਈਮ। ਅੱਛਾ। ਸੋ ਆਪਾਂ ਉਹਨਾਂ ਨੂੰ ਮਿਲੇ ਜਦੋਂ ਤੁਸੀਂ ਦਿੱਲੀ ਰਹਿੰਦੇ ਸੀ, ਪੜ੍ਹਦੇ ਸੀ? ਹਾਂਜੀ ਹਾਂਜੀ, ਉਸ ਟਾਈਮ 'ਤੇ। ਸੋ ਆਪਾਂ ਉਹਨਾਂ ਨੂੰ ਮਿਲੇ, ਸੋ ਹੀ ਲਾਈਕ ਮਾਈ ਕਾਇੰਡ ਆਫ ਆਡੀਸ਼ਨ ਆਈ ਗੇਵ, ਸੋ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਮੈਨੂੰ ਕਾਸਟ ਕਰਨਾ ਚਾਹੀਦਾ, ਸੋ ਹੀ ਡਿਡ ਦੈਟ। ਅੱਛਾ। ਅਤੇ ਮੈਮ ਜਦੋਂ ਵੰਸ ਅਪੋਨ ਟਾਈਮ ਇਨ ਅੰਮ੍ਰਿਤਸਰ 'ਚ ਕੰਮ ਕਰ ਲਿਆ, ਅਤੇ ਉਸ ਤੋਂ ਬਾਅਦ ਨਿੱਕਾ ਜ਼ੈਲਦਾਰ ਤੁਹਾਡੇ ਕੋਲ ਆਈ, ਨਿੱਕਾ ਜ਼ੈਲਦਾਰ ਦੇ ਵਿੱਚ ਤੁਸੀਂ ਉਹਦੇ ਸੋਨਮ ਬਾਜਵਾ ਦੀ ਭੈਣ ਦਾ ਰੋਲ ਕਰਿਆ, ਅਤੇ ਉਹ ਰੋਲ ਸੀਗਾ ਬੜਾ ਚੁਟਪੁਟਾ ਜਿਹਾ, ਥੋੜ੍ਹਾ ਜਿਹਾ ਤੇਜ਼ ਦਿਮਾਗ ਜਿਹਾ, ਹੈ ਨਾ, ਥੋੜ੍ਹਾ ਜਿਹਾ ਐਂਡ ਦੇ ਵਿੱਚ। ਅਤੇ ਜਦੋਂ ਹੁਣ ਨਿੱਕਾ ਜ਼ੈਲਦਾਰ 3 ਆ ਰਹੀ ਹੈ, ਇਹ 'ਚ ਤੁਹਾਡਾ ਕਿਰਦਾਰ ਕਿਹੋ ਜਿਹਾ ਹੋਏਗਾ? ਅਗੇਨ ਕੁਛ ਥੋੜ੍ਹਾ ਬਹੁਤ ਫਲੇਵਰ ਮੇਰੇ ਫਸਟ ਰੋਲ ਵਾਲਾ ਵੀ ਹੈਗਾ। ਅੱਛਾ। ਬਹੁਤ ਮਤਲਬ ਉਸੇ ਕੈਰੈਕਟਰ 'ਤੇ ਫਿਲਮ ਦਾ ਟਵਿਸਟ ਹੈਗਾ ਬੇਸਡ, ਬਟ ਇਹ ਬਹੁਤ ਹੀ ਜ਼ਿਆਦਾ ਪਾਵਰ ਪੈਕਡ ਰੋਲ ਹੈ, ਬਹੁਤ ਹੀ ਜ਼ਿਆਦਾ ਪਰਫੋਰਮੈਂਸ ਬੇਸਡ ਰੋਲ ਹੈ। ਐਂਡ ਯੂ ਨੋ, ਮੈਨੂੰ ਜਦੋਂ ਇਹ ਰੋਲ ਲਈ ਕਿਹਾ ਗਿਆ ਸੀ, ਮੈਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਇਟਸ ਯੂ ਨੋ
great opportunity that I'm getting. If I'll do justice with this role, then I have doors open for me. Like, I have a bright career in industry if I do that. So, I took that challenge. And ਮੈਂ ਕੁਛ ਹੋਮਵਰਕ ਵੀ ਕੀਤਾ ਸੀ ਆਈ ਡੋਂਟ ਨੋ ਕਿ ਹੁਣ ਅੱਗੇ ਕਿੱਦਾਂ ਦਾ ਸਕਰੀਨ 'ਤੇ ਆਊਗਾ ਬਟ ਮੈਂ ਬਹੁਤ ਪ੍ਰਿਪੇਅਰ ਕੀਤਾ ਉਸ ਚੀਜ਼ ਲਈ ਆਪਣੇ ਆਪ ਨੂੰ ਐਂਡ ਅਫਕੋਰਸ ਸਿਮਰਜੀਤ ਸਰ ਜਿਹੜੇ ਸਾਡੇ ਫਿਲਮ ਦੇ ਡਾਇਰੈਕਟਰ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਰੇਟ ਕਰਕੇ ਐਂਡ ਵੋਟ ਐਵਰ ਯੂ ਨੋ ਦੈਟ ਰੋਲ ਵੋਜ ਯੂ ਨੋ ਰਿਕੁਆਇਰਡ ਔਫ ਸੋ ਉਹਨਾਂ ਨੇ ਮੈਨੂੰ ਉਸ ਚੀਜ਼ ਲਈ ਬਹੁਤ ਜ਼ਿਆਦਾ ਸਮਝਾਇਆ ਕਿ ਐਵੇਂ ਕਰਨਾ ਉਵੇਂ ਕਰਨਾ ਸੋ ਆਈ ਡਿਡ ਦੈਟ ਐਂਡ ਆਈ ਹੋਪ ਕਿ ਵਧੀਆ ਹੋਇਆ ਸ਼ੀਸ਼ੇ ਮੂਹਰੇ ਖੜ ਕੇ ਕਰਦੇ ਹੁੰਦੇ ਸੀ ਰੋਲ ਵੀ ਹਾਂ ਹੁਣ ਮੈਂ ਆਪਣਾ ਸ਼ੂਟ ਦੇਣ ਜਾਣਾ ਜਾਂ ਮੇਰਾ ਹੁਣ ਰੋਲ ਹੈਗਾ ਹੁਣ ਜੇ ਮੈਂ ਐਕਟ ਕਰਨਾ ਹੈਗਾ ਤਾਂ ਫਿਰ ਪਹਿਲਾਂ ਪ੍ਰੈਕਟਿਸ ਕਰਦੇ ਸੀ ਉਹਦੀ ਪ੍ਰਿਪੇਅਰ ਹਾਂ ਪ੍ਰੈਕਟਿਸ ਕਰਦੇ ਸੀ ਬਟ ਨੋਟ ਸ਼ੀਸ਼ੇ ਦੇ ਸਾਹਮਣੇ ਬਿਕੋਜ਼ ਮੈਂ ਮੇਰੇ ਇੱਕ ਐਕਟਿੰਗ ਟ੍ਰੇਨਰ ਨੇ ਦਿੱਲੀ 'ਚ ਜਿਹਨਾਂ ਮੈਂ ਥੋੜ੍ਹਾ ਜਿਹਾ ਗੈਪ ਫਿਲਮਾਂ ਦੇ ਵਿੱਚ ਪਾਇਆ ਉਦੋਂ ਮੈਂ ਉਹਨਾਂ ਤੋਂ ਟ੍ਰੇਨਿੰਗ ਲਈ ਸੋ ਉਹਨਾਂ ਨੇ ਮੈਨੂੰ ਸਭ ਤੋਂ ਪਹਿਲੀ ਚੀਜ਼ ਕਿ ਇਹੀ ਕਹੀ ਸੀ ਕਿ ਕਦੇ ਵੀ ਸ਼ੀਸ਼ੇ ਸਾਹਮਣੇ ਨਾ ਕਰੀ ਅੱਛਾ ਹਾਂ ਸੋ ਜਸਟ ਟਰਾਈ ਟੂ ਫੀਲ ਦੈਟ ਜੋ ਮਤਲਬ ਕਿਤੇ ਨਹੀਂ ਦੇਖਣਾ ਕਿ ਕਿਵੇਂ ਕਰ ਰਹੀ ਹੈ ਕਿਵੇਂ ਨਹੀਂ ਕਰ ਰਹੀ ਹੈ ਬਿਕੋਜ਼ ਦੈਨ ਆਲ ਬੀ ਮੋਰ ਲਾਈਕ ਕਿਵੇਂ ਸੋਹਣੀ ਲੱਗ ਰਹੀ ਹਾਂ ਕਿ ਨਹੀਂ ਲੱਗ ਰਹੀ ਹਾਂ ਮੇਰੀ ਲੁੱਕ ਠੀਕ ਆ ਰਹੀ ਹੈ ਮੈਂ ਐਕਸਪ੍ਰੈਸ਼ਨ ਕਿਵੇਂ ਦੇ ਰਹੀ ਹਾਂ ਸੋ ਇਟ ਵਾਸ ਲਾਈਕ ਕਿ ਉਹ ਸਾਰੀ ਟੈਨਸ਼ਨ ਛੱਡ ਦਿਓ ਅੱਛਾ ਠੀਕ ਹੈ ਤੁਸੀਂ ਜਦੋਂ ਕੰਮ ਵਧੀਆ ਕਰੋਗੇ ਤੁਸੀਂ ਆਪਣੇ ਆਪ ਸੋਹਣੇ ਲੱਗੋਗੇ ਬਿਲਕੁਲ ਹੈ ਨਾ ਸੋ ਉਹਨਾਂ ਨੇ ਮੈਨੂੰ ਹਮੇਸ਼ਾ ਕਮਲ ਚੌਧਰੀ ਜੀ ਨੇ ਠੀਕ ਹੈ ਦ ਸਿਨੇਮੈਟਿਕ ਲਾਈਫ ਦਿੱਲੀ 'ਚ ਉਹਨਾਂ ਦਾ ਇੰਸਟੀਟਿਊਟ ਹੈ ਸੋ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਲਾਈਕ ਆਲਵੇਜ ਫੀਲ ਦੈਟ ਥਿੰਗ ਠੀਕ ਹੈ ਸੋ ਮੈਂ ਜਦੋਂ ਸਾਡਾ ਕੋਈ ਵੀ ਸੀਨ ਹੁੰਦਾ ਸੀ ਨਾ ਮੈਂ ਵੈਨਿਟੀ 'ਚ ਬੈਠੇ ਆਈ ਸੋਚਦੀ ਰਹਿੰਦੀ ਸੀ ਕਿ ਲਾਈਕ ਹਾਂ ਠੀਕ ਹੈ ਇੱਦਾਂ ਸਿਚੁਏਸ਼ਨ ਸਮਟਾਈਮਸ ਮੈਂ ਮੇਕਅਪ ਕਰਵਾਉਂਦੇ ਵੀ ਮੇਰਾ ਫੇਸ ਹੈ ਹੁੰਦਾ ਸੀ ਹਾਂ ਸੋ ਦੇ ਵਰ ਲਾਈਕ ਕਿ ਹਜੇ ਮੇਕਅਪ ਕਰ ਰਹੇ ਹਾਂ ਮੇਕਅਪ ਆਰਟਿਸਟ ਕਿ ਹਜੇ ਰੁਕ ਜਾਓ ਹਾਂ ਰੁਕ ਜਾਓ ਤੁਸੀਂ ਪਹਿਲੇ ਕੈਰੈਕਟਰ ਦੇ ਵਿੱਚ ਆ ਜਾਂਦੇ ਸੀ ਹਾਂ ਬਿਕੋਜ਼ ਯੂ ਨੋ ਆਈ ਵਾਸ ਬਿਟ ਕਨਫਿਊਜ਼ਡ ਆਲਸੋ ਬਿਕੋਜ਼ ਆਈ ਐਮ ਯੂ ਨੋ ਵੀ ਨਿਊ ਇਨ ਦਿਸ ਐਂਡ ਆਈ ਰੀਲੀ ਵਾਂਟ ਟੂ ਡੂ ਗੁੱਡ ਸੋ ਮੈਂ ਆਪਦੀ ਤਰਫੋਂ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਪੂਰੀ ਪ੍ਰੈਕਟਿਸ ਕਰਦੀ ਸੀ ਠੀਕ ਹੈ ਮੈਂ ਪੁੱਛਦੀ ਸੀ ਆਪਣੇ ਡਾਇਰੈਕਟਰ ਸਰ ਨੂੰ ਕਿ ਸਰ ਇੱਦਾਂ ਠੀਕ ਰਹੂਗਾ ਉੱਦਾਂ ਠੀਕ ਰਹੂਗਾ ਸੋ ਹੀ ਵਾਸ ਆਲਵੇਜ਼ ਲਾਈਕ ਯਾਰ ਦਿਸ ਇਜ਼ ਨਾਈਸ ਈਵਨ ਮੇਰੇ ਜਿਹੜੇ ਕੋਸਟਾਰ ਸੀਗੇ ਐਮੀ ਐਨ ਆਲ ਸਾਰਿਆਂ ਨੇ ਵੀ ਮੇਰੀ ਬਹੁਤ ਹੈਲਪ ਕੀਤੀ ਸੋ ਵੀ ਡਿਡ ਦੈਟ ਐਂਡ ਲੈਟਸ ਸੀ ਕਿ ਸਕਰੀਨ 'ਤੇ ਕਿਵੇਂ ਲੱਗਦਾ ਅੱਛਾ ਸਿੱਖਿਆ ਹੋਇਆ ਜਿਹੜਾ ਤੁਸੀਂ ਕਹਿੰਦੇ ਵੀ ਮੈਂ ਦਿੱਲੀ ਸਿੱਖਦੇ ਹਾਂ ਆਪਣੇ ਉਸਤਾਦ ਜੀ ਤੋਂ ਉਹ ਤੁਹਾਡਾ ਸਿੱਖਿਆ ਹੋਇਆ ਕਿੰਨਾ ਕੰਮ ਆਉਂਦਾ ਤੁਹਾਡੀ ਫਿਲਮਾਂ ਦੇ ਵਿੱਚ ਆਈ ਗੈਸ ਮੈਨੂੰ ਤਾਂ ਕੰਮ ਆਇਆ ਠੀਕ ਹੈ ਬਿਕੋਜ਼ ਜਿਹੜਾ ਇੰਸਟੀਟਿਊਟ ਮੈਂ ਜੁਆਇਨ ਕੀਤਾ ਸੀ ਉਹਦੇ 'ਚ ਇਹ ਨਹੀਂ ਹੈ ਕਿ ਆਓ ਹਮ ਆਪਕੋ ਐਕਟਿੰਗ ਸਿਖਾ ਦੇਂਗੇ ਅੱਛਾ ਹਾਂ ਕਿਉਂਕਿ ਮੈਂ ਕਮਲ ਚੌਧਰੀ ਜੀ ਜਦੋਂ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਮੈਂ ਜਾ ਕੇ ਉਹਨਾਂ ਨਾਲ ਡਿਸਕਸ਼ਨ ਕੀਤੀ ਬਿਕੋਜ਼ ਆਈ ਸੋ ਮੈਨੀ ਸਕੂਲਸ ਮੈਨੀ ਐਕਟਿੰਗ ਟ੍ਰੇਨਰਸ ਦੇਅਰ ਇਨ ਦਿੱਲੀ ਸੋ ਉਹਦੇ 'ਚ ਐਂ ਸੀਗਾ ਕਿ ਆਪਾਂ ਇੰਨੇ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ ਇੰਨੇ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ ਸੋ ਆਈ ਡਿਡਨਟ ਵਾਂਟ ਟੂ ਜੁਆਇਨ ਲਾਈਕ ਦੈਟ ਕਿ ਪੂਰੇ ਕਰਾਊਡ 'ਚ ਆਪਾਂ ਬੈਠ ਕੇ ਕਰ ਰਹੇ ਹਾਂ ਕੁਛ ਸਮਝ ਆ ਰਿਹਾ ਨਹੀਂ ਆ ਰਿਹਾ ਬਟ ਮਾਈ ਟ੍ਰੇਨਰ ਲਾਈਕ ਮੈਂ ਉਹਨਾਂ ਦੇ ਨਾਲ ਬਰੀਫ ਡਿਸਕਸ਼ਨ ਬਿਫੋਰ ਆਈ ਸਟਾਰਟਡ ਦੈਟ ਕਲਾਸ ਆਪਣੀ ਬਹੁਤ ਬਰੀਫ ਡਿਸਕਸ਼ਨ ਹੋਈ ਸੀ ਕਿ ਉਹ ਮੈਨੂੰ ਕਿਵੇਂ ਸਿਖਾਉਣਗੇ ਠੀਕ ਹੈ ਸੋ ਮੈਨੂੰ ਵੀ ਪਤਾ ਕਿ ਮੈਂ ਕਿਵੇਂ ਚੀਜ਼ਾਂ ਸਿੱਖ ਸਕਦੀ ਹਾਂ ਅੱਛਾ ਸੋ ਆਈ ਵਾਂਟ ਮਾਈ ਟੀਚਰ ਠੀਕ ਹੈ ਮੈਂ ਉਹਨਾਂ ਦੀ ਕਈਆਂ ਹੋਈਆਂ ਚੀਜ਼ਾਂ ਨੂੰ ਫੋਲੋ ਕਰਾਂਗੀ ਬਟ ਉਹ ਵੀ ਮੈਨੂੰ ਅੰਡਰਸਟੈਂਡ ਕਰਨ ਕਿ ਮੈਂ ਜੋ ਕਰਨਾ ਚਾਹੁੰਦੀ ਹਾਂ ਹੈ ਨਾ ਮੈਨੂੰ ਅੰਡਰਸਟੈਂਡ ਕਰ ਸੋ ਉਹਨਾਂ ਨੇ ਮੈਨੂੰ ਬਹੁਤ ਅੰਡਰਸਟੈਂਡ ਕੀਤਾ ਸੋ ਆਈ ਗੈਸ ਉਹਨਾਂ ਨੇ ਜਿਹੜੇ ਮੈਨੂੰ ਪੁਆਇੰਟ ਸਮਝਾਏ ਉਹਨਾਂ ਨੇ ਕੋਈ ਐਕਟਿੰਗ ਨਹੀਂ ਸਿਖਾਈ ਮੈਨੂੰ ਬਟ ਉਹਨਾਂ ਨੇ ਮੈਨੂੰ ਇੱਕ ਵੇ ਸਿਖਾਇਆ ਕਿ ਹਾਓ ਆਈ ਕੈਨ ਐਕਟ ਠੀਕ ਹੈ ਉਹਨਾਂ ਨੇ ਮੇਰੇ ਅੰਦਰ ਥੋੜ੍ਹਾ ਜਿਹਾ ਕੌਨਫੀਡੈਂਸ ਵੀ ਬਿਲਟ ਅਪ ਕਰਾਇਆ ਕਿ ਫੋਗੇਟ ਕਿ ਤੁਸੀਂ ਕਿਵੇਂ ਲੱਗ ਰਹੇ ਹੋ ਕੈਮਰਾ 'ਤੇ ਜਾਂ ਤੁਸੀਂ ਬੁਰੇ ਲੱਗ ਰਹੇ ਹੋ ਤੁਸੀਂ ਸਕਰੀਨ 'ਤੇ ਕਿਵੇਂ ਫੋਗੇਟ ਇਟ
ਜਿਹੜਾ ਤੁਸੀਂ ਐਕਸਪ੍ਰੈਸ਼ਨ ਦੇ ਰਹੇ ਹੋ ਅਗਰ ਉਹ ਵੀਅਰਡ ਜਾ ਰਿਹਾ ਇਟ ਮੀਨਸ ਕਿ ਉਹ ਕਿਤੇ ਨਾ ਕਿਤੇ ਰਿਕੁਆਇਰਡ ਹੈ ਉਹ ਵੀਅਰਡਨੈਸ ਤੁਹਾਡੇ ਫੇਸ 'ਤੇ, ਹੈ ਨਾ? ਆਪਾਂ ਹੱਸਦੇ ਹਾਂ, ਆਪਾਂ ਸੋਹਣੇ ਲੱਗਦੇ ਹਾਂ, ਆਪਾਂ ਥੋੜ੍ਹਾ ਰੋਣ ਵਾਲਾ ਸੀਨ ਕਰਦੇ ਆਪਾਂ ਸੋਹਣੇ ਨਹੀਂ ਲੱਗਦੇ. ਸੋ ਹੀ ਸੈਡ ਕਿ ਜੇ ਤੁਸੀਂ ਰੋਣ ਵਾਲੇ ਸੀਨ 'ਚ ਵੀ ਸੋਹਣੇ ਲੱਗੋਗੇ ਇਟ ਮੀਨਸ ਕਿ ਯੂ ਆਰ ਨੋਟ 100% ਇਨਵੋਲਵਡ ਇਨ ਦੈਟ. ਠੀਕ ਹੈ, ਜੋ ਵੀਅਰਡਨੈਸ ਸਕਰੀਨ 'ਤੇ ਮਤਲਬ ਉਸ ਰੋਲ ਦੇ ਉਸ ਕੈਰੈਕਟਰ ਦੇ ਹਿਸਾਬ ਨਾਲ ਉਸ ਸੀਨ ਦੇ ਹਿਸਾਬ ਨਾਲ ਚਾਹੀਦੀ, ਲੈਟ ਇਟ ਕਮ, ਉਹੀ ਤੁਹਾਨੂੰ ਨੈਚੁਰਲ ਦਿਖਾਊਗਾ. ਸੋ ਦੈਟ ਰੀਅਲੀ ਹੈਲਪ ਮੀ. ਕਰੈਕਟਰ ਦਾ ਨਾਮ ਕੀ ਹੈ ਜੇ ਮੈਂ ਕਰੈਕਟਰ ਦਾ ਨਾਮ ਪੁੱਛਿਆ ਤੁਹਾਡੇ ਦਾ ਇਸ ਫਿਲਮ ਦੇ ਵਿੱਚ? ਜੋ ਮੇਰੇ ਗੱਲਾਂ 'ਤੇ ਨਹੀਂ ਪੈਂਦੇ, ਡਿੰਪਲ. ਅਤੇ ਡਿੰਪਲ ਨੂੰ ਆਪਣੇ ਕਿਰਦਾਰ ਵਾਸਤੇ ਕਿੰਨੀ ਕੁ ਮਿਹਨਤ ਕਰਨੀ ਪਈ ਫਿਲਮ ਦੇ ਵਿੱਚ, ਜਾਂ ਫਿਰ ਉਹ ਜੀ ਜਦੋਂ ਤੁਸੀਂ ਪਹਿਲਾਂ ਦੱਸਿਆ ਵੀ ਉੱਦਾਂ ਦਾ ਹੀ ਰੋਲ ਸੀ ਸੁਪਰ ਜਿਹਾ, ਜਾਂ ਕੁਝ ਵੱਖਰਾ ਸੀ ਵੀ ਆਪਣੇ ਟ੍ਰੇਨਰ ਤੋਂ ਸਿੱਖਣਾ ਪਿਆ ਹੀ ਵੀ ਆਹ ਰੋਲ ਵਾਸਤੇ ਮੈਂ ਕਿਰਦਾਰ ਵਾਸਤੇ ਕਿਵੇਂ ਆਪਣੇ ਆਪ ਨੂੰ ਪ੍ਰਿਪੇਅਰ ਕਰਾਂ ਜਾਂ ਤਿਆਰ ਕਰਾਂ ਵੀ ਮੈਂ ਹੋਰ ਜ਼ਿਆਦਾ ਕਿਰਦਾਰ ਨੂੰ ਆਪਣਾ ਜਸਟੀਫਾਈ ਕਰ ਪਾਵਾਂ? ਨਹੀਂ, ਰੋਲ ਲਈ ਮੈਂ ਉਹਨਾਂ ਕੋਲ ਨਹੀਂ ਸੀ ਗਈ, ਆਪਦੇ ਐਕਟਿੰਗ ਟ੍ਰੇਨਰ ਕੋਲ, ਮੈਂ ਪਹਿਲਾਂ ਜੁਆਇਨ ਕੀਤਾ ਸੀ ਉਹਨਾਂ ਨੂੰ. ਹਾਂ, ਰੋਲ ਲਈ ਨਹੀਂ ਮੈਂ ਕਿਸੇ ਨੂੰ ਵੀ ਪੁੱਛਿਆ. ਰੋਲ ਲਈ ਐਂ ਸੀਗਾ ਕਿ ਮੈਨੂੰ ਜਿਹੜੇ ਮੇਰੇ ਡਾਇਰੈਕਟਰ ਸਰ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਸਮਝਾਇਆ ਸੀ ਕਿ ਇਟਸ ਅ ਵੇਰੀ ਮਾਡਰਨ ਰੋਲ. ਅੱਜ ਦੇ ਟਾਈਮ ਦੀ ਸ਼ੀ ਇਜ਼ ਲਾਈਕ ਸ਼ੀ ਇਜ਼ ਵੇਰੀ ਸਟਾਈਲਿਸ਼, ਸ਼ੀ ਇਜ਼ ਵੇਰੀ ਮਾਡਰਨ, ਯੂ ਨੋ, ਬਹੁਤ ਸੋਹਣੀ ਜੀ ਬਣ ਕੇ ਰਹਿੰਦੀ ਆਲ ਟਾਈਮ. ਠੀਕ ਹੈ, ਬਹੁਤ ਉੱਦਾਂ ਦਾ ਗਲੈਮਰਸ ਜਿਹਾ ਰੋਲ ਹੈ ਮੇਰਾ. ਬਟ ਠੀਕ ਹੈ, ਮੈਨੂੰ ਜੋ ਟਿਪਸ ਪਹਿਲਾਂ ਮਿਲੇ ਸੀਗੇ, ਟਿਪਸ ਇਹੀ ਸੀਗੀ ਕਿ ਜਸਟ ਫੀਲ ਦੈਟ. So I started feeling that. So I'm really, really grateful to my acting trainer. Achha. And of course my director. Ki jinhane mainu particularly, you know, help kita us way naal. So I started feeling that and it just came out. This is how I did the role. ਅੱਛਾ, ਨਿੱਕਾ ਜੈਲਦਾਰ ਦੇ ਵਿੱਚ ਜਿੱਦਾਂ ਬਹੁਤ ਸਾਰੇ ਆਰਟਿਸਟ ਹੈ, ਨਿਰਮਲ ਰਿਸ਼ੀ ਮੈਮ ਹੋ ਗਏ, ਜਾਂ ਫਿਰ ਐਮੀ ਵਿਰਕ ਦੀ ਗੱਲ ਕਰ ਲਈਏ, ਜਾਂ ਹੋਰ ਕਰਮਜੀਤ ਅਨਮੋਲ, ਕਿੰਨੇ ਐਕਟਰ ਸੀਗੇ ਉਹ ਤੋਂ, ਉਹਨਾਂ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲੇਗਾ? ਅਫਕੋਰਸ ਦੇ ਆਰ ਵੇਰੀ ਵੇਰੀ ਐਕਸਪੀਰੀਅੰਸਡ. ਠੀਕ ਹੈ, ਆਈ ਟੈਲ ਯੂ ਅ ਫੈਕਟ ਕਿ ਜਦੋਂ ਮੈਂ ਨਿੱਕਾ 1 ਕੀਤੀ ਸੀ, ਹੈ ਨਾ, ਉਸ ਤੋਂ ਬਾਅਦ ਨਿੱਕਾ 3, ਇਟਸ ਅ ਗੈਪ ਲਾਈਕ ਆਲਮੋਸਟ 3 ਸਾਲਾਂ ਦਾ, ਹੈ ਨਾ. ਸੋ ਇਨ ਬਿਟਵੀਨ ਜਨਰਲੀ ਜਿਵੇਂ ਮੈਨੂੰ ਕਹਿੰਦੇ ਕਿ ਤੁਸੀਂ ਇੰਨੀ ਦੂਰ ਕਿਉਂ ਸੀਗੇ ਇੰਨੇ ਸਾਲ ਤੱਕ ਇੰਡਸਟਰੀ ਤੋਂ, ਸੋ ਮੈਂ ਉਸ ਟਾਈਮ ਆਪ ਹੀ ਚੂਜ਼ ਕੀਤਾ ਕਿ ਮੈਂ ਹਜੇ ਫਿਲਮਾਂ ਨਹੀਂ ਕਰਨੀਆਂ. ਮੈਂ ਕਾਫੀ ਕੁਛ ਮੇਰੇ ਕੋਲ ਪ੍ਰੋਜੈਕਟਸ ਆਏ ਸੀਗੇ ਜਿਨ੍ਹਾਂ ਨੂੰ ਮੈਂ ਨਾ ਕੀਤੀ ਕਿ ਮੈਂ ਨਹੀਂ ਕਰਨੀਆਂ. ਉਹ ਕਿਉਂ, ਇੱਦਾਂ ਕਿਉਂ? ਕਿਉਂਕਿ ਮੈਂ ਸਿੱਖਣਾ ਚਾਹੁੰਦੀ ਸੀ ਪਹਿਲਾਂ. ਅੱਛਾ, ਮੈਨੂੰ ਲੱਗਿਆ ਕਿ ਮੈਂ ਇਸ ਲਾਈਨ 'ਚ ਕਰੀਅਰ ਬਣਾਉਣਾ, ਮੈਂ ਸਿੱਖਣਾ. ਅੱਛਾ, ਹਾਂ. ਸੋ ਮੈਂ ਕੁਛ ਹੋਮਵਰਕ ਕਰਨਾ ਚਾਹੁੰਦੀ ਸੀ. ਸੋ ਆਈਲ ਟੈਲ ਯੂ ਕਿ ਆਈ ਵਾਜ਼ਨਟ ਅਵੇ ਫਰੋਮ ਦਿਸ ਇੰਡਸਟਰੀ. ਮੈਂ ਨਿੱਕਾ 2 ਅਸਿਸਟ ਵੀ ਕੀਤੀ ਸੀ. ਅੱਛਾ, ਆਫਟਰ ਡੂਇੰਗ ਮਾਈ 2 ਫਿਲਮਸ ਐਜ਼ ਐਨ ਐਕਟਰੈਸ, ਆਈ ਅਸਿਸਟਡ ਨਿੱਕਾ 2. ਆਈ ਵਾਜ਼ ਔਨ ਸੈਟ ਫੋਰ ਅਰਾਊਂਡ 20 ਡੇਜ਼. ਅੱਛਾ, ਹਾਂ. ਮੈਂ ਸਿਰਫ ਵਾਚ ਕਰਦੀ ਸੀ ਕਿ ਹਾਓ ਅਦਰ ਐਕਟਰਸ ਆਰ ਐਕਟਿੰਗ. ਅੱਛਾ, ਉਹਨਾਂ ਨੂੰ ਦੇਖਦੀ ਸੀ? ਮੈਂ ਉਹਨਾਂ ਨੂੰ ਦੇਖਦੀ ਸੀ ਕਿ ਐਮੀ, ਵਾਮਿਕਾ, ਸੋਨਮ, ਨਿਰਮਲ ਰਿਸ਼ੀ ਜੀ, ਜਿੰਨੇ ਵੀ ਆਪਣੇ ਸਾਰੇ ਐਕਟਰ ਸੀਗੇ, ਮੈਂ ਸਾਰਿਆਂ ਦੀ ਸੀਨਸ ਦੇਖਦੀ ਸੀਗੀ ਮੋਨੀਟਰ 'ਤੇ ਬੈਠ ਕੇ. ਮਤਲਬ ਮੈਂ ਉਹਨਾਂ ਨੂੰ ਕਦੇ ਕਿਸੇ ਐਂਗਲ ਤੋਂ ਜਾ ਕੇ ਦੇਖਦੀ ਸੀ, ਕਦੇ ਮੋਨੀਟਰ ਤੋਂ ਦੇਖਦੀ ਸੀ. ਸੋ ਆਈ ਯੂਜ਼ ਟੂ ਲੁੱਕ ਇਟ. ਕਿਉਂਕਿ ਬਹੁਤ ਵਾਰੀ ਨਾ ਦੇਖ ਕੇ ਹੀ ਬੰਦਾ ਸਿੱਖ ਜਾਂਦਾ, ਹੈ ਨਾ? ਹਾਂਜੀ, ਅਫਕੋਰਸ ਪਤਾ ਲੱਗਦਾ ਨਾ ਕਿ ਉਹਨਾਂ ਦੀ ਕੀ ਬੋਡੀ ਲੈਂਗੁਏਜ ਹੈ. ਉਹਨਾਂ ਨੇ ਇਸ ਡਾਇਲੋਗ ਨੂੰ ਅਗਰ ਸਪੋਜ਼ ਉਹ ਇੱਦਾਂ ਕਰ ਰਹੇ, ਜੇ ਮੈਨੂੰ ਮਿਲਦਾ ਸੇਮ ਡਾਇਲੋਗ ਜਾਂ ਸੇਮ ਸੀਨ, ਤਾਂ ਮੈਂ ਕਿਵੇਂ ਕਰਦੀ? ਸੋ ਆਈ ਸੋ ਕਿ ਹਾਓ ਦੇ ਡੂ, ਦੇ ਜਸਟ ਫੀਲ ਇਟ. ਕੋਈ ਟੈਕਨੀਕੈਲਿਟੀਜ਼ ਨਹੀਂ ਹੈ ਇਹਦੇ ਅੰਦਰ, ਜਸਟ ਫੀਲ ਕਰੋ. ਹੁਣ ਮੈਂ ਆਈ ਵੋਂਟ ਸੇ ਕਿ ਮੈਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੀਤਾ ਹੋਊਗਾ. ਠੀਕ ਹੈ, ਮੈਂ ਆਪਦਾ ਬੈਸਟ ਦਿੱਤਾ, ਬਟ ਹਜੇ ਬਹੁਤ ਜ਼ਿਆਦਾ ਸਕੋਪ ਹੈ ਨਾ ਵਧੀਆ ਕੰਮ ਕਰਨ ਲਈ. ਲੇਕਿਨ ਜਿੰਨਾ ਜ਼ਿਆਦਾ ਮੈਂ ਕੰਮ ਕਰੂੰਗੀ, ਉਨਾ ਜ਼ਿਆਦਾ ਮੈਨੂੰ ਸਮਝ ਆਊਗਾ ਕਿ ਕਿਵੇਂ ਕਿਸੇ ਕੈਰੈਕਟਰ ਦੇ ਵਿੱਚ ਜਾਣਾ ਹੈ, ਕਿਵੇਂ ਉਸ ਚੀਜ਼ ਨੂੰ ਫੀਲ ਕਰਨਾ, ਕਿਵੇਂ ਆਪ ਅਸੀਂ ਜਿਹੜੀ ਐਜ਼ ਅ ਪਰਸਨੈਲਿਟੀ ਮੈਂ ਹੈਗੀ ਹਾਂ ਉਹਦੇ 'ਚੋਂ ਬਾਹਰ ਆ ਕੇ
ਠੀਕ ਹੈ ਹਾਂ ਇੱਕ ਇੱਕ ਕਿਰਦਾਰ ਨੂੰ ਜਾਂ ਫਿਰ ਐਂ ਕਹਿ ਲਓ ਕਿ ਉਸ ਕਿਰਦਾਰ ਨੂੰ ਆਪਣੇ ਆਪ 'ਚ ਲੈ ਆਉਣਾ ਠੀਕ ਹੈ ਦੋਵੇਂ ਚੀਜ਼ਾਂ ਕਿਉਂਕਿ ਕਿਤੇ ਨਾ ਕਿਤੇ ਐਂ ਵੀ ਨਹੀਂ ਹੋਣਾ ਚਾਹੀਦਾ ਕਿ ਮੈਂ ਬਿਲਕੁਲ ਰਹਾ ਹੀ ਨਹੀਂ ਹੋ ਉਹ ਠੀਕ ਹੈ ਮੈਂ ਉਹ ਕਿਰਦਾਰ ਹੀ ਬਣ ਜਾ ਇਹ ਨਹੀਂ ਸੋਨੀਆ ਸ਼ੁੱਡ ਬੀ ਦੇਅਰ ਠੀਕ ਹੈ ਇੱਕ ਮੈਂ ਕਿਵੇਂ ਕਰਦੀ ਹਾਂ ਉਹ ਚੀਜ਼ ਹੋਣੀ ਚਾਹੀਦੀ ਹੈ ਕਿ ਇੱਕ ਪਰਟੀਕੁਲਰ ਰੋਲ ਹੈ ਅਗਰ ਉਸ ਰੋਲ ਦੇ ਵਿੱਚ ਮੈਂ ਹੋਵਾਂ ਉਸ ਸਿਚੁਏਸ਼ਨ 'ਚ ਮੈਂ ਹੋਵਾਂ ਤਾਂ ਮੈਂ ਕਿਵੇਂ ਕਰੂੰਗੀ ਸੋ ਆਈ ਸੋ ਆਲ ਦੋਜ਼ ਐਕਟਰਸ ਵਾਈਲ ਦ ਸ਼ੂਟਿੰਗ ਆਫ ਨਿੱਕਾ 2 ਸੋ ਮੈਨੂੰ ਬਹੁਤ ਮਜ਼ਾ ਆਇਆ ਉਹਦੇ ਤੋਂ ਬਾਅਦ ਹੀ ਮੈਂ ਡਿਸਾਈਡ ਕੀਤਾ ਕਿ ਮੈਂ ਐਕਟਿੰਗ ਸਕੂਲ ਜੁਆਇਨ ਕਰਨਾ ਉਹ ਤੋਂ ਬਾਅਦ ਹਾਂਜੀ ਉਹ ਜਿਹੜੇ ਸਾਡੇ ਉੱਥੇ ਸੀਨੀਅਰ ਐਕਟਰ ਸੀ ਉਹਨਾਂ ਦੇ ਨਾਲ ਡਿਸਕਸ਼ਨਸ ਕੀਤੀਆਂ ਉਹਨਾਂ ਤੋਂ ਸਲਾਹ ਲਈਆਂ ਉਸ ਤੋਂ ਬਾਅਦ ਮੈਂ ਐਕਟਿੰਗ ਸਕੂਲ ਜੁਆਇਨ ਕੀਤਾ ਦੈਨ ਮੇਰੀ ਪੰਜਾਬੀ ਜਿਹੜੀ ਸੀਗੀ ਲੈਂਗੁਏਜ ਉਨੀ ਜ਼ਿਆਦਾ ਸਟਰੋਂਗ ਨਹੀਂ ਸੀ ਮੈਂ ਬੋਲਦੀ ਸੀ ਪਰ ਐਕਸੈਂਟ ਨਹੀਂ ਮੇਰਾ ਪ੍ਰੋਪਰ ਆਉਂਦਾ ਸੀ ਹੁਣ ਬਹੁਤ ਸੋਹਣਾ ਆ ਗਿਆ ਕਿਉਂਕਿ ਮੈਂ ਵਰਕਆਊਟ ਕੀਤਾ ਮੈਂ ਬਹੁਤ ਸਾਰੀ ਬੁੱਕਸ ਪੜ੍ਹੀਆਂ ਮੈਂ ਪੰਜਾਬ ਜਾ ਕੇ ਸਾਰਿਆਂ ਨਾਲ ਗੱਲਾਂ ਬਾਤਾਂ ਉਸੇ ਲੈਂਗੁਏਜ 'ਚ ਮਾਰਨੀਆਂ ਸੋ ਦਿਸ ਇਜ਼ ਹਾਊ ਆਈ ਲਰਨ ਪੰਜਾਬੀ ਬੁੱਕਸ ਦੀ ਗੱਲ ਕੀਤੀ ਇਹਦੇ ਪੁੱਛਿਆ ਜਾ ਕਿਹੋ ਜਿਹੀ ਬੁੱਕਸ ਪੜ੍ਹੀਆਂ ਨੇ ਕਿਹੜੀਆਂ ਨਾ ਕੋਈ ਯਾਦ ਹੋਵੇ ਮੈਂ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਪੜ੍ਹੀਆਂ ਨੇ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਿਆ ਠੀਕ ਹੈ ਉਹ ਐਕਚੁਲੀ ਉਹਨਾਂ ਦੀ ਬੁੱਕਸ ਨੇ ਮੈਨੂੰ ਐਂਕਰਿੰਗ 'ਚ ਵੀ ਬਹੁਤ ਹੈਲਪ ਕੀਤੀ ਸੋ ਮੈਨੂੰ ਪਤਾ ਲੱਗਿਆ ਕਿ ਆਪਾਂ ਆਪਦੀ ਗੱਲ ਕਿਵੇਂ ਕਹਿ ਸਕਦੇ ਹਾਂ ਨਾ ਸੋ ਮੈਂ ਬਹੁਤ ਸਾਰੀ ਇੱਦਾਂ ਦੀ ਬੁੱਕਸ ਪੜ੍ਹੀਆਂ ਪੁਰਾਣੀਆਂ ਕੁਝ ਫਨੀ ਬੁੱਕਸ ਵੀ ਪੜ੍ਹਦੀ ਸੀ ਮੈਂ ਪੰਜਾਬੀ ਨਿਊਜ਼ ਪੇਪਰ ਚੱਕ ਕੇ ਪੜ੍ਹਨੀ ਫਿਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਹੁਣ ਬੋਲਣਾ ਵੀ ਜ਼ਰੂਰੀ ਹੈ ਸਿਰਫ ਪੜ੍ਹ ਕੇ ਨਹੀਂ ਚੱਲੂਗਾ ਕੰਮ ਫਿਰ ਮੈਂ ਆਪ ਪ੍ਰੋਪਰਲੀ ਉੱਦਾਂ ਕਰ ਲਈ ਫਿਰ ਮੈਂ ਗਲਤ ਕਰਦੀ ਸੀ ਮੈਨੂੰ ਸਾਰੇ ਟੋਕਦੇ ਸੀ ਆਹ ਚੀਜ਼ ਇੱਦਾਂ ਨਹੀਂ ਇੱਦਾਂ ਬਟ ਆਈ ਟੁੱਕ ਇਟ ਵੈਰੀ ਪੋਜ਼ੀਟਿਵਲੀ ਕਿ ਜਿਵੇਂ ਮੈਨੂੰ ਕਿਸੇ ਨੇ ਟੋਕਿਆ ਫਿਰ ਮੈਨੂੰ ਲੱਗਦਾ ਸੀ ਕਿ ਇਹਨਾਂ ਨੇ ਠੀਕ ਟੋਕਿਆ ਮੈਂ ਅੱਗੇ ਤੋਂ ਉੱਦਾਂ ਗੱਲ ਕਰਨੀ ਹੈ ਸੋ ਦਿਸ ਇਜ਼ ਹਾਊ ਆਈ ਲਰਨ ਪੰਜਾਬੀ ਜਦੋਂ ਨਿੱਕਾ ਜੈਲਦਾਰ ਦੇ ਵਿੱਚ ਤੁਸੀਂ ਹੁਣ ਕਹਿੰਦੇ ਵੀ ਮੈਂ ਅਸਿਸਟੈਂਟ ਵੀ ਕੀਤੀ ਜਾਂ ਮੈਂ ਆਪਣੇ ਆਪ ਨੂੰ ਪੰਜਾਬੀ ਇੰਨੀ ਇੰਪਰੂਵ ਕਰ ਲਈ ਅਤੇ ਜਦੋਂ ਹੁਣ ਤੁਸੀਂ ਸੈੱਟ 'ਤੇ ਜਾ ਕੇ ਆਪਣੇ ਡਾਇਲੋਗ ਬੋਲਦੇ ਸੀ ਤਾਂ ਸਾਰੇ ਕਹਿੰਦੇ ਨੇ ਵੀ ਤੂੰ ਉਹੀ ਹੈ ਵੀ ਜਿਹੜੀ ਤੂੰ ਪਹਿਲਾਂ ਬੋਲਦੀ ਸੀ ਜਿਹਨੂੰ ਦੱਸਣਾ ਦਾ ਸਾਰੇ ਕਹਿੰਦੇ ਨੇ ਹਾਂ ਕਿ ਸੋਨੀਆ ਸੇਮ ਮਤਲਬ ਹੁਣ ਵਧੀਆ ਕਿਉਂਕਿ ਉਸ ਟਾਈਮ 'ਤੇ ਮੈਨੂੰ ਕਿਹਾ ਜਾਂਦਾ ਸੀ ਕਿ ਪੰਜਾਬੀ ਗਲਤ ਹੈ ਤੇਰੇ ਡਾਇਲੈਕਟਸ ਤੇਰੇ ਠੀਕ ਨਹੀਂ ਸਾਰੇ ਕਹਿੰਦੇ ਨੇ ਵੀ ਤੂੰ ਕੀ ਬੋਲ ਰਹੀ ਹੈ ਹਾਂ ਉਸ ਟਾਈਮ ਬਹੁਤ ਸਿਖਾਇਆ ਜਾਂਦਾ ਸੀ ਮੈਨੂੰ ਕਿ ਇਸ ਚੀਜ਼ ਨੂੰ ਇੱਦਾਂ ਬੋਲਣਾ ਉੱਦਾਂ ਬੋਲਣਾ ਬਟ ਦਿਸ ਟਾਈਮ ਜਦੋਂ ਮੈਂ ਗਈ ਹਾਂ ਤਾਂ ਮੈਂ ਜੋ ਵੀ ਮੇਰੇ ਡਾਇਲੈਕਟ ਸੀਗੇ ਮੈਂ ਹੋਰ ਰਿਫਾਈਨ ਕਰਕੇ ਬੋਲਦੀ ਸੀ ਜਿੰਨਾ ਮੈਨੂੰ ਪਤਾ ਲੱਗਦਾ ਸੀ ਕਿ ਇਸ ਚੀਜ਼ ਨੂੰ ਮੈਂ ਐਂ ਵੀ ਕਹਿ ਸਕਦੀ ਹਾਂ ਉੱਦਾਂ ਵੀ ਕਹਿ ਸਕਦੀ ਹਾਂ ਸੋ ਮੈਂ ਕਰਦੀ ਸੀ ਉੱਦਾਂ ਇਹਦੇ ਤੁਹਾਡੇ ਵਿੱਚ ਬਹੁਤ ਪੋਜ਼ਿਟਿਵ ਗੱਲ ਲੱਗੀ ਵੀ ਤੁਸੀਂ ਕਹਿੰਦੇ ਵੀ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਮੈਂ ਹੋਰ ਸਿੱਖ ਕੇ ਤਾਂ ਇੰਡਸਟਰੀ 'ਚ ਆਵਾਂ ਵੀ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਸਾਰੀ ਉਮਰ ਕਰੀ ਕੀ ਜਾਂਦੇ ਹਾਂ ਹੈ ਨਾ ਇੱਕ ਨਾ ਰਾਈਟਰ ਹੈਗਾ ਪੰਜਾਬੀ ਦੇ ਉਹ ਇਹ ਗੱਲ ਕਹਿੰਦੇ ਸੀਗੇ ਕਹਿੰਦੇ ਵੀ ਨਾ ਮੈਨੂੰ ਨਾ ਕੁਛ ਉਮਰ 'ਤੇ ਜਾ ਕੇ ਪਤਾ ਲੱਗ ਗਿਆ ਸੀ ਮੈਂ ਕਵਿਤਾ ਨਹੀਂ ਲਿਖ ਸਕਦਾ ਅਤੇ ਮੈਂ ਕਵਿਤਾ ਲਿਖਣੀ ਛੱਡਤੀ ਸੀ ਕਹਿੰਦੇ ਕਹਿੰਦੇ ਸਾਡੇ ਬਹੁਤ ਸਾਰੇ ਪੋਇਟਾਂ ਨੂੰ ਅੱਜ ਤੱਕ ਇਹ ਪਤਾ ਨਹੀਂ ਲੱਗਿਆ ਵੀ ਮੈਨੂੰ ਲਿਖਣਾ ਹੀ ਨਹੀਂ ਆਉਂਦਾ ਲਿਖੀ ਜਾਂਦੇ ਨੇ ਬਸ ਬੰਦੇ ਨੂੰ ਸਹੀ ਟਾਈਮ 'ਤੇ ਪਤਾ ਲੱਗ ਜਾਣਾ ਚਾਹੀਦਾ ਆਪਣੀ ਕਮੀ ਹੈ ਨਹੀਂ ਫਿਰ ਬੰਦਾ ਇੰਪਰੂਵ ਕਰ ਲੈਂਦਾ ਜੇ ਮੈਂ ਪੁੱਛਾਂ ਵੀ ਨਿੱਕਾ ਜੈਲਦਾਰ 2 ਕਦੋਂ ਤੱਕ ਆਏਗੀ 20th ਸਪਟੰਬਰ ਹਾਂਜੀ 20 ਸਪਟੰਬਰ ਦੀ ਜਿਹੜੀ ਡੇਟ ਹੈ ਉਹ ਫਾਈਨਲਾਈਜ਼ ਕੀਤੀ ਹੋਈ ਆਪਾਂ ਹਾਂਜੀ ਐਂਡ ਆਪਣੀ ਛੱਲੇ ਹੁੰਦੀ ਹੈ ਉਹ ਵੀ ਮੈਨੂੰ ਲੱਗਦਾ ਨਵੰਬਰ ਤੱਕ ਰਿਲੀਜ਼ ਹੋ ਚੁੱਕੀ ਜੋ ਤਿਆਰੀ ਚੱਲ ਰਹੀ ਹੈ ਬਾਕੀ ਲੈਟਸ ਸੀ ਅਤੇ ਜੇ ਮੈਂ ਛੱਲੇ ਮੁੰਦੀਆਂ ਦੀ ਗੱਲ ਕਰੀਏ ਤੁਹਾਡੀ ਨਵੀਂ ਫਿਲਮ ਇੱਕ ਛੱਲੇ ਮੁੰਦੀਆਂ ਦੀ ਆ ਰਹੀ ਹੈ ਅਤੇ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਜ਼ਰੂਰ ਦੱਸੋ ਉਹ ਵੀ ਫਿਲਮ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ ਉਹਦੇ 'ਚ ਵੀ ਮੇਰਾ ਰੋਲ ਬਹੁਤ ਪਿਆਰਾ ਹੈ ਠੀਕ ਹੈ ਇਟਸ ਮਤਲਬ ਮੇਰੇ ਦੋਵੇਂ ਫਿਲਮਾਂ ਦੇ ਜਿਹੜੇ ਰੋਲਸ ਨੇ ਉਹਨਾਂ 'ਚ ਪਰਫੋਰਮੈਂਸ ਬਹੁਤ ਜ਼ਿਆਦਾ ਰਿਕੁਆਇਰਡ ਸੀ ਕਿ ਐਕਟਿੰਗ ਵਾਜ਼ ਐਕਚੁਲੀ ਰਿਕੁਆਇਰਡ ਠੀਕ ਹੈ ਤਾਂ ਉਹਦੇ 'ਚ ਵੀ ਮੈਂ ਥੋੜ੍ਹਾ ਡਿਫਰੈਂਟ ਜਿਹਾ ਫਲੇਵਰ ਹੈਗਾ ਬੜੀ ਬਹੁਤ ਪੈਂਪਰਡ ਜੀ ਕੁੜੀ ਹੈ ਉਹਨਾਂ ਨੇ ਬੜੇ ਪਿਆਰ ਨਾਲ ਉਹਦੀ ਫੈਮਿਲੀ ਨੇ ਰੱਖਿਆ ਹੋਇਆ ਉਹਨੂੰ ਠੀਕ ਹੈ ਔਰ ਉਹਦੇ ਨਾ ਲਾਈਕ ਜਿਵੇਂ ਅੱਖਾਂ 'ਚ ਨਾ ਹੰਝੂ ਨਹੀਂ ਦੇਖ ਸਕਦੇ ਉਹ
ਅੱਛਾ ਠੀਕ ਹੈ, ਜੋ ਰੋਣ ਲੱਗਦੀ ਹੈ ਤਾਂ ਉਹਦੇ ਚਾਚੇ ਬਸ ਹੁਣ ਜੋ ਇਹ ਕਹਿੰਦੀ ਹੈ ਉਹ ਹੀ ਕਰ ਦਿਉ। ਸੋ ਸ਼ੀ ਇਜ਼ ਆਲਵੇਜ਼ ਲਾਈਕ ਕਿ ਰੋ ਕੇ ਕੰਮ ਕਢਾ ਲਓ ਆਪਦਾ। ਸੋ ਮੈਂ ਓਰੀਜਨਲੀ ਵੀ ਥੋੜ੍ਹੀ ਉੱਦਾਂ ਦੀ ਹੈਗੀ ਹਾਂ। ਸੋ ਛੱਲੇ ਮੁੰਦੀਆਂ ਦੇ ਟਾਈਮ 'ਤੇ ਮੈਨੂੰ ਕਾਫੀ ਈਜ਼ੀ ਰਿਹਾ ਕਰਨਾ, ਬਿਕਾਜ਼ ਮੈਂ ਕੁਛ ਕੁਛ ਮੈਚ ਕਰਦੀ ਹਾਂ। ਅੱਛਾ, ਅਤੇ ਹੋਰ ਕਿਹੜੇ ਕਿਹੜੇ ਸਟਾਰ ਕਾਸਟ ਹੈ ਉਹਦੀ ਫਿਲਮ ਦੇ ਵਿੱਚ? ਛੱਲੇ ਮੁੰਦੀਆਂ ਦੇ ਵਿੱਚ ਐਮੀ ਵਿਰਕ ਅਗੇਨ, ਮੈਂਡੀ ਟੱਕਰ ਜੀ ਨੇ, ਕੁਲਵਿੰਦਰ ਬਿੱਲਾ ਜੀ, ਮੈਂ ਹਾਂ ਉਸ ਦੇ ਵਿੱਚ, ਕਰਮਜੀਤ ਅਨਮੋਲ ਜੀ ਨੇ, ਠੀਕ ਹੈ, ਦੈਨ ਬੀ ਐਨ ਸ਼ਰਮਾ ਜੀ ਨੇ। ਸੋ ਬਹੁਤ ਵੱਡੀ ਸਟਾਰ ਕਾਸਟ ਹੈ ਫਿਲਮ ਦੀ। ਕੁਛ ਅਦਾਕਾਰ ਤਾਂ ਤੁਹਾਡੇ ਲਈ ਨਵੇਂ ਹੈ, ਕੁਛ ਤਾਂ ਅਦਾਕਾਰ ਪਹਿਲਾਂ ਤੁਸੀਂ ਉਹਨਾਂ ਨਾਲ ਕੰਮ ਕਰ ਚੁੱਕੇ ਹੋ, ਅਤੇ ਜਿਹੜੇ ਨਵਾਂ ਅਦਾਕਾਰ ਸੀਗੇ ਜਿੱਦਾਂ ਕੁਲਵਿੰਦਰ ਬਿੱਲਾ ਹੋ ਗਿਆ, ਉਹਨਾਂ ਨਾਲ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ? ਉਹਨਾਂ ਨਾਲ ਬਹੁਤ ਹੀ ਅਮੇਜ਼ਿੰਗ ਸੀ, ਬਿਕਾਜ਼ ਮਤਲਬ ਹੀ ਸੱਚ ਯੂ ਨੋ ਐਕਸਪੀਰੀਅੰਸਡ ਆਰਟਿਸਟ, ਉਹਨਾਂ ਕੋਲ ਬਹੁਤ ਐਕਸਪੀਰੀਅੰਸ। ਮੈਂ ਵੈਸੇ ਵੀ ਉਹਨਾਂ ਦੇ ਗਾਣੇ ਗੁਣੇ ਆਪਾਂ ਸੁਣਦੇ ਰਹਿੰਦੇ ਹਾਂ ਨਾ, ਮੇਰੀ ਤਾਂ ਫੈਨ ਮੂਮੈਂਟ ਸੀਗੀ ਵੀ ਕੁਲਵਿੰਦਰ ਬਿੱਲਾ ਜੀ ਨਾਲ ਮਿਲਣਾ। ਪਹਿਲੀ ਤਾਂ ਮਤਲਬ ਜਦੋਂ ਮੈਂ ਸ਼ੂਟ 'ਤੇ ਫਸਟ ਡੇ ਉਹਨਾਂ ਨੂੰ ਦੇਖਿਆ ਤਾਂ ਉੱਦਣ ਤਾਂ ਮੈਨੂੰ ਐਂ ਹੀ ਸੀਗਾ ਕਿ ਅੱਛਾ ਹਾਂ ਕੁਲਵਿੰਦਰ ਬਿੱਲਾ ਜੀ ਆ ਗਏ। ਕੀ ਪੁੱਛਿਆ ਸੀਗਾ ਉਹਨੂੰ? ਉਹਨਾਂ ਨੂੰ ਮੈਂ ਜਾ ਕੇ ਕੁਛ ਨਹੀਂ, ਮੈਂ ਬਸ ਜਾ ਕੇ ਹਾਏ ਹੈਲੋ ਕੀਤਾ, ਸਰ ਕਿਵੇਂ ਹੋ ਤੁਸੀਂ, ਠੀਕ ਹੋ? ਫਿਰ ਮੈਂ ਉਹਨਾਂ ਨੂੰ ਉਦੋਂ ਨਾ ਮੈਂ ਉਹਨਾਂ ਦਾ ਸੌਂਗ ਸੁਣਦੀ ਹੁੰਦੀ ਸੀ, ਟਿਚ ਬਟਨ, ਪੁਰਾਣਾ ਫਿਲਮ ਦਾ, ਠੀਕ ਹੈ, ਹਾਂ ਹਾਂ, ਮੈਨੂੰ ਬਹੁਤ ਸੋਹਣਾ ਲੱਗਦਾ ਸੀ। ਤਾਂ ਮੈਂ ਉਹਨਾਂ ਨੂੰ ਜਾ ਕੇ ਕਿਹਾ ਮੈਂ ਕਿਸੇ, ਮੈਨੂੰ ਟਿਚ ਬਟਨ ਵਾਲਾ ਗਾਣਾ ਨਾ ਬਹੁਤ ਪਸੰਦ, ਮੈਂ ਬਹੁਤ ਵੱਡੀ ਫੈਨ ਉਸ ਸੌਂਗ ਦੀ, ਅੱਜ ਕੱਲ੍ਹ ਮੈਂ ਤੁਹਾਡਾ ਉਹ ਵਾਲਾ ਗਾਣਾ ਸੁਣ ਰਹੀ ਹਾਂ। ਵੈਸੇ ਜਿਹੜਾ ਵੀ ਉਹਨਾਂ ਦਾ ਰਿਲੀਜ਼ ਹੁੰਦਾ ਆਪਾਂ ਸੁਣਦੇ ਹਾਂ, ਉਸ ਟਾਈਮ ਮੈਂ ਟਿਚ ਬਟਨ ਬਹੁਤ ਜ਼ਿਆਦਾ ਸੁਣ ਰਹੀ ਸੀ। ਐਂਡ ਫਿਰ ਅਫਕੋਰਸ ਜਿਵੇਂ ਆਪਾਂ ਕੰਮ ਕਰ ਰਹੇ ਸੀ, ਡੇਜ਼ ਸਪੈਂਡ ਕੀਤੇ ਆਪਾਂ, ਸੋ ਵੀ ਬਿਕੇਮ ਯੂ ਨੋ ਗੁੱਡ ਫਰੈਂਡਸ ਕਾਇੰਡ ਆਫ, ਐਂਡ ਹੀ ਰੀਅਲੀ ਹੈਲਪ ਮੀ, ਬਹੁਤ ਉਹਨਾਂ ਨੇ ਹੈਲਪ ਵੀ ਕੀਤੀ ਮੇਰੀ ਸੀਨਸ ਦੇ ਵਿੱਚ, ਮੇਰੀ ਐਕਟਿੰਗ ਦੇ ਵਿੱਚ, ਠੀਕ ਹੈ, ਉਹ ਮੈਨੂੰ ਦੱਸਦੇ ਸੀ ਕਿ ਕੀ ਵਧੀਆ ਹੋ ਰਿਹਾ ਹੈ ਜਾਂ ਕਿ ਕਿਸ ਚੀਜ਼ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ। ਸੋ ਇੱਦਾਂ ਕਰਦੇ ਕਰਦੇ ਆਪਾਂ, ਹੁਣ ਵੀ ਤੁਹਾਨੂੰ ਕੁਛ ਲੱਗਦਾ ਵੀ ਮੈਂ ਹੋਰ ਇੰਪਰੂਵ ਕਰਾਂ? ਜੇ ਕੋਈ ਬੰਦਾ ਸਾਰੀ ਉਮਰ ਸਿੱਖਦਾ ਤਾਂ ਬੰਦਾ ਸਾਰੀ ਉਮਰ ਜਾਂਦਾ, ਕਈ ਵਾਰੀ ਬੰਦੇ ਨੂੰ ਐਂ ਲੱਗਦਾ ਵੀ ਯਾਰ ਮੈਂ ਹੋਰ ਇੰਪਰੂਵ ਕਰਾਂ ਐਕਟਿੰਗ ਨੂੰ ਜਾਂ ਕੁਛ ਹੋਰ ਤਰੀਕੇ? ਹਾਂ ਅਫਕੋਰਸ, ਮਤਲਬ ਮੈਂ ਤਾਂ ਹਜੇ ਸ਼ੁਰੂਆਤ ਹੀ ਕੀਤੀ ਹੈ, ਠੀਕ ਹੈ, ਹੁਣ ਇਸ ਤੋਂ ਅੱਗੇ ਜਿਹੜੀਆਂ ਮੈਂ ਪੁਰਾਣੀਆਂ ਗਲਤੀਆਂ ਆਪਦੀਆਂ ਦੇਖੀਆਂ ਸੀ, ਉਹਨਾਂ ਨੂੰ ਦੇਖਣ ਤੋਂ ਬਾਅਦ ਮੈਂ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਆਪਦੀਆਂ ਫਿਲਮਾਂ ਮੈਂ ਦੇਖੂੰਗੀ, ਹੈ ਨਾ, ਜਦੋਂ ਰਿਲੀਜ਼ ਹੋਣਗੀਆਂ, ਮੈਂ ਸਕਰੀਨ 'ਤੇ ਦੇਖੂੰਗੀ, ਫਿਰ ਮੈਂ ਨਵੀਆਂ ਗਲਤੀਆਂ ਲੱਭੂੰਗੀ ਉਹਦੇ ਵਿੱਚ, ਠੀਕ ਹੈ। ਫਿਰ ਆਪਦੀ ਜਿਹੜੀ ਤੁਹਾਡੀ ਆਡੀਅੰਸ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੀ ਹੈ, ਜਿਹੜੇ ਤੁਹਾਡੇ ਫਰੈਂਡਸ ਹੁੰਦੇ ਤੁਹਾਡੇ ਆਸ ਪਾਸ ਸਾਰੇ, ਕਿ ਆਹ ਚੀਜ਼ ਠੀਕ ਸੀਗੀ, ਆਹ ਚੀਜ਼ ਨਹੀਂ ਸੀ ਵਧੀਆ। ਸੋ ਅਫਕੋਰਸ ਉਸ ਟਾਈਮ ਮੈਨੂੰ ਹੋਰ ਪਤਾ ਲੱਗੂਗਾ ਕਿ ਮੈਂ ਹੋਰ ਕੰਮ ਜਿਹੜੀ ਹੋਰ ਪ੍ਰੋਬਲਮਸ ਨੇ, ਠੀਕ ਹੈ, ਉਹਨਾਂ ਨੂੰ ਕਿਵੇਂ ਇੰਪਰੂਵ ਕਰਨਾ। ਐਂਡ ਆਈ ਐਮ ਸ਼ੋਰ ਕਿ ਮੈਂ ਫਿਲਮ ਬਾਏ ਫਿਲਮ ਆਪਣੇ ਆਪ ਨੂੰ ਬਹੁਤ ਇੰਪਰੂਵ ਕਰੂੰਗੀ। ਓਕੇ ਮੈਮ, ਹੋਰ ਕਿਹੋ ਜਿਹੇ ਸ਼ੌਂਕ ਰੱਖਦੇ ਤੁਸੀਂ? ਫਿਲਮ ਤਾਂ ਐਕਟਿੰਗ ਦਾ ਤੁਹਾਡਾ ਹੈ ਹੀ, ਐਂਕਰਿੰਗ ਤੁਹਾਡਾ ਸ਼ੌਂਕ ਹੈ, ਉਸ ਤੋਂ ਇਲਾਵਾ ਹੋਰ ਕਿਹੜੇ ਸ਼ੌਂਕ ਹੈ ਤੁਹਾਨੂੰ? ਗੌਸਿਪਸ, ਗੱਲਾਂ ਬਾਤਾਂ, ਚੁਗਲੀਆਂ, ਗੱਲਾਂ ਬਾਤਾਂ ਅਤੇ ਗੱਲਾਂ ਬਾਤਾਂ ਚੁਗਲੀਆਂ ਕਰਨੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ। ਚੁਗਲੀਆਂ ਕਿੰਨੇ ਨਾਲ ਕਰਨੀਆਂ ਵਧੀਆ ਲੱਗਦੀਆਂ? ਆਪਦੀ ਫਰੈਂਡਸ ਦੇ ਨਾਲ ਮੈਂ ਲੱਗੀ ਰਹਿੰਦੀ ਹਾਂ ਪੂਰਾ ਦਿਨ, ਮਤਲਬ ਕਈ ਵਾਰੀ ਫੋਨ ਦੇ ਨਾ ਹੋਣ ਨਾਲ ਫੋਨ 'ਤੇ ਵੀ ਲੱਗੀ ਰਹਿੰਦੀ। ਹਾਂ ਮਤਲਬ ਮੇਰੀ ਇੱਕ ਫਰੈਂਡ ਹੈ, ਆਸਟ੍ਰੇਲੀਆ ਰਹਿੰਦੀ ਹੈ, ਠੀਕ ਹੈ, ਮਨਮੀਤ ਕੌਰ, ਮੈਂ ਉਹਨੂੰ ਨਾ ਐਨੀ ਟਾਈਮ ਫੋਨ ਕਰ ਦਿੰਦੀ ਹਾਂ, ਹਾਂ ਤੈਨੂੰ ਪਤਾ ਜੇ ਮੈਂ ਕੋਈ ਹੋਰ। ਅੱਛਾ, ਫਿਰ ਜਿਹੜੀ ਮੇਰੀ ਫਰੈਂਡ ਮੇਰੇ ਨਾਲ ਰਹਿੰਦੀ ਹੈ, ਉਹਨਾਂ ਨਾਲ ਤਾਂ ਮੈਂ ਸਵੇਰੇ ਸੁੱਤੇ ਉੱਠਦੇ ਸ਼ੁਰੂ ਹੋ ਜਾਂਦੀ ਹਾਂ ਕਿ ਮੈਨੂੰ ਰਾਤ ਨੂੰ ਸੁਪਨਾ ਕਿਹੜਾ ਆਇਆ, ਮੈਂ ਉਹ 'ਤੇ ਵੀ ਚੁਗਲੀ ਕਰ ਲੈਂਦੀ ਹਾਂ, ਉਹ ਵੀ ਡਿੱਟੋ, ਹਾਂ ਉਹ ਵੀ ਮੈਨੂੰ ਮੇਰੇ ਨਾਲ ਉਨੀਆਂ ਚੁਗਲੀਆਂ ਕਰਦੀ। ਸੋ ਮੇਰੀ 2-3 ਫਰੈਂਡਸ ਨੇ, ਮੈਂ ਬਹੁਤ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਦੀ ਹਾਂ। ਸੁਮਨ, ਤੁਹਾਨੂੰ ਕਿਹੋ ਜਿਹੀਆਂ ਫਿਲਮਾਂ ਦੇਖਣੀਆਂ ਪਸੰਦ ਨੇ? ਆਲਮੋਸਟ ਹਰ ਟਾਈਪ ਦੀਆਂ,
ਠੀਕ ਹੈ ਐਂਡ ਆਫਕੋਰਸ ਕੋਮੇਡੀ ਮੈਂ ਬਹੁਤ ਲਾਈਟ ਹਾਰਟਡ ਫਿਲਮਾਂ ਹੁਣ ਜਦੋਂ ਮੈਂ ਐਕਟਿੰਗ ਲਾਈਨ 'ਚ ਆਈ ਔਰ ਯੂ ਨੋ ਆਈ ਸਟਾਰਟਡ ਇੰਪਰੂਵਿੰਗ ਮਾਈ ਸੈਲਫ ਉਦੋਂ ਤਾਂ ਫਿਰ ਵੀ ਮੈਂ ਹਰ ਟਾਈਪ ਦੀ ਫਿਲਮਾਂ ਦੇਖਣ ਲੱਗ ਪਈ ਲੇਕਿਨ ਉਸ ਤੋਂ ਪਹਿਲਾਂ ਮੈਂ ਜ਼ਿਆਦਾਤਰ ਕੋਮੇਡੀ ਫਿਲਮਾਂ ਪਸੰਦ ਕਰਦੀ ਸੀ ਬਹੁਤ ਲਾਈਟ ਹਾਰਟਡ ਜੀਆਂ ਠੀਕ ਹੈ ਜਿਨ੍ਹਾਂ ਨੂੰ ਵੇਖ ਕੇ ਵਧੀਆ ਟਾਈਮ ਪਾਸ ਹੋਏ ਔਰ ਕੋਈ ਟੈਨਸ਼ਨ ਟਾਈਪ ਵੀ ਨਾ ਹੋਏ ਪਰ ਹੁਣ ਮੈਂ ਹਰ ਟਾਈਪ ਦਾ ਸਿਨੇਮਾ ਦੇਖਦੀ ਹਾਂ ਹਰ ਟਾਈਪ ਦੀ ਮਤਲਬ ਪਰਫੋਰਮੈਂਸ ਨੂੰ ਨੋਟਿਸ ਕਰਨ ਦੀ ਕੋਸ਼ਿਸ਼ ਹੁਣ ਮੈਂ ਫਿਲਮਾਂ ਮੈਨੂੰ ਲੱਗਦਾ ਮੈਂ ਘੱਟ ਇੰਜੋਏ ਕਰਦੀ ਹਾਂ ਮੈਂ ਦੇਖਦੀ ਜ਼ਿਆਦਾ ਕਿ ਇਹਦੇ 'ਚ ਇਸ ਬੰਦੇ ਨੇ ਆਹ ਐਕਸਪ੍ਰੈਸ਼ਨ ਦਿੱਤਾ ਇਸ ਡਾਇਲੋਗ 'ਤੇ ਆਹ ਕੰਮ ਕੀਤਾ ਸੋ ਅੱਛਾ ਅਗਰ ਮੈਂ ਇੱਥੇ ਹੁੰਦੀ ਮੈਂ ਕਿਵੇਂ ਕਰਦੀ ਅਗਰ ਇਹੀ ਡਾਇਲੋਗ ਮੈਂ ਬੋਲਣਾ ਹੁੰਦਾ ਮੈਂ ਕਿਵੇਂ ਬੋਲਦੀ ਜੇ ਆਹ ਰੋਣ ਵਾਲਾ ਸੀਨ ਹੈ ਜੇ ਮੈਂ ਕਰਨਾ ਹੁੰਦਾ ਮੈਂ ਕਿਵੇਂ ਰੋਂਦੀ ਸੋ ਮੈਨੂੰ ਲੱਗਦਾ ਕਿ ਹਾਂ ਮੈਨੂੰ ਲੱਗਦਾ ਕਿ ਕਈ ਵਾਰ ਨਾ ਮੈਨੂੰ ਪੁੱਛਦੇ ਨੇ ਕਿ ਆਹ ਫਿਲਮ ਕਿੱਦਾਂ ਲੱਗੀ ਸੋ ਮੈਨੂੰ ਲੱਗਦਾ ਕਿ ਮੈਂ ਫਿਲਮ 'ਤੇ ਧਿਆਨ ਹੀ ਨਹੀਂ ਦਿੱਤਾ ਮੈਂ ਕੀ ਦੱਸਾਂ ਮੈਨੂੰ ਕਿਵੇਂ ਲੱਗੀ ਮੈਂ ਤਾਂ ਐਕਟਿੰਗ ਮੈਂ ਬਸ ਆ ਕੇ ਤਾਂ ਸੀ ਉਹਨੇ ਐਕਟਿੰਗ ਬਹੁਤ ਵਧੀਆ ਕੀਤੀ ਉਸ ਹੀਰੋ ਦੀ ਐਕਟਿੰਗ ਵਧੀਆ ਸੀ ਉਸ ਹੀਰੋਇਨ ਦੀ ਵਧੀਆ ਸੀ ਉਸ ਆਰਟਿਸਟ ਦੀ ਮੈਨੂੰ ਨਹੀਂ ਠੀਕ ਲੱਗੀ ਮੈਂ ਆਹੀ ਕੁਛ ਕਰਦੀ ਰਹਿੰਦੀ ਹਾਂ ਫਿਲਮ ਤਾਂ ਮੈਨੂੰ ਲੱਗਦਾ ਮੈਂ ਘੱਟ ਇੰਜੋਏ ਕਰਦੀ ਹਾਂ ਮਤਲਬ ਆਪਣੇ ਕੰਮ ਦੀ ਚੀਜ਼ ਆਪਣੇ ਕੰਮ ਦੀ ਚੀਜ਼ ਹਾਂ ਠੀਕ ਹੈ ਅਤੇ ਫਿਰ ਜਾਂਦੇ ਜਾਂਦੇ ਆਪਾਂ ਟਾਈਮ ਇਜਾਜ਼ਤ ਨਹੀਂ ਦਿੰਦਾ ਵੀ ਜਦੋਂ ਆਪਾਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਛੱਲੇ ਮੁੰਦੀਆਂ ਅਤੇ ਨਿੱਕਾ ਜੈਲਦਾਰ 3 ਲਈ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਬਿਲਕੁਲ ਰੈਡੀ ਰਹੋ ਬਹੁਤ ਸੋਹਣੇ ਪੈਕੇਜਿਸ ਮੈਂ ਮਤਲਬ ਮੈਂ ਔਰ ਮੇਰੀ ਟੀਮ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਐਂਟਰਟੇਨਮੈਂਟ ਔਰ ਫੁੱਲ ਮਸਤੀ ਫੁੱਲ ਮਜ਼ਾ ਹੈ ਤੁਹਾਡੀ ਪੈਸਾ ਵਸੂਲੀ ਟਾਈਪ ਫਿਲਮਾਂ ਆ ਰਹੀਆਂ ਨੇ ਦੋ ਨਿੱਕਾ ਜੈਲਦਾਰ 3 ਜਿਹੜੀ ਕਿ 20 ਸਪਟੈਂਬਰ ਨੂੰ ਰਿਲੀਜ਼ ਹੋ ਰਹੀ ਹੈ ਐਂਡ ਦੈਨ ਛੱਲੇ ਮੁੰਦੀਆਂ ਠੀਕ ਹੈ ਨਵੰਬਰ 'ਚ ਆਈ ਐਮ ਸ਼ੋਰ ਰਿਲੀਜ਼ ਹੋਊਗੀ ਸੋ ਤੁਸੀਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਹੋਰ ਕਰੋ ਔਰ ਪਲੀਜ਼ ਸਾਡੀ ਫਿਲਮਾਂ ਨੂੰ ਐਕਚੁਅਲ ਜੋ ਤੁਹਾਨੂੰ ਐਕਚੁਅਲ 'ਚ ਫੀਲ ਹੋਏ ਜੇ ਤੁਹਾਨੂੰ ਵਧੀਆ ਲੱਗਣ ਉਹ ਵੀ ਦੱਸਿਓ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਉਹ ਵੀ ਦੱਸ ਦਿਓ ਤੁਹਾਡੀ ਆਉਣ ਵਾਲੀ ਫਿਲਮਾਂ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਸੋ ਮਚ ਸੋ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਰਹੋ ਪੰਜਾਬੀ ਮੇਨੀਆ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਨੇ ਤੁਹਾਡੇ ਸਾਰਿਆਂ ਦੀ ਫੇਵਰੇਟ ਜੋੜੀ ਮੁਕਿਆਵਾ ਫਿਲਮ ਤੋਂ ਐਮੀ ਬਾਜੀ ਤੇ ਸੋਨਮ ਜੀ ਐਮੀ ਬਾਜੀ ਸੋਨਮ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੀਨੀਆ ਦੇ ਸਾਰੇ ਵਿਊਅਰਸ ਦਾ ਤੇ ਥੈਂਕ ਯੂ ਭਾਜੀ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਗੁੱਡੀਆਂ ਪਟੋਲੇ ਦੀ ਗ੍ਰੈਂਡ ਸਕਸੈਸ ਗਈ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਤੇ ਸੋਨਮ ਜੀ ਤੁਹਾਡੀ ਗੁੱਡੀਆਂ ਪਟੋਲੇ 9th ਸਕਸੈਸਫੁੱਲ ਫਿਲਮ ਇਨ ਅ ਰੋ ਸੀ ਅਤੇ ਹੁਣ ਮੁਕਿਆਵਾ 10ਵੀਂ ਆ ਰਹੀ ਹੈ ਅਤੇ ਕਿੰਨੀਆਂ ਕੁ ਉਮੀਦਾਂ ਨੇ ਇਸ ਫਿਲਮ ਤੋਂ ਤੁਹਾਨੂੰ ਤੇਰੇ ਕੋਈ ਨਹੀਂ ਫਲੋਪ ਹੋਈ ਹੈ ਨਾ ਲੱਕੀਲੀ ਸੋ ਆਈ ਐਮ ਐਕਸਾਈਟਿਡ ਹਾਂ ਔਰ ਬਹੁਤ ਵਧੀਆ ਪ੍ਰੋਜੈਕਟ ਹੈ ਇਸ ਕਰਕੇ ਪੂਰੀ ਕੋਸ਼ਿਸ਼ ਵੀ ਹੈ ਕਿ ਆਡੀਅੰਸ ਜਾ ਕੇ ਦੇਖੇ ਹਾਂਜੀ ਫਿਰ ਜੇ ਕੁਛ ਕਮੀ ਲੱਗਦੀ ਹੈ ਫਿਰ ਉਹ ਅੱਡ ਗੱਲ ਹੈ ਬਟ ਪਹਿਲਾਂ ਜਾ ਕੇ ਸਿਨੇਮਾ 'ਚ ਦੇਖੇ ਇਹ ਮੈਂ ਹੋਪ ਕਰੂੰਗੀ ਅਤੇ ਹਮੇਸ਼ਾ ਆਡੀਅੰਸ ਨੇ ਜਿੰਨੀ ਉਮੀਦ ਕੀਤੀ ਉਸ ਨੂੰ ਜ਼ਿਆਦਾ ਹੀ ਪਿਆਰ ਦਿੱਤਾ ਸੋ ਕੁਛ ਕੰਪਲੇਨ ਕਰਨ ਨੂੰ ਨਹੀਂ ਹੈਗਾ ਰਿਕੁਐਸਟ ਹੀ ਹੈਗੀ ਆ ਕਿ ਪਲੀਜ਼ ਹੁਣ ਐਡਵਾਂਸ ਬੁਕਿੰਗ ਵੀ ਸਟਾਰਟ ਹੋ ਚੁੱਕੀ ਆ ਅਤੇ ਪਲੀਜ਼ ਆਪਣੀਆਂ ਟਿਕਟਸ ਬੁੱਕ ਕਰੋ ਔਰ ਪੂਰੀ ਫੈਮਿਲੀ ਦੇ ਨਾਲ ਬਹਿ ਕੇ ਦੇਖੋ ਵੱਡੇ ਛੋਟੇ ਸਾਰੇ ਜਾਣੇ ਤੁਸੀਂ ਬਹੁਤ ਇੰਜੋਏ ਕਰੋਗੇ ਠੀਕ ਹੈ ਅਤੇ ਭਾਅ ਜੀ ਜਦੋਂ ਮੁਕਿਆਵਾ ਤੁਹਾਨੂੰ ਲਾਸਟ ਈਅਰ ਫਿਲਮ ਅਨਾਊਂਸ ਹੋਈ ਸੀ ਉਸ ਤੋਂ ਬਾਅਦ ਜਦੋਂ ਨਰੇਟ ਕੀਤੀ ਗਈ ਹੋਏਗੀ ਕੀ ਤੁਹਾਨੂੰ ਮੁਕਿਆਵਾ ਦਾ ਮਤਲਬ ਪਤਾ ਸੀ ਕੀ ਹੁੰਦਾ ਹਾਂਜੀ ਭਾਅ ਜੀ ਮੈਨੂੰ ਪਤਾ ਸੀਗਾ ਜੀ ਅਤੇ ਮੈਂ ਵੈਸੇ ਵੀ ਬਜ਼ੁਰਗਾਂ ਤੋਂ ਵੀ ਪੁੱਛਿਆ ਸੀਗਾ ਆਲਰੇਡੀ ਮਤਲਬ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਮੁਕਲਾਵੇ ਦਾ ਵਰਡ ਜਾਂ ਪਹਿਲਾਂ ਗੀਤਾਂ 'ਚ ਵੀ ਮਤਲਬ ਸੁਣਿਆ ਸੀਗਾ ਮੁਕਲਾਵਾ ਅਤੇ ਜਿਹੜੀ ਚੀਜ਼ ਤੁਸੀਂ ਨਵੀਂ ਸੁਣਦੇ ਹੁੰਦੇ ਅਸੀਂ ਬਜ਼ੁਰਗਾਂ ਤੋਂ ਪੁੱਛ ਲੈਂਦੇ ਹੁੰਦੇ ਸੀ ਮੈਨੂੰ ਮਤਲਬ ਭਾਅ ਜੀ ਪਤਾ ਸੀਗਾ ਅਤੇ ਮਤਲਬ ਮੇਰੇ ਜਦੋਂ ਮੈਂ ਸੀਗਾ ਨਿਕਾ ਜਿਹਾ 6-7 ਸਾਲਾਂ ਦਾ ਹੁੰਦਾ ਸੀ ਉਦੋਂ ਮਤਲਬ 2-4 ਦਿਨਾਂ ਦਾ ਹੁੰਦਾ ਸੀਗਾ ਮੁਕਲਾਵਾ ਮਤਲਬ
ਬਹੁਤ ਰੇਅਰ ਹੁੰਦਾ ਸੀ ਮਤਲਬ ਉਦੋਂ ਵੀ, ਅਤੇ ਬਟ ਉਦੋਂ ਪਹਿਲਾਂ ਆਪਣੇ ਗ੍ਰੈਂਡ ਪੇਰੈਂਟਸ, ਗ੍ਰੇਟ ਗ੍ਰੈਂਡ ਪੇਰੈਂਟਸ, ਸੋ ਉਹਨਾਂ ਵੇਲੇ ਜ਼ਿਆਦਾ ਹੁੰਦਾ ਸੀਗਾ ਉਦੋਂ, 5 ਸਾਲ 7 ਸਾਲ 10 ਸਾਲ ਵੀ ਹੁੰਦਾ ਸੀ ਮੈਕਸ, ਸੋ ਮੈਨੂੰ ਪਤਾ ਸੀ ਭਾਅ ਜੀ ਆਲਰੇਡੀ। ਠੀਕ ਹੈ, ਅਤੇ ਤੁਸੀਂ ਦੋਨਾਂ ਨੂੰ ਕੋਈ ਫੈਮਿਲੀ ਤੋਂ ਜਦੋਂ ਤੁਸੀਂ ਦੱਸਿਆ ਉਹਨਾਂ ਨੂੰ ਕਿ ਅਸੀਂ ਇੱਕ ਫਿਲਮ ਕਰ ਰਹੇ ਹਾਂ ਜਿਹਦਾ ਨਾਮ ਹੈ ਮੁਕਜਾਵਾ, ਅਤੇ ਉਹਨਾਂ ਨੇ ਕੋਈ ਤੁਹਾਨੂੰ ਬਜ਼ੁਰਗਾਂ ਨੇ ਪੁਰਾਣੀਆਂ ਗੱਲਾਂ ਕੋਈ ਕਿੱਸੇ ਸੁਣਾਏ ਤੁਹਾਡੀ ਫੈਮਿਲੀ 'ਚੋਂ, ਜਾਂ ਕੋਈ ਤੁਹਾਡੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਈ ਮੁਕਜਾਵੇ ਤੋਂ ਰਿਲੇਟਿਡ ਕੋਈ ਫਨੀ ਕਿੱਸੇ ਜਾਂ ਕੋਈ ਯਾਦਾਂ ਜੁੜੀਆਂ ਹੋਣ ਉਹਨਾਂ ਦੀਆਂ? ਫੈਮਿਲੀ ਬੇਸਿਕਲੀ ਭਾਅ ਜੀ ਸਾਡੇ ਜਿਵੇਂ ਡਾਇਰੈਕਟਰ ਸਾਹਿਬ ਨੇ ਨਾ ਸਿਮਰ ਭਾਅ ਜੀ, ਉਹਨਾਂ ਨੂੰ ਮਤਲਬ ਇਹਨਾਂ ਚੀਜ਼ਾਂ ਦੀ ਕਾਫੀ ਨੌਲੇਜ ਹੈ, ਜਿਵੇਂ ਟ੍ਰੈਡੀਸ਼ਨਸ ਜਾਂ ਅਸੀਂ ਕਲਚਰਸ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ ਕਾਫੀ। ਅੱਛਾ, ਮਤਲਬ ਇਕੱਲਾ ਮੁਕਲਾਵਾ ਨਹੀਂ, ਹੋਰ ਵੀ ਕਾਫੀ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਲਾਈਕ ਪੁੱਛੀਆਂ, ਜਾਂ ਉਹਨਾਂ ਨੇ ਆਪ ਹੀ ਦੱਸੀਆਂ ਮਤਲਬ, ਕਿਉਂਕਿ ਭਾਅ ਜੀ ਡਾਇਰੈਕਟਰ ਸੀਗੇ ਫਿਲਮ ਦੇ, ਜਿਹੜੀ ਫਿਲਮ 'ਚ ਸਟਾਰ ਕਾਸਟ ਦੇ ਵਿੱਚ ਤੁਸੀਂ ਦੇਖੋਗੇ ਮਤਲਬ ਜਿਹਨਾਂ ਨੂੰ ਕਾਫੀ ਘੁੱਗੀ ਭਾਅ ਜੀ ਨੂੰ ਮਤਲਬ ਇਹਨਾਂ ਚੀਜ਼ਾਂ ਦੀ ਕਾਫੀ ਜ਼ਿਆਦਾ ਨੌਲੇਜ ਹੈ, ਸੋ ਪਰਿਵਾਰ ਦੇ ਵਿੱਚੋਂ ਪਰਿਵਾਰ 'ਚ ਡਿਸਕਸ਼ਨ ਕਰਨ ਦਾ ਸਾਨੂੰ ਮੌਕੇ ਨਹੀਂ ਮਿਲਿਆ ਮੈਨੂੰ ਤਾਂ ਫਿਲਮ ਦਾ ਹੈ ਨਾ, ਅਤੇ ਵੈਸੇ ਵੀ ਮਤਲਬ ਉਹ ਸਭ ਤੋਂ ਪੁੱਛਦੇ ਨਹੀਂ ਹੁੰਦੇ ਵੀ ਕਿੱਦਾਂ ਦੀ ਫਿਲਮ ਬਣਾਉਣ ਲੱਗੇ ਹੋਏ, ਕਿੱਦਾਂ ਦੀ, ਉਹ ਸਿਰਫ ਵੇਖਣ ਹੀ ਜਾਂਦੇ ਹੈ ਨਾ, ਅਤੇ ਉਹਨਾਂ ਨੂੰ ਨਾ ਮਤਲਬ ਨਾ ਉਹ ਪੁੱਛਦੇ ਆ ਅਤੇ ਨਾ ਹੀ ਦੱਸੀਦਾ ਉਹਨਾਂ ਨੂੰ, ਸਿੱਧਾ ਦੱਸਦੇ ਹਾਂ ਵੀ ਆਹ ਫਿਲਮ ਆਉਣੀ ਹੈ, ਵੀ ਤੁਸੀਂ ਇੰਨੀ ਫਲਾਣੀ ਫਲਾਣੀ ਤਰੀਕ ਨੂੰ। ਅੱਛਾ, ਅਤੇ ਉਹ ਵੇਖਣ ਜਾਂਦੇ ਆ ਸਾਰਾ ਪਰਿਵਾਰ ਜਾ ਕੇ, ਠੀਕ ਹੈ, ਸਾਰਾ ਪਿੰਡ ਇਨਫੈਕਟ ਵੇਖਦਾ। ਹਾਂਜੀ, ਸੋ ਮਤਲਬ ਸਾਡੀ ਸਟਾਰ ਕਾਸਟ ਦੇ ਵਿੱਚ ਕਾਫੀ ਜਿਹੜੇ ਐਕਸਪੀਰੀਅੰਸਡ ਬੰਦੇ ਸੀਗੇ, ਰਿਸ਼ੀ ਮੈਮ ਸੀਗੇ, ਰਿਸ਼ੀ ਮੈਮ ਨੂੰ ਵੀ ਆਲਰੇਡੀ ਮਤਲਬ ਇੰਨੀਆਂ ਚੀਜ਼ਾਂ ਦਾ ਪਤਾ, ਸ਼ਰਮਾ ਜੀ ਸੀਗੇ ਨਾਲ, ਸੋ ਸਾਨੂੰ ਲੱਕੀਲੀ ਅਸੀਂ ਬਲੈਸਡ ਸੀਗੇ ਵੇਅਰ ਦੈਨ। ਤੇ ਸੋਨਮ, ਤੁਹਾਡੀਆਂ ਕੋਈ ਮੁਕਲਾਵੇ ਨਾਲ ਯਾਦਾਂ ਜੁੜੀਆਂ ਹੋਣ, ਕੋਈ ਕਿੱਸੇ ਸੁਣੇ ਹੋਣ ਫੈਮਿਲੀ 'ਚ? ਮੇਰੇ ਗ੍ਰੈਂਡ ਪੇਰੈਂਟਸ ਦਾ ਮੁਕਲਾਵਾ ਹੀ ਹੋਇਆ ਸੀ। ਅੱਛਾ, ਐਂਡ ਇਹ ਨਿੱਕੀ ਜਿੰਦਗੀ ਸੀ ਉਦੋਂ, ਸੋ ਆਈ ਵਿਸ਼ ਬਟ ਮਾਈ ਗ੍ਰੈਂਡਫਾਦਰ ਐਂਡ ਗ੍ਰੈਂਡਮਦਰ ਆਰ ਨੋ ਮੋਰ, ਬਟ ਜੇ ਉਹ ਹੁੰਦੇ ਤਾਂ ਆਈ ਵਿਸ਼ ਮੈਂ ਉਹਨਾਂ ਦੇ ਨਾਲ ਦੇਖਦੀ। ਹਾਂਜੀ, ਸੋ ਬਟ ਇਹ ਫਿਲਮ ਸਾਈਨ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇੱਦਾਂ ਮੁਕਲਾਵਾ ਕੀ ਹੁੰਦਾ ਆ, ਫਿਰ ਡਿਸਕਸ਼ਨ ਹੋਈ, ਫਿਰ ਤੁਹਾਡੇ ਦੋਨਾਂ ਦੀ ਕੈਮਿਸਟਰੀ ਜੋ ਹੈ ਨਾ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲ ਕੇ ਆ ਰਹੀ ਹੈ, ਤੇ ਇਹਦੇ 'ਚ ਸਿਮਰ ਭਾਅ ਜੀ ਦਾ ਕਿੰਨਾ ਹੱਥ ਹੈ, ਤੇ ਜਿਹੜੀਆਂ ਤੁਸੀਂ ਪਹਿਲਾਂ ਫਿਲਮਾਂ 2 ਕਰ ਚੁੱਕੇ ਹੋ ਇਕੱਠਿਆਂ, ਉਹ ਜਿਹੜੀ ਉਹ ਫਿਲਮਾਂ ਦੌਰਾਨ ਕੈਮਿਸਟਰੀ ਇਵੋਲਵ ਹੋਈ ਹੈ ਤੁਹਾਡੇ ਦੋਨਾਂ ਦੀ ਔਨ ਸਕਰੀਨ, ਉਸ ਚੀਜ਼ ਦਾ ਕਿੰਨਾ ਕੁ ਰੋਲ ਹੈ? ਸਾਰੀਆਂ ਚੀਜ਼ਾਂ ਭਾਅ ਜੀ ਮੈਟਰ ਕਰਦੀਆਂ ਨੇ ਕਿਤੇ ਨਾ ਕਿਤੇ, ਜੇ ਤੁਸੀਂ ਜਾਣਦੇ ਹੋ ਆਲਰੇਡੀ ਅਤੇ ਤੁਸੀਂ ਕੰਫਰਟ ਲੈਵਲ ਹੈਗਾ ਤੁਹਾਡਾ, ਤੁਸੀਂ ਬੋਲ ਸਕਦੇ ਹੋ ਕਈ ਸਹੀ ਤਰੀਕੇ ਨਾਲ, ਅਤੇ ਹੋਰ ਮਤਲਬ ਵਧੀਆ ਤਰੀਕੇ ਨਾਲ ਪ੍ਰਪਰੇਸ਼ਨ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ, ਡਾਇਲੋਗ ਦੀ ਰਿਹਰਸਲਸ ਆਲਰੇਡੀ ਕਰ ਲੈਂਦੇ ਹਾਂ ਅਤੇ ਡਿਸਕਸ਼ਨ ਕਰ ਲੈਂਦੇ ਹਾਂ। ਹਾਂਜੀ, ਅਤੇ ਗੱਲਾਂ ਬਾਤਾਂ ਮਾਰਦੇ ਮਾਰਦੇ ਚਲੋ ਜੇ ਗੱਲ ਸੀਨ ਡਿਸਕਸ ਕਰੀਏ, ਚੱਲਦਾ ਵਧਾ ਸੀਨ ਕਰਨਾ ਡਿਸਕਸ ਕਰਕੇ, ਕਈ ਰੁੰਦਾ ਦਾ ਵੀ ਤੁਹਾਡੀ ਕੋਈ ਸਟਾਰ ਨਾਲ ਬਣੇ ਨਾ ਮਤਲਬ ਤੁਸੀਂ ਵੈਸੇ ਹੀ ਝੱਕਦੇ ਹੋ ਬੁਲਾਉਣ ਨੂੰ ਮਿਲਦੇ ਨੀਗੇ, ਸੋ ਉੱਥੇ ਪਰਫੋਰਮੈਂਸ 'ਤੇ ਵੀ ਕਈ ਵਾਰੀ ਫਰਕ ਪੈਂਦਾ। ਅੱਛਾ, ਅਤੇ ਬਾਕੀ ਸਿਮਰ ਭਾਅ ਜੀ ਨੇ ਅਤੇ ਉਹਨਾਂ ਨੂੰ ਲਾਈਕ ਉਹ ਉਹਨਾਂ ਨਾਲ ਸਾਡਾ ਬਹੁਤ ਕੰਫਰਟ ਲੈਵਲ ਹੈ, ਜਿਵੇਂ ਅਸੀਂ ਆਪਸ 'ਚ ਕਹਿ ਸਕਦੇ ਹਾਂ ਫਰੈਂਡਸ਼ਿਪ ਵੀ ਹੈ, ਵਧੀਆ ਜਾਣਦੇ ਹਾਂ ਇੱਕ ਦੂਜੇ ਨੂੰ, ਅਤੇ ਲਾਈਕ ਹੀ ਇਜ਼ ਦੀ ਓਨਲੀ ਵਨ ਜਿਹੜੇ ਕਿਊਟੈਸਟ ਬੰਦੇ ਨੇ ਡਾਇਰੈਕਟਰਸ ਦੀ ਟੀਮ 'ਚੋਂ ਜਿੰਨੇ ਨਾਲ ਵੀ ਅਸੀਂ ਕੰਮ ਕੀਤਾ, ਵੀ ਜਿਹਨੂੰ ਕੋਈ ਪਰਵਾਹ ਨਹੀਂ, ਬਹੁਤ ਕੂਲ ਜਾ ਰਿਹਾ ਕਿ ਕੰਮ ਕਰਦੇ ਆ, ਸੋ ਬਾਕੀ ਸਾਡੇ ਪ੍ਰੋਡਿਊਸਰਸ ਨੇ ਵੀ ਇਸ ਸਟੋਰੀ 'ਤੇ ਕਾਫੀ ਮਿਹਨਤ ਲਾਈ ਹੈ ਸਨੀ ਭਾਈ ਉਹਨਾਂ ਨੇ, ਸੋ ਸਾਰਿਆਂ ਨੇ ਰਲ ਕੇ ਮਤਲਬ ਵਧੀਆ ਤਰੀਕੇ ਨਾਲ ਕਰਿਆ। ਅੱਛਾ, ਅਤੇ ਸੋਨਮ ਤੁਸੀਂ ਕੀ ਕਹਿਣਾ ਚਾਹੋਗੇ, ਕੁਛ ਐਡ ਕਰਨਾ ਚਾਹੋਗੇ ਕੈਮਿਸਟਰੀ ਬਾਰੇ ਆਪਣੀ ਔਨ ਸਕਰੀਨ? ਨਹੀਂ, ਜਿੱਦਾਂ ਵੀ ਨਹੀਂ ਕਿਹਾ ਕਿਉਂਕਿ ਹੁਣ ਆਪਾਂ ਆਹ ਸਾਡੀ ਤੀਜੀ ਫਿਲਮ ਸੀਗੀ ਇਕੱਠਿਆਂ ਦੀ, ਸੋ ਓਬਵੀਅਸਲੀ 2 ਫਿਲਮਾਂ ਕਰ ਚੁੱਕੇ ਸੀ ਔਰ ਉਹ 2 ਫਿਲਮਾਂ 'ਚ ਵੀ ਡਾਇਰੈਕਟਰ ਸਿਮਰ ਹੀ ਸੀ। ਹਾਂਜੀ ਹਾਂਜੀ ਹਾਂਜੀ, ਸੋ ਓਬਵੀਅਸਲੀ ਕੰਫਰਟ ਲੈਵਲ ਇੱਕ ਅੰਡਰਸਟੈਂਡਿੰਗ ਹੈਗੀ ਆ, ਉਹ ਹੈਲਪ ਕਰਦੀ ਆ। ਯੂ ਨੋ ਪਹਿਲੀ ਫਿਲਮਾਂ 'ਚ ਸ਼ਾਇਦ ਤੁਸੀਂ ਨਹੀਂ ਇੱਦਾਂ ਬੋਲਦੇ ਕਿ ਅੱਛਾ ਤੂੰ ਇਵੇਂ ਕਰ ਲਾ ਜਾਂ ਤੂੰ ਇਵੇਂ ਕਰ, ਇਹਦੇ 'ਚ ਆਪਾਂ ਇੱਕ ਦੂਜੇ ਨੂੰ ਵੀ ਕਹਿ ਦਿੰਦੇ ਕਿ ਇੱਦਾਂ ਕਰ ਲਈ ਇੱਦਾਂ ਕਰ ਲਈਏ, ਸੋ ਓਬਵੀਅਸਲੀ ਜਦੋਂ ਤੁਸੀਂ ਇੰਨਾ ਕੰਮ ਨਾਲ ਕਰ ਲਿਆ ਆ, ਕੰਫਰਟ ਲੈਵਲ ਡੈਫੀਨੇਟਲੀ ਹੈਲਪਸ ਯੂ ਇਨਹਾਂਸ ਦਾ ਪਰਫੋਰਮੈਂਸ। ਠੀਕ ਹੈ, ਅਤੇ ਸੋਨਮ ਜੇ ਮੈਂ ਤੁਹਾਡੀ ਫਿਲਮੋਗ੍ਰਾਫੀ ਦੀ ਗੱਲ ਕਰਾਂ ਤਾਂ ਆਈ ਥਿੰਕ ਤੁਹਾਡੇ ਕਰੀਅਰ 'ਚ ਜੋ ਮੈਨੂੰ ਐਜ਼ ਐਨ ਆਡੀਅੰਸ ਲੱਗਦਾ, 2 ਫਿਲਮਾਂ 'ਚ ਤੁਹਾਡਾ ਰੋਲ ਮੈਨੂੰ ਸਟੈਂਡ ਆਊਟ ਲੱਗਦਾ, ਨਿੱਕਾ ਜੈਕ ਦਾ 2 ਅਤੇ ਰੀਸੈਂਟਲੀ ਗੁੱਡੀਆਂ ਪਟੋਲੇ, ਅਤੇ ਹੁਣ ਜੋ ਮੈਨੂੰ ਲੱਗਦਾ ਜਿਸ ਫਿਲਮ 'ਚ ਤੁਹਾਨੂੰ ਬਹੁਤ ਅੱਛਾ ਉਹਨਾਂ ਫਿਲਮਾਂ ਦੇ ਐਟ ਪਾਰ ਪ੍ਰੀਜੈਂਟ ਕੀਤਾ ਗਿਆ ਮੁਕਿਆਵਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਐਟ ਪਾਰ ਹੈ ਉਹਨਾਂ ਦੋਨਾਂ ਫਿਲਮਾਂ ਜੋ ਤੁਹਾਡੇ ਕੈਰੈਕਟਰ ਸੀ?
see, I don't know about the length of the character, but it's a very important character. The A film jehdi hai oh pehla hi Gudiyan Patole to pehla shoot hui hai. Haan ji. So every film demands a different kind of time and screen space. So main hun compare nahi karungi, but mere liye is film ch siga ki it's good to be a part of a good script also. Haan ji. ਅਤੇ ਦੈਟ ਦੈਟਸ ਵਾਈ ਆਈ ਥਿੰਕ ਆਈ ਚੂਜ਼ ਇਟ ਅਤੇ ਹੁਣ ਜੋ ਫਿਲਮਾਂ ਆ ਰਹੀਆਂ ਆ ਉਹ ਉਹਨਾਂ 'ਚ ਜੋ ਦ ਸਲੈਕਸ਼ਨ ਫੋਰ ਦੋਜ਼ ਕਾਇੰਡ ਆਫ ਸਕ੍ਰਿਪਟ ਇਜ਼ ਆਫਟਰ ਗੁੱਡੀਆਂ ਪਟੋਲੇ ਸੋ ਦੋਜ਼ ਆਰ ਡਿਫਰੈਂਟ ਬਟ ਇਹ ਚੀਜ਼ ਕੀ ਕਿੱਦਾਂ ਹੈਗਾ ਆ ਕਿੰਨਾ ਹੈਗਾ ਆ ਜਸਟੀਫਾਈ ਹੁੰਦਾ ਆ ਨਹੀਂ ਇਹ ਆਡੀਅੰਸ 'ਤੇ ਆ ਕਿਉਂਕਿ ਫਲੇਵਰ ਜਿਹੜੀਆਂ ਪਿਛਲੀਆਂ ਫਿਲਮਾਂ ਆਈਆਂ ਨਾ ਉਹ ਫਲੇਵਰ ਬਿਲਕੁਲ ਡਿਫਰੈਂਟ ਹੈ ਗੁੱਡੀਆਂ ਯੂ ਕੈਨ ਨੋਟ ਕੰਪੇਅਰ ਦੈਟ ਫਿਲਮ ਵਿਦ ਦਿਸ ਬਟ ਮੈਂ ਇਹ ਹੋਪ ਕਰੂੰਗੀ ਕਿ ਆਡੀਅੰਸ ਨੂੰ ਪਸੰਦ ਆਵੇ ਇਨ ਟੋਟੈਲਿਟੀ ਦ ਫਿਲਮ ਐਵਰੀ ਕੈਰੈਕਟਰ ਠੀਕ ਹੈ ਦੈਟ ਵਾਟ ਮੈਟਰਸ ਐਮੀ ਭਾਅ ਜੀ ਵੈਸੇ ਜਦੋਂ ਤੁਹਾਡੀ ਨਾ ਕੋਈ ਵੀ ਨਵੀਂ ਫਿਲਮ ਅਨਾਊਂਸ ਹੁੰਦੀ ਹੈ ਲੋਕਾਂ ਨੂੰ ਹੁਣ ਪਤਾ ਵੀ ਐਮੀ ਭਾਅ ਜੀ ਦੀ ਜੇ ਕੋਈ ਫਿਲਮ ਅਨਾਊਂਸ ਹੋਏਗੀ ਤਾਂ ਉਹਦੇ 'ਚ ਬਾਕੀ ਜੋ ਲੀਗ 'ਚ ਫਿਲਮਾਂ ਬਣ ਰਹੀਆਂ ਨੇ ਉਹਨਾਂ ਨਾਲੋਂ ਹਟ ਕੇ ਹੀ ਫਿਲਮ ਹੋਏਗੀ ਭਾਵੇਂ ਕਿਸਮਤ ਕਹਿ ਲਓ ਹਰਜੀਤਾ ਕਹਿ ਲਓ ਹੋਰ ਜਿੰਨੀਆਂ ਵੀ ਤੁਸੀਂ ਫਿਲਮਾਂ ਕੀਤੀਆਂ ਨੇ ਹੁਣ ਮੁਕਲਾਵਾ 'ਚ ਵੀ ਵੈਡਿੰਗ 'ਤੇ ਫਿਲਮਾਂ ਤਾਂ ਬਹੁਤ ਫਿਲਮ ਮੇਕਰਸ ਬਣਾ ਰਹੇ ਨੇ ਬਟ ਇਹਦੇ 'ਚ ਤੁਸੀਂ ਆਪਣੇ ਪੰਜਾਬੀ ਕਲਚਰ ਦਾ ਇੱਕ ਇੰਪੋਰਟੈਂਟ ਐਸਪੈਕਟ ਚੁੱਕਿਆ ਮੁਕਲਾਵਾ ਜਿਹਦੇ ਬਾਰੇ ਯੰਗ ਜਨਰੇਸ਼ਨ ਨੂੰ ਨਹੀਂ ਪਤਾ ਅਤੇ ਤੁਸੀਂ 24 ਤਰੀਕ ਨੂੰ ਉਹ ਲੋਕਾਂ ਨਾਲ ਸਾਂਝਾ ਕਰੋਗੇ ਅਤੇ ਕਿੰਨੀ ਕੁ ਇਸ ਦੇ ਪਿੱਛੇ ਸਪੈਸ਼ਲ ਉਹ ਰਹਿੰਦੀ ਹੈ ਕਿ ਡਿਫਰੈਂਟ ਫਿਲਮਾਂ ਚੂਜ਼ ਕੀਤੀਆਂ ਜਾਣ ਕੋਈ ਵੀ ਪਿਛਲੀ ਫਿਲਮ ਨਾਲ ਉਹ ਸੇਮ ਚੀਜ਼ਾਂ ਨਾ ਹੋਣ ਅੱਗੇ ਫਿਰ ਜਿਵੇਂ ਵੈਡਿੰਗ 'ਤੇ ਬਣੇ ਨਾ ਕਾਫੀ ਫਿਲਮਾਂ ਵੈਡਿੰਗ ਨਹੀਂ ਹੈਗੀ ਰਿਸ਼ ਅੱਛਾ ਵੈਡਿੰਗ ਦਾ ਗੀਤ 'ਚ ਨਿਕਲ ਜਾਣੀ ਹੈ ਅੱਛਾ ਵੈਡਿੰਗ ਤਾਂ ਐਂ ਗਈ ਦੋਵਾਂ ਮਿੰਟਾਂ ਟਾਈਮ ਅੱਛਾ ਇਹ ਫਿਰ ਉਸ ਤੋਂ ਬਾਅਦ ਦਾ ਜਿਹੜਾ ਮੂਮੈਂਟ ਹੈ ਉਹਦਾ ਸਾਲ ਖੰਡ ਹੈ ਉਹ 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 ਵਿਖਾਇਆ ਜਾਂ ਉਦੋਂ ਵਿਆਹ ਤੋਂ ਪਹਿਲਾਂ ਦੀ ਚੀਜ਼ ਵਿਖਾਈ ਹੈ ਹਾਂ ਰੀਤੀ ਰਿਵਾਜ਼ ਇਹ ਵਿਆਹ ਨਾਲ ਜ਼ਰੂਰ ਰਿਲੇਟ ਕਰਦਾ ਜਾਂ ਵਿਆਹ ਦੇ ਮਤਲਬ ਨਾਲ ਮਤਲਬ ਜਿਹੜਾ ਮੈਚ ਕਰਦਾ ਤੁਸੀਂ ਕਹਿ ਸਕਦੇ ਹੋ ਹਾਂਜੀ ਅਤੇ ਮਤਲਬ ਉਹਦੇ ਲਈ ਵਿਆਹ ਜ਼ਰੂਰੀ ਹੈ ਮੁਕਲਾਵੇ ਵਾਸਤੇ ਸੋ ਉਹ ਚੀਜ਼ ਜ਼ਰੂਰ ਹੈਗੀ ਹੈ ਬਟ ਇਹਦੇ ਮਤਲਬ ਵਿਆਹ ਦੇ ਵਿਆਹ ਲਈ ਕੋਈ ਸ਼ਗਨਾਂ ਸ਼ਗਨਾਂ ਵਾਲੀ ਫਿਲਮ ਨਹੀਂ ਹੈਗੀ ਜੇ ਵਿਆਹ 'ਚ ਵੇਖਿਆ ਜਾਊਗਾ ਵੀ ਉੱਥੇ ਬਰਾਤਾਂ ਆਉਣਗੀਆਂ ਜੇ ਇਹੋ ਜਿਹਾ ਕੁਛ ਨਹੀਂ ਹੈਗਾ ਸੋ ਫਿਲਮ ਦੇ ਵਿੱਚ ਬਾਕੀ ਇਹ ਤਾਂ ਸਾਰਾ ਉਹੀ ਹੈ ਮਤਲਬ ਮੁਕਲਾਵੇ ਦੇ ਰਿਲੇਟਿਡ ਹੈ ਜਦੋਂ ਜ਼ਿਆਦਾ ਆਪਣੀ ਮਤਲਬ ਵਾਈਫ ਦਾ ਮੂੰਹ ਵੇਖਣਾ ਹਾਂਜੀ ਸੋ ਉਹ ਪ੍ਰੋਬਲਮ ਹੈ ਅਤੇ ਵਾਈਫ ਨੂੰ ਤੁਸੀਂ ਵੇਖਿਆ ਤਾਂ ਉਹਨੇ ਵੇਖਿਆ ਨਹੀਂ ਤੁਹਾਨੂੰ ਉਹ ਵੀ ਜਦੋਂ ਜਦੋਂ ਉਹਦੇ ਪ੍ਰੀਆ ਦੇ ਮੂਹਰੇ ਗੇੜੇ ਕੱਢਦਾ ਉਹਨੂੰ ਪਤਾ ਹੀ ਨਹੀਂ ਸੋ ਉਹ ਚੀਜ਼ ਹੈ ਫਿਲਮ 'ਚ ਠੀਕ ਹੈ ਅਤੇ ਸੋਨਮ ਤੁਹਾਡੀ 10ਵੀਂ ਫਿਲਮ ਹੈ ਜਿਵੇਂ ਆਪਾਂ ਜ਼ਿਕਰ ਕੀਤਾ ਅਤੇ ਉਹਦੇ ਵਿੱਚੋਂ ਤੁਹਾਡੀ ਇਹ ਵਾਈਟ ਹਿਲ ਸਟੂਡੀਓਜ਼ ਨਾਲ 5ਵੀਂ ਹੈ ਹਾਂਜੀ ਮੈਂ ਸਾਰਾ ਕਰਕੇ ਆਇਆ ਜੀ ਅਤੇ ਕੀ ਤੁਹਾਡਾ ਸਪੈਸ਼ਲ ਬੌਂਡ ਦੱਸੋ ਤੁਹਾਡਾ ਵਾਈਟ ਹਿਲ ਸਟੂਡੀਓਜ਼ ਨੇ ਤੁਹਾਨੂੰ ਲਾਂਚ ਕੀਤਾ ਸੀ ਤੁਹਾਡੀ ਪਹਿਲੀ ਫਿਲਮ 'ਚ ਉਹਨਾਂ ਨਾਲ ਕੀ ਤੁਹਾਡੀ ਸਪੈਸ਼ਲ ਬੌਂਡ ਸੀ ਕਹਿ ਦਿੱਤਾ ਤੁਸੀਂ ਉਹਨਾਂ ਨੇ ਤੁਹਾਨੂੰ ਲਾਂਚ ਕੀਤਾ ਸੀ ਨਹੀਂ ਭਾਅ ਜੀ ਲਾਂਚ ਤਾਂ ਬਟ ਉਸ ਤੋਂ ਬਾਅਦ ਇੱਕ ਬਣ ਜਾਂਦੀ ਹੈ ਜਦੋਂ ਮੇਰੀ ਪਹਿਲੀ ਫਿਲਮ ਆਈ ਸੀ ਮੇਰਾ ਕੋਈ ਫਿਲਮੀ ਬੈਕਗ੍ਰਾਉਂਡ ਨਹੀਂ ਸੀ ਹਾਂਜੀ ਅਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਹਾਊ ਟੂ ਈਵਨ ਲਾਈਕ ਟਰਾਏ ਤਾਂ ਬਹੁਤ ਦੂਰ ਦੀ ਗੱਲ ਹੈ ਆਈ ਥਿੰਕ ਲੋਕਾਂ ਕੋਲ ਮੇਰਾ ਨੰਬਰ ਵੀ ਨਹੀਂ ਹੋਣਾ ਜਾਂ ਸੋ ਸੈਕਿੰਡ ਫਿਲਮ ਵੀ ਫਿਰ ਵਾਈਟ ਹਿਲ ਨਾ ਹੋਈ ਹਾਂ ਫਿਰ ਉਸ ਤੋਂ ਬਾਅਦ ਵੀ ਬਹੁਤ ਗੈਪ ਹੋ ਗਿਆ ਐਂਡ ਇੰਨੀ ਯੂ ਨੋ ਆਈ ਵਾਜ਼ ਨੈਵਰ ਲਾਈਕ ਕਿ ਮੈਂ ਖੁਦ ਜਾ ਕੇ ਯੂ ਨੋ ਟਰਾਈ ਕਰਾਂ ਕਿ ਮੈਂ ਇਹਨੂੰ ਮਿਲਾਂ ਮੈਂ ਉਹਨੂੰ ਮਿਲਾਂ ਆਹ ਕਰਾਂ ਐਂਡ ਉਹ ਕਰਾਂ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਕੋਈ ਹੋਰ ਪ੍ਰੋਡਕਸ਼ਨ ਹਾਊਸ ਹੈਗਾ ਵੀ ਹੈ ਐਂਡ ਵਾਈਟ ਹਿਲ ਵਾਜ਼ ਆਲਵੇਜ਼ ਵਨ ਆਫ ਦੋਸ ਪ੍ਰੋਡਕਸ਼ਨ ਹਾਊਸਿਸ ਜਿਨ੍ਹਾਂ ਨੇ ਬਹੁਤ ਸਕਸੈਸਫੁਲ ਫਿਲਮਾਂ ਦਿੱਤੀਆਂ ਸੀ ਤਾਂ ਮੈਨੂੰ ਤਾਂ ਇਹ ਲੱਗਦਾ ਸੀ ਕਿ ਵਾਈਟ ਹਿਲ ਹੀ ਹੈਗਾ ਇੱਕ ਪ੍ਰੋਡਕਸ਼ਨ ਹਾਊਸ ਹੋਰ ਕੋਈ ਹੈ ਹੀ ਨਹੀਂ ਇੱਕ ਦੋ ਹੀ ਹੋਣਾ ਹੋਰ ਫਿਲਮਾਂ ਬਣਾਉਂਦੇ ਆ ਸੋ ਬਿਗਨਿੰਗ 'ਚ ਓਬਵੀਅਸਲੀ ਦ ਥਿੰਗ ਵਾਜ਼ ਦੈਟ ਇਟ ਜਸਟ ਸੋ ਹੈਪਨ ਕਿ ਮੇਰੀ ਪਹਿਲੀ ਵੀ ਫਿਲਮ ਉਹਨਾਂ ਦੇ ਨਾਲ ਸੀ ਦੂਜੀ ਵੀ ਐਂਡ ਦੈਨ ਨਾਓ ਵਿਦ ਟਾਈਮ ਦੇਰ ਇਜ਼ ਦੈਟ ਕਾਇੰਡ ਆਫ ਅ ਰਿਲੇਸ਼ਨਸ਼ਿਪ ਦੇਰ ਇਜ਼ ਦ ਕੰਫਰਟ ਲੈਵਲ ਐਂਡ ਇਜ਼ ਦੈਟ ਟਰੱਸਟ ਸੋ ਉਹ ਹੁੰਦਾ ਨਾ ਕਿ ਤੁਹਾਨੂੰ ਕੰਮ ਕਰਕੇ ਵਧੀਆ ਲੱਗਦਾ ਸੋ ਦੈਟਸ ਹਾਊ ਉਹ ਇੱਕ ਐਸੋਸੀਏਸ਼ਨ ਬਣੀ ਹੋਈ ਆ ਤੇ ਬਟ ਮੈਂ ਕਾਊਂਟ ਪਰਸਨ ਹੀ ਮੈਂ ਵੀ ਨਹੀਂ ਸੀ ਕੀਤਾ ਕਿ 10 ਫਿਲਮਾਂ ਚੋਂ 5 ਫਿਲਮਾਂ ਵਾਈ ਅਰੇ ਮੈਂ ਸਰਦਾਰ ਜੀ ਵਗੀ ਗੈਸਟ ਅਪੀਅਰੈਂਸ ਨਹੀਂ ਕਾਊਂਟ ਕੀਤੀ ਅੱਛਾ ਉਹ ਕਾਊਂਟ ਕਰ ਲਓ ਤਾਂ 6 ਹੋ ਜਾਣਗੇ ਓਕੇ ਤੇ
ਐਮੀ ਭਾਅ ਜੀ ਹੁਣ ਲਾਸਟ ਸਵਾਲ ਬਸ ਜਾਣ ਤੋਂ ਪਹਿਲਾਂ, ਤੁਸੀਂ ਬਾਲੀਵੁੱਡ 'ਚ ਵੀ ਜਾ ਰਹੇ ਹੋ, ਡਿਸਟ੍ਰੀਬਿਊਸ਼ਨ ਕੰਪਨੀ ਵੀ ਖੋਲ੍ਹ ਗਈ, ਪ੍ਰੋਡਕਸ਼ਨ ਤੁਸੀਂ ਪਿਛਲੇ ਸਾਲ ਹੀ ਅਨਾਊਂਸ ਕਰਤੀ ਸੀ ਆਪਣੀ ਕੰਪਨੀ, ਇਸ ਤੋਂ ਇਲਾਵਾ ਹੋਰ ਐਮੀ ਵਿਰਕ ਦਰਸ਼ਕਾਂ ਨੂੰ ਕਿਸ ਕਿਸ ਫੀਲਡ ਦੇ ਵਿੱਚ ਨਜ਼ਰ ਆ ਸਕਦੇ? ਜਿਸ ਫੀਲਡ 'ਚ ਮੈਨੂੰ ਕਿਸੇ ਨੇ ਤੰਗ ਕੀਤਾ ਵਾ ਉਹ ਮੈਂ ਫੀਲਡ ਖੋਲ੍ਹ ਲੈਣੀ ਜੀ। ਅੱਛਾ ਹਾਂਜੀ, ਸੋ ਨਾ ਜੀ ਮੈਂ ਪ੍ਰੋਡਕਸ਼ਨ ਹਾਊਸ 'ਚ ਆਉਂਦਾ ਸੀਗਾ ਸਾਨੂੰ, ਹਾਂਜੀ, ਅਤੇ ਨਾ ਡਿਸਟ੍ਰੀਬਿਊਸ਼ਨ 'ਚ ਆਉਂਦਾ ਸੀਗਾ ਜੀ, ਅਤੇ ਉਹ ਬਸ ਉਹਨੂੰ ਮਤਲਬ ਟੋਟਲੀ ਇਨਸਾਫ ਜਿਹਾ ਨਹੀਂ ਮਿਲਿਆ ਫਿਰ ਉਹ, ਮੈਂ ਕਿਹਾ ਖਾਸ ਬਹੁਤ ਵੱਡਾ ਕੰਮ ਤਾਂ ਹੈ ਨਹੀਂ ਗਾ ਜੀ ਕੋਈ, ਤੁਸੀਂ ਕਰ ਸਕਦੇ ਹੋ ਮਤਲਬ, ਜਿਹੜੇ ਡਿਸਟ੍ਰੀਬਿਊਟਰ ਵੀ ਬੰਦੇ ਹੁੰਦੇ ਆ ਅਤੇ ਪ੍ਰੋਡਿਊਸਰ ਵੀ ਬੰਦੇ ਹੁੰਦੇ ਆ, ਤੁਸੀਂ ਕਰ ਸਕਦੇ ਹੋ ਚੀਜ਼, ਅਤੇ ਨਾਲੇ ਐਂ ਹੁੰਦਾ ਵੀ ਇੱਕ ਨਵਾਂ ਕੰਮ ਕਿੱਤਾ ਖੁੱਲ੍ਹ ਜਾਂਦਾ ਤੁਹਾਡੇ ਸੱਜਣ ਮਿੱਤਰ ਯਾਰ ਦੋਸਤ ਹੋ, ਉਹਦੇ 'ਚ ਤੁਸੀਂ ਲਾ ਸਕਦੇ ਹੋ, ਹਾਂਜੀ, ਇੱਕ ਰੁਜ਼ਗਾਰ ਖੁੱਲ੍ਹ ਜਾਂਦਾ ਭਰਾ ਵਾਸਤੇ, ਹੈ ਨਾ, ਹਾਂਜੀ, ਸੋ ਨਾਲੇ ਉਹ ਮੋਨੋਪੋਲੀ ਟੁੱਟ ਜਾਂਦੀ ਹੈ। ਠੀਕ ਹੈ ਭਾਈ, ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਆਪਣੀ ਇਨ ਹਾਊਸ ਪ੍ਰੋਡਕਸ਼ਨ ਫਿਲਮਾਂ ਤੱਕ ਹੀ ਸੀਮਿਤ ਹੈ ਕਿ ਬਾਹਰ ਦੀਆਂ ਫਿਲਮਾਂ ਵੀ? ਬਾਹਰਲੀਆਂ ਵੀ ਜੀ ਸਦਕੇ, ਬਟ ਐਂ ਨੀਗਾ ਵੀ ਅਸੀਂ ਐਂ ਨੀਗਾ ਵੀ ਅਸੀਂ ਕਿਸੇ ਦਾ ਕੰਮ ਖੋਲ੍ਹ ਨੂੰ ਕੀਤੀ ਹੈ ਜਾਂ ਕੰਮ ਕਰਦੇ, ਅਸੀਂ ਐਂ ਵੀ ਜਿਹੜਾ ਅਸੀਂ ਆਪਦੀਆਂ ਕਰਦੇ ਹਾਂ ਸਾਡਾ ਮਤਲਬ ਪਹਿਲਾਂ ਸਭ ਤੋਂ ਪਹਿਲਾਂ ਸਟੈਪ ਉਹ ਹੈ ਵੀ ਉਹਨਾਂ ਨਾਲ ਅਸੀਂ ਢੰਗ ਤਰੀਕੇ ਨਾਲ ਇਨਸਾਫ ਕਰ ਲਈਏ, ਜਿਹੜੀਆਂ ਮੇਰੀਆਂ ਆਪਣੀਆਂ ਫਿਲਮਾਂ ਜਾਂ ਆਪਣੇ ਪ੍ਰੋਡਕਸ਼ਨ ਹਾਊਸ ਦੀਆਂ ਮੈਨੇਜਰਸ ਦੀਆਂ, ਸੋ ਬਾਕੀ ਉਸ ਤੋਂ ਬਾਅਦ 'ਚ ਵੀ ਜੇ ਕਿਤੇ ਬੈਟਰ ਡੀਲ ਹੁੰਦੀ ਹੈ ਜਾਂ ਕਿਸੇ ਪਾਸੇ ਵੀ ਮਿਲਦਾ ਤਾਂ ਅਸੀਂ ਡੈਫੀਨੇਟਲੀ ਕਰਾਂਗੇ। ਮੈਨੂੰ ਜਦੋਂ ਤੁਸੀਂ ਅਨਾਊਂਸ ਕੀਤੀ ਸੀ ਨਾ ਕੰਪਨੀ, ਤੁਸੀਂ ਇੰਸਟਾਗ੍ਰਾਮ 'ਤੇ ਸ਼ਾਇਦ ਆਈ ਥਿੰਕ ਇੱਕ ਲਾਈਨ ਲਿਖੀ ਸੀ ਕਿ ਜੱਟ ਆਪਣੀ ਫਸਲ ਮੰਡੀਆਂ ਦੇ ਵਿੱਚ ਖੁਦ ਜਾ ਕੇ ਵੇਚਦੇ ਆ, ਅਤੇ ਹੁਣ ਫਿਲਮਾਂ ਵੀ ਅਸੀਂ ਆਪਦੀਆਂ ਸਿਨੇਮਿਆਂ 'ਚ ਆਪ, ਮੈਨੂੰ ਬੜੀ ਇੰਨਾ ਦਿਮਾਗ ਬਹੁਤ ਜੱਗੀ ਲਾਉਂਦਾ ਹੁੰਦਾ ਜੀ, ਮੇਰਾ ਇੰਨਾ ਨੀਗਾ। ਅੱਛਾ, ਅਤੇ ਉਹ ਜਗਦੀਪ ਨੇ ਲਾਇਆ ਅਤੇ ਮੈਂ ਕਾਪੀ ਪੇਸਟ ਮਾਰ ਦਿੱਤਾ। ਅੱਛਾ ਠੀਕ ਹੈ, ਅਤੇ ਭਾਅ ਜੀ ਜਾਣ ਤੋਂ ਪਹਿਲਾਂ ਫੈਨਸ ਗਏ ਛੋਟਾ ਜਿਹਾ ਗਾਣਾ ਸਾਰਿਆਂ ਨੂੰ, ਅੱਛਾ ਮੈਂ ਕਿਹਾ ਵੀ ਮੈਸੇਜ ਰੈਡੀ ਹੁੰਦਾ ਮੈਸੇਜ ਤਾਂ ਮੈਨੂੰ ਤੁਹਾਡਾ ਪਤਾ ਹੈ ਤੁਸੀਂ ਜੋ ਹਮੇਸ਼ਾ ਦਿੰਦੇ ਹੋ ਕਿ ਸ਼ੁੱਕਰਵਾਰ ਇੱਕ ਜਣਾ ਜਾ ਕੇ ਦੇਖ ਆਇਓ ਅਤੇ ਜੇ ਵਧੀਆ ਲੱਗੀ ਤਾਂ ਸ਼ਨੀਵਾਰ ਫੈਮਿਲੀ ਨੂੰ, ਨਹੀਂ ਇਸ ਵਾਰੀ ਥੋੜ੍ਹੀ ਸ਼ੁੱਕਰਵਾਰ ਜਾਏ ਸਾਰੇ। ਅੱਛਾ ਠੀਕ ਹੈ, ਹਾਂਜੀ, ਕਿਉਂਕਿ ਮਤਲਬ ਫਿਲਮ ਵਧੀਆ ਤਾਂ ਕਹਿਣਾ ਵੀ ਤੁਸੀਂ ਦੇਖ ਆਇਓ ਜਾ ਕੇ, ਅਤੇ ਕਈ ਵਾਰੀ ਹੁੰਦਾ ਨਾ ਮੈਂ ਆਪਣੇ ਆਪ ਘਰਵਾਇਆ ਹੁੰਦਾ ਬੰਦਾ ਘਬਰਾਇਆ ਹੁੰਦਾ ਵੀ ਤੁਸੀਂ ਇੱਕ ਜਣਾ ਜਾ ਕੇ ਦੇਖ ਆਇਓ ਯਾਰ ਕਾਹਨੂੰ ਪੈਸੇ ਵੱਟਣੇ ਆ, ਬਟ ਵਰਸ ਹੈ ਇਸ ਵਾਰੀ ਤੁਸੀਂ ਜਾ ਸਕਦੇ ਹੋ ਸਾਰੇ ਫਰਾਈਡੇ ਭਾਅ ਜੀ, ਉਮੀਦ ਹੈ ਜੀ ਪੂਰੀ। ਅਤੇ ਗੀਤ ਮੈਂ ਤੁਹਾਨੂੰ ਦੱਸੋ ਕਿਹੜਾ, ਤੁਹਾਨੂੰ ਹੁਕਮ ਕਰੋ, ਮੇਰਾ ਤਾਂ ਫੇਵਰੇਟ ਹੈ ਵੰਗ ਦਾ ਨਾਮ। ਓਕੇ, ਹੁਣੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਣਾ, ਪੂਜੋ ਤੇਰੇ ਦਿਲ ਵਿੱਚ ਧੜਕ ਰਿਹਾ ਮੈਨੂੰ ਬਿਲਕੁਲ ਸੁਣਦਾ ਸਾਫ, ਹੋ ਮੱਲੋ ਮੱਲੀ ਡਿੱਗ ਪੈਂਦਾ ਹੈ ਜ਼ਮੀਨ ਤੇ, ਓਏ ਹੋਏ ਪਿਆਰ ਵਾਲਾ ਫਲ ਜਦੋਂ ਪੱਕਿਆ ਓਏ ਭਲਾ ਕੰਧਾਂ ਨੂੰ ਕਰਾ ਕੇ ਹੋਰ ਉੱਚੀਆਂ, ਕਿਨੇ ਉੱਡਣੇ ਸੱਪਾਂ ਨੂੰ ਬਿੱਲੋ ਡੱਕਿਆ, ਤੇਰਾ ਹਸਨ ਹੈ ਬਰਫ ਜਿਹਾ ਦੇਖ ਤਪ ਤਪ ਬਣ ਜਾ ਭਾਫ, ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਣਾ। ਕੀ ਬਾਤ ਹੈ ਭਾਈ, ਬਹੁਤ ਵਧੀਆ ਗਾਣਾ ਹੈ, ਤੇ ਆਈ ਐਮ ਸ਼ੋਰ ਵੀ ਆਉਣ ਵਾਲੇ ਸਾਲਾਂ 'ਚ ਇਹ ਗਾਣੇ ਨੂੰ ਬਹੁਤ ਜ਼ਿਆਦਾ ਸੁਣਿਆ ਜਾਏਗਾ। ਥੈਂਕ ਯੂ ਬ੍ਰਦਰ, ਅਪਰੀਸ਼ੀਏਟ। ਅਤੇ ਭਾਅ ਜੀ ਹੁਣ ਜਾਣ ਤੋਂ ਪਹਿਲਾਂ ਜੇ ਤੁਸੀਂ ਆਡੀਅੰਸ ਨੂੰ ਕੁਝ ਕਹਿਣਾ ਚਾਹੋ ਮੁਕਾਬਲਾ ਦੇਖਣ ਨੂੰ, ਮੈਂ ਦੋਨਾਂ ਦੇ ਪੁਆਇੰਟ ਆਫ ਵੀ ਤੋਂ ਸਾਡਾ ਸੇਮ ਸਵਾਲ ਸੇਮ ਆਨਸਰ ਹੋਊਗਾ। ਸੋ ਤੁਸੀਂ ਆਪਾਂ ਸਾਰੇ ਜਣੇ ਐਂਟਰਟੇਨਮੈਂਟ ਦੇ ਆਪਣੇ ਕੋਲ ਕਾਫੀ ਵੇਜ਼ ਨੇ, ਸੋ ਆਪਾਂ ਤੁਸੀਂ ਜਾਂ ਬਜ਼ੁਰਗ ਮਤਲਬ ਜਿਹੜੇ ਯੰਗਸਟਰਸ ਨੇ ਉਹਨਾਂ 'ਚ ਇੱਕ ਜਣਾ ਭਾਵੇਂ ਘਰੇ ਰਹਿ ਜਾਓ ਅਤੇ ਬਜ਼ੁਰਗਾਂ ਨੂੰ ਪਲੀਜ਼ ਜ਼ਰੂਰ ਲੈ ਕੇ ਜਾਓ, ਬਿਕਾਜ਼ ਐਂ ਹੁੰਦਾ ਨਾ ਵੀ ਸਾਰੇ ਫਿਲਮ ਵੇਖਣ ਜਾ ਵੜਦੇ ਨੇ ਬਜ਼ੁਰਗ ਘਰੇ ਰੱਖੀ ਜਾਂਦੇ, ਘਰੇ ਰੱਖੀ ਤਾਂ ਐਤਕੀ ਬੰਦਾ ਕੋਈ ਹੋਰ ਰਿਹਾ ਜਾਂ ਕੋਈ ਬੰਦਾ ਊਂ ਕਿਰਾਏ 'ਤੇ ਛੱਡ ਕੇ ਰੱਖ ਜਾਓ ਘਰੇ, ਬਜ਼ੁਰਗਾਂ ਨੂੰ ਪਲੀਜ਼ ਹੈਵ ਟੂ ਆ ਫਿਲਮ ਵਿਖਾਉਣੀ ਇਹ, ਅਤੇ ਸਾਰਿਆਂ ਨੂੰ ਦੋਨੇ ਹੱਥ ਬੰਨ ਕੇ ਬੇਨਤੀ ਹੈ ਵੀ 24th May ਨੂੰ ਸਾਡੀ ਫਿਲਮ ਆਏ ਨਹੀਂ ਮੁਕਲਾਵਾ, ਅਤੇ ਫੈਮਲੀਜ਼ ਦੇ ਨਾਲ ਜਾਓ ਅਤੇ ਇੰਜੋਏ ਕਰੋ ਅਤੇ ਸਾਨੂੰ ਪਿਆਰ ਸਤਿਕਾਰ ਬਲੈਸਿੰਗਸ ਦੁਆਵਾਂ ਦਿਓ। ਹੁਣ ਤੁਸੀਂ ਦੋਨਾਂ ਨੇ ਇੰਨੇ ਪਿਆਰ ਨਾਲ ਕਹਿਤਾ, ਜ਼ਰੂਰ ਜਾਣਗੇ 24 ਤਰੀਕ ਨੂੰ ਪਹਿਲਾ ਸ਼ੋਅ ਦੇਖਣ। ਥੈਂਕ ਯੂ ਭਾਜੀ, ਥੈਂਕ ਯੂ ਫੋਰ ਥੈਂਕਸ ਲੋਟ, ਥੈਂਕ ਯੂ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ।
ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆਂ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਉਹ ਸ਼ਖਸੀਅਤ ਜਿਨ੍ਹਾਂ ਨੂੰ ਪਹਿਚਾਣ ਸਾਨੂੰ ਕਰਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਸਾਰੇ ਉਹਨਾਂ ਨੂੰ ਜਾਣਨੇ ਹੀ ਚਾਹੋਗੇ। ਸਰਦਾਰ ਸੋਹੀ ਜੀ, ਸਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੰਜਾਬੀ ਮੇਨੀਆਂ 'ਤੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ। ਸਰ, ਤੁਹਾਡੀ ਫਿਲਮ ਰਿਲੀਜ਼ ਹੋਣ ਵਾਲੀ ਆ 19 ਅਕਤੂਬਰ ਨੂੰ, ਆਟੇ ਦੀ ਚਿੜੀ। ਸੋ ਆਪਾਂ ਪਹਿਲਾਂ ਟਾਈਟਲ ਦੀ ਹੀ ਗੱਲ ਕਰਦੇ ਹਾਂ ਕਿ ਆਟੇ ਦੀ ਚਿੜੀ, ਜੋ ਕਿ ਇੱਕ ਪੰਜਾਬੀ ਬੱਚੇ ਦੀ ਲਾਈਫ ਦੇ ਵਿੱਚ ਇੱਕ ਬਹੁਤ ਅਹਿਮੀਅਤ ਰੱਖਦੀ ਹੈ, ਉਹਦਾ ਇਸ ਫਿਲਮ ਦੇ ਨਾਲ ਕਿਵੇਂ ਸੰਬੰਧ ਬਣਦਾ? ਦੇਖੋ, ਆਟੇ ਦੀ ਚਿੜੀ ਸਾਡੀਆਂ ਨਾਨੀਆਂ ਦਾਦੀਆਂ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ। ਉਹ ਕਹਾਣੀ ਜਦੋਂ ਬੱਚਾ ਸੁਣਦਾ ਹੈ, ਉਦੋਂ ਇੱਕ ਬੱਚੇ ਦੇ ਛੋਟੇ ਜਿਹੇ ਉਹਦੀ ਮਾਸੂਮੀਅਤ ਹੁੰਦੀ ਹੈ ਉਹਦੇ ਅੰਦਰ, ਉਹਦੇ ਖੰਭ ਲੱਗ ਜਾਂਦੇ ਨੇ, ਉੱਡਣ ਨੂੰ ਦਿਲ ਕਰਦਾ ਉਹਦਾ। ਜ਼ਿੰਦਗੀ ਦੀਆਂ ਉਡਾਰੀਆਂ ਨੇ, ਸੁਪਨੇ ਨੇ, ਔਰ ਉਹ ਉੱਥੋਂ ਬਚਪਨ ਤੋਂ ਹੀ ਸਾਡੇ ਅੰਦਰ ਸੰਜੋ ਦਿੱਤੇ ਜਾਂਦੇ ਨੇ। ਤੋ ਉਹ ਕਹਾਣੀਆਂ ਨਾਨੀਆਂ ਦਾਦੀਆਂ ਤੋਂ ਸੁਣੀਆਂ ਹੋਈਆਂ, ਜਿਨ੍ਹਾਂ ਦੀ ਬਦੌਲਤ ਅੱਜ ਸਰਦਾਰ ਸੋਹੀ ਤੁਹਾਡੇ ਸਾਹਮਣੇ ਖੜ੍ਹਾ। ਇਹ ਸਿੰਬੋਲਿਕ ਹੈ, ਇਹ ਕੋਈ ਇਹ ਨਹੀਂ ਕਿ ਆਟੇ ਦੀ ਚਿੜੀ ਦੀ ਕਹਾਣੀਆਂ ਮੈਂ ਕਿਸੇ ਸੁਣਾਉਂਦੇ ਹਾਂ ਫਿਲਮ ਜਾਂ ਕੁਛ ਕਰਦੇ ਹਾਂ, ਲੇਕਿਨ ਸਿੰਬੋਲਿਕ ਹੈ ਸਾਡੀ ਕਲਚਰ ਬਾਰੇ ਗੱਲ ਕਰਦੇ ਹਾਂ, ਸਾਡੀ ਧਰਤੀ ਬਾਰੇ, ਸਾਡੀ ਜ਼ਮੀਨ ਬਾਰੇ, ਸਾਡੇ ਪਿਛੋਕੜ ਬਾਰੇ, ਅਸੀਂ ਕਿੱਥੇ ਸੀ, ਕਿੱਥੇ ਪਹੁੰਚ ਗਏ, ਔਰ ਇੱਥੇ ਇਹ ਰਸਤੇ 'ਤੇ ਪਹੁੰਚ ਕੇ ਕਿੰਨਾ ਕੁ ਖੋਇਆ, ਕਿੰਨਾ ਕੁ ਪਾਇਆ, ਇਹੀ ਬਾਤ ਹੈ ਇਸ ਕਹਾਣੀ 'ਚ। ਅਤੇ ਸਰ, ਇਹਦੇ ਵਿੱਚ, ਇਸ ਫਿਲਮ ਦੇ ਵਿੱਚ ਤੁਹਾਡਾ ਜਿਹੜਾ ਕੈਰੇਕਟਰ ਹੈ ਉਹ ਕੀ ਹੈ? ਮੈਂ ਇਹਦੇ 'ਚ ਜੋ ਮੇਨ ਜੋੜੀ ਹੈ ਸਾਡੀ, ਅੰਮ੍ਰਿਤਮਾਨ ਨੀਰੂ ਬਾਜਵਾ, ਅੰਮ੍ਰਿਤਮਾਨ ਦਾ ਫਾਦਰ, ਨੀਰੂ ਦਾ ਸਮਝ ਲਓ ਫਰਾਪਾ ਜੀ, ਉਹਨਾਂ ਦਾ ਮੈਂ ਸਹੁਰਾ ਸਾਹਿਬ ਹਾਂ, ਅਤੇ ਬੜਾ ਸੋਹਣਾ ਰਿਲੇਸ਼ਨ ਹੈ। ਔਰ ਸਾਡੇ ਟ੍ਰੇਲਰ ਤੋਂ ਪਤਾ ਲੱਗ ਹੀ ਗਿਆ ਕਿ ਨੂੰਹ ਰਾਣੀ ਨਾਲ ਮੇਰੀ ਬਣਦੀ ਨਹੀਂ, ਉਹ ਉੱਧਰ ਦੀ ਮੌਡ ਨੂੰਹ ਰਾਣੀ ਹੈ, ਮੇਰਾ ਬੇਟਾ ਮੇਰੇ ਵਰਗਾ, ਅਤੇ ਉਹ ਜਿਹੜਾ ਨੋਕ ਚੌਂਕ ਹੈ ਉਹਦੇ 'ਚ ਥੋੜ੍ਹਾ ਕੋਮੇਡੀ ਵੀ ਕ੍ਰੀਏਟ ਹੁੰਦੀ ਹੈ, ਹਾਸਰਸ ਵੀ ਹੈ, ਔਰ ਇੱਕ ਬਹੁਤ ਸੋਹਣਾ ਪਿਆਰਾ ਜਿਹਾ ਮੈਸੇਜ ਵੀ ਹੈ। ਸਰ, ਵੈਸੇ ਤਾਂ ਤੁਹਾਨੂੰ ਬਹੁਤ ਸਾਲ ਹੋ ਗਏ ਨੇ ਪੰਜਾਬੀ ਇੰਡਸਟਰੀ ਦੇ ਵਿੱਚ, ਪਰ ਐਵੇਂ ਹੁੰਦਾ ਨਾ ਕਿ ਇੱਕ ਉਮਰ ਕਦੀ ਖਤਮ ਨਹੀਂ ਹੁੰਦੀ ਸਿੱਖਣ ਦੀ, ਸੋ ਇਸ ਫਿਲਮ ਦੇ ਨਾਲ ਵੀ ਤੁਸੀਂ ਕੁਛ ਨਵਾਂ ਜ਼ਰੂਰ ਸਿੱਖਿਆ ਹੋਗਾ, ਅਤੇ ਉਹ ਕੀ ਹੈ ਜੋ ਤੁਸੀਂ ਨਵਾਂ ਸਿੱਖਿਆ? ਲਾਜ਼ਮੀ ਹੈ, ਜਿਹੜੇ ਦਿਨ ਅਸੀਂ ਸਿੱਖਣਾ ਬੰਦ ਕਰ ਦਿੰਦੇ ਹਾਂ ਉਸ ਦਿਨ ਹੀ ਸਮਝੋ ਖਤਮ, ਐਕਟਰ ਖਤਮ। ਐਕਟਰ ਕੀ ਕੋਈ ਕੁਛ ਕੋਈ ਵੀ ਪ੍ਰੋਫੈਸ਼ਨ ਹੋਵੇ, ਹਰ ਰੋਜ਼ ਨਵੇਂ ਚੈਲੇਂਜ ਹੁੰਦੇ ਨੇ, ਹਰ ਰੋਜ਼ ਸਾਡੀ ਟੈਕਨੀਕ ਚੇਂਜ ਹੁੰਦੀ ਹੈ, ਸਾਡੀ ਟੇਕਿੰਗ ਚੇਂਜ ਹੁੰਦੀ ਹੈ, ਸਾਡੇ ਕੋਲ ਰਾਈਟਰ ਯੰਗ ਜਨਰੇਸ਼ਨ ਹੈ, ਇਹਦੇ 'ਚ ਰਾਜੂ ਵਰਮਾ ਯੰਗ ਜਨਰੇਸ਼ਨ ਹੈ, ਉਹਨੇ ਆਟੇ ਦੀ ਚਿੜੀ ਲਿਖੀ ਹੈ, ਉਹ ਮੇਰੇ ਵਾਸਤੇ ਉਹ ਨਵਾਂ ਕੁਛ ਲੈ ਕੇ ਆਇਆ। ਸੋ ਮੇਰੇ ਵੱਲੋਂ ਵੀ ਕੋਸ਼ਿਸ਼ ਸੀ ਕਿ ਮੇਰੇ ਦਰਸ਼ਕ ਕਿਧਰੇ ਇਹ ਨਾ ਕਹਿਣ ਕਿ ਮੈਂ ਜਿਹੜਾ ਰਾਈਟਰ ਦੀ ਕਲਮ ਹੈ ਉਹਦੇ ਖਰਾ ਨਹੀਂ ਉਤਰਿਆ, ਮੈਂ ਆਪਣੇ ਵੱਲੋਂ ਪੂਰਾ ਤਨਦੇਹੀ ਨਾਲ ਕੰਮ ਕੀਤਾ, ਮਨ ਨਾਲ ਕੰਮ ਕੀਤਾ। ਅਤੇ ਸਰ, ਤੁਹਾਨੂੰ ਆਪਣਾ ਇਹ ਵਾਲਾ ਕੈਰੈਕਟਰ ਬਾਕੀ ਫਿਲਮਾਂ ਨਾਲੋਂ ਕਿਵੇਂ ਡਿਫਰੈਂਟ ਲੱਗਦਾ? ਇਹ ਤਾਂ ਮੇਰਾ ਜਿਹਨੂੰ ਕਹਿੰਦੇ ਆ ਡ੍ਰੀਮ ਪ੍ਰੋਜੈਕਟ, ਡ੍ਰੀਮ ਪ੍ਰੋਜੈਕਟ ਹੈ, ਮਤਲਬ ਮੈਂ ਬਹੁਤ ਇਸ ਵੇਲੇ ਕੀ ਕਹਾਂ, ਥ੍ਰਿਲਿੰਗ ਮੇਰੇ ਵਾਸਤੇ, ਮੈਂ ਬਹੁਤ ਜੋਸ਼ ਹੈ, ਬਹੁਤ ਪਰਮਾਤਮਾ ਅੱਗੇ ਬੇਨਤੀਆਂ ਵੀ ਕਰ ਰਿਹਾ ਕਿ ਇਹ ਫਿਲਮ ਹਿੱਟ ਹੋਣੀ ਚਾਹੀਦੀ ਹੈ। ਸਾਡੇ ਦਰਸ਼ਕਾਂ ਨੂੰ ਵੀ ਮੈਂ ਇਹੀ ਸੁਨੇਹਾ ਦੇ ਰਿਹਾ ਕਿ ਬਈ ਤੁਸੀਂ ਮੇਰੀ ਫਿਲਮ, ਮੇਰੇ ਜਿਹੜੇ ਹਾਰਡ ਕੋਰ ਫੈਨਸ ਨੇ, ਮੇਰੇ ਦੋਸਤ ਨੇ, ਮੇਰੇ ਫੇਸਬੁੱਕ ਫਰੈਂਡਸ ਨੇ, ਯੂਥ ਅੱਜ ਦੀ, ਮੈਨੂੰ ਪਤਾ ਯੂਥ ਬਹੁਤ ਪਿਆਰ ਕਰਦੀ, ਉਹ ਸਾਰਿਆਂ ਨੂੰ ਮੈਂ ਇਹ ਸੁਨੇਹਾ ਦੇਣਾ ਕਿ ਇਹ ਫਿਲਮ ਮਿਸ ਨਾ ਕਰ ਦਿਓ, ਫਿਰ ਤੁਸੀਂ ਬਾਅਦ 'ਚ ਕਹੋਗੇ ਕਿ ਬਈ ਕੁਛ ਐਂ ਲੱਗੂ ਜਿਵੇਂ ਪਾਪ ਹੋ ਗਿਆ ਹੁੰਦਾ। ਬਹੁਤ ਸੋਹਣੀ ਫਿਲਮ ਹੈ, ਰੱਬ ਮਿਹਰ ਕਰੇ ਸਰ, ਤੁਹਾਡੀ ਜਿਹੜੀਆਂ ਫਿਲਮਾਂ ਅਸੀਂ ਦੇਖਦੇ ਹਾਂ ਅੱਗੇ ਵੀ ਇੱਦਾਂ ਹੀ ਦੇਖੀਏ, ਬਹੁਤ ਸੋਹਣਾ ਤੁਸੀਂ ਕੰਮ ਕਰਦੇ ਹੋ, ਅਤੇ ਸਾਡੇ 'ਤੇ ਵੀ ਮਿਹਰ ਬਣੀ ਰਹੇ ਤੁਹਾਡੀ। ਅਤੇ ਸਰ, ਤੁਸੀਂ ਪੰਜਾਬੀ ਮੀਨੀਆਂ ਦੇਖ ਰਹੇ ਵਿਊਜ਼ ਨੂੰ ਕੀ ਕਹਿਣਾ ਚਾਹੋਗੇ ਜਾਣ ਤੋਂ ਪਹਿਲਾਂ? ਪੰਜਾਬੀ ਮੀਨੀਆਂ ਦੇ ਜਿਹੜੇ ਵਿਊਜ਼ ਨੇ, ਮੈਂ ਗੱਲ ਸਿੱਧੀ ਉਹਨਾਂ ਨਾਲ ਹੀ ਕਰ ਰਿਹਾ ਸੀ, ਮੈਂ ਨਾਂ ਨਹੀਂ ਸੀ ਬੋਲਿਆ। ਪੰਜਾਬੀ ਮੀਨੀਆਂ ਦੇ ਵਿਊਜ਼ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਦੋਸਤੋ,
19 ਅਕਤੂਬਰ ਨੂੰ ਆਟੇ ਦੀ ਚਿੜੀ ਮਿਸ ਨਹੀਂ ਕਰਨੀ। ਆਟੇ ਦੀ ਚਿੜੀ ਵੰਡਰਫੁੱਲ ਫਿਲਮ ਹੈ, ਤੁਹਾਡੀਆਂ ਯਾਦਾਂ 'ਚ ਰਹਿਣ ਵਾਲੀ। ਇਹ ਨਹੀਂ ਕਿ ਤੁਸੀਂ ਦੇਖਿਆ ਅਤੇ ਘਰ ਜਾ ਕੇ ਭੁੱਲ ਗਏ, ਤੁਸੀਂ ਮੇਰਾ ਖਿਆਲ ਹੈ ਸਾਲਾਂ ਵਧੀਆ ਯਾਦ ਰੱਖੋਗੇ ਕਿ ਪੰਜਾਬੀ ਸਿਨੇਮੇ 'ਚ ਕੋਈ ਫਿਲਮ ਆਈ ਸੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮੱਚ ਸਰ ਪੰਜਾਬੀ ਮੇਨੀਆ 'ਤੇ ਆਉਣ ਲਈ। ਸਤਿ ਸ਼੍ਰੀ ਅਕਾਲ। ਸੋ ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੋਂ ਤੁਹਾਡੇ ਤੋਂ ਵਿਦਾ ਲੈਣੀ ਹੈ ਅਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਨਿਰਮਗ ਰਿਸ਼ੀ ਮੈਮ, ਅਤੇ ਮੈਨੂੰ ਮੈਮ ਦਾ ਇੰਟਰਵਿਊ ਕਰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ। ਨਿਰਮਗ ਮੈਮ, ਵੈਲਕਮ ਟੂ ਪੰਜਾਬੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਮ, ਸਭ ਤੋਂ ਪਹਿਲਾਂ ਸਾਨੂੰ ਦੱਸੋ ਤੁਹਾਡਾ ਹੁਣ ਤੱਕ ਦਾ ਪੰਜਾਬੀ ਸਿਨੇਮੇ 'ਚ ਸਫ਼ਰ ਕਿੱਦਾਂ ਦਾ ਰਿਹਾ ਹੈ, ਗੁਲਾਬੋ ਮਾਸੀ ਤੋਂ ਲੈ ਕੇ ਨਿੱਕਾ ਜੈਗਦਾਰ ਦੀ ਬੀਬੀ ਤੱਕ? ਮੇਰਾ ਬਹੁਤ ਅੱਛਾ ਸਫ਼ਰ ਰਿਹਾ ਜੀ, ਪਰ ਮੈਂ ਵੀ ਸ਼ੁਰੂ ਕੀਤਾ ਸੀ ਮੈਂ 1981 'ਚ। ਅੱਛਾ। ਅਤੇ ਹੁਣ ਤੱਕ ਮੈਂ ਮਤਲਬ ਜਿੰਨੇ ਵੀ ਕਿਰਦਾਰ ਨਿਭਾਏ ਆ, ਜਿਵੇਂ ਵੀ ਨਿਭਾਏ ਹੈ, ਬਹੁਤ ਅੱਛੇ ਨਿਭਾਏ ਹੈ। ਔਰ ਸਾਰਿਆਂ ਨੂੰ, ਮੈਨੂੰ ਸਾਰੇ ਪ੍ਰੋਡਿਊਸਰਸ ਨੇ, ਡਾਇਰੈਕਟਰ ਨੇ ਮੈਨੂੰ ਸਪੋਰਟ ਵੀ ਕੀਤੀ ਹੈ। ਅਤੇ ਇਸ ਉਮਰ 'ਚ ਮੈਨੂੰ ਇਹ ਲੱਗਿਆ ਵੀ ਮੈਂ ਨਿੱਕਾ ਜੈਲਦਾਰ ਕਰਕੇ, ਅੰਗਰੇਜ਼ ਲਾ ਪੰਜਾਬ ਪੰਪਕਾਟ ਕਰਕੇ, ਮੈਨੂੰ ਜਿਹੜੇ ਪ੍ਰੋਡਿਊਸਰ ਸੀਗੇ, ਡਾਇਰੈਕਟਰ ਸੀਗੇ, ਰਾਈਟਰ ਸੀ ਸਾਰੇ, ਉਹਨਾਂ ਨੇ ਮੈਨੂੰ ਬੜੀ ਹੱਲਾਸ਼ੇਰੀ ਦੇ ਕੀਤੀ ਅਤੇ ਮੈਨੂੰ ਐਡੇ ਵੱਡੇ ਰੋਲ ਦਿੱਤੇ। ਇਹ ਬਹੁਤ ਅੱਛਾ ਸਫ਼ਰ ਰਿਹਾ। ਅਤੇ ਮੈਮ, ਅੱਜ ਦੇ ਪੰਜਾਬੀ ਸਿਨੇਮੇ 'ਚ ਅਤੇ 80s 90s ਦੇ ਪੰਜਾਬੀ ਸਿਨੇਮੇ 'ਚ ਕੀ, ਆਈ ਐਮ ਸ਼ੋਰ ਤੁਹਾਨੂੰ ਬਹੁਤ ਲੋਕਾਂ ਨੇ ਪੁੱਛਿਆ ਹੋਏਗਾ ਕੀ ਡਿਫਰੈਂਸ ਮਹਿਸੂਸ ਕਰਨੇ ਹੋ? ਡਿਫਰੈਂਸ ਇਹ ਬੇਟੇ, ਉਦੋਂ ਥੋੜ੍ਹਾ ਮੁਸ਼ਕਲ ਪੈਂਦਾ ਹੁੰਦਾ ਸੀ, ਉਦੋਂ ਫਿਲਮਾਂ ਦੇਰ ਵੀ ਨਾਲ ਵੀ ਲੱਗਦੀਆਂ ਸੀ ਅਤੇ ਥੋੜ੍ਹੇ ਸਿਨੇਮਿਆਂ 'ਚ ਵੀ ਲੱਗਦੀਆਂ ਸੀ, ਅਤੇ ਪ੍ਰੋਡਿਊਸਰ ਨੂੰ ਕਿਸੇ ਨੂੰ ਫਾਇਦਾ ਹੋ ਜਾਂਦਾ ਸੀ, ਕਿਸੇ ਨੂੰ ਕਿਸੇ ਘਰ ਵੇਖ ਜਾਂਦੇ ਸੀ, ਕਿਸੇ ਘਰ ਬਣ ਜਾਂਦੇ ਸੀ, ਇਸ ਤਰ੍ਹਾਂ ਸੀਗਾ। ਅਤੇ ਫਿਰ ਸਾਰਾ ਕੰਮ ਬੰਬੇ ਹੁੰਦਾ ਸੀ, ਇੱਥੇ ਹੁੰਦਾ ਨਹੀਂ ਸੀਗਾ। ਅਤੇ ਫਿਰ ਦੂਸਰੀ ਗੱਲ ਵੀ ਟੈਕਨੀਕ ਵੀ ਇੰਨਾ ਤਕੜਾ ਨਹੀਂ ਸੀਗਾ, ਹੁਣ ਟੈਕਨੀਕ ਵੀ ਅੱਛਾ ਹੈ, ਪੈਸਾ ਵੀ ਚੰਗਾ ਖਰਚਦੇ ਨੇ, ਅਤੇ ਹੁਣ ਕੰਪੈਰੇਟਿਵਲੀ ਟੈਲੈਂਟਡ ਐਕਟਰ ਐਕਟਰਸਿਸ ਵੀ ਮਿਲ ਜਾਂਦੇ ਨੇ। ਅੱਗੇ ਬੰਬੇ ਤੋਂ ਜਾਂ ਕਿਤੇ ਹੋਰ ਕਰਨੇ ਪੈਂਦੇ ਸੀ, ਹੁਣ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਇੰਨੇ ਅੱਛੇ ਹੈਗੇ ਆ, ਅਤੇ ਬਹੁਤ ਫਰਕ ਹੋਇਆ। ਅਤੇ ਜਿਵੇਂ ਮੈਂ ਆਪਣੀ ਪੁਰਾਣੀਆਂ ਫਿਲਮਾਂ ਦੇਖ ਰਹੀ ਹਾਂ ਤਾਂ ਮੈਨੂੰ ਲੱਗਦਾ ਕਿ ਮੈਂ ਇਹ ਕਮਲ ਜਿਹਾ ਕੁੱਟਿਆ ਹੋਇਆ, ਅਤੇ ਹੁਣ ਮੈਨੂੰ ਲੱਗਦਾ ਵੀ ਮੈਂ ਥੋੜ੍ਹਾ ਆਪ ਵੀ ਸੰਵਰ ਹੀ ਹਾਂ ਇਸ ਵਿੱਚ। ਮੈਮ, ਤੁਸੀਂ ਦੱਸਿਆ ਕਿ 1981 ਤੋਂ ਸ਼ੁਰੂ ਕੀਤਾ ਸੀ ਫਿਲਮ ਕਰੀਅਰ, ਅਤੇ 2017 ਆ ਗਿਆ, ਅਤੇ 37 ਸਾਲ ਹੋ ਗਏ ਨੇ ਫਿਲਮਾਂ ਕਰਦਿਆਂ ਨੂੰ। ਵਾਟ ਕੀਪਸ ਯੂ ਗੋਇੰਗ? ਕੀ ਫੋਰਸ ਹੈ, ਕੀ ਮੋਟੀਵੇਸ਼ਨ ਕਿੱਥੋਂ ਆਉਂਦੀ ਹੈ ਕਿ ਅੱਜ ਵੀ ਤੁਸੀਂ ਕੰਮ ਕਰ ਰਹੇ ਹੋ, ਜੀ ਲਾ ਕੇ ਕੰਮ ਕਰ ਰਹੇ ਹੋ? ਬੇਟੇ, ਗੱਲ ਇਹ ਹੈ ਕਿ ਮੈਂ ਜੋਬ ਕਰਦੀ ਸੀ, ਮੈਨੂੰ ਮਤਲਬ ਐਕਟਿੰਗ ਕਰਨ ਦਾ ਮੈਨੂੰ ਸ਼ੌਕ ਸੀ, ਅਤੇ ਮੇਰੇ ਜਿਹੜੇ ਟੀਚਰ ਸੀ ਹਰਪਾਲ ਟਿਵਾਣਾ, ਨੀਨਾ ਟਿਵਾਣਾ, ਉਹਨਾਂ ਤੋਂ ਮੈਂ ਟ੍ਰੇਨਿੰਗ ਲਈ, ਅਲਕਾਜੀ ਸਾਹਿਬ ਵੀ ਉੱਥੇ ਆਉਂਦੇ ਹੁੰਦੇ ਸੀ, ਅਤੇ ਮੈਂ ਉਹਨਾਂ ਨੂੰ ਬੜੀ ਧਿਆਨ ਨਾਲ ਦੇਖਦੀ ਹੁੰਦੀ ਸੀ ਵੀ ਕਿਵੇਂ ਐਕਟਿੰਗ ਕਰਦੇ ਆ, ਕਿਵੇਂ ਕਰਾਉਂਦੇ ਆ। ਉਹ ਕਰਦੇ ਕਰਦੇ ਮੈਂ ਥੀਏਟਰ ਕਰਦੀ ਰਹੀ, ਥੀਏਟਰ ਕਰਨ ਤੋਂ ਬਾਅਦ ਜਦੋਂ ਅਸੀਂ ਲੌਂਗ ਦਾ ਲਿਸ਼ਕਾਰਾ ਕੀਤੀ ਟਿਵਾਣਾ ਸਾਹਿਬ ਨੇ, ਅਤੇ ਫਿਰ ਉਹਦੇ 'ਚ ਮੈਨੂੰ ਗੁਲਾਬੋ ਮਾਸੀ ਦਾ ਰੋਲ ਦਿੱਤਾ, ਫਿਰ ਮੈਨੂੰ ਹੌਲੀ ਹੌਲੀ ਲੋਕਾਂ ਨੇ ਔਫਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਅਤੇ ਫਿਰ ਮੈਂ ਚੱਲਦੀ ਰਹੀ। ਕੋਈ ਮੈਂ ਇਸ ਕਰਕੇ ਨਹੀਂ ਕੀਤਾ ਕਿ ਮੇਰਾ ਨਾਮ ਮਸ਼ਹੂਰ ਹੋ ਜਾਵੇ, ਬਸ ਮੈਨੂੰ ਰੋਲ ਦੇ ਦਿੰਦੇ ਸੀ, ਮੈਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਮੈਂ ਇਹਦੇ ਨਾਲ ਮਸ਼ਹੂਰ ਹੋਊਂਗੀ ਜਾਂ ਨਹੀਂ ਹੋਊਂਗੀ। ਬਸ ਮੈਂ ਕੰਮ ਕਰਦੀ ਸੀ, ਫਿਰ ਮੇਰੀ ਜੋਬ ਖਤਮ ਹੋ ਗਈ, 34 ਈਅਰ ਮੈਂ ਪੜ੍ਹਾਇਆ, ਅਤੇ ਫਿਰ ਉਸ ਤੋਂ ਬਾਅਦ ਪਰਮਾਤਮਾ ਦੀ ਬਖਸ਼ਿਸ਼ ਹੈ ਬੇਟੇ ਕਿ ਉਹਨਾਂ ਨੇ ਮੈਨੂੰ ਕੰਮ ਹੁਣ ਤੱਕ ਦਿੱਤਾ। ਪੰਜਾਬੀ ਸਿਨੇਮੇ 'ਚ ਫਿਲਮਾਂ ਦੁਬਾਰਾ ਬਣਨ ਗਿਆ, ਦੁਬਾਰਾ ਬਣ ਗਈਆਂ, ਅਤੇ ਫਿਰ ਮੈਨੂੰ ਦੁਬਾਰਾ ਅੱਛਾ ਰੋਲ ਮਿਲਿਆ। ਇਹ ਆਈ ਐਮ ਗ੍ਰੇਟਫੁਲ ਟੂ ਗੋਡ ਐਂਡ ਟੂ ਆਲ ਮਾਈ ਆਡੀਅੰਸ। ਮੈਮ, ਅਸੀਂ ਅੱਜ ਕੱਲ੍ਹ ਜਿਹੜੇ ਵੀ ਯੰਗ ਜਨਰੇਸ਼ਨ ਦੇ ਐਕਟਰਸਿਸ ਦਾ ਇੰਟਰਵਿਊ ਕਰਦੇ ਹਾਂ, ਉਹਦਾ ਜੋ ਆਲਮੋਸਟ ਸਾਰੇ ਹੀ ਕਹਿੰਦੇ ਆ ਕਿ ਸਾਨੂੰ ਗੁਲਾਬੋ ਮਾਸੀ ਦਾ ਰੋਲ ਬਹੁਤ ਪਿਆਰਾ ਲੱਗਦਾ, ਅਤੇ ਅਸੀਂ ਰਿਸ਼ੀ ਮੈਮ ਵਰਗਾ ਕੁਛ ਕਰਨਾ ਚਾਹਾਂਗੇ, ਜਦੋਂ ਇੱਦਾਂ ਸੁਣਦੇ ਹੋ ਤਾਂ ਆਈ ਐਮ ਸ਼ੋਰ ਤੁਹਾਨੂੰ ਵੀ ਸਾਰੇ ਕਹਿੰਦੇ ਹੋਣਗੇ ਕਿ ਸਾਨੂੰ ਉਹਦੇ ਬਾਰੇ ਕੁਝ ਦੱਸੋ। ਹਾਂਜੀ,
ਉਹ ਮੈਂ ਨਾ ਬੇਟਾ ਆਪਣੇ ਪਿੰਡ ਰਹਿੰਦੀ ਹੁੰਦੀ ਸੀ, ਪਿੰਡ ਵੈਸੇ ਰਾਜਸਥਾਨ 'ਚ ਪੜ੍ਹੀ ਹਾਂ, ਅਤੇ ਮੈਂ ਆਪਣੇ ਪਿੰਡ ਨਾਲ ਨਾ ਮੇਰੀ ਓਬਜ਼ਰਵੇਸ਼ਨ, ਮੈਂ ਇਹ ਅੱਜ ਵੀ ਪਿੰਡਾਂ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਕਹਿੰਦੀ ਵੀ ਜੇ ਮੈਨੂੰ ਕੁਛ ਹੋ ਗਿਆ ਤਾਂ ਮੈਨੂੰ ਪਿੰਡ ਹੀ ਲੈ ਕੇ ਜਾਇਓ, ਉੱਥੋਂ ਦੇ ਕਲਚਰ ਨੂੰ, ਉੱਥੋਂ ਦੇ ਲੋਕਾਂ ਨੂੰ, ਉਹਨਾਂ ਦੀਆਂ ਗੱਲਾਂ ਨੂੰ, ਉਹਨਾਂ ਨੂੰ, ਉਹਨਾਂ ਦੇ ਬੈਠਣ ਨੂੰ, ਉੱਠਣ ਨੂੰ, ਡੰਗਰਾਂ ਨੂੰ, ਪਸ਼ੂਆਂ ਨੂੰ, ਵਿਹੜਿਆਂ ਨੂੰ, ਘਰ ਨੂੰ। ਅਸੀਂ ਹੁਣ ਨਿੱਕਾ ਜੈਲ ਦਾ ਟੂ ਕਰਕੇ ਆਏ ਹਾਂ, ਐਡਾ ਵੱਡਾ ਵਿਹੜਾ, ਸਾਡਾ ਜੀ ਕਰੇ ਵੀ ਅੱਜ ਰਾਤ ਨੂੰ ਸਾਰੇ ਇੱਥੇ ਮੰਜੇ ਡਾਹ ਕੇ ਪਈਏ। ਉਹ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ, ਉਹਨਾਂ 'ਚੋਂ ਹੀ ਫਿਰ ਮੇਰਾ ਕਰੈਕਟਰ ਨਿਕਲਦਾ। ਅਤੇ ਮੈਂ ਬੱਚਿਆਂ ਨੂੰ ਕਹੂੰਗੀ ਵੀ ਤੁਸੀਂ ਟ੍ਰੇਨਿੰਗ ਲਓ, ਮੈਂ ਬੱਚਿਆਂ ਨੂੰ ਐਵੇਂ ਵੀ ਤਿਆਰ ਕਰੂੰਗੀ ਵੀ ਜਿਵੇਂ ਮੈਂ ਰੋਲ ਕੀਤਾ ਉਸ ਤਰ੍ਹਾਂ। ਮੈਂ ਚਾਹੁੰਦੀ ਹਾਂ ਕਿ ਬੱਚੇ ਅੱਗੇ ਨਿਕਲ ਕੇ ਆਉਣ ਵੀ ਇਹੋ ਜਿਹੇ ਕਰੈਕਟਰ ਕਰਨ। ਮੈਮ, ਕਦੇ ਕੋਈ ਰੋਲ ਤੁਹਾਨੂੰ ਆਫਰ ਹੁੰਦੇ ਹੋਣਗੇ ਜਿਹੜੇ ਪਸੰਦ ਨਹੀਂ ਆਉਂਦੇ ਹੋਣਗੇ ਤੁਹਾਨੂੰ, ਅਤੇ ਤੁਸੀਂ ਮਨਾ ਕਰਨਾ ਚਾਹੁੰਦੇ ਹੋਵੋਗੇ ਉਦੋਂ, ਮਤਲਬ ਵੀ ਤੁਹਾਨੂੰ ਲੱਗਦਾ ਹੋਏਗਾ ਵੀ ਮੇਰੇ ਕੈਲੀਬਰ ਦਾ ਨਹੀਂ ਹੈ ਜਾਂ ਇੱਦਾਂ ਨਹੀਂ ਹੈ, ਕੁਛ ਬਹੁਤ ਕਰਨ ਨੂੰ ਕੁਛ ਹੈ ਨਹੀਂ ਖਾਸ? ਗੱਲ ਇਹ ਹੈ ਕਿ ਵੀ ਮੈਂ ਜੋਬ ਕੀਤੀ, ਟੂ ਬੀ ਵੈਰੀ, ਮੈਂ ਕਲੀਅਰ ਗੱਲ ਕਰਦੀ ਹਾਂ, ਜੋਬ ਕੀਤੀ ਤਾਂ ਸਾਨੂੰ ਕੋਈ ਪੈਨਸ਼ਨ ਨਹੀਂ ਸੀਗੀ। ਹੁਣ ਮਤਲਬ ਐਂ ਆ ਵੀ ਮੈਂ ਵਿਹਲੀ ਬੈਠੀ ਵੀ ਕੀ ਕਰਨਾ ਸੀ। ਇੱਕ ਪਾਸੇ ਮੇਰਾ ਥੀਏਟਰ ਚੱਲਦਾ ਸੀ, ਜੇ ਮੈਨੂੰ ਕੋਈ ਕਹਿੰਦਾ ਕਿ ਮੈਡਮ ਇੰਨਾ ਕੁ ਰੋਲ ਹੈ ਤੁਸੀਂ ਕਰ ਲਉਂਗੇ, ਪਹਿਲਾਂ ਤਾਂ ਮੈਂ ਕਹਿਣਾ ਵੀ ਬੇਟੇ ਮੈਂ ਟਾਈਮ ਵੀ ਨਹੀਂ ਹੁੰਦਾ ਸੀਗਾ, ਫਿਰ ਮੈਂ ਕਹਿੰਦਾ ਵੀ ਮੈਂ ਵਿਹਲੀ ਬੈਠੀ ਕੀ ਕਰੂੰਗੀ। ਉਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਮੈਂ ਬਹੁਤ ਐਕਸਟਰਾ ਆਰਡੀਨਰੀ ਨਿਕਲ ਕੇ ਆਵਾਂ, ਮੈਂ ਕੰਮ ਕਰਨਾ ਮੰਗਦੀ ਸੀ ਅਤੇ ਕੰਮ ਮੈਨੂੰ ਮਿਲਦਾ ਰਿਹਾ, ਚਾਹੇ ਉਹਦੇ 'ਚ ਮੇਰਾ ਨਾਂ ਨਹੀਂ ਆਇਆ, ਕੁਛ ਨਹੀਂ ਆਇਆ, ਪਰ ਮੈਂ ਕੰਮ ਕੀਤਾ। ਕਿਉਂਕਿ ਹਰ ਬੰਦੇ ਦੀ ਖੁਆਇਸ਼ ਹੁੰਦੀ ਹੈ, ਮੈਂ ਇਹ ਨਹੀਂ ਚਾਹੁੰਦੀ ਵੀ ਮੈਨੂੰ ਤੁਸੀਂ ਕਹੋ ਕਿ ਮੈਡਮ ਫਿਲਮ 'ਚ ਕੰਮ ਕਰ ਲਓ ਤੁਸੀਂ, ਮੈਂ ਕਮਾਉਂਦਾ, ਮੈਂ ਕੋਈ ਐਡੀ ਵੱਡੀ ਸਟਾਰ ਨਹੀਂ ਹੈ। ਮੈਂ ਕਿਹਾ ਠੀਕ ਹੈ ਬੇਟੇ, ਮੈਂ ਕਰ ਲੂੰਗੀ, ਜਿਵੇਂ ਵੀ ਉਹ ਕਰਵਾਉਂਦੇ ਰਹੇ ਮੈਂ ਉਵੇਂ ਜਿਹੀ ਕਰਦੀ ਰਹੀ। ਹੁਣ ਤੁਸੀਂ ਨਿੱਕਾ ਜੈਕ ਦਾ 2 ਸ਼ੂਟ ਕਰਕੇ ਆਏ ਹੋ ਗੰਗਾਨਗਰ ਰਾਜਸਥਾਨ ਦੇ ਵਿੱਚ, ਉਹਦੇ 'ਚ ਕੀ ਕਰੈਕਟਰ ਪਈ? ਸਾਰਿਆਂ ਨੂੰ ਵੇਟ ਹੈ ਨਿੱਕਾ ਜੈਕ ਦਾ 2 ਦੀ, ਕੀ ਕਰੈਕਟਰ ਪਈ? ਉਹਦੇ ਵਿੱਚ ਵੀ ਮੈਂ ਦਾਦੀ ਹਾਂ ਜੀ, ਐਮੀ ਦੀ ਦਾਦੀ ਦਾ ਰੋਲ ਕਰ ਰਹੀ ਹਾਂ, ਉਹਦੇ ਪੇਰੈਂਟਸ ਹੈ ਨਹੀਂ ਗੇ, ਉਹ ਬੜਾ ਹੀ ਫਨੀ ਕਰੈਕਟਰ ਹੈ ਮੇਰਾ, ਅਤੇ ਐਮੀ ਦਾ ਅਤੇ ਸੋਨਮ ਦਾ ਚੰਗਾ ਕਰੈਕਟਰ ਹੈਗਾ, ਹੋਰ ਵੀ ਜਿਹੜੇ ਆਰਟਿਸਟ ਉਹਨਾਂ ਦਾ ਅੱਛਾ, ਮਤਲਬ ਮੇਰਾ ਇੰਨਾ ਨਹੀਂ ਹੈ ਪਰ ਜਿੰਨਾ ਵੀ ਹੈ ਬਹੁਤ ਇੰਪੋਰਟੈਂਟ ਰੋਲ ਹੈ। ਸੋਹੀ ਸਾਹਿਬ ਵੀ ਨੇ ਸਾਰੇ ਹਾਂ ਅਸੀਂ। ਹਾਂਜੀ, ਨਿੱਕਾ 1 ਵਾਸਤੇ ਤੁਹਾਨੂੰ ਫਿਲਮਫੇਅਰ ਅਵਾਰਡ ਮਿਲ ਗਿਆ? ਹਾਂਜੀ, ਉਹਦੇ ਵਾਸਤੇ ਮੈਨੂੰ ਮਿਲ ਗਿਆ। ਅਤੇ ਮਤਲਬ ਵੀ ਜਦੋਂ ਫਿਲਮਫੇਅਰ ਅਵਾਰਡ ਮਿਲ ਗਿਆ, ਆਈ ਐਮ ਸ਼ੋਰ ਸਾਰਿਆਂ ਦੀ ਆਰਟਿਸਟ ਦੀ ਤੁਹਾਡੀ ਵੀ ਤਮੰਨਾ ਹੋਏਗੀ ਕਿ ਮੈਨੂੰ ਫਿਲਮਫੇਅਰ ਅਵਾਰਡ ਮਿਲੇ। ਬੰਬੇ ਤਾਂ ਚਲੋ ਆਪਾਂ ਨਹੀਂ ਜਾ ਸਕੇ, ਅਤੇ ਇੱਥੇ ਹੀ ਫਿਲਮਫੇਅਰ ਤੁਹਾਡੇ ਵਾਸਤੇ ਚੱਲ ਕੇ ਇੱਥੇ ਆ ਗਿਆ। ਮੈਨੂੰ ਬਹੁਤ ਅੱਛਾ ਲੱਗਿਆ, ਉਹ ਜਿਹੜੀ ਕਾਲੀ ਜਿਹੀ ਗੁੱਡੀ ਸੀ ਨਾ, ਮੈਂ ਚਾਹੁੰਦੀ ਸੀ ਵੀ ਮੈਨੂੰ ਵੀ ਕਦੇ ਮਿਲੂਗੀ, ਅਤੇ ਉਹ ਮੈਨੂੰ ਮਿਲੀ ਅਤੇ ਮੈਨੂੰ ਬਹੁਤ ਅੱਛਾ ਲੱਗਿਆ। ਉਹ ਇੰਨੀ ਭਾਰੀ ਸੀ ਵੀ ਚੱਕ ਨਹੀਂ ਸਕੀ, ਪਰ ਆਈ ਐਮ ਵੈਰੀ ਵੈਰੀ ਹੈਪੀ, ਆਈ ਐਮ ਗ੍ਰੇਟਫੁਲ ਟੂ ਆਲ ਦ ਪੀਪਲ ਜੀਓ ਫਿਲਮਫੇਅਰ ਵਾਲੇ ਨਾਲ, ਮੈਨੂੰ ਉਹਨਾਂ ਨੇ ਮੈਨੂੰ ਇਹ ਅਵਾਰਡ ਦਿੱਤਾ ਅਤੇ ਮੈਂ ਬਹੁਤ ਖੁਸ਼ ਹਾਂ, ਬਹੁਤ ਖੁਸ਼ ਹਾਂ। ਮੈਮ, ਜਾਂਦੇ ਜਾਂਦੇ ਇੱਦਾਂ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਅੱਜ ਪੰਜਾਬੀ ਮੀਨੀਆਂ 'ਤੇ ਆਏ ਹੋ ਅਤੇ ਅਸੀਂ ਤੁਹਾਨੂੰ ਤੁਹਾਡਾ ਇੱਕ ਗੁਲਾਬੋ ਮਾਸੀ ਦਾ ਕੋਈ ਆਈਕੋਨਿਕ ਡਾਇਲੋਗ ਬੋਲੇ ਬਿਨਾਂ ਜਾਣ ਦੀ ਹੈ, ਪਲੀਜ਼ ਇੱਕ ਛੋਟਾ ਜਿਹਾ। ਮੈਂ ਨਿੱਕਾ ਜੈਲਦਾਰ ਦਾ ਬੋਲਦਾ, ਪੁੱਤ ਬਜ਼ੁਰਗਾਂ ਨੂੰ ਵਿਆਹ ਦਿਖਾਈ ਦੇਣਾ ਚਾਹੀਦਾ, ਤੂੰ ਸ਼ਰਤ ਲਾ ਲੈ ਐਤਕੀ ਨਾ ਇਹਨੇ ਗਰਮੀਆਂ ਨਹੀਂ ਕੱਟਣੀਆਂ। ਮੈਮ, ਮੈਨੂੰ ਤੁਹਾਡੇ ਨਾਲ ਤੁਹਾਡਾ ਇੰਟਰਵਿਊ ਕਰਕੇ ਇਟ ਵਾਜ਼ ਅ ਡ੍ਰੀਮ, ਅਤੇ ਬਹੁਤ ਮਜ਼ਾ ਆਇਆ। ਥੈਂਕ ਯੂ ਸੋ ਮਚ ਫੋਰ ਬੀਇੰਗ ਔਨ ਪੰਜਾਬੀ ਬੇਟੇ, ਬਹੁਤ ਅੱਛਾ ਲੱਗਿਆ। ਥੈਂਕ ਯੂ ਬੇਟੇ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਅਤੇ ਮੈਂ ਤੁਹਾਨੂੰ ਲੈ ਕੇ ਆਈ ਸੀ ਲਾਟੂ ਦੇ ਪ੍ਰੈਸ ਕਾਨਫਰੰਸ, ਜਿੱਥੇ ਆਪਾਂ ਰਾਜਾ ਢਾਬਾ ਆਏ ਸੀ, ਵਧੀਆ ਖਾ ਖੁੱਲਿਆ। ਹੁਣ ਮੇਰੇ ਨਾਲ ਉਹ ਐਕਟਰ ਬੈਠੇ ਜਿਨ੍ਹਾਂ ਦੀ ਐਕਟਿੰਗ ਨੇ ਤੁਹਾਨੂੰ ਐਕਟ ਦੀ ਚਿੜਚ ਤੋਂ ਬਹੁਤ ਰਲਾਇਆ ਸੀ, ਅਤੇ ਹੁਣ ਲਾਟੂ 'ਚ ਫਿਰ ਤੋਂ ਇੱਕ ਬੜੀ ਵਧੀਆ ਰੋਲ ਲੈ ਕੇ ਆ ਰਹੇ ਸਰਦਾਰ ਸੋਹੀ ਜੀ, ਕੀ ਹਾਲ ਚਾਲ ਨੇ ਜੀ? ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਰਦਾਰ ਸੋਹੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ। ਇਸ ਵੇਲੇ ਮੈਂ ਜਿਹੜੀ ਚੰਡੀਗੜ੍ਹ ਤੋਂ ਸਮਰਾਲਾ ਨੂੰ ਰੋਡ ਜਾਂਦੀ ਹੈ, ਉਹਦੇ 'ਤੇ ਢਾਬਾ ਹੈ ਰਾਜਾ ਢਾਬਾ, ਜਿਹਦੇ ਰਾਜਾ ਢਾਬਾ ਦੇ ਮਾਲਕ ਨੇ ਗੁਰਮੀਤ ਰਾਣਾ ਜੀ, ਉਹ ਫਿਲਮ ਦੇ ਪ੍ਰੋਡਿਊਸਰ ਨੇ।
ਇਸ ਕਰਕੇ ਇੱਥੇ ਬੈਠੇ ਹਾਂ ਔਰ ਤੁਹਾਡੇ ਨਾਲ ਗੱਲ ਕਰਨੀ। ਅਤੇ ਸਰਦਾਰ ਸੋਹੀ ਜੀ, ਲਾਟੂ ਤੋਂ ਅੱਜ ਪਹਿਲਾਂ ਸ਼ੁਰੂ ਕਰੀਏ ਨਾ, ਆਟੇ ਦੀ ਚਿੜੀ, ਇੰਨਾ ਵਧੀਆ ਤੁਹਾਡਾ ਰੋਲ ਸੀ, ਮਤਲਬ ਹਜੇ ਤੱਕ ਆਡੀਅੰਸ ਜੇ ਉਸ ਮੂਵੀ ਤੋਂ ਕੁਛ ਲੈ ਕੇ ਆਈ ਹੈ ਤਾਂ ਕਹਿੰਦੇ ਆਪਾਂ ਸਰਦਾਰ ਸੋਹੀ ਜੀ ਦੇ ਉਹ ਐਕਸ਼ਨਸ, ਉਹ ਕਨੈਕਸ਼ਨ, ਉਹ ਬਹੁਤ ਵਧੀਆ ਆਡੀਅੰਸ ਨੂੰ ਲੱਗਿਆ। ਥੈਂਕ ਯੂ ਜੀ, ਥੈਂਕ ਯੂ। ਮੈਨੂੰ ਬਾਹਰੋਂ ਵੀ ਬਹੁਤ ਸੁਣੇ ਆਏ ਆ NRI ਭਰਾਵਾਂ ਦੇ, ਜਦੋਂ NRI ਦੇ ਰਿਐਕਸ਼ਨ ਦੇਖੇ ਤਾਂ ਲੱਗਿਆ ਕਿ ਜਿਸ ਮਕਸਦ ਨੂੰ ਸੋਚ ਕੇ ਫਿਲਮ ਬਣਾਈ ਸੀ ਉਹ ਖਰਾ ਸਾਬਿਤ ਹੋਇਆ। ਜੇ 1000 ਬੰਦੇ 'ਚੋਂ 100 ਬੰਦਾ ਵੀ ਇਹ ਕਹਿੰਦਾ ਕਿ ਮੈਂ ਅਗਰ ਪੂਰੇ ਪੰਜਾਬ ਨੂੰ ਨਹੀਂ ਬਦਲ ਸਕਦਾ ਤਾਂ 2 ਪਿੰਡ ਦਾ ਬਦਲ ਸਕਦਾ, ਤਾਂ ਉਹ ਜਦੋਂ ਇਹ ਭਾਵਨਾ ਉਹਨਾਂ ਅੰਦਰ ਪੈਦਾ ਕਰਨ ਦੇ ਕਾਬਿਲ ਅਸੀਂ ਹੋਏ ਫਿਲਮ ਦੇ ਦੁਆਰਾ, ਤਾਂ ਸਾਡਾ ਫਰਜ਼ ਬਣਦਾ ਹੁੰਦਾ ਐਕਟਰਸ ਦਾ, ਸਾਡੇ ਸਾਰੇ ਜਿਹੜੇ ਸਿਨੇਮਾ ਨਾਲ ਜੁੜੇ ਹੋਏ ਲੋਕ ਆ, ਕਿ ਲੋਕਾਂ ਨੂੰ ਹਸਾਓ ਵੀ, ਐਂਟਰਟੇਨ ਵੀ ਕਰੋ ਔਰ ਨਾਲ ਨਾਲ ਕੋਈ ਸੁਨੇਹਾ ਦਿੰਦੇ ਰਹੋ। ਸਰਦਾਰ ਸੋਹੀ ਜੀ, ਹੁਣ ਤੁਸੀਂ ਆਪਣੀ ਲੈ ਕੇ ਆ ਰਹੇ ਹੋ ਲਾਟੂ, ਜਿਹੜੀ ਕਿ ਲਾਟੂ ਆਪਾਂ ਕਹਿ ਲਈਏ ਜਿਹੜੇ ਉਸ ਟਾਈਮ 'ਤੇ ਨਹੀਂ ਸੀਗਾ, ਇੱਕ ਪੀਰੀਅਡ ਫਿਲਮ ਹੀ ਹੈਗੀ, ਤੁਸੀਂ ਕਿੰਨਾ ਕਿਸ ਮੂਵੀ ਨਾਲ ਰਿਲੇਟ ਕਰਦੇ ਹੋ? ਮੈਂ ਤਾਂ ਜ਼ਿਆਦਾ ਰਿਲੇਟ ਕਰੂੰਗਾ, ਕਿਉਂਕਿ ਇੱਕ ਤਾਂ ਮੈਂ ਪਿੰਡਾਂ ਦਾ ਜੰਮਪਲ ਹਾਂ, ਅਤੇ ਜਦੋਂ ਮੈਂ ਪੜ੍ਹਦਾ ਸੀ ਮੈਂ 65 'ਚ ਮੈਟ੍ਰਿਕ ਕੀਤੀ ਹੈ, ਉਦੋਂ ਤੱਕ ਮੈਂ ਜਿਹੜੇ ਲੈਂਪ ਹੁੰਦੇ ਸੀ ਘਰ 'ਚ ਲੈਂਪ ਜਲਾ ਕੇ ਪੜ੍ਹਦਾ ਰਿਹਾ, ਮੇਰੇ ਕੋਲ ਮਿਲਕੀ ਲੈਂਪ ਹੁੰਦਾ, ਸਾਡੇ ਪਿੰਡ ਦੇ ਜਿਹੜੇ ਮੇਰੇ ਕਲਾਸ ਫੈਲੋ ਮੁੰਡੇ ਹੁੰਦੇ ਉਹ ਸਾਰੇ ਮੇਰੇ ਕੋਲ ਪੜ੍ਹਨਾ ਹੁੰਦੇ ਸੀ, ਉਹ ਕਹਿੰਦੇ ਸੀ ਸੋਈ ਵੀਰ ਕੋਲ, ਉਦੋਂ ਮੇਰਾ ਨਾਂ ਪਰਮਜੀਤ ਹੁੰਦਾ ਸੀ, ਕਿ ਪਰਮਜੀਤ ਕੋਲ ਯਾਰ ਲੈਂਪ ਬਹੁਤ ਸੋਹਣਾ ਅਤੇ ਲਾਈਟ ਬੜੀ ਵਧੀਆ ਹੁੰਦੀ, ਆਪਾਂ ਇਕੱਠੇ ਮਿਲ ਕੇ ਪੜ੍ਹਾਂਗੇ। ਅਸੀਂ ਇੱਕੋ ਚੁਬਾਰੇ ਦੇ ਵਿੱਚ, ਪਿੰਡ 'ਚ ਸਾਡੇ ਨਾਲ ਹੀ ਸੇਠਾਂ ਦਾ ਘਰ ਸੀ, ਉਹਨਾਂ ਦੇ ਚੁਬਾਰੇ ਦੇ ਵਿੱਚ ਲੈਂਪ ਦੀ ਲਾਈਟ 'ਚ ਪੜ੍ਹਦੇ ਰਹੇ ਹਾਂ, ਲਾਈਟ ਸਾਡੇ ਬਾਅਦ 'ਚ ਆਈ ਹੈ। ਤੋ ਇਸ ਕਰਕੇ ਮੈਂ ਤਾਂ ਇਹ ਕਹਾਣੀ ਨਾਲ ਬਹੁਤ ਜ਼ਿਆਦਾ ਵਾਸਤਾ ਨੇੜਿਓਂ ਰੱਖਦਾ। ਇਸ ਕਹਾਣੀ ਨੇ, ਬਿਜਲੀ ਨੇ ਜਿੱਥੇ ਸਾਨੂੰ ਖੁਸ਼ੀਆਂ ਦਿੱਤੀਆਂ ਉੱਥੇ ਸਾਨੂੰ ਬਹੁਤ ਵੱਡੇ ਵੱਡੇ ਜ਼ਖਮ ਵੀ ਦਿੱਤੇ ਨੇ। ਮੇਰੇ ਮਾਮਾ ਜੀ ਸਨ, ਬੀਬੀ ਦੇ ਤਾਇਆ ਦੇ ਮੁੰਡੇ, ਉਹ ਕਬੱਡੀ ਦੇ ਕੈਪਟਨ ਹੁੰਦੇ ਸੀ, ਲੇਕਿਨ ਲਾਈਟ ਤੋਂ ਅਣਜਾਣਪੁਣੇ ਕਰਕੇ, ਪਤਾ ਹੀ ਨਹੀਂ ਸੀ ਲੋਕਾਂ ਨੂੰ, ਗਿਆਨ ਨਹੀਂ ਸੀ ਕਿ ਇਹ 'ਚ ਕਿੰਨੀ ਪਾਵਰ ਹੁੰਦੀ ਹੈ, ਇਹ ਜਿੰਨਾ ਰੋਸ਼ਨੀ ਦੇਣ ਆਉਣਾ, ਲੇਕਿਨ ਇਹ 'ਚ ਇੰਨੀ ਪਾਵਰ, ਇਹ ਨੁਕਸਾਨ ਵੀ ਕਰ ਸਕਦੀ ਹੈ। ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਲੱਗਿਆ, ਫਿਰ ਉਹਨੂੰ ਬਾਂਹ ਕੱਟੀ ਗਈ ਸੀ। ਇਹ ਉੱਪਰ ਉਹ ਜਿਹੜੀ ਪਾਵਰ ਹੈ, ਉਹ ਪਾਵਰ ਜਿਹੜੀ ਬਿਜਲੀ ਦੀ ਹੈ, ਉਹਨੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਲਿਆਂਦਾ ਹੈ। ਅਸੀਂ ਕਿੰਨਾ ਕੰਮ ਲੈ ਰਹੇ ਹਾਂ ਬਿਜਲੀ ਦੇ ਬਗੈਰ, ਸਾਨੂੰ ਰਾਤਾਂ ਹਨੇਰੀਆਂ ਲੱਗਦੀਆਂ ਨੇ, ਨਹੀਂ ਸ਼ੂਟ ਹੀ ਨਹੀਂ ਕਰ ਪਾਉਣਾ ਸੀ, ਸਾਡਾ ਕੁਛ ਵੀ ਨਹੀਂ ਹੁੰਦਾ। ਜਿਹੜੀ ਖੇਤਾਂ ਦੀ ਸਿੰਚਾਈ ਹੈ, ਉਹ ਟਿਊਬਵੈੱਲ ਨੇ ਥਾਂ ਥਾਂ 'ਤੇ ਲੱਗੇ ਹੋਏ, ਉਦੋਂ ਟਿਊਬਵੈੱਲ ਵੱਡੇ ਹੁੰਦੇ ਸੀਗੇ, ਸਭ ਤੋਂ ਪਹਿਲਾਂ ਟਿਊਬਵੈੱਲ ਲੱਗੇ ਸੀ, ਉਦੋਂ ਪਿੰਡਾਂ 'ਚ ਬਿਜਲੀ ਬਾਅਦ 'ਚ ਆਈ ਸੀ। ਲੋਕਾਂ ਨੂੰ ਗਿਆਨ ਨਹੀਂ ਸੀ ਇਹਦੇ ਬਾਰੇ ਕਿ ਹੁੰਦੀ ਕੀ ਹੈ, ਡਰਦੇ ਸੀ ਲੋਕ ਪਹਿਲਾਂ ਬਈ ਬਿਜਲੀ ਇਹ ਕੀ ਹੈ, ਕਿਵੇਂ ਹੁੰਦੀ ਹੈ, ਕਈ ਲੋਕਾਂ ਨੂੰ ਮਜ਼ਾਕ ਵੀ ਬੜੇ ਮਜ਼ਾਕ ਬਣਦੇ ਸੀ, ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗਿਆ ਸੀ ਕਿ ਬਿਜਲੀ ਭਾਖੜੇ ਦੇ ਪਾਣੀ ਤੋਂ ਪੈਦਾ ਕੀਤੀ ਗਈ ਹੈ। ਕਈ ਲੋਕ ਗੌਰਮੈਂਟ ਨਾਲ ਲੜਨ ਨੂੰ ਤਿਆਰ ਸੀ ਕਿ ਸਾਡੇ ਪਾਣੀ 'ਚੋਂ ਬਿਜਲੀ ਕੱਢ ਲਈ, ਹੁਣ ਇਹ ਪਾਣੀ ਤਾਂ ਨਿਕਾਰਾ ਹੋ ਗਿਆ, ਇਹ ਤਾਂ ਇਹਦੇ ਤਾਕਤ ਹੀ ਨਹੀਂ ਰਹੀ, ਇਹ ਸਾਡੇ ਫਸਲਾਂ ਨੂੰ ਇਹ ਪਾਣੀ ਦਾ ਕਿਫਾਇਤ, ਹੁਣ ਫਾਇਦਾ ਹੀ ਨਹੀਂ ਹੋਣਾ ਕੁਛ, ਮਤਲਬ ਇੰਨੇ ਭੋਲੇ ਬੰਦੇ, ਇੰਨੇ ਗਿਆਨ ਨਹੀਂ ਸੀ ਵੀ ਬਿਜਲੀ ਬਣਦੀ ਕਿਵੇਂ ਆ। ਅਤੇ ਸਰਦਾਰ ਜੀ, ਤੁਹਾਡਾ ਇਹਦੇ 'ਚ ਕਿਰਦਾਰ ਕੀ, ਜਿਵੇਂ ਆਪਾਂ ਟ੍ਰੇਲਰ 'ਚ ਦੇਖਿਆ ਉਹ ਬੜਾ ਵਧੀਆ ਸੀ, ਇਹ ਮੁੱਛਾਂ 'ਤੇ ਬਦਾਮ ਟਿਕਾ ਕੇ, ਉਹ ਬੜਾ ਵਧੀਆ ਸੀ, ਤੁਸੀਂ ਨਾ ਹਰ ਵਾਰ ਕੁਛ ਇੰਨਾ ਬੜਾ ਡਿਫਰੈਂਟ ਜਿਹਾ ਕੁਛ ਟਵਿਸਟ ਜਿਹਾ ਲੈ ਕੇ ਆਪਦੇ ਰੋਲ 'ਚ, ਇਹ ਮਤਲਬ ਤੁਸੀਂ ਆਪ ਕਰਦੇ ਹੋ ਇੰਪਲੀਮੈਂਟ ਕਿ ਡਾਇਰੈਕਟਰ ਤੁਹਾਡਾ ਰੋਲ ਹੀ ਨਾ ਬਬਲੀ ਜਾ ਤੁਹਾਨੂੰ? ਨਹੀਂ ਨਹੀਂ, ਦੇਖੋ ਐਕਟਰ ਦੀ ਇਨਪੁੱਟ ਤਾਂ ਹੁੰਦੀ ਹੈ, ਲੇਕਿਨ ਇਹ ਸਕ੍ਰਿਪਟ ਰਾਈਟਰ ਦਾ ਕੰਮ ਹੁੰਦਾ ਡਾਇਲੋਗ, ਬਿਕੋਜ਼ ਮੈਂ
ਖੁਦ 5-6 ਫਿਲਮਾਂ ਦੇ 6 ਫਿਲਮਾਂ ਦੇ ਡਾਇਲੋਗ ਮੈਂ ਲਿਖੇ ਨੇ। ਸਭ ਤੋਂ ਲੇਟੈਸਟ ਹਰਭਜਨ ਭਾਜੀ ਵਾਲੀ ਹਾਣੀ ਸੀ, ਉਹਦੇ ਡਾਇਲੋਗ ਮੈਂ ਲਿਖੇ ਸੀ। ਉਸ ਤੋਂ ਪਹਿਲਾਂ ਬਾਗੀ ਫਿਲਮ ਦੇ ਲਿਖੇ, ਬਾਗੀ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਸੀਗਾ। ਅਤੇ ਬਾਗੀ ਦਾ ਡਾਇਰੈਕਟਰ ਸੁਖਵਿੰਦਰ ਧੰਗਲ, ਬਹੁਤ ਕਾਬਿਲ ਡਾਇਰੈਕਟਰ ਮੇਰੇ, ਅਸੀਂ ਸਾਡੀ ਬਹੁਤ ਸਾਲ ਅਸੀਂ ਇਕੱਠਿਆਂ ਨੇ ਕੰਮ ਕੀਤਾ। ਤੋ 6 ਫਿਲਮਾਂ ਉਹਨਾਂ ਨਾਲ ਹੀ ਮੈਂ ਡਾਇਲੋਗ ਲਿਖੇ ਨੇ। ਸੋ ਡਾਇਲੋਗ ਰਾਈਟਰ ਹੈ ਜਿਹੜਾ, ਉਹ ਸਾਨੂੰ, ਮੈਂ ਤਾਂ ਕਹਿੰਦਾ ਵੀ ਐਕਟਰ ਦਾ ਜਿਹੜਾ ਕਿੱਤਾ ਹੈ ਉਹ ਤਾਂ ਬਹੁਤ ਬਹੁਤ ਵਧੀਆ। ਸਾਨੂੰ ਸਾਡੇ ਜਿਹੜੀਆਂ ਡਰੈਸਿਸ ਨੇ ਉਹ ਸਾਨੂੰ ਕੋਈ ਹੋਰ ਦਿੰਦਾ ਬਣਾ ਕੇ, ਸਾਡੇ ਡਾਇਲੋਗ ਕੋਈ ਹੋਰ ਬੰਦਾ ਲਿਖ ਕੇ ਦਿੰਦਾ, ਸਾਨੂੰ ਖੜਾ ਕੇ ਲਾਈਟਿੰਗ ਕਰਕੇ ਸਾਡੇ ਚਿਹਰੇ ਖੂਬਸੂਰਤ ਬਣਾਉਂਦਾ, ਉਹ ਕੋਈ ਹੋਰ ਬੰਦਾ ਕਰਦਾ। ਅਸੀਂ ਤਾਂ ਸਿਰਫ ਲਿਖੀਆਂ ਹੋਈਆਂ ਲਾਈਨਾਂ 'ਚ ਕਿੰਨੀ ਕੁ ਜ਼ਿੰਦਗੀ ਫੂਕ ਸਕਦੇ ਹਾਂ, ਕਿੰਨੀ ਕੁ ਜਾਨ ਪਾ ਸਕਦੇ ਹਾਂ, ਕਿੰਨਾ ਕੁ ਮਹਿਸੂਸ ਕਰਕੇ ਬੋਲ ਸਕਦੇ ਹਾਂ, ਉਹਨਾਂ ਕੁ ਕੰਮ ਹੈ। ਜੇ ਉਹਨਾਂ ਕੁ ਕਾਰਜ ਅਸੀਂ ਸੋਹਣੇ ਤਰੀਕੇ ਨਾਲ ਕਰ ਲਈਏ ਤਾਂ ਲੋਕ ਸਾਨੂੰ ਸਭ ਤੋਂ ਵੱਧ ਅੱਖਾਂ 'ਤੇ ਐਕਟਰ ਨੂੰ ਬਿਠਾਉਂਦੇ ਨੇ। ਸਭ ਤੋਂ ਵੱਧ ਨਾਂ ਐਕਟਰ ਦਾ ਹੁੰਦਾ, ਡਾਇਰੈਕਟਰ ਨੂੰ ਵੀ ਬਾਅਦ ਜਾਣਦੇ ਨੇ। ਕੌਣ ਡਾਇਰੈਕਟਰ, ਅਗਰ 5-7 ਫਿਲਮਾਂ ਲਾਈਨ 'ਚ ਹਿੱਟ ਦੇ ਗਿਆ ਫਿਰ ਉਹਦਾ ਨਾਂ ਲੋਕ ਜਾਣਨ ਲੱਗਦੇ ਨੇ। ਪ੍ਰੋਡਿਊਸਰ ਤਾਂ ਵਿਚਾਰਾ ਪੈਸੇ ਲਾਉਣ ਵਾਲਾ ਰਹਿੰਦਾ, ਉਹਦਾ ਨਾਂ ਹੀ ਨਹੀਂ ਜਾਣਦੇ ਹੁੰਦੇ ਲੋਕ ਵੀ ਇਹ ਫਿਲਮ ਬਣਾ ਕੌਣ ਰਿਹਾ। ਸਿਰਫ ਇੰਡਸਟਰੀ ਦੇ ਲੋਕ ਜਾਣਦੇ ਹੁੰਦੇ ਨੇ, ਆਮ ਪਬਲਿਕ ਨਹੀਂ ਜਾਣਦੀ। ਆਮ ਪਬਲਿਕ ਦੇ ਵਿੱਚ ਐਕਟਰ ਅਸੀਂ ਜਾਂਦੇ ਹਾਂ ਲੋਕਾਂ ਸਾਹਮਣੇ, ਭਾਅ ਜੀ ਕਿਹੋ ਜਿਹੀਆਂ ਫਿਲਮਾਂ ਬਣਾਈ ਜਾਂਦੇ ਹੋ। ਮੈਂ ਕਿਹਾ ਅਸੀਂ ਕਹਿੰਦੇ ਹੁੰਦੇ ਹਾਂ ਉਹ ਭਾਈ ਅਸੀਂ ਬਣਾਉਣ ਵਾਲੇ ਨਹੀਂ ਹਾਂ, ਅਸੀਂ ਤਾਂ ਐਕਟ ਕਰਨ ਵਾਲੇ ਹਾਂ, ਬਣਾਉਣ ਵਾਲੇ ਹੋਰ ਹੁੰਦੇ ਆ। ਅਤੇ ਸੋਈ ਜੀ ਜਾਣ ਜਾਂਦੇ ਨਾ, ਤੁਹਾਨੂੰ ਇੱਕ ਸਵਾਲ ਸੀ ਮੇਰਾ, ਮੈਂ ਬਹੁਤ ਟਾਈਮ ਤੋਂ ਸੋਰੀ ਤੁਹਾਨੂੰ ਪੁੱਛਾਂਗੀ, ਜਿਵੇਂ ਹੁਣ ਪੀਰੀਅਡ ਫਿਲਮਾਂ ਬਹੁਤ ਆ ਗਈਆਂ ਨੇ ਅਤੇ ਹਰ ਇੱਕ 'ਚ ਕੋਈ ਨਾ ਕੋਈ ਤਰਸੇਮ ਜੱਸੜ ਜੀ ਵੀ ਆਪਾਂ ਲੈ ਲਈਏ, ਉਹ ਵੀ ਬੜੀ ਪੀਰੀਅਡ ਫਿਲਮਸ ਕਰ ਰਹੇ, ਤੁਸੀਂ ਹੁਣ ਲੱਟੂ ਇੱਕ ਪੀਰੀਅਡ ਫਿਲਮ ਹੋਰ ਵੀ ਕਰ ਚੁੱਕੇ ਹੋ, ਮਤਲਬ ਕੁਛ ਨਾ ਕੁਛ ਸੋਸ਼ਲ ਕੌਜ਼ ਆ ਰਿਹਾ, ਤੁਹਾਡੇ ਮੁਤਾਬਿਕ ਕਿਹੜਾ ਪੀਰੀਅਡ ਫਿਲਮ ਉਸ ਦੌਰ ਦਾ ਇੱਕ ਬਹੁਤ ਇੰਪੋਰਟੈਂਟ ਪਹਿਲੂ ਹੈ ਜੋ ਹਜੇ ਤੱਕ ਇੰਡਸਟਰੀ 'ਚ ਕੋਈ ਲੈ ਕੇ ਸਾਹਮਣੇ ਨਹੀਂ ਆ ਰਿਹਾ, ਕੋਈ ਫਿਲਮ 'ਚ ਉਹਨੂੰ ਫਿਲਮ ਦੇ ਵਿੱਚ ਕਨਵਰਟ ਨਹੀਂ ਕਰ ਰਿਹਾ, ਜਾਂ ਉਹ ਚੀਜ਼ ਹਲੇ ਆਉਣੀ ਚਾਹੀਦੀ ਹੈ ਇੰਡਸਟਰੀ 'ਚ, ਉਸ ਟੌਪਿਕ 'ਤੇ ਵੀ ਹਲੇ ਲਾਈਟ ਪੈਣੀ ਚਾਹੀਦੀ ਹੈ ਉਸ ਦੌਰ ਦਾ ਹੀ। ਨਹੀਂ ਦੇਖੋ, ਜੇ ਆਪਾਂ ਪੁਰਾਣੀ ਗੱਲ ਕਰੀਏ ਤਾਂ ਸਾਡੇ ਕੋਲ ਇੰਨਾ ਕੁਛ, ਸਾਡਾ ਲਿਟਰੇਚਰ ਇੰਨਾ ਭਰਪੂਰ ਹੈ, ਬਹੁਤ ਕੁਛ ਕਰਨ ਵਾਲਾ ਰਹਿੰਦਾ ਸਾਡੇ ਕੋਲ, ਇੰਨੇ ਕਹਾਣੀਕਾਰ, ਇੰਨੇ ਨੋਵਲਿਸਟ, ਇੰਨਾ ਕੁਛ ਖਜ਼ਾਨਾ ਪਿਆ। ਕੁਛ ਇੱਕ ਬੰਦੇ ਕੋਸ਼ਿਸ਼ ਕਰ ਰਹੇ ਨੇ ਇਸ ਤਰ੍ਹਾਂ ਦੇ ਸਬਜੈਕਟ ਕਰਨ ਦੀ, ਮੈਂ ਹੁਣ ਅੱਗੇ ਇਸ ਤੋਂ ਬਾਅਦ ਇੱਕ ਫਿਲਮ ਕਰ ਰਿਹਾ, ਉਹ ਹੈਗੀ ਜਮਰੌਤ। ਜਮਰੌਤ ਦਾ ਕਿਲ੍ਹਾ ਜਿਹੜਾ ਹਰੀ ਸਿੰਘ ਨਲੂਏ ਨੇ ਫਤਿਹ ਕੀਤਾ ਸੀ, ਉਹਨਾਂ ਦੇ ਨਾਂ 'ਤੇ ਉਹ ਕਿਲ੍ਹੇ ਦੇ ਨਾਂ 'ਤੇ ਉਹ ਕਰੈਕਟਰ ਦਾ ਨਾਂ ਹੈ, ਹਾਲਾਂਕਿ ਉਹ ਹਿਸਟੋਰੀਕਲ ਨਹੀਂ ਹੈ, ਲੇਕਿਨ ਉਹ ਇੰਨਾ ਕਿਲ੍ਹੇ ਵਰਗਾ ਮਜ਼ਬੂਤ ਆਦਮੀ ਹੈ ਜਿਹਦਾ ਨਾਂ ਜਮਰੌਤ ਹੈ, ਉਹ ਮੈਂ ਕਰ ਰਿਹਾ ਅੱਗੇ। ਇਹ ਜਿਹੜਾ ਉਹ ਇੱਕ ਲਿਖੀ ਹੋਈ ਕਹਾਣੀ 'ਤੇ ਬਣ ਰਿਹਾ, ਉਹ ਇਸ ਤਰ੍ਹਾਂ ਦੇ ਜਸਵੰਤ ਸਿੰਘ ਕਮਲ ਉਹਨਾਂ ਦੇ ਨਾਵਲਾਂ 'ਤੇ, ਹਾਣੀ ਉਹਨਾਂ ਦੇ ਨਾਵਲ ਸੀ ਜਿਹਦੇ 'ਤੇ ਉਹ ਫਿਲਮ ਕੀਤੀ ਸੀ, ਹਿੰਦੀ ਵਾਲੇ ਬਣਾ ਗਏ ਬਰਨਿੰਗ ਟ੍ਰੇਨ, ਬਰਨਿੰਗ ਟ੍ਰੇਨ ਬਣਾਈ, ਨਹੀਂ ਉਹ ਟ੍ਰੇਨ ਟੂ ਪਾਕਿਸਤਾਨ, ਸੋਰੀ ਟ੍ਰੇਨ ਟੂ ਪਾਕਿਸਤਾਨ, ਟ੍ਰੇਨ ਟੂ ਪਾਕਿਸਤਾਨ ਬਣਾਈ, ਉਹ ਜਸਵੰਤ ਸਿੰਘ ਦੀ ਕਹਾਣੀ ਲਿਖੀ ਹੋਈ ਸੀ। ਸੋ ਉਹ ਇਹਨਾਂ ਜਦੋਂ ਇਹੋ ਜਿਹੇ ਸਬਜੈਕਟ ਛੇੜਦੇ ਹਾਂ, ਸਾਡੇ ਕੋਲ ਪੰਜਾਬੀ 'ਚ ਭਰਪੂਰ ਖਜ਼ਾਨਾ ਪਿਆ, ਸਿੱਖ ਹਿਸਟਰੀ 'ਤੇ ਬਹੁਤ ਕੁਝ ਵੱਡਾ ਵੱਡਾ ਬਣ ਸਕਦਾ, ਪਰ ਉੱਥੇ ਦਿੱਕਤ ਆ ਰਹੀ ਹੈ, ਸਾਡੇ ਯੋਧੇ, ਸਾਡੇ
ਸੂਰਮੇ ਸਿਰਲਕ ਸੂਰਮੇ ਸਾਡਾ ਪੰਜਾਬ ਦੇ ਨਾਲ ਕਹਾਣੀ ਨਾਲ ਭਰਿਆ ਪਿਆ, ਪਰ ਥੋੜ੍ਹੀ ਜਿਹੀ ਐਸ ਜੀ ਪੀ ਸੀ ਦੀ ਪ੍ਰੋਬਲਮ ਆ ਰਹੀ ਹੈ ਉੱਥੇ, ਉਸ ਕਰਕੇ ਕਈ ਫਿਲਮਾਂ ਬਣਦੀਆਂ ਬਣਦੀਆਂ ਵਿੱਚ ਰੁਕ ਜਾਂਦੀਆਂ ਨੇ। ਔਰ ਬੜਾ ਇਤਿਹਾਸ ਸਾਡਾ ਬਹੁਤ ਬਹੁਤ ਭਰਿਆ ਪਿਆ ਕਹਾਣੀਆਂ ਦਾ। ਅਸੀਂ ਪਿਛੋਕੜ 'ਚ ਜੇ ਇਤਿਹਾਸ ਦਾਂ ਵੀ ਜਾਈਏ, ਸਾਡੇ ਪਿਛੋਕੜ 'ਚ ਹੁਣ ਆਹ ਫਿਲਮਾਂ ਜਿਹੜੀਆਂ ਬਣਨੀਆਂ ਨੇ, ਇਸੇ ਕਰਕੇ ਚੰਗੀਆਂ ਲੱਗਦੀਆਂ ਨੇ। ਅਤੇ ਅਸੀਂ ਅੱਗੇ ਫਿਊਚਰ ਤਾਂ ਦੇਖਿਆ ਨਹੀਂ ਕਿ ਫਿਊਚਰ 'ਚ ਕੀ ਹੋਣਾ, ਲੇਕਿਨ ਪਿੱਛੇ ਅਸੀਂ ਕੀ ਕੀਤਾ ਉਹ ਸਾਨੂੰ ਪਤਾ, ਸਾਰਿਆਂ ਨੂੰ ਪਤਾ ਕੀ ਕੀਤਾ, ਅਤੇ ਇਸ ਕਰਕੇ ਜ਼ਿਆਦਾ ਬਣ ਗਈਆਂ ਨੇ, ਕਿਉਂਕਿ ਉਹ ਹਰ ਬੰਦਾ ਰਿਲੇਟ ਜਲਦੀ ਕਰ ਜਾਂਦਾ। ਬਿਲਕੁਲ, ਜਾਂ ਅਸੀਂ ਕੀਤਾ ਹੋਇਆ, ਸਾਡੇ ਬਜ਼ੁਰਗਾਂ ਨੇ ਕੀਤਾ, ਅਸੀਂ ਨਹੀਂ ਕੀਤਾ ਤਾਂ ਇਹਨਾਂ ਨੇ ਕੀਤਾ ਹੋਇਆ। ਇਸ ਕਰਕੇ ਪੁਰਾਣੇ ਜ਼ਮਾਨੇ 'ਚ ਜਾ ਕੇ ਹਰ ਇੱਕ ਨੂੰ ਖੁਸ਼ੀ ਮਿਲਦੀ ਹੈ। ਔਰ ਅੰਗਰੇਜ਼ ਤੋਂ ਬਾਅਦ ਤਾਂ ਕਮਾਲ ਹੋ ਗਈ, ਸਾਡੀ ਆਡੀਅੰਸ ਨੇ ਵੀ ਕਮਾਲ ਕੀਤਾ, ਆਡੀਅੰਸ ਬਹੁਤ ਜਲਦੀ ਰਿਲੇਟ ਕਰਨ ਲੱਗੀ ਔਰ ਐਕਸੈਪਟ ਕਰ ਰਹੀ ਹੈ। ਕਈ ਬੰਦੇ ਕਹਿੰਦੇ ਆ ਹੁਣ ਭਾਜੀ ਪਿੱਛੇ ਪਿੱਛੇ ਪਿਛੋਕੜੀ ਦਿਖਾਈ ਜਾਂਦੇ ਹੋ, ਅੱਗੇ ਅੱਗੇ ਕੁਛ ਕਰੋ, ਅੱਗੇ ਕੁਛ ਕਰਨ ਵਾਸਤੇ ਮੈਨੂੰ ਪਿੱਛੇ ਜੇ ਇੱਕ ਬੰਦੇ ਨੇ ਸਵਾਲ ਕੀਤਾ ਸੀ ਅੱਗੇ ਕਰਨ ਵਾਸਤੇ ਕੀ ਅਸੀਂ ਸਾਊਥ ਦੀਆਂ ਫਿਲਮਾਂ ਜਿੰਨਾ ਬਜਟ ਰੱਖਦੇ ਹਾਂ, ਅਸੀਂ ਰੋਬੋਟ ਇੱਥੇ ਬਣਾ ਸਕਦੇ ਹਾਂ, ਨਹੀਂ ਬਣਾ ਸਕਦੇ। ਆਡੀਅੰਸ ਉਹਨਾਂ ਐਕਸੈਪਟ ਵੀ ਨਹੀਂ ਕਰਦੇ, ਨਹੀਂ ਆਡੀਅੰਸ ਹੋਰ ਗੱਲ ਹੈ ਬੇਟਾ, ਉਹਨਾਂ ਦੇ ਦੇਖੋ ਉਹ ਤਾਂ ਹਿੰਦੀ ਬੋਲਦੇ ਹੀ, ਉਹਨਾਂ ਦੀ ਜ਼ਬਾਨ ਉਹ। ਮੈਂ ਇੱਕ ਵਾਰੀ ਮਦਰਾਸ ਗਿਆ ਸੀ ਸ਼ੂਟ ਕਰਨ, ਮੈਨੂੰ ਉੱਥੇ ਟੈਕਸੀ ਵਾਲਾ ਲੈਣ ਆਉਣਾ ਸੀ, ਉਹ ਲੇਟ ਹੋ ਗਿਆ, ਅਤੇ ਮੈਂ ਸਟੇਜ 'ਤੇ ਜਾ ਕੇ ਹਿੰਦੀ 'ਚ ਗੱਲ ਕੀਤੀ ਕਿ ਟੈਕਸੀ ਦੇ ਨੰਬਰ ਅਨਾਊਂਸ ਕਰਕੇ ਜਾਂ ਮੇਰਾ ਨਾਮ ਦੱਸ ਕੇ ਕੀ ਬੁਲਾ ਸਕਦੇ ਹੋ, ਇੱਥੇ ਬੰਦਾ ਆਇਆ ਹੋਵੇ। ਉਹ ਮੈਨੂੰ ਸਿੱਧਾ ਕਰ, ਸਰ ਓਨਲੀ ਇੰਗਲਿਸ਼, ਨੋ ਹਿੰਦੀ, ਸੋ ਤਮਿਲ ਐਂਡ ਇੰਗਲਿਸ਼। ਹਿੰਦੀ ਜਾਣਦੇ ਨਹੀਂ, ਹਿੰਦੀ ਜਾਣਦੇ ਜੀ ਕਿ ਨਹੀਂ ਬੋਲਦੇ, ਉਹਦੇ ਪਿੱਛੇ ਸਿਆਸਤ ਦਾ ਹੱਥ ਹੈ, ਕਿਹਦਾ ਹੱਥ ਹੈ, ਕਿਉਂਕਿ ਹਿੰਦੀ ਬੋਲਣਗੇ ਤਾਂ ਉਹਨਾਂ ਦੀ ਸਿਆਸਤ ਦੇ ਵਿੱਚ ਸਮਝ ਲੱਗਦੀ ਹੈ ਹਿੰਦੀ ਵਾਲਿਆਂ ਦੀ, ਇੱਕ ਉਹ ਵੀ ਹੈ। ਪਰ ਇਹਨੇ ਇਹ ਉਹਨਾਂ ਦੀ ਜਿਹੜੀ ਇੰਡਸਟਰੀ ਨੂੰ ਐਡਾ ਵੱਡਾ ਥਾਂ ਦੇਣਾ, ਉਹ ਸਿਰਫ ਇਸ ਕਰਕੇ ਕਿ ਉਹ ਸਿਰਫ ਆਪਣੀ ਜ਼ਬਾਨ ਦੀਆਂ ਫਿਲਮਾਂ ਦੇਖਦੇ ਨੇ। ਹੁਣ ਸਾਡੀ ਫਿਲਮ ਇੰਡਸਟਰੀ ਪੰਜਾਬੀ ਦੀ ਹੁਣ ਕਿਉਂ ਗਰੋ ਕੀਤੀ ਹੈ, ਸਾਡੇ NRI ਬ੍ਰਦਰਸ ਦੀ ਉਹਨਾਂ ਦੀ ਬਹੁਤ ਵੱਡੀ ਦੇਣ। ਹੁਣ ਜਿੱਥੇ ਵੀ ਕਿਤੇ ਪੰਜਾਬੀ ਬੈਠਾ ਅਬਰੋਡ, ਉੱਥੇ ਹਰ ਕੋਨੇ 'ਚ, ਦੁਨੀਆ ਦੇ ਹਰ ਕੋਨੇ 'ਚ, ਹਰ ਸਿਟੀ 'ਚ, ਹਰ ਕੰਟਰੀ 'ਚ ਪੰਜਾਬੀ ਫਿਲਮ ਲੱਗਦੀ ਹੈ। ਬਿਲਕੁਲ, ਇੱਥੇ ਵੀ ਈਵਨ ਇੰਡੀਆ 'ਚ ਹੁਣ ਕਦੇ ਸੂਰਤ, ਬੜੌਦਾ, ਅਹਿਮਦਾਬਾਦ ਕਦੇ ਪੰਜਾਬੀ ਫਿਲਮ ਲੱਗਦੀ ਸੁਣੀ ਸੀ? ਨਹੀਂ। ਉੱਥੇ ਪੰਜਾਬੀ ਫਿਲਮ ਲੱਗਦੀਆਂ ਨੇ, ਵਿਸ਼ੇ ਇੱਕ ਸ਼ੋਅ ਚੱਲੇ, ਦੋ ਸ਼ੋਅ ਚੱਲੇ, ਉੱਥੇ ਵੀ ਚੱਲਦੀਆਂ ਨੇ, ਅਤੇ ਉਹਦਾ ਜਿਹੜਾ ਪੈਸਾ ਸਾਡੀ ਪੰਜਾਬੀ ਇੰਡਸਟਰੀ ਨੂੰ ਆ ਰਿਹਾ, ਔਰ ਇਸ ਕਰਕੇ ਪੰਜਾਬੀ ਇੰਡਸਟਰੀ ਗਰੋ ਹੋਈ ਹੈ, ਕਿਉਂਕਿ ਬਜਟ ਤਾਂ ਮਸਤ ਹੈ, ਜਿੰਨਾ ਇਹਦਾ ਦਾਇਰਾ ਵਿਸ਼ਾਲ ਹੁੰਦਾ ਜਾਊ, ਉਨਾ ਬਜਟ ਵੀ ਵੱਧਦਾ ਜਾਊ। ਉਹ ਜਿਹੜੇ ਵੱਡੇ ਸਬਜੈਕਟ ਨੇ, ਹੁਣ ਪੰਜਾਬੀ ਦੇ ਅਸੀਂ ਯੋਧਿਆਂ ਦੀਆਂ ਗੱਲਾਂ ਕਰੀਏ, ਅਸੀਂ ਹਰੀ ਸਿੰਘ ਨਾਲ ਦੀ ਗੱਲ ਕਰੀਏ, ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ, ਅਸੀਂ ਇਹਨਾਂ 'ਤੇ ਫਿਲਮਾਂ ਬਣਾਉਣੀਆਂ ਚਾਹੀਦੀ, ਮਾਈ ਭਾਗੋ 'ਤੇ ਫਿਲਮ ਬਣਾਉਣੀ ਹੁੰਦੀ, ਉਹ ਹੁਣ ਵਾਰ ਫਿਲਮ ਤੁਸੀਂ 100-200 ਘੋੜੇ ਲੈ ਕੇ ਭਜਾਉਣੇ ਆ, ਉਹ ਸ਼ੋਟ ਲੈਣੇ ਆ, ਉਹਦੇ ਵਾਸਤੇ ਬਹੁਤ ਵੱਡਾ ਬਜਟ ਚਾਹੀਦਾ ਹੁੰਦਾ, ਪਰ ਪੀਰੀਓਡੀਕਲ ਦੇ ਵਾਸਤੇ ਤੁਸੀਂ ਤੁਹਾਡੀਆਂ ਡਰੈਸਿਸ 'ਤੇ ਬਹੁਤ ਵੱਡਾ ਖਰਚਾ ਹੁੰਦਾ। ਬਿਲਕੁਲ, ਤੁਸੀਂ ਅੱਜ ਹੁਣ ਅੰਮ੍ਰਿਤਸਰ ਦੇ ਫਿਲਮ ਬਣਾਉਣੀ ਹੈ, ਤੁਹਾਨੂੰ ਸੈੱਟ ਲਾਉਣੇ ਪੈਣਗੇ, ਥਾਂ ਥਾਂ 'ਤੇ ਇਲੈਕਟ੍ਰਿਕ ਪੋਲ ਲੱਗ ਗਏ, ਪੱਕੀਆਂ ਸੜਕਾਂ ਆ ਗਈਆਂ, ਉਹ ਪਹਿਲਾਂ ਵਾਲੇ ਦਰਖਤ ਵੀ ਨਹੀਂ ਰਹੇ। ਅਸੀਂ ਹੁਣ ਜਾਂਦੇ ਹਾਂ, ਜਦੋਂ ਪਿਛੋਕੜ ਦੀ ਗੱਲ ਕਰਦੇ ਹਾਂ, ਜਾ ਕੇ ਰਾਜਸਥਾਨ, ਗੰਗਾਨਗਰ, ਹਾਂਜੀ, ਕੱਚੀਆਂ ਗਲੀਆਂ, ਕੱਚੇ ਘਰ, ਉਹ ਸਾਡੇ ਤਾਂ ਖੇਤ ਵੀ ਨਹੀਂ ਹੋ ਰਹੇ, ਉਹ ਰੇਤਾਂ, ਰੇਤ ਦੇ ਜਿਹੜੇ ਟੀਲੇ ਟਿੱਬੇ, ਸਾਰਾ ਕੁਛ ਚੇਂਜ ਹੋ ਗਿਆ। ਉਹਦੇ ਵਾਸਤੇ ਵੱਡਾ ਵੱਡਾ ਬਜਟ ਚਾਹੀਦਾ, ਵੱਡੇ ਬਜਟ ਵਾਸਤੇ ਤਾਂ ਹੋਊਗਾ ਜੇ
ਪੰਜਾਬੀ ਲੋਕ ਐਕਸੈਪਟ ਕਰਨਗੇ। ਹੁਣ ਪੰਜਾਬੀ ਕਿੱਥੇ, ਮੈਂ ਜਦੋਂ ਲੌਂਗ ਦਾ ਲਿਸ਼ਕਾਰਾ ਪਹਿਲੀ ਫਿਲਮ ਕੀਤੀ ਸੀ ਉਹ 14 ਤੋਂ ਕੁਛ 16 ਲੱਖ ਦੇ ਵਿਚਾਲੇ ਬਣੀ ਸੀ, 16 ਲੱਖ 'ਚ ਸਿਰਫ। ਔਰ ਅੱਜ ਤੱਕ ਪੰਜਾਬੀ ਇੰਡਸਟਰੀ ਚੰਨਪੁਰੀ ਸੀ ਲੌਂਗ ਦਾ ਲਿਸ਼ਕਾਰਾ, ਹੁਣ ਤੱਕ ਉਹ ਮਾਈਲ ਸਟੋਨ ਨੇ। ਬਿਲਕੁਲ, ਸ਼ੋਲੇ ਵਾਂਗ ਕਹਿੰਦੇ ਆ ਕਿ ਉਹ ਵੀ ਜਿਵੇਂ ਬਾਲੀਵੁੱਡ 'ਚੋਂ ਕੀਤੀ ਹੈ ਸਾਡੇ ਇੱਥੇ, ਇੱਕ ਉਹ ਅਤੇ ਇੱਕ ਜੱਟੀ ਦਾ ਬਦਲਾ, ਇਹ ਦੋ ਫਿਲਮਾਂ ਨੇ ਹਾਲੇ ਤੱਕ ਆਪਣਾ ਛਾਪ ਛੱਡੀ ਹੋਈ। ਇਹ ਹੈ ਅਤੇ ਸਰਦਾਰ ਜੀ, ਹੁਣ ਜਾਣ ਤੋਂ ਪਹਿਲਾਂ ਲਾਟੂ ਤੁਹਾਡੀ ਪਿਕਚਰ ਆਉਣ ਵਾਲੀ ਹੈ, ਆਡੀਅੰਸ ਨੂੰ ਇੱਕ ਵਾਰ ਕਹਿ ਜਾਓ ਕਿ ਕਿਉਂ ਦੇਖ ਕੇ ਆਉਣੀ ਹੈ ਲਾਟੂ। ਲਾਟੂ ਫਿਲਮ ਇਸ ਕਰਕੇ ਦੇਖਣ ਆਉਣਗੇ ਕਿ ਸਾਡੇ ਜਿਹੜੇ ਅਸੀਂ ਹੁਣ ਜਗਮਗ ਕਰਦੇ ਘਰਾਂ 'ਚ ਰਹਿੰਦੇ ਹਾਂ, ਆਲੇ ਦੁਆਲੇ ਜਿੱਧਰ ਜਾਂਦੇ ਹਾਂ ਰੋਸ਼ਨੀ ਰੋਸ਼ਨੀ ਸਾਡੇ ਘਰਾਂ 'ਚ ਕਿਵੇਂ ਆਈ, ਉਹ ਦੇਖਣ ਵਾਸਤੇ ਬਲਬ ਦੇ ਆਲੇ ਦੁਆਲੇ ਘੁੰਮਦੇ ਕਹਾਣੀ, ਜਿਹਨੂੰ ਪਿੰਡਾਂ 'ਚ ਲਾਟੂ ਕਿਹਾ ਜਾਂਦਾ ਸੀ ਉਸ ਵੇਲੇ, ਲਾਟੂ ਜਾਣੀ ਬਲਬ, ਉਹ ਦੇਖਣ ਵਾਸਤੇ ਅਸੀਂ ਆਪਣੇ ਬਾਲ ਬੱਚੇ ਆਪਣਾ ਪਰਿਵਾਰ ਪੂਰਾ ਪਰਿਵਾਰ ਲੈ ਕੇ 16 ਤਰੀਕ ਨੂੰ ਸਿਨੇਮਾ ਘਰਾਂ 'ਚ ਜ਼ਰੂਰ ਜਾਓ, ਔਰ ਤੁਸੀਂ ਖੁਸ਼ ਹੋਵੋਗੇ ਕਿ ਉਹ ਇੰਨੀ ਸਾਫ਼ ਸੁਥਰੀ ਫਿਲਮ ਔਰ ਐਂਟਰਟੇਨਿੰਗ, ਪੂਰਾ ਪਰਿਵਾਰ ਜਿਵੇਂ ਲਾਟੂ ਜਗਦਾ ਹੁੰਦਾ ਉਹਨਾਂ ਦੇ ਚਿਹਰਿਆਂ ਤੋਂ, ਇਹ ਰੌਣਕ ਆਊ ਜਦੋਂ ਸਿਨੇਮਾ ਦੇ ਉੱਤੇ ਬਾਹਰ ਨਿਕਲਣਗੇ। ਇਸ ਕਰਕੇ 16 ਨੂੰ ਲਾਟੂ ਜ਼ਰੂਰ ਦੇਖੋ। ਸਰਦਾਰ ਸਿੰਘ ਜੀ, ਬਹੁਤ ਜ਼ਿਆਦਾ ਵਧੀਆ ਲੱਗਦਾ ਤੁਹਾਡੇ ਨਾਲ ਹਰ ਵਾਰ ਗੱਲ ਕਰਕੇ, ਤੁਹਾਨੂੰ ਆਪਾਂ ਹੁਣ ਫਿਰ ਤੋਂ ਮਿਲਾਂਗੇ ਜਦੋਂ ਵੀ ਤੁਹਾਡੀ ਨੈਕਸਟ ਆਈਆਂ ਪ੍ਰੀਮੀਅਰ 'ਤੇ। ਸੋ ਐਸੀ ਮਿਲਣਾ ਸਰਦਾਰ ਸੋਹੀ ਜੀ, ਐਂਡ ਦਿਸ ਵਾਸ ਪ੍ਰਾਚੀ ਸੈਨੀ ਫਰੋਮ ਪੰਜਾਬੀ ਮੀਡੀਆ ਸਾਈਨਿੰਗ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਸੋਹਣੀ ਮੁਟਿਆਰ ਸੋਨੀਆ ਕੌਰ ਜੀ। ਸੋਨੀਆ ਜੀ, ਵੈਲਕਮ ਟੂ ਪੰਜਾਬੀ ਮੇਨੀਆ .com। ਸਤਿ ਸ਼੍ਰੀ ਅਕਾਲ ਜੀ, ਐਂਡ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਹੇਅਰ। ਸੋਨੀਆ ਜੀ, ਨਿੱਕਾ ਜੈਗਦਾਰ ਮੂਵੀ ਰਿਲੀਜ਼ ਹੋਣ ਵਾਲੀ ਹੈ 30 ਸਤੰਬਰ ਨੂੰ, ਕਿੱਦਾਂ ਦਾ ਫੀਲ ਕਰ ਰਹੇ ਹੋ, ਮੂਵੀ ਹੁਣ ਨੇੜੇ ਆ ਗਈ ਹੈ? ਬਿਲਕੁਲ, ਮੈਂ ਤਾਂ ਕਹਿ ਰਹੀ ਹਾਂ ਕਿ ਜਿਵੇਂ ਜਿਵੇਂ 30th September ਦੇ ਕੋਲੇ ਅਸੀਂ ਜਾ ਰਹੇ ਹਾਂ ਨਾ, ਉਹਦੇ ਨਾਲ ਹੀ ਮੇਰਾ ਜਿਹੜਾ ਐਕਸਾਈਟਮੈਂਟ ਲੈਵਲ ਹੈ ਉਹ ਵੱਧ ਰਿਹਾ ਹੈ। ਨਰਵਸਨੈਸ ਨਹੀਂ ਹੈ ਕਿਉਂਕਿ ਪਤਾ ਕਿ ਇਹ ਮੂਵੀ ਸਭ ਨੂੰ ਬਹੁਤ ਪਸੰਦ ਆਉਣ ਵਾਲੀ ਹੈ, ਆਈ ਨੋ। ਅਤੇ ਸੋਨੀਆ ਜੀ, ਤੁਹਾਡਾ ਇਸ ਮੂਵੀ 'ਚ ਕਰੈਕਟਰ ਕਿਸ ਤਰ੍ਹਾਂ ਦਾ ਹੈ? ਵੈਲ, ਮੈਂ ਜਿੱਥੇ ਵੀ ਜਾ ਰਹੀ ਹਾਂ, ਮੈਨੂੰ ਥੋੜ੍ਹਾ ਜਿਹਾ ਨਾ, ਜਿਨ੍ਹਾਂ ਨੇ ਵੀ ਟ੍ਰੇਲਰ ਦੇਖਿਆ ਉਹ ਥੋੜ੍ਹਾ ਜਿਹਾ ਡਾਊਟਫੁੱਲ ਜਿਹੇ ਰਹਿੰਦੇ ਕਿ ਟ੍ਰੇਲਰ 'ਚ ਪਤਾ ਨਹੀਂ ਸੀ ਕਿ ਨਹੀਂ ਸੀ, ਜਾਂ ਫਿਰ ਕਿਤੇ ਸ਼ਾਂਤੀ ਤਾਂ ਨਹੀਂ ਹੈ। ਤੋ ਹਾਂ, ਮਤਲਬ ਸਾਰਿਆਂ ਨੂੰ, ਮਤਲਬ ਮੈਂ ਜਿੱਥੇ ਵੀ ਜਾਂਦੀ ਹਾਂ ਸਾਰੇ ਮੈਨੂੰ ਡਾਊਟਫੁੱਲ ਨਜ਼ਰਾਂ ਨਾਲ ਦੇਖਦੇ ਜਿਵੇਂ ਮੈਂ ਕੋਈ ਮੁਜਰਿਮ ਹੁੰਦੀ ਹਾਂ, ਲੇਕਿਨ ਮੈਂ ਸ਼ਾਂਤੀ ਬਿਲਕੁਲ ਨਹੀਂ ਹਾਂ। ਐਂਡ ਜਿਹੜਾ ਮੇਰਾ ਕੈਰੈਕਟਰ, ਮੈਂ ਬਿਲਕੁਲ ਵੀ ਰਿਵੀਲ ਨਹੀਂ ਕਰਾਂਗੀ ਕਿਉਂਕਿ ਅਗਰ ਮੈਂ ਰਿਵੀਲ ਕਰਾਂਗੀ ਨਾ ਤੁਹਾਡਾ ਮੂਵੀ ਦਾ ਜਿਹੜਾ ਐਕਸਾਈਟਮੈਂਟ ਹੈ ਨਾ ਉਹ ਥੋੜ੍ਹਾ ਜਿਹਾ ਘੱਟ ਜਾਏਗਾ। ਲੇਕਿਨ ਮੈਨੂੰ, ਮੈਂ ਇੱਕ ਗੱਲ ਦੱਸਦਾ ਕਿ ਮੈਨੂੰ ਕੋਈ ਵੀ ਚੀਜ਼ ਨਾ ਨੋਰਮਲ ਜਾਏ ਮੈਨੂੰ ਪਸੰਦ ਨਹੀਂ, ਮੈਂ ਥੋੜ੍ਹਾ ਜਿਹਾ ਟਵਿਸਟ ਪਾ ਦਿੰਦੀ ਹਾਂ ਹਰ ਚੀਜ਼ ਦੇ ਵਿੱਚ। ਠੀਕ ਹੈ, ਅਤੇ ਸੋਨੀਆ ਜੀ, ਕਿੰਨਾ ਕੁ ਮਜ਼ਾ ਆਇਆ ਇਹ ਮੂਵੀ ਕਰਕੇ? ਐਮੀ ਵਿਰਕ, ਸੋਨਮ ਬਾਜਵਾ, ਕਾਕੂ ਬਾਜੀ ਐਜ਼ ਪ੍ਰੋਡਿਊਸਰ, ਸਿਮਰਜੀਤ ਸਿੰਘ ਐਜ਼ ਡਾਇਰੈਕਟਰ, ਕਿੰਨਾ ਕੁ ਮਜ਼ਾ ਆਇਆ ਇਹ ਮੂਵੀ ਕਰਕੇ? ਬਹੁਤ ਹੀ ਜ਼ਿਆਦਾ ਮਜ਼ਾ ਆਇਆ ਕਿਉਂਕਿ ਦਿਸ ਇਜ਼ ਜਸਟ ਮਾਈ ਸੈਕਿੰਡ ਮੂਵੀ। ਮੈਂ ਤੋਂ ਪਹਿਲਾਂ ਵਨਸ ਅਪੋਨ ਅ ਟਾਈਮ ਇਨ ਅੰਮ੍ਰਿਤਸਰ, ਹਾਂਜੀ, ਹਰਜੀਤ ਰਿੱਕੀ ਸਰ ਨਾਲ ਮੈਂ ਕੀਤੀ ਸੀ, ਉਹ ਵੀ ਬਹੁਤ ਵਧੀਆ ਐਕਸਪੀਰੀਅੰਸ ਸੀ। ਦਿਸ ਇਜ਼ ਮਾਈ ਸੈਕਿੰਡ ਮੂਵੀ ਐਂਡ ਕਰੀਅਰ ਦੇ ਇੰਨੇ ਸਟਾਰਟ ਵਿੱਚ ਤੁਹਾਨੂੰ, ਮਤਲਬ ਸਿਮਰਜੀਤ ਸਰ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ, ਵਨ ਆਫ ਦਾ ਫਾਈਨੈਸਟ ਡਾਇਰੈਕਟਰ ਵੀ ਹੈਵ ਇਨ ਦਾ ਇੰਡਸਟਰੀ, ਐਮੀ ਵਿਰਕ, ਅੱਜ ਕੱਲ੍ਹ ਮਤਲਬ ਉਹਨਾਂ ਦੀ ਬਜ਼ ਹੈ ਮਾਰਕੀਟ ਦੇ ਵਿੱਚ, ਰਾਈਟ? ਸੋਨਮ ਬਾਜਵਾ, ਆਈ ਕੈਨ ਸੇ ਕਿ ਸ਼ੀ
ਸ਼ੀ ਇਜ਼ ਬਿਊਟੀਫਾਈਂਗ ਪੰਜਾਬੀ ਇੰਡਸਟਰੀ ਐਕਚੁਲੀ ਅਤੇ ਉਹਨਾਂ ਨਾਲ ਕੰਮ ਕਰਕੇ ਐਜ਼ ਵੈਲ ਐਜ਼ ਜਿਹੜੇ ਸਾਡੇ ਪ੍ਰੋਡਿਊਸਰ ਸੀ ਆਈ ਐਮ ਰੀਅਲੀ ਰੀਅਲੀ ਗ੍ਰੇਟਫੁਲ ਟੂ ਆਲ ਦ ਇੰਟਾਇਰ ਟੀਮ ਫੋਰ ਗਿਵਿੰਗ ਮੀ ਦਿਸ ਚਾਂਸ ਟੂ ਪਲੇ ਦ ਕੈਰੈਕਟਰ ਅਤੇ ਸੋਨੀਆ ਜੀ ਸਾਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਵਿਸ਼ ਯੂ ਆਲ ਦ ਬੈਸਟ ਫੋਰ ਨਿੱਕਾ ਜ਼ੈਗਦਾਰ ਐਂਡ ਆਲ ਯੋਰ ਫਿਊਚਰ ਪ੍ਰੋਜੈਕਟਸ ਐਂਡ ਵੈਸੇ ਦੱਸ ਹੀ ਦਿਓ ਤੁਸੀਂ ਹੋਰ ਇਸ ਤੋਂ ਇਲਾਵਾ ਕੀ ਫਿਊਚਰ ਪ੍ਰੋਜੈਕਟਸ ਜਿਹੜੇ ਮੇਰੇ ਫਿਊਚਰ ਪ੍ਰੋਜੈਕਟਸ ਨੇ ਅਜੇ ਤਾਂ ਮੈਂ ਤੁਹਾਨੂੰ ਮਤਲਬ ਫਰੈਂਕਲੀ ਦੱਸਾਂ ਕਿ ਕੁਛ ਵੀ ਫਾਈਨਲਾਈਜ਼ਡ ਨਹੀਂ ਹੈ ਬਟ ਆਈ ਐਮ ਹੋਪਿੰਗ ਕਿ ਬਹੁਤ ਜਲਦੀ ਮੈਂ ਕੁਛ ਫਾਈਨਲ ਕਰ ਲਾਂਗੀ ਬਿਕੋਜ਼ ਦੋ ਤਿੰਨ ਜਗ੍ਹਾ ਗੱਲ ਚੱਲ ਰਹੀ ਹੈ ਐਂਡ ਲੈਟ ਸੀ ਬਹੁਤ ਜਲਦੀ ਖੋਲਾਂ ਮੇਰੀ ਪੰਜਾਬੀ ਐਜ਼ ਵੈਲ ਐਜ਼ ਬਾਲੀਵੁੱਡ 'ਚ ਵੀ ਚੱਲ ਰਹੀ ਹੈ ਵੀ ਵਿਸ਼ ਯੂ ਆਲ ਦ ਬੈਸਟ ਐਂਡ ਥੈਂਕ ਯੂ ਫੋਰ ਬੀਇੰਗ ਔਨ ਪੰਜਾਬੀ ਥੈਂਕ ਯੂ ਸੋ ਮਚ ਥੈਂਕਸ ਅ ਲੋਟ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਾਡਾ ਮਤਲਬ ਅਸੀਂ ਦੰਗਲ ਫਿਲਮ ਦੇਖੀ ਸੀ ਹਾਂਜੀ ਤੇ ਦੰਗਲ ਫਿਲਮ ਦੇਖ ਕੇ ਨਿਕਲਿਆ ਬਾਅਦ ਮੈਂ ਫੋਨ ਕੀਤਾ ਜੱਗੀ ਨੂੰ ਮੈਂ ਕਿਹਾ ਯਾਰ ਕੋਈ ਮਤਲਬ ਬਾਇਓਪਿਕ ਆਪਾਂ ਸ਼ੁਰੂ ਕਰ ਸਕਦੇ ਹਾਂ ਇੱਦਾਂ ਦੀ ਫਿਲਮ ਕਰ ਲਈਏ ਨਾ ਆਪਣੇ ਲਈ ਬੈਟਰ ਹੋਊਗਾ ਮਤਲਬ ਵੱਡੀ ਆ ਅਤੇ ਫਿਰ ਜੱਗੀ ਨੇ ਮੈਨੂੰ ਫੋਟੋ ਭੇਜੀ ਆ ਮਤਲਬ ਜਿਹੜੀ ਵਰਲਡ ਕੱਪ ਲੈ ਕੇ ਹਰਜੀਤ ਸੁੱਤਾ ਅਤੇ ਉਹ ਪਹਿਲਾਂ ਫੋਟੋ ਆਈ ਸੀ ਜਿਹੜੀ ਆਹ ਫੋਟੋ ਤਾਂ ਅਸੀਂ ਪੋਸਟਰ ਬਣਾਇਆ ਹਾਂਜੀ ਇਹ ਓਰੀਜਨਲ ਫੋਟੋ ਹੈ ਹਰਜੀਤ ਦੀ ਅਤੇ ਚਾਹੇ ਬੈਡਮਿੰਟਨ ਹੈ ਮਤਲਬ ਇੰਡੀਆ ਜਿਹੜੀ ਜਿੱਥੇ ਜਿੱਥੇ ਵਧੀਆ ਰੀਪ੍ਰਜੈਂਟ ਕਰਦਾ ਇੰਡੀਆ ਮਤਲਬ ਸਾਰੀਆਂ ਗੇਮਸ ਮੈਂ ਦੇਖਦਾ ਅਤੇ ਹਾਕੀ ਫਿਰ ਮੈਂ 3-4 ਕੁ ਮਹੀਨੇ ਹਾਕੀ ਦੀ ਐਕਟਿੰਗ ਸਿੱਖੀ ਇਸ ਸਮੇਂ ਤੱਕ ਐਕਟਿੰਗ ਬਸ ਜਿਹੜੀ ਫਿਲਮ 'ਚ ਕਰਨੀ ਆ ਜਸੜ ਬਾਈ ਨੇ ਖੇਡਿਆ ਉਹ ਮੈਂ ਇੱਕ ਦੋ ਵਾਰੀ ਮਿਲਿਆ ਉਹਨਾਂ ਨੂੰ ਤਰਸੇਮ ਵੀਰ ਉਹਨਾਂ ਨੂੰ ਉਹ ਕਹਿੰਦੇ ਖੇਡਦੇ ਹਾਂ ਫਿਰ ਸੈਂਟਰ ਫਾਰਵਰਡ ਇੱਕ ਮੇਨ ਪੋਜੀਸ਼ਨ ਹੁੰਦੀ ਆ ਉੱਥੇ ਖੜਾਵਾਂਗੇ ਉਹਨਾਂ ਨੂੰ ਫਿੱਟ ਤਾਂ ਪ੍ਰਭ ਵੀ ਹੋ ਗਿਆ ਬਟ ਉਹਦਾ ਅਜੇ ਫਰੇਮ ਚੌੜਾ ਫਿਰ ਗੋਲੀ ਗੋਲੀ ਵਧੀਆ ਲੱਗੂ ਹੈਡ ਕੋਚ ਮਾਨ ਸਾਹਿਬ ਲੈ ਲਾਂਗੇ ਬੀ ਪ੍ਰੈ ਕਹਿ ਗਿਆ ਉਹਨੂੰ ਵੀ ਗੋਲੀ ਖੜਾ ਸਕਦੇ ਆ ਬਹੁਤ ਸਿਰ 'ਤੇ ਹੈਲਮਟ ਵੀ ਪਾਇਆ ਪ੍ਰਭ ਨੂੰ ਅੱਗੇ ਆਪਣਾ ਮਿਡਫੀਲਡ ਰੱਖ ਲਓ ਅਤੇ ਉਹਨੂੰ ਗੋਲੀ ਕਰ ਦਿਓ ਬੀ ਪ੍ਰੈ ਅਤੇ ਅਸੀਂ ਤੁਹਾਡੇ ਵਿਆਹ ਵੈਡਿੰਗ ਬੈਲਸ ਜਿਹਨੂੰ ਕਹਿ ਦਿੰਦੇ ਵੀ ਵਿਆਹ ਕਦੋਂ ਐਕਸਪੈਕਟ ਕਰ ਰਹੇ ਹਾਂ ਤੁਹਾਡਾ ਔਖਾ ਕੁਐਸਚਨ ਨੋ ਆਨਸਰ ਨੋ ਆਨਸਰ ਨੋ ਆਨਸਰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਐਮੀ ਵਿਰਕ ਜਿਨ੍ਹਾਂ ਦੀ ਫਿਲਮ ਰਿਲੀਜ਼ ਹੋ ਰਹੀ ਆ ਹਰਜੀਤਾ ਐਮੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੇਨੀਆ 'ਤੇ ਸਤਿ ਸ਼੍ਰੀ ਅਕਾਲ ਜੀ ਪਿਆਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤੇ ਤੁਹਾਡੀ ਜਿਹੜੀ ਫਿਲਮ ਆ ਇਹ ਹਾਕੀ 'ਤੇ ਬੇਸਡ ਆ ਅਤੇ ਹਰਜੀਤ ਸਿੰਘ ਦੀ ਸਟੋਰੀ ਤੋਂ ਇੰਸਪਾਇਰਡ ਆ ਅਤੇ ਹਰਜੀਤ ਸਿੰਘ ਦਾ ਕੈਰੈਕਟਰ ਕੀ ਆ ਫਿਲਮ ਦੇ ਵਿੱਚ ਉਹਦੇ ਬਾਰੇ ਸਾਨੂੰ ਦੱਸੋ ਬੇਸਿਕਲੀ ਹਰਜੀਤ ਸਿੰਘ ਦੀ ਬਾਇਓਪਿਕ ਆ ਹਰਜੀਤ ਸਿੰਘ ਦੁੱਲੀ ਉਹਦਾ ਨਾਮ ਅਤੇ ਉਹਦੀ ਬਾਇਓਪਿਕ ਆ ਜਦ ਮੈਂ ਬੜਾ ਜਦੋਂ ਤਾਂ ਮਤਲਬ ਨਿੱਕੇ ਹੁੰਦੇ ਕਬੱਡੀ ਖੇਡਦਾ ਸੀ ਫਿਰ ਉਸ ਤੋਂ ਬਾਅਦ 'ਚੋਂ ਹਾਕੀ ਉਹਨੇ ਸ਼ੁਰੂ ਕੀਤੀ ਹੈ ਫਿਰ ਜਿਉਂ ਜਿਉਂ ਉਸ ਤੋਂ ਬਾਅਦ ਉਹਦੀ ਸਟਰਗਲ ਵਿਖਾਈ ਗਈ ਆ ਅਤੇ ਉਸ ਤੋਂ ਬਾਅਦ 'ਚ ਉਹਨੇ ਲਾਈਕ ਫਿਲਮ ਦਾ ਕਲਾਈਮੈਕਸ ਲਾਸਟ ਆ 2016 ਦਾ ਵਰਲਡ ਕੱਪ ਜਿਹੜਾ ਇੰਡੀਅਨ ਜੂਨੀਅਰ ਹਾਕੀ ਟੀਮ ਨੇ ਜਿੱਤਿਆ ਸੀਗਾ ਜੀ ਅਤੇ ਉਹ ਫਿਲਮ ਦਾ ਕਲਾਈਮੈਕਸ ਆ ਬੇਸਿਕਲੀ ਇਹ ਇੱਕ ਸਟਰਗਲ ਆ ਫਿਲਮ ਦੇ ਵਿੱਚ ਇਮੋਸ਼ਨਸ ਨੇ ਬੇਸਿਕਲੀ ਉਹ ਇੱਕ ਕਰੈਕਟਰ ਆ ਅਤੇ ਜਗਦੀਪ ਜੀ ਨੇ ਜਦੋਂ ਇਹ ਫਿਲਮ ਲਿਖੀ ਅਤੇ ਪੂਰੀ ਕੰਪਲੀਟ ਕਰਕੇ ਤੁਹਾਨੂੰ ਸੁਣਾਈ ਅਤੇ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਹੈ ਅਤੇ ਫਸਟ ਰਿਐਕਸ਼ਨ ਕੀ ਸੀ ਤੁਹਾਡਾ ਬਹੁਤ ਵਧੀਆ ਸੀਗਾ ਸਾਡਾ ਮਤਲਬ ਜਿੰਨੀ ਹੌਲੀ ਹੌਲੀ ਲਿਖੀ ਉਹਨੇ ਜਿੰਨੀ ਲਿਖੀ ਅਸੀਂ ਹੌਲੀ 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 ਸੁਣਾਉਂਦੇ ਰਹੇ ਉਹ ਮਤਲਬ ਇੱਦਾਂ ਨਹੀਂ ਸੀ ਵੀ ਉਹਨਾਂ ਨੇ ਇਕੱਠੀ ਲਿਖ ਕੇ ਆ ਕੇ ਸੁਣਾਈ ਹੈ ਨਾ ਕਿਉਂਕਿ ਸਾਡੀ ਰੋਜ਼ ਵਾਂਗੂ ਗੱਲ ਹੁੰਦੀ ਹੈ ਭਾਈ ਆਪਣਾ ਉਹ ਅਤੇ ਰੋਜ਼ ਵਾਂਗੂ ਗੱਲ ਹੁੰਦੀ ਸੀ ਜਾਂ ਰੋਜ਼ ਵਾਂਗੂ ਮਤਲਬ ਜਿਹੜੇ ਰੋਜ਼ ਦੇ 2-4 ਸੀਨ ਲਿਖਣੇ ਜਾਂ ਇੱਕ ਸੀਨ ਲਿਖਣਾ ਉਹ ਡਿਸਕਸ ਕਰਦੇ ਹੁੰਦੇ ਸਾਡੇ ਨਾਲ ਵੀ ਜਾਂ ਦਾਦੂ ਨਾਲ ਵੀ ਜਿਹਨਾਂ ਨੇ ਫਿਲਮ ਡਾਇਰੈਕਟ ਕੀਤੀ ਉਹਨਾਂ ਨਾਲ ਵੀ ਸੋ ਬੜੇ ਸਮੂਥਲੀ ਜਿਹੇ ਤਰੀਕੇ ਨਾਲ ਵੀ ਇਹਨਾਂ ਨੇ ਫਿਲਮ ਲਿਖੀ ਆ ਅਤੇ ਮਤਲਬ ਪਸੰਦ ਆਊਗੀ ਸਾਰਿਆਂ ਨੂੰ ਫਿਲਮ
ਜੀ ਬਿਲਕੁਲ ਪਸੰਦ ਆਊਗੀ ਜ਼ਰੂਰ। ਅਤੇ ਜਿਹੜੀ ਇਹ ਫਿਲਮ ਹੈ ਉਹਦੇ ਵਿੱਚ ਹਰਜੀਤ ਸਿੰਘ ਦਾ ਜਿਵੇਂ ਨਾਮ ਹੀ ਹਰਜੀਤ ਆਇਆ ਫਿਲਮ ਦਾ, ਅਤੇ ਤੁਸੀਂ ਆਈ ਐਮ ਸ਼ੋਰ ਤੁਸੀਂ ਮਿਲੇ ਵੀ ਹੋਵੋਗੇ ਹਰਜੀਤ ਸਿੰਘ ਨੂੰ, ਅਤੇ ਉਹ ਜਦੋਂ ਤੁਸੀਂ ਇਸ ਫਿਲਮ 'ਤੇ ਸਟੱਡੀ ਕੀਤੀ ਇਸ ਕੈਰੇਕਟਰ 'ਤੇ, ਅਤੇ ਉਹਨਾਂ ਨਾਲ ਮਿਲ ਕੇ ਤੁਹਾਨੂੰ ਕਿੰਨੀ ਕੁ ਮਤਲਬ ਹੈਲਪ ਹੋਈ ਇਸ ਕੈਰੇਕਟਰ ਦੀ ਸਟੱਡੀ ਦੇ ਵਿੱਚ? ਮੈਂ ਫਿਲਮ ਤੋਂ ਪਹਿਲਾਂ ਨਾ ਜਾਣਦਾ, ਹੋਕੀ ਦੇ ਕਾਫੀ ਪਲੇਅਰਸ ਨੂੰ ਇੰਡੀਆ ਦੇ ਲੋਕ ਖੇਡਦੇ ਜਿਹੜੇ ਉਹ ਮੇਰੇ ਕਾਫੀ ਫਰੈਂਡਸ ਨੇ, ਵਧੀਆ ਕਲੋਜ਼ ਨੇ, ਅਤੇ ਹਰਜੀਤ ਉਹਨਾਂ ਨੂੰ ਮੈਂ ਫਿਲਮ ਅਜੇ ਅਸੀਂ ਪਲਾਨ 'ਚ ਵੀ ਨਹੀਂ ਸੀ ਸਾਡੇ, ਅਸੀਂ ਆਲਰੇਡੀ ਪਹਿਲਾਂ ਮਿਲੇ ਹੋਏ ਸੀ ਹਰਜੀਤ ਨੂੰ ਵੀ, ਜਿਹੜੇ ਸਰਦਾਰਾ ਭਾਅ ਜੀ ਨਾਲ ਵੀ ਵਧੀਆ, ਮਨਦੀਪ ਹੋਣਾ ਨਾਲ ਵੀ, ਹਰਮਨ ਹੋਣੀ ਜਾਂ ਜਿੰਨੀ ਵੀ ਮਤਲਬ ਹਾਕੀ ਟੀਮ ਦੇ ਹੋਰ ਪਲੇਅਰ ਨੇ, ਅਤੇ ਸਾਰਿਆਂ ਨਾਲ ਸਾਡੀ ਵਧੀਆ, ਅਤੇ ਮੈਂ ਉਹਨਾਂ ਨੂੰ ਆਲਰੇਡੀ ਪਹਿਲਾਂ ਜਾਣਦਾ ਸੀਗਾ। ਫਿਰ ਉਸ ਤੋਂ ਬਾਅਦ 'ਚ ਮੇਰੇ ਲਈ ਥੋੜ੍ਹਾ ਗ੍ਰੈਬ ਕਰਨਾ ਈਜ਼ੀ ਹੋ ਗਿਆ ਸੀਗਾ, ਬਿਕੋਜ਼ ਮੈਂ ਸਰਦਾਰੇ ਭਾਅ ਜੀ ਉਹਨਾਂ ਤੋਂ ਪੁੱਛਦਾ ਸੀਗਾ, ਹਰਜੀਤ ਦੀਆਂ ਆਦਤਾਂ ਆਲੇ ਦੁਆਲੇ ਉਹਨਾਂ ਦੇ ਫਰੈਂਡਸ ਤੋਂ ਪੁੱਛਦਾ ਸੀਗਾ, ਅਤੇ ਬਾਕੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਦਰ ਫਾਦਰ ਤੋਂ ਮਦਰ ਫਾਦਰ ਸਾਹਿਬ ਤੋਂ ਪੁੱਛਿਆ ਸਾਰਾ ਕੁਛ, ਅਤੇ ਮਤਲਬ ਕਾਫੀ ਚੀਜ਼ਾਂ ਆਲੇ ਦੁਆਲੇ ਸਟੱਡੀ ਕੀਤੀ ਆ, ਅਤੇ ਜਗਦੀਪ ਵੀਰ ਨੇ ਵੀ ਸਾਰੀਆਂ ਚੀਜ਼ਾਂ ਇਹ ਮਤਲਬ ਕਿਉਂਕਿ ਬੇਸਿਕਲੀ ਇੱਕ ਰਾਈਟਰ ਦੇ ਲਈ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਇਹ ਚੀਜ਼ਾਂ, ਮੈਂ ਤਾਂ ਡਾਇਲੋਗ ਬੋਲਣਾ, ਅਤੇ ਉਹਨੇ ਲਿਖਣੀਆਂ ਆਦਤਾਂ ਬੇਸਿਕਲੀ ਜਿਹੜੀਆਂ ਪੇਜ 'ਤੇ ਲਿਖਣੀਆਂ ਥੋੜ੍ਹੀਆਂ ਔਖੀਆਂ ਸੀਗੀਆਂ, ਸੋ ਉਹਨਾਂ ਨੇ ਵੀ ਸਾਰਾ ਕੁਛ ਸਟੱਡੀ ਕੀਤਾ। ਅਸੀਂ ਬੈਂਗਲੋਰ ਵੀ ਗਏ ਸੀਗੇ, ਜੱਗੀ ਵੀ ਨਾਲ ਹੀ ਸੀ ਮੇਰੇ, ਅਸੀਂ ਕੈਂਪ 'ਚ ਜਾ ਕੇ ਆਏ ਸੀਗੇ, ਅਤੇ ਅਸੀਂ ਮਤਲਬ ਉੱਥੋਂ ਕਾਫੀ ਚੀਜ਼ਾਂ ਆਪਣਾ ਹਰਜੀਤ ਵੀਰ ਬਾਰੇ ਸਟੱਡੀ ਕਰਕੇ, ਅਤੇ ਫਿਰ ਉਸ ਤੋਂ ਬਾਅਦ 'ਚ ਅਸੀਂ ਫਿਲਮ ਬਣਾਈ ਹੈ ਜੀ। ਸੋ ਇਹ ਫਿਲਮ ਜਗਦੀਪ ਜੀ ਨੇ ਲਿਖੀ ਹੈ, ਅਤੇ ਤੁਹਾਡਾ ਵੀ ਕੋਈ ਇਨੀਸ਼ੀਏਟਿਵ ਸੀਗਾ ਕਿ ਹਾਂਜੀ ਹਰਜੀਤ ਸਿੰਘ 'ਤੇ ਫਿਲਮ ਬਣਾਉਂਦੇ ਹਾਂ? ਸਾਡਾ ਮਤਲਬ ਅਸੀਂ ਦੰਗਲ ਫਿਲਮ ਦੇਖੀ ਸੀ, ਹਾਂਜੀ, ਅਤੇ ਦੰਗਲ ਫਿਲਮ ਦੇਖ ਕੇ ਨਿਕਲਿਆ ਬਾਹਰ, ਮੈਂ ਫੋਨ ਕੀਤਾ ਜੱਗੀ ਨੂੰ, ਮੈਂ ਕਿਹਾ ਯਾਰ ਕੋਈ ਮਤਲਬ ਬਾਇਓਪਿਕ ਆਪਾਂ ਸ਼ੁਰੂ ਕਰ ਸਕਦੇ ਹਾਂ ਜਾਂ ਇੱਦਾਂ ਦੀ ਫਿਲਮ ਕਰ ਲਈਏ ਨਾ, ਆਪਣੇ ਲਈ ਬੈਟਰ ਹੋਊਗਾ, ਮਤਲਬ ਵੱਡੀ ਆ। ਅਤੇ ਫਿਰ ਜੱਗੀ ਨੇ ਮੈਨੂੰ ਫੋਟੋ ਭੇਜੀ ਆ, ਮਤਲਬ ਜਿਹੜੀ ਵਰਲਡ ਕੱਪ ਲੈ ਕੇ ਹਰਜੀਤ ਸੁੱਤਾ, ਅਤੇ ਉਹ ਪਹਿਲਾਂ ਫੋਟੋ ਆਈ ਸੀ ਜਿਹੜੀ, ਆਹ ਫੋਟੋ ਤਾਂ ਅਸੀਂ ਪੋਸਟਰ ਬਣਾਇਆ, ਹਾਂਜੀ, ਇਹ ਓਰੀਜਨਲ ਫੋਟੋ ਹੈ ਹਰਜੀਤ ਦੀ, ਅਤੇ ਉਹ ਕਾਫੀ ਮਤਲਬ ਇੰਡੀਆ ਦੇ ਸੈਲੀਬ੍ਰਿਟੀਜ਼ ਨੇ ਜਾਂ ਇੰਡੀਆ ਦੇ ਸਪੋਰਟਸਮੈਨ ਨੇ ਜਿਹੜੇ ਕਾਫੀ ਵੱਡੇ, ਉਹਨਾਂ ਨੇ ਟਵੀਟ ਕੀਤੀ ਸੀਗੀ ਜਦੋਂ ਵਰਲਡ ਕੱਪ ਜਿੱਤੇ ਸੀਗੇ ਇੰਡੀਆ, ਅਤੇ ਉਹ ਮੈਨੂੰ ਜਗਦੀਪ ਕਹਿੰਦਾ ਵੀ ਤੂੰ ਜੇ ਤੂੰ ਫਿੱਟ ਕਰ ਸਕਦਾ ਆਪਣੇ ਆਪ ਨੂੰ, ਅਤੇ ਜੇ ਮਤਲਬ ਬਾਡੀ ਟ੍ਰਾਂਸਫੋਰਮੇਸ਼ਨ ਕਰ ਲੈਂਗਾ, ਮੈਂ ਕਿਹਾ ਚਲੋ ਜ਼ਿੰਮੇਵਾਰੀ ਮੇਰੀ ਹੈ, ਮੈਂ ਕਿਹਾ ਤੁਸੀਂ ਲਿਖੋ ਸ਼ੁਰੂ ਕਰੋ, ਮੈਂ ਕਿਹਾ ਆਪਾਂ ਕਰਦੇ ਹਾਂ। ਸੋ ਫਿਰ ਉਸ ਤੋਂ ਬਾਅਦ ਫਿਲਮ ਸ਼ੁਰੂ ਹੋਈ ਹੈ। ਅਸੀਂ ਤੁਸੀਂ ਬੋਡੀ ਟ੍ਰਾਂਸਫੋਰਮੇਸ਼ਨ ਦੀ ਗੱਲ ਕੀਤੀ ਹੈ, ਟ੍ਰੇਲਰ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਕਾਫੀ ਫਿੱਟ ਐਬਡ ਬੋਡੀ ਹੈ, ਪੂਰੇ ਐਬਸ ਬਣਾਏ ਹੋਏ ਨੇ, ਅਤੇ ਉਹਦੇ 'ਚ ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ ਜਾਂ ਤੁਸੀਂ ਕੀ ਚੇਂਜਸ ਕੀਤੇ ਲਾਈਫ ਸਟਾਈਲ 'ਚ? ਕੀ 6-7 ਮਹੀਨੇ ਲੱਗਦੇ ਬੋਡੀ, ਮਤਲਬ ਮੈਂ ਮੇਰਾ 84 ਸੀਗਾ ਵੇਟ ਪਹਿਲਾਂ, ਅਤੇ ਜਦੋਂ ਅਸੀਂ ਫਿਲਮ ਪਲਾਨ ਕੀਤੀ ਸੀ ਸੋਚੀ ਸੀ, ਫਿਰ ਉਸ ਤੋਂ ਬਾਅਦ 'ਚ ਘਟਾਇਆ, ਮਤਲਬ 67 ਕਿਲੋ ਕੀਤਾ, 17 ਕਿਲੋ ਘਟਾਇਆ, ਫਿਰ 5-7 ਕਿਲੋ ਇੱਕ ਫਿਲਮ ਵਾਸਤੇ ਵਧਾਉਣਾ ਸੀ ਉਹਦਾ ਵਧਾਇਆ, ਫਿਰ ਉਸ ਤੋਂ ਬਾਅਦ 14-15 ਕਿਲੋ ਫਿਰ ਘਟਾਇਆ ਕੰਟੀਨਿਊਸਲੀ। ਫਿਰ ਜਦੋਂ ਫਿਲਮ ਸ਼ੂਟ ਚੱਲਦਾ ਸੀ ਹਰਜੀਤਾ, ਉਦੋਂ ਮਤਲਬ ਵੇਰੀ ਕਰਦਾ ਸੀਗਾ ਵੇਟ 61 ਤੋਂ ਲੈ ਕੇ 65 ਤੱਕ, ਜਿਹੜੇ ਉਹ ਮਤਲਬ ਐਬਸ ਵਾਲੇ ਸੀ ਨੇ ਉੱਥੇ 61 ਸੀ, ਅਤੇ ਜਿਹੜੇ ਮਤਲਬ ਜਿਹੜੇ ਮੈਚਿਸ ਨੇ ਉਹਨਾਂ 63-64, ਬਿਕੋਜ਼ ਉਹਨਾਂ 'ਚ ਤੁਸੀਂ ਪਾਣੀ ਪੂਣੀ ਨਹੀਂ ਛੱਡ ਸਕਦੇ ਬਿਕੋਜ਼ ਤੁਸੀਂ ਖੇਡਦੇ ਹੋ, ਤਾਂ ਕਰਕੇ ਜਿਹੜਾ ਵਾਟਰ ਵੇਟ ਸੀਗਾ ਉਹਨਾਂ ਕੁ ਵੇਰੀ ਕਰਦਾ ਸੀ। ਸੋ ਹਾਕੀ ਗੇਮ ਜਿਹੜੀ ਹੈ ਤੁਸੀਂ ਸਿੱਖੀ, ਤੁਹਾਨੂੰ ਸਿੱਖਣੀ ਪਈ ਕਿ ਤੁਹਾਨੂੰ ਆਲਰੇਡੀ ਆਉਂਦੀ ਸੀਗੀ? ਨਹੀਂ ਮਤਲਬ ਮੈਂ ਦੇਖੀ ਹੋਈ ਸੀਗੀ ਆਲਰੇਡੀ, ਕਿਉਂਕਿ ਮੇਰੇ ਫਰੈਂਡਸ ਵੀ ਸੀਗੇ, ਵੈਸੇ ਵੀ ਨਿੱਕੇ ਹੁੰਦੇ ਤੋਂ ਮੈਂ ਸਾਰੀ ਸਪੋਰਟਸ ਫੋਲੋ ਕਰਦਾ, ਚਾਹੇ ਉਹ ਕ੍ਰਿਕਟ ਹੈ, ਹਾਕੀ ਹੈ, ਫੁੱਟਬਾਲ ਹੈ, ਅਤੇ ਚਾਹੇ ਬੈਡਮਿੰਟਨ ਹੈ, ਮਤਲਬ ਇੰਡੀਆ ਜਿਹੜੀ ਜਿੱਥੇ ਜਿੱਥੇ ਵਧੀਆ ਰੀਪ੍ਰਜੈਂਟ ਕਰਦਾ ਇੰਡੀਆ, ਮਤਲਬ ਸਾਰੀਆਂ ਗੇਮਸ ਮੈਂ ਦੇਖਦਾ। ਅਤੇ ਹਾਕੀ ਫਿਰ ਮੈਂ 3-4 ਮਹੀਨੇ ਹਾਕੀ ਦੀ ਐਕਟਿੰਗ ਸਿੱਖੀ, ਇਸ ਸਮੇਂ 'ਤੇ ਐਕਟਿੰਗ ਬਸ ਜਿਹੜੀ ਫਿਲਮ 'ਚ ਕਰਨੀ ਆ। ਅਤੇ ਐਕਟਿੰਗ ਜਾਂ ਜੋ ਵੀ ਤੁਹਾਨੂੰ ਕਿਸੇ ਕੋਚ ਨੇ ਸਿਖਾਇਆ? ਜੀ, ਮੈਂ ਗੁਰਵਿੰਦਰ ਸਰ ਹੁੰਦੇ ਨੇ ਸਾਡੇ 42 ਸੈਕਟਰ ਦੇ ਵਿੱਚ, ਉਹਨਾਂ ਨਾਲ ਅਸੀਂ ਉੱਥੇ ਉਹਨਾਂ ਨੇ ਟ੍ਰੇਨ ਕੀਤਾ, ਅਤੇ ਬਾਕੀ ਮਤਲਬ ਕਾਫੀ ਜਿਹੜੇ ਬੱਚੇ ਉੱਥੇ ਨਾਲ ਖੇਡਦੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਿਖਾਇਆ। ਅਤੇ ਕਿੰਨੀ ਦੇਰ ਲੱਗੀ ਤੁਹਾਨੂੰ ਗੇਮ ਸਿੱਖਣ ਨੂੰ ਜਾਂ ਕਿੰਨਾ ਟਾਈਮ ਤੁਸੀਂ ਪ੍ਰੈਕਟਿਸ? 3-4 ਮਹੀਨੇ ਲੱਗੇ ਆ ਜੀ ਉੱਥੇ, ਅਤੇ ਉਹਨਾਂ 3-4 ਮਹੀਨਿਆਂ ਦੇ ਵਿੱਚ ਮਤਲਬ 15-20 ਛੁੱਟੀਆਂ ਲਾ ਲਓ, ਕਿਉਂਕਿ ਆਪਦੇ ਕੰਮ ਦੂਜੀ ਦੂਜੀ ਮਤਲਬ ਫਿਲਮਾਂ ਵੀ ਰਿਲੀਜ਼ ਸੀਗੀਆਂ ਵਿੱਚ, ਅਤੇ ਜਾਂ ਨਿੱਕਾ ਜੈਲਦਾਰ ਰਿਲੀਜ਼ ਸੀਗੀ ਵਿੱਚ ਉਦੋਂ ਪਹਿਲਾਂ,
ਦੈਨ ਉਸ ਤੋਂ ਬਾਅਦ 'ਚ ਵਿੱਚ ਦੋ ਚਾਰ ਕੰਮ ਹੋਰ ਜਾਂ ਕੋਈ ਪ੍ਰੋਗਰਾਮ ਆ ਗਿਆ ਉੱਧਰੋਂ ਹੋ ਜਾਂਦੇ। ਹਾਂਜੀ ਜੀ। ਸੋ ਗੇਮ ਦੀ ਗੱਲ ਕਰ ਰਹੇ ਹਾਂ ਅਸੀਂ, ਇੱਕ ਛੋਟੀ ਜਿਹੀ ਕੁਐਸਚਨਿੰਗ ਟਾਈਪ ਗੇਮ ਕਹਿ ਲਓ ਤੁਸੀਂ, ਅਸੀਂ ਥੋੜ੍ਹੀ ਜਿਹੀ ਪ੍ਰਿਪੇਅਰ ਕੀਤੀ ਹੈ ਅਤੇ ਉਹਦੇ ਵਿੱਚ ਜੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਕਿਸੇ ਵੀ ਆਰਟਿਸਟ ਜਾਂ ਤੁਸੀਂ ਕੋਈ ਮਿਊਜ਼ਿਕ ਆਰਟਿਸਟ ਕੋਈ ਵੀ ਮਤਲਬ ਮਿਊਜ਼ਿਕ ਇੰਡਸਟਰੀ ਜਾਂ ਐਕਟਿੰਗ ਇੰਡਸਟਰੀ ਜਿਹੜੀ ਹੋਗੀ ਉਹਦੇ ਵਿੱਚੋਂ ਜੇ ਕੋਈ ਆਰਟਿਸਟ ਤੁਸੀਂ ਚੱਖਣੇ ਹੋਣ ਕਿ ਹਾਕੀ ਦੀ ਗੇਮ ਦੇ ਵਿੱਚ ਕਿਹੜਾ ਕਿਹੜਾ ਕਿੱਥੇ ਕਿਹੜੀ ਕਿਹੜੀ ਪੋਜੀਸ਼ਨ 'ਤੇ ਖੇਡ ਰਿਹਾ ਅਤੇ ਉਹ ਮੈਨੂੰ ਤੁਸੀਂ ਜ਼ਰੂਰ ਦੱਸੋ, ਮੈਂ ਤੁਹਾਨੂੰ ਇੱਕ ਮਿੰਟ ਪੁੱਛਦੀ ਹਾਂ। ਤੁਹਾਡੇ ਹਿਸਾਬ ਨਾਲ ਸੈਂਟਰ ਫਾਰਵਰਡ 'ਤੇ ਕੌਣ ਖੇਡੂਗਾ? ਸੈਂਟਰ ਫਾਰਵਰਡ ਜਸੜ ਬਾਈ ਨੇ ਖੇਡਿਆ, ਉਹ ਮੈਂ ਇੱਕ ਦੋ ਵਾਰੀ ਮਿਲਿਆ ਉਹਨਾਂ ਨੂੰ, ਤਰਸੇਮ ਵੀਰ ਉਹਨਾਂ ਨੂੰ, ਉਹ ਕਹਿੰਦੇ ਖੇਡਦੇ ਹਾਂ ਫਿਰ ਸੈਂਟਰ ਫਾਰਵਰਡ ਇੱਕ ਮੇਨ ਪੋਜੀਸ਼ਨ ਹੁੰਦੀ ਆ, ਉੱਥੇ ਖਿਡਾਵਾਂਗੇ ਉਹਨਾਂ ਨੂੰ। ਗੋਲਕੀਪਰ ਮੋਟਾ ਹੈ ਬੰਦਾ ਲੱਭਾਂ ਕੋਈ? ਕੌਣ ਦੇਖਦਾ, ਕੋਈ ਯਾਰ ਦੋਸਤ ਹੀ ਆ ਉਹਨੂੰ ਮੋਟਾ ਕਹਾਂਗੇ, ਜੇ ਕੋਈ ਹੋਰ ਹੋਇਆ ਜਿਹਨੂੰ ਨਹੀਂ ਜਾਣਦਾ ਉਹਨੂੰ ਮੋਟਾ ਕਹਿ ਦਿੱਤਾ ਤਾਂ ਔਖਾ ਹੋ ਜਾਊਗਾ। ਯਾਰ ਦੋਸਤ ਕਿਹੜਾ ਕੋਈ? ਹੈੱਡ ਕੋਚ ਖੜਦੇ ਮੈਨੂੰ ਯਾਰ ਦੋਸਤ ਪਹਿਲਾਂ ਗੋਲਕੀਪਰ ਬਣਾਉਣ ਦੋ। ਠੀਕ ਆ, ਮੈਂ ਤੁਹਾਡੇ ਕੋਲ ਮੱਖਣ ਹੈਗਾ ਸਾਡਾ ਆਪਣਾ, ਕਲਾਕਾਰਾਂ 'ਚ ਲੱਭਦਾ ਕੋਈ ਨਾ ਕੋਈ ਕਲਾਕਾਰਾਂ 'ਚੋਂ ਫਿਲਹਾਲ ਦੀ ਘੜੀ ਆਲਮੋਸਟ ਸਾਰੇ ਹੋ ਹੀ ਜਾਂਦੇ ਆ, ਬਟ ਜਿਹੜਾ ਮਤਲਬ ਫਿੱਟ ਤਾਂ ਪ੍ਰਭ ਵੀ ਹੋ ਗਿਆ, ਬਟ ਉਹਦਾ ਅਜੇ ਫਰੇਮ ਚੌੜਾ, ਫਿਰ ਗੋਲੀ ਗੋਲੀ ਵਧੀਆ ਲੱਗੂ। ਪ੍ਰਭ ਨੂੰ ਖੜਾਵਾਂਗੇ। ਹੈੱਡ ਕੋਚ? ਹੈੱਡ ਕੋਚ ਮਾਨ ਸਾਹਿਬ ਲੈ ਲਾਂਗੇ। ਮਿਡਫੀਲਡਰ? ਮਿਡਫੀਲਡਰ ਦਲਜੀਤ ਭਾਅ ਜੀ ਹੋ ਸਕਦੇ ਆ, ਕਿਉਂਕਿ ਉਹਨਾਂ ਨੇ ਫਿਲਮ ਆ ਰਹੀ ਆ ਸੂਰਮਾ, ਦਲਜੀਤ ਭਾਅ ਨੂੰ ਰੱਖ ਲਾਂਗੇ। ਬਾਵੇ ਦੀ ਵੀ ਹੋ ਕੇ ਹਟੀ ਆ ਫਿਲਮ, ਬਾਵਾ ਵੀ ਖੇਡ ਲੈਂਦਾ ਹੋਊਗਾ, ਬਾਵੇ ਨੂੰ ਵੀ ਰੱਖ ਲਾਂਗੇ ਤਾਂ ਕਿਤੇ ਵਿੱਚ। ਫੁੱਲਬੈਕਸ ਡਿਫੈਂਡਰਸ? ਇੱਥੇ ਤਾਂ ਬਾਈ ਮਤਲਬ 11 ਪਲੇਅਰ ਪੂਰੇ ਕਰਨੇ ਆਪਾਂ, 11 ਤਾਂ ਬੜੇ ਔਖੇ ਆ, 11 ਨਾਲ ਤਾਂ ਬਣਦੀ ਨਹੀਂ। ਚਲੋ ਘੱਟ ਚੀਜ਼ ਨੇ ਵੇਖ ਲਓ, ਘੱਟ ਚੀਜ਼ ਵੇਖ ਲਾਂਗੇ, ਇੱਕ ਤਾਂ ਹੋਰ ਦੱਸ ਦਿੰਦੇ ਹਾਂ, ਜੱਸੀ ਬੱਬਲ ਹੋਣੀ ਹੈਗੇ ਨੇ, ਬੀ ਪ੍ਰੈਕ ਹੈਗਾ ਉਹਨੂੰ ਵੀ ਗੋਲੀ ਖੜਾ ਸਕਦੇ ਆ, ਬਹੁਤ ਤਾਂ ਸਿਰ 'ਤੇ ਹੈਲਮਟ ਵੀ ਪਾਇਆ, ਪਾਉਣ ਦੀ ਲੋੜ ਹੀ ਨਹੀਂ। ਬੀ ਪ੍ਰੈਕ ਸਾਡਾ ਬਹੁਤ ਪਿਆਰ ਕਰਦੇ ਆ ਅਸੀਂ ਉਹਨੂੰ, ਬੀ ਪ੍ਰੈਕ ਨੂੰ ਆਪਾਂ ਪ੍ਰਭ ਨੂੰ ਅੱਗੇ ਆਪਣਾ ਮਿਡਫੀਲਡ ਰੱਖ ਲਓ ਅਤੇ ਉਹਨੂੰ ਗੋਲੀ ਕਰ ਦਿਓ ਬੀ ਪ੍ਰੈਕ। ਸੋ ਜਾਨੀ ਹੋਣੀ ਨੇ ਸਾਰੇ ਇਹਨਾਂ ਨੂੰ ਖੜਾਵਾਂਗੇ, ਵਧੀਆ ਖੇਡ ਲੈਂਦੇ ਆ। ਅਤੇ ਟੀਮ ਦਾ ਕੈਪਟਨ ਕੌਣ ਹੋਊਗਾ? ਮੈਂ ਤਾਂ ਨਹੀਂ ਹੁੰਦਾ, ਖੈਰ ਮੈਂ ਵਿੱਚ ਖੇਡ ਲੂੰਗਾ ਕਿਤੇ ਨਾ ਕਿਤੇ। ਟੀਮ ਦਾ ਕੈਪਟਨ ਕੋਈ ਸੀਨੀਅਰ ਦੇ ਬੰਦੇ ਦੇ ਦਾਂਗੇ ਕੈਪਟਨ, ਸੀ ਘੁੱਗੀ ਭਾਜੀ ਦੇ ਦਾਂਗੇ, ਘੁੱਗੀ ਭਾਜੀ ਖੇਡ ਲੈਣਗੇ ਹੋਕੀ ਸਾਡੇ ਨਾਲ। ਅੱਛਾ ਐਵੇਂ ਇੱਕਦਮ ਤੋਂ ਦੇਖ ਰਹੇ ਆਪਾਂ ਕਿ ਬਹੁਤ ਜਿਹੜਾ ਨਾ ਕੋਨਸਨਟ੍ਰੇਸ਼ਨ ਮਤਲਬ ਫਿਲਮ ਇੰਡਸਟਰੀ ਦੀ ਜਾਂ ਬਾਲੀਵੁੱਡ ਦੀ ਵੀ ਤੁਸੀਂ ਕਹਿ ਲਓ ਕਿ ਸਾਰਿਆਂ ਦੀ ਹਾਕੀ ਵੱਲ ਇੱਕਦਮ ਤੋਂ ਹੋਣ ਲੱਗ ਗਈ, ਜਿਵੇਂ ਖਿੱਦੋ ਕੁੰਡੀ ਆਈ, ਹੁਣ ਹਰਜੀਤ ਆ ਰਹੀ ਹੈ, ਫਿਰ ਦਿਲਜੀਤ ਦੀ ਸੂਰਮਾ ਆ ਰਹੀ ਹੈ, ਫਿਰ ਅਕਸ਼ੇ ਕੁਮਾਰ ਜੀ ਵੀ ਇੱਕ ਫਿਲਮ ਲੈ ਕੇ ਆ ਰਹੇ ਨੇ, ਤਾਂ ਤੁਹਾਡਾ ਕੀ ਕਹਿਣਾ ਕਿ ਇੱਕਦਮ ਤੋਂ ਕਿਉਂ ਐਵੇਂ ਹੋ ਰਿਹਾ? ਸਾਡੇ ਫਿਲਹਾਲ ਜਦੋਂ ਸਾਨੂੰ ਪਤਾ ਲੱਗਿਆ ਸੀ ਉਦੋਂ ਸਿਰਫ ਗੋਲਡ ਹੋ ਰਹੀ ਸੀ, ਜਦੋਂ ਅਸੀਂ ਸ਼ੁਰੂ ਕੀਤੀ ਸੀ ਫਿਲਮ, ਅਸੀਂ ਨਵੰਬਰ ਦੇ ਵਿੱਚ ਸ਼ੁਰੂ ਕਰਤੀ ਸੀ, ਆਹ ਜਿਹੜਾ ਹੁਣ ਲੰਘਿਆ ਤਾਂ ਸ਼ੂਟ ਕੀਤੀ, ਉਦੋਂ ਪਿਛਲੇ ਨਵੰਬਰ 'ਚ ਅਸੀਂ ਪਲੈਨ ਕੀਤੀ ਸੀ ਫਿਲਮ, ਅਤੇ ਉਸ ਤੋਂ ਬਾਅਦ 'ਚ ਫਿਲਮਾਂ ਮਤਲਬ ਹਾਂ ਜਿਵੇਂ ਦੂਜੀਆਂ ਜਿਵੇਂ ਸੂਰਮਾ ਆ, ਦਲਜੀਤ ਭਾਅ ਜੀ ਵਾਲੀ ਫਿਲਮ ਹੈ, ਉਹਨਾਂ ਦਾ ਵੀ ਪਲੈਨ ਪਹਿਲਾਂ ਚੱਲਦਾ ਸੀ ਬੇਸਿਕਲੀ, ਬਟ ਸਾਡੀ ਨੌਲੇਜ 'ਚ ਨਹੀਂ ਸੀ ਉਹ, ਅਤੇ ਮਤਲਬ ਬਾਗਣਾ ਦੀ ਉਹ ਤਾਂ ਚਲੋ ਰਿਲੀਜ਼ ਵੀ ਹੋ ਗਿਆ ਆਲਰੇਡੀ, ਉਹਨਾਂ ਨੇ ਸ਼ੂਟ ਕਰਕੇ ਰਿਲੀਜ਼ ਕੀਤੀ ਹੈ ਫਿਲਮ ਹੈ ਨਾ। ਸੋ ਤੁਸੀਂ ਮਤਲਬ ਐਂ ਤਾਂ ਜਿਵੇਂ ਰੈਸਲਿੰਗ ਦੇ ਵੀ ਦੰਗਲ ਆਈ ਹੈ ਜਾਂ ਸੁਲਤਾਨ ਆਈਆਂ ਨੇ, ਫਿਲਮਾਂ ਕਾਫੀ ਆਈਆਂ ਨੇ ਹੈ ਨਾ, ਅਤੇ ਸਾਰੀਆਂ ਚੱਲੀਆਂ ਨੇ। ਜੇ ਆਪਾਂ ਵਾਰ ਦੀ ਫਿਲਮ ਗੱਲ ਕਰਦੇ ਹਾਂ ਜਾਂ ਮਤਲਬ ਜਿਹੜੀਆਂ ਬਾਰਡਰ ਵਾਲੀਆਂ ਫਿਲਮਾਂ ਹੁੰਦੀਆਂ ਨੇ, ਉਹ ਵੀ ਕਿੰਨੀਆਂ ਆਈਆਂ ਆਪਣੀ, ਕਿੰਨੀਆਂ ਚੱਲੀਆਂ, LOC ਵੀ ਆ, ਬਾਰਡਰ ਵੀ। ਸੋ ਤੁਸੀਂ ਕੰਟੈਂਟ ਜੇ ਲੋਕਾਂ ਨੂੰ ਸਹੀ ਦਊਂਗੇ, ਜੇ ਬੈਟਰ ਦਊਂਗੇ, ਤਾਂ ਡੈਫੀਨੇਟਲੀ ਵਰਕ ਕਰੂਗਾ, ਚਾਹੇ 20 ਫਿਲਮਾਂ ਬਣ ਜਾਣ ਇੱਕ ਸਬਜੈਕਟ 'ਤੇ। ਅਤੇ ਐਮੀ ਅਸੀਂ ਇਸ ਫਿਲਮ ਦੇ ਲਈ ਤੁਸੀਂ ਕੋਈ ਗਾਣਾ ਗਾਇਆ?
ਇਸ ਫਿਲਮ ਦੇ ਵਿੱਚ ਗਾਣਾ ਹੈਗਾ, ਫਿਲਹਾਲ ਦੀ ਘੜੀ ਮੈਂ ਰਿਲੀਜ਼ ਨਹੀਂ ਕੀਤਾ, ਸੋ ਦੈਟਸ ਆਈ ਸੁਣਾ ਨਹੀਂ ਸਕਦੇ, ਉਹਨੂੰ ਮੈਂ 4-5 ਦਿਨ ਦੇ ਵਿੱਚ ਰਿਲੀਜ਼ ਕਰਾਂਗੇ, ਦੈਨ ਤੁਹਾਨੂੰ ਸੁਣਨ ਨੂੰ ਮਿਲੂਗਾ। ਅਤੇ ਡੈਫੀਨੇਟਲੀ ਜੇ ਆਪਾਂ ਜੇ ਕਦੇ ਗਾਂਹ ਰੂਬਰੂ ਹੁੰਦੇ ਹਾਂ ਕਿਸੇ ਹੋਰ ਫਿਲਮ ਲਈ ਜਾਂ ਇਸੇ ਫਿਲਮ ਲਈ ਦੁਬਾਰਾ ਕਿਤੇ ਮਿਲਦੇ ਹਾਂ ਤਾਂ ਮੈਂ ਤੁਹਾਨੂੰ ਜ਼ਰੂਰ ਸੁਣਾਉਂਗਾ। ਜ਼ਰੂਰ। ਅਤੇ ਤੁਹਾਡੇ ਕਾਫੀ ਟਾਈਮ ਤੁਸੀਂ ਕੋਈ ਸਿੰਗਲ ਟਰੈਕ ਨਹੀਂ ਸੁਣ ਰਹੇ, ਮਤਲਬ ਕੋਈ ਸਾਨੂੰ ਸੁਣਨ ਨੂੰ ਨਹੀਂ ਮਿਲਿਆ, ਅਤੇ ਕਦੋਂ ਅਸੀਂ ਐਕਸਪੈਕਟ ਕਰੀਏ ਕਿ ਤੁਹਾਡਾ ਨੈਕਸਟ ਸਿੰਗਲ ਟਰੈਕ ਆ? ਕਦੋਂ ਵਿਆਹ ਸਾਦਾ ਬਣਿਆ ਪਿਆ, ਸਭ ਰੈਡੀ ਆ। ਉਹ ਫਿਲਮ ਫਿਨਿਸ਼ ਹੁੰਦੀ ਹੈ ਕਿਉਂਕਿ ਇਹ 'ਤੇ ਜ਼ੋਰ ਬਹੁਤ ਜ਼ਿਆਦਾ ਲੱਗਿਆ ਅਤੇ ਪੈਸਾ ਵੀ ਕਾਫੀ ਲੱਗਿਆ, ਸੋ ਜ਼ੋਰ ਹੈ ਇਸ ਚੀਜ਼ 'ਤੇ। ਬੇਸਿਕਲੀ ਜੇ ਮੈਂ ਉਹ ਚੀਜ਼ਾਂ ਵਿੱਚ ਕਰੀ ਜਾਊਂਗਾ, ਗਾਣੇ ਜਾਂ ਵਿੱਚ ਕਰੀ ਜਾਊਂਗਾ, ਇੱਕ ਡਾਈਵਰਟ ਹੋ ਜਾਂਦਾ ਮੈਂ, ਲੋਕ ਕਹਿਣਗੇ ਬਰੂਜ ਜੀ ਦਾ ਕੁਛ ਨਾ ਕੁਛ ਆਉਂਦਾ ਰਹਿੰਦਾ। ਸੋ ਆਹ ਫਿਲਮ ਰਿਲੀਜ਼ ਕਰਕੇ ਉਸ ਤੋਂ 2 ਵੀਕਾਂ ਬਾਅਦ ਗਾਣਾ ਕਰਾਂਗੇ। ਕਿੰਨੇ ਗਾਣੇ ਆ ਰਹੇ? ਇੱਕੋ ਹੀ ਆ ਰਿਹਾ ਸਿੰਗਲ ਟਰੈਕ? ਅਤੇ ਤੁਸੀਂ ਮਤਲਬ ਇੰਨੇ ਆਊਟਸ਼ਾਈਨਿੰਗ ਤੁਹਾਡੀ ਪਰਸਨੈਲਿਟੀ ਹੈਗੀ ਆ, ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਤੁਸੀਂ ਵਨ ਆਫ ਦ ਐਲੀਜੀਬਲ ਬੈਚਲਰਸ ਕਹਿ ਰਹੇ ਹੈਗੇ ਹੋ, ਅਤੇ ਅਸੀਂ ਤੁਹਾਡੇ ਵਿਆਹ ਵੈਡਿੰਗ ਬੈਲਸ ਜਿਹਨੂੰ ਕਹਿ ਦਿੰਦੇ, ਵੀ ਵਿਆਹ ਕਦ ਐਕਸਪੈਕਟ ਕਰ ਰਹੇ ਹਾਂ ਤੁਹਾਡਾ? ਔਖਾ ਕੁਸ਼ਚਨ। ਨੋ ਆਨਸਰ, ਨੋ ਆਨਸਰ, ਨੋ ਆਨਸਰ। ਆਪਣਾ ਨਾਮ ਗੂਗਲ ਕੀਤਾ ਹੋਵੇ ਦੇਖਣ ਲਈ ਕਿ ਕੀ ਰਿਜ਼ਲਟਸ ਆਉਂਦੇ ਨੇ? ਐਵਰੀ ਟਾਈਮ ਐਵਰੀ ਵਨ ਆਈ ਥਿੰਕ ਸੋ, ਈਵਨ ਜਸਟਿਨ ਬੀਬਰ ਟੂ, ਹਰ ਬੰਦਾ ਕਰਦਾ ਗੂਗਲ ਆਪਣੇ। ਕਦੇ ਕਦੇ ਹੁੰਦਾ ਵੀ ਜਿਵੇਂ ਯੂਟਿਊਬ ਦੇ ਉੱਤੇ ਗਲਤ ਸਟੇਟਸ ਪੈ ਕੇ ਕੁਛ ਵੀਡੀਓ ਥੱਲੇ ਹੋਰ ਹੁੰਦੀ ਹੈ, ਅਤੇ ਉਹ ਕਾਫੀ ਚੀਜ਼ਾਂ, ਉਹ ਤਾਂ ਚਲੋ ਸਾਰਿਆਂ ਦੇ ਹੀ ਪੈਂਦੇ ਆ, ਮਤਲਬ ਫਲਾਣੇ ਦੀ ਹੋਈ, ਫਲਾਣੇ ਨਾਲ ਲੜਾਈ, ਫਲਾਣੇ ਨੇ ਕੱਢੀ, ਫਲਾਣੇ ਨੂੰ ਸਟੇਜ 'ਤੇ ਗਾਲ, ਗੱਲ ਕੋਈ ਵੀ ਨਹੀਂ ਹੁੰਦੀ ਵਿੱਚ, ਕੋਈ ਬੰਦਾ ਗਾਣੇ ਗਾਈ ਜਾਂਦਾ ਹੁੰਦਾ, ਬੋਲੀਆਂ ਪਾਈ ਜਾਂਦਾ ਹੁੰਦਾ। ਹਾਂਜੀ, ਚਾਹ ਦਾ ਬਹੁਤ ਜ਼ਿਆਦਾ ਸ਼ੌਕੀਨ ਆ, ਅਤੇ ਉਹ ਸਾਰਿਆਂ ਨੂੰ ਬਣਾ ਕੇ ਪਿਆਉਂਦਾ, ਸਰਦਾਰੇ ਭਾਅ ਜੀ ਉਹਨਾਂ ਨੂੰ, ਯਗਰਾਜ ਵੀਰ ਉਹਨਾਂ ਨੂੰ। ਜੇ ਤੁਸੀਂ ਇੱਕ ਸੁਪਰ ਹੀਰੋ ਬਣ ਸਕਦੇ ਜਾਂ ਤੁਹਾਨੂੰ ਇਹ ਪਾਵਰ ਮਿਲਦੀ ਇੱਕ ਦਿਨ ਲਈ, ਤਾਂ ਤੁਸੀਂ ਕਿਹੜੀ ਪਾਵਰਸ ਲੈਂਦੇ? ਅਵੈਂਜਰਸ ਦੇ ਵਿੱਚ ਦੱਸਾਂ? ਜਿੱਦਾਂ ਮਰਜ਼ੀ। ਅਵੈਂਜਰਸ ਵਿੱਚ ਮੈਂ ਥੌਰ ਬਣਦਾ, ਉਹ ਥੋੜ੍ਹੇ ਵਾਲਾ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਾਵਨ ਰੂਪਾਵਾਲੀਆ, ਉਹਨਾਂ ਦੇ ਨਾਲ ਤੁਹਾਡੀ ਕੈਮਿਸਟਰੀ ਕਿੱਦਾਂ ਦੀ ਰਹੀ? ਬਹੁਤ ਵਧੀਆ ਜੀ। ਸਾਵਨ ਨੇ, ਸਾਵਨ ਦੀ ਆਈ ਥਿੰਕ ਮਤਲਬ ਇੱਕ ਮੇਨ ਲੀਡ ਦੇ ਡੈਬਿਊ ਆ, ਅਤੇ ਹਰਜੀਤਾ ਦੇ ਵਿੱਚ ਉਹਨੇ ਬੜਾ ਬਾਕਮਾਲ ਕੰਮ ਕੀਤਾ, ਕਰੈਕਟਰ ਬਹੁਤ ਅੱਛਾ ਉਹਨੇ ਫੜਿਆ ਸਾਰੀ ਫਿਲਮ ਦੇ ਵਿੱਚ, ਬਿਕੋਜ਼ ਇੱਕ ਯੰਗ ਕੁੜੀ ਚਾਹੀਦੀ ਸੀਗੀ ਫਿਲਮ ਦੇ ਵਿੱਚ, ਕਿਉਂਕਿ ਯੰਗ ਕਰੈਕਟਰ ਹੈ, 19-20 ਸਾਲ ਦਾ ਸੀਗਾ ਹਰਜੀਤਾ, ਅਤੇ ਉਹਨੇ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੂਗਾ, ਉਹਨੇ ਵੀ ਮੋਟੀਵੇਟ ਕੀਤਾ ਕਾਫੀ ਹਰਜੀਤ ਨੂੰ। ਹਰਜੀਤ ਚਾਹ ਬਹੁਤ ਪੀਂਦਾ, ਹਰਜੀਤ ਚਾਹ ਦਾ ਬਹੁਤ ਜ਼ਿਆਦਾ ਸ਼ੌਕੀਨ ਆ, ਅਤੇ ਉਹ ਸਾਰਿਆਂ ਨੂੰ ਬਣਾ ਕੇ ਪਿਆਉਂਦਾ, ਸਰਦਾਰੇ ਭਾਅ ਜੀ ਉਹਨਾਂ ਨੂੰ, ਯਗਰਾਜ ਵੀਰ ਉਹਨਾਂ ਨੂੰ, ਮਨਦੀਪ ਹੈ, ਮਨਪ੍ਰੀਤ ਹੈ, ਹਰਮਨ ਹੈ, ਮਤਲਬ ਜਿੰਨੇ ਵੀ ਉਹਨਾਂ ਦੇ ਪਰਵਿੰਦਰ ਹੋਣੀ ਨੇ ਉੱਥੇ, ਗੁਰਜੰਟ ਹੋਣੀ ਨੇ, ਸਾਰੇ ਜਿਹੜੇ ਮਤਲਬ ਇੰਡੀਅਨ ਟੀਮ ਦੇ ਹੈਗੇ ਨੇ, ਵਰੁਣ ਹੋਣੀ ਨੇ, ਕਾਫੀ ਉਹਦੀ ਚਾਹ ਦੇ ਸ਼ੌਕੀਨ ਨੇ, ਸਾਰਿਆਂ ਨੂੰ ਬਣਾ ਕੇ ਪਿਆਉਂਦਾ। ਵੈਸੇ ਦੂਜੋਂ ਪੁੱਛੋ ਵੀ ਜੇ ਊਂ ਖਾਣਾ ਹੀ ਹੈ ਕੁਛ, ਅਤੇ ਆਪਣੇ ਬਾਹਰ ਸਾਹਮਣੇ ਆ 7 ਫੇਸ ਵਾਲੀ ਮਾਰਕੀਟ ਦੇ ਵਿੱਚ, ਉਹ ਨਾਂ ਲਾਉਂਦੇ ਅੰਮ੍ਰਿਤਸਰੀ ਅੰਕਲ ਜੀ, ਉਹ ਖਾਣਾ ਮੈਂ। ਅਵੈਂਜਰਸ ਦੇ ਵਿੱਚ ਦੱਸਾਂ? ਜਿੱਦਾਂ ਮਰਜ਼ੀ। ਅਵੈਂਜਰਸ ਵਿੱਚ ਮੈਂ ਥੌਰ ਬਣਦਾ, ਉਹ ਥੋੜ੍ਹੇ ਵਾਲਾ। ਵੇ ਮੈਥੋਂ ਤੇਰਾ ਮਨ ਭਰਿਆ, ਮਨ ਭਰਿਆ ਬਦਲ ਗਿਆ ਸਾਰਾ, ਵੇ ਤੂੰ ਮੈਨੂੰ ਛੱਡ ਜਾਣਾ, ਗੱਲਾਂ ਤੇਰੀਆਂ ਤੋਂ ਲੱਗਦਾ ਯਾਰਾ, ਵੇ ਮੈਥੋਂ ਤੇਰਾ ਮਨ ਭਰਿਆ। ਥੈਂਕ ਯੂ। ਸੋ ਐਵੇਂ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਵਾਂਗੇ, ਇੱਕ ਹੋਰ ਗੇਮ ਆ ਜਿਹਦੇ ਨਾਲ ਮੈਂ ਨੈਵਰ ਹੈਵ ਆਈ ਐਵਰ, ਸੋ ਅਸੀਂ ਤੁਹਾਡੇ ਨਾਲ ਖੇਡਾਂਗੇ। ਮੈਂ ਤੁਹਾਨੂੰ ਕੁਐਸਚਨ ਪੁੱਛੂੰਗੀ, ਅਤੇ ਤੁਸੀਂ ਤੁਹਾਡੇ ਨਾਲ ਜੇ ਕਦੀ ਵਾਪਰਿਆ ਹੋਵੇ, ਆਈ ਹੈਵ ਕੈਮਰੇ ਵੱਲ ਦਿਖਾ ਕੇ ਨੈਵਰ। ਬੜੀਆਂ ਖੇਡੀਆਂ ਜੀ, ਮੈਂ ਆਉਣ ਦਿਓ। ਨੈਵਰ ਹੈਵ ਆਈ ਐਵਰ, ਕਦੇ ਸਟਾਰ ਬਣਨ ਤੋਂ ਬਾਅਦ ਓਪਨਲੀ ਮਾਰਕੀਟ ਵਿੱਚ ਜਾ ਕੇ ਸਮਾਨ ਜਿਵੇਂ ਦੁੱਧ ਜਾਂ ਬ੍ਰੈਡ, ਐਗਸ ਵਗੈਰਾ ਖਰੀਦਦੇ ਹੋ?
ਸੋਰੀ ਵਾਰੀ ਨੈਵਰ ਹੈਵ ਆਈ ਐਵਰ ਕਦੇ ਆਪਣੇ ਸੈਲੀਬ੍ਰਿਟੀ ਸਟੇਟਸ ਨੂੰ ਇਸਤੇਮਾਲ ਕਰਕੇ ਕਿਸੇ ਪ੍ਰੋਬਲਮ 'ਚੋਂ ਬਾਹਰ ਨਿਕਲੇ ਹੋ ਯੈਸ ਕਾਫੀ ਚੀਜ਼ਾਂ ਹੁੰਦੀਆਂ ਮੈਂ ਚਲੋ ਇਲੈਬਰੇਟ ਵੀ ਕਰਦੇ ਹਾਂ ਤਾਂ ਬਹੁਤ ਤੁਸੀਂ ਕੋਈ ਐਗਜ਼ਾਮਪਲਾਂ ਵੀ ਪੁੱਛੋ ਮੇਰੇ ਤੋਂ ਮੜੀਆਂ ਕਾਫੀ ਚੀਜ਼ਾਂ ਹੁੰਦੀਆਂ ਮਤਲਬ ਜਿਵੇਂ ਪਿੱਛੇ ਜੇ ਕੀ ਕਰਾਉਣਾ ਸੀਗਾ ਅਸੀਂ ਕੋਈ ਕਚਹਿਰੀਆਂ ਦਾ ਕੰਮ ਸੀ ਵੀ ਮਾੜਾ ਜਿਹਾ ਅਤੇ ਉਦੋਂ ਉੱਦਾਂ ਨਹੀਂ ਵੀ ਕਲਾਕਾਰ ਹੋਣ ਕਰਕੇ ਮੈਨੂੰ ਲੋਕ ਜਾਣਦੇ ਮਤਲਬ ਵੈਸੇ ਨੌਲੇਜ ਸੀਗੇ ਉਹ ਅਤੇ ਉੱਦਾਂ ਜੈਨੂਅਲੀ ਕਾਲੇ ਵੈਸੇ ਅਸੀਂ ਪਹਿਲਾਂ ਮੈਂ 2-2.5 ਘੰਟੇ ਲਾਈਨ 'ਚ ਵੀ ਲੱਗਣ ਵਾਲਾ ਮਤਲਬ ਜਿਹੜਾ ਹੁੰਦਾ ਮਤਲਬ ਪ੍ਰੋਸੈਸ ਪੂਰਾ ਕੀਤਾ ਸੀ ਵੀ ਚੱਲ ਜਿਹੜਾ ਬਾਇਲਾਅ ਹੁੰਦਾ ਸਾਰਾ ਉਹ ਕਰੀਏ ਫਿਰ ਉਸ ਤੋਂ ਬਾਅਦ 'ਚ ਅਤੇ ਫਿਰ ਉਸ ਤੋਂ ਬਾਅਦ 'ਚੋਂ ਜਿਹੜਾ ਟਾਈਮ ਪੀਰੀਅਡ ਸੀਗਾ ਲੰਘਦਾ ਜਾ ਰਿਹਾ ਸੀਗਾ ਉਸ ਤੋਂ ਬਾਅਦ 'ਚ ਔਫ ਹੋ ਜਾਣਾ ਸੀ ਮਤਲਬ 5-5:30 ਵਜੇ ਜਿਹੜਾ ਸਿਸਟਮ ਸੀਗਾ ਸੋ 4:30 ਵਜੇ ਫਿਰ ਮੈਂ ਫੋਨ ਕੀਤਾ ਸੀ ਅਤੇ ਫਿਰ ਮੈਂ ਉਹ ਆਪਦਾ 2 ਘੰਟੇ 'ਚ ਕੰਮ ਕਰਿਆ ਸੀ ਕਿੰਨੀ ਵਧੀਆ ਗੱਲ ਹੈ ਕਿ ਤੁਸੀਂ ਐਡਮਿਟ ਕਰਦੇ ਹੋ ਕਿ 2-2.5 ਘੰਟੇ ਮੈਂ ਪਹਿਲਾਂ ਆਲਰੇਡੀ ਮੈਂ ਬਾਇਲਾਅ ਜਿਹੜਾ ਪ੍ਰੋਸੈਸ ਸੀਗਾ ਉਹਦੇ 'ਚ ਮੈਂ ਵੇਟ ਕੀਤੀ ਸੀਗੀ ਅਤੇ ਬਟ ਉਹਦੇ 'ਚ ਹੋ ਨਹੀਂ ਸੀ ਰਿਹਾ ਐ ਨਹੀਂ ਸੀ ਵੀ ਮੇਰੇ ਅੱਗੇ ਲਾਈਨ ਬਹੁਤ ਵੱਡੀ ਸੀ ਕੁਛ ਵੀ ਨਹੀਂ ਸੀ ਬਟ ਲੇਕਿਨ ਉਹ ਪ੍ਰੋਸੈਸ ਹੋ ਨਹੀਂ ਸੀ ਰਿਹਾ ਫਿਰ ਮੈਂ ਲਾਸਟ ਦੇ ਵਿੱਚ 2 ਘੰਟੇ ਬਾਅਦ ਫਿਰ ਮੈਂ ਕਿਹਾ ਚੱਲ ਵੀ ਹੁਣ ਜੇ ਜਾਣਾ ਹੀ ਆ ਬਿਕੋਜ਼ ਜੇ ਲੇਟ ਹੋ ਗਿਆ ਕੱਲ੍ਹ ਨੂੰ ਆਈ ਡੋਂਟ ਹੈਵ ਡੇਟਸ ਹਾਂਜੀ ਆਈ ਡੋਂਟ ਹੈਵ ਐਨੀ ਅਦਰ ਡੇਟਸ ਲਾਈਕ ਫ੍ਰੀ ਵੀ ਮੈਂ ਕੰਮ ਕਰ ਸਕਦਾ ਹਾਂ ਅਤੇ ਪਿੰਡ ਸੀਗਾ ਕੋਈ ਕੰਮ ਨਾਭੇ ਸਾਡੇ ਫਿਰ ਮੈਂ ਲਾਸਟ 1/2 ਘੰਟੇ ਦੇ ਵਿੱਚ ਫਿਨਿਸ਼ ਕੀਤਾ ਨੈਵਰ ਹੈਵ ਆਈ ਐਵਰ ਕਦੇ ਸੈਲਫੀ ਖਿੱਚਦੇ ਹੋਏ ਡੱਕ ਫੇਸ ਬਣਾਇਆ ਹੋਵੇ ਡੱਕ ਪਾਊਟ ਸਾਰੇ ਬਣਾਉਂਦੇ ਪਰ ਸਾਨੂੰ ਕੀ ਡਰ ਪਰ ਕਦੇ ਪਾਈਆਂ ਨਹੀਂ ਬਣਾਏ ਜ਼ਰੂਰ ਮਤਲਬ ਪਈਆਂ ਹੋਣਗੀਆਂ ਮਾਈਟ ਬੀ ਫੋਨ ਦੇ ਵਿੱਚ ਨੈਵਰ ਹੈਵ ਆਈ ਐਵਰ ਕਦੇ ਜੋਕ ਮਾਰਨ ਲੱਗੇ ਪੰਚ ਲਾਈਨ ਭੁੱਲ ਗਏ ਹੋ ਨਹੀਂ ਮੈਂ ਨੈਵਰ ਮੈਂ ਘੁਮਾ ਕੇ ਵੇਖ ਲੈਂਦਾ ਹੁੰਦਾ ਮੂੰਹ 'ਚ ਗੱਲ ਪਹਿਲਾਂ ਮੈਂ ਆਪਦੇ ਮੂੰਹ 'ਚ ਗੱਲ ਘੁਮਾ ਕੇ ਦੇਖ ਲੈਂਦਾ ਹੁੰਦਾ ਵੀ ਪੂਰੀ ਹੈ ਅਤੇ ਇਹਦੇ 'ਚ ਹਾਸਾ ਆਊਗਾ ਕਿ ਨਹੀਂ ਦੈਨ ਆਈ ਡਿਲੀਵਰ ਨੈਵਰ ਹੈਵ ਆਈ ਐਵਰ ਕਦੇ ਸੋਸ਼ਲ ਮੀਡੀਆ 'ਤੇ ਫੇਕ ਅਕਾਊਂਟ ਬਣਾਇਆ ਹੋਵੇ ਵੈਸੇ ਵੀ ਬਹੁਤ ਹੈ ਜੀ ਜਦੋਂ ਦੀ ਫੇਸਬੁੱਕ ਸਿੱਖੀ ਹੈ ਮੈਂ ਚਲਾਉਣੀ ਉਦੋਂ ਕਲਾਕਾਰ ਬਣ ਗਿਆ ਸੀ ਉਸ ਤੋਂ ਬਾਅਦ ਵੈਸੇ ਫੇਕ ਬਣ ਗਏ ਕਾਫੀ ਨੈਵਰ ਹੈਵ ਆਈ ਐਵਰ ਕਦੇ ਆਪਣਾ ਨਾਮ ਗੂਗਲ ਕੀਤਾ ਹੋਵੇ ਦੇਖਣ ਲਈ ਕਿ ਕੀ ਰਿਜ਼ਲਟਸ ਆਉਂਦੇ ਨੇ ਐਵਰੀ ਟਾਈਮ ਐਵਰੀਵਨ ਆਈ ਥਿੰਕ ਸੋ ਇਵਨ ਜਸਟਿਨ ਬੀਬਰ ਟੂ ਹਰ ਬੰਦਾ ਕਰਦਾ ਗੂਗਲ ਆਪਣਾ ਨਾਮ ਤੇ ਫਿਰ ਤੁਹਾਨੂੰ ਕੀ ਰਿਜ਼ਲਟਸ ਮਿਲੇ ਪੋਜ਼ਿਟਿਵ ਕਦੇ ਕਦੇ ਹੁੰਦਾ ਵੀ ਜਿਵੇਂ ਯੂਟਿਊਬ ਦੇ ਉੱਤੇ ਗਲਤ ਸਟੇਟਸ ਪਾ ਕੇ ਕੁਛ ਵੀਡੀਓ ਥੱਲੇ ਹੋਰ ਹੁੰਦੀ ਹੈ ਅਤੇ ਉਹ ਕਾਫੀ ਚੀਜ਼ਾਂ ਉਹ ਤਾਂ ਚਲੋ ਸਾਰਿਆਂ ਦੇ ਹੀ ਪੈਂਦੇ ਆ ਮਤਲਬ ਫਲਾਣੇ ਦੀ ਹੋਈ ਫਲਾਣੇ ਨਾਲ ਲੜਾਈ ਫਲਾਣੇ ਨੇ ਕੱਢੀ ਫਲਾਣੇ ਨੂੰ ਸਟੇਜ 'ਤੇ ਗਾਲ ਗੱਲ ਕੋਈ ਵੀ ਨਹੀਂ ਹੁੰਦੀ ਵਿੱਚ ਕੋਈ ਬੰਦਾ ਗਾਣੇ ਗਾਈ ਜਾਂਦਾ ਹੁੰਦਾ ਬੋਲੀਆਂ ਪਾਈ ਜਾਂਦਾ ਹੁੰਦਾ ਕਈ ਵਾਰ ਜਦੋਂ ਆਪਾਂ ਗੂਗਲ 'ਤੇ ਸਰਚ ਕਰਦੇ ਹਾਂ ਅਤੇ ਕਈ ਵਾਰ ਆਪਾਂ ਅੱਧਾ ਲਿਖਦੇ ਨਾ ਤਾਂ ਅੱਗੇ ਕੁਛ ਨਾ ਕੁਛ ਜ਼ਰੂਰ ਆ ਜਾਂਦਾ ਤੁਹਾਡੇ ਨਾਲ ਇਹੋ ਜਿਹਾ ਕੁਛ ਫਨੀ ਜਾਂ ਕੁਛ ਤੁਹਾਨੂੰ ਆਪਣੇ ਬਾਰੇ ਕੁਛ ਦੇਖਣ ਨੂੰ ਮਿਲਿਆ ਐਮਏ ਵਰਕ ਵਾਈਫ ਐਮਏ ਵਰਕ ਮੈਰਿਡ ਲਾਈਫ ਐਮਏ ਵਰਕ ਫੈਮਿਲੀ ਐਮਏ ਵਰਕ ਕਾਰ ਬਾਇਓਗ੍ਰਾਫੀ ਹਾਊਸ ਦੀਸ ਆਰ ਥਿੰਗਸ ਲਾਈਕ ਸਾਰਿਆਂ ਨਾਲ ਆਉਂਦੀਆਂ ਹੋਣਗੇ ਆਈ ਥਿੰਕ ਸੋ ਹਾਂਜੀ ਦੀਸ ਆਰ ਲਾਈਕ ਵਾਓ ਸਾਨੂੰ ਪਤਾ ਨਹੀਂ ਤੇ ਲੋਕ ਸਰਚ ਕਰ ਰਹੇ ਨਾ ਨੈਵਰ ਹੈਵ ਆਈ ਐਵਰ ਕਦੇ ਟਰੁੱਥ ਐਂਡ ਡੇਅਰ ਦੇ ਬਹਾਨੇ ਕਿਸੇ ਕੁੜੀ ਨੂੰ ਦਿਲ ਦੀ ਗੱਲ ਕਹੀ ਹੋਵੇ ਨੈਵਰ ਮਾਇਆ ਬਹੁਤ ਡਰ ਲੱਗਦਾ ਟਰੁੱਥ ਐਂਡ ਡੇਅਰ ਜਦੋਂ ਪਤਾ ਕੋਈ ਕੁਛ ਕਹਿ ਦੇ ਕੋਈ ਕੁਛ ਕਹਿ ਦੇ ਕਦੀ ਖੇਡੀ ਨਹੀਂ ਤੁਸੀਂ ਖੇਡਿਆ ਜੀ ਬਾ ਇਦਾਂ ਦਾ ਮਤਲਬ ਸੀਰੀਅਸ ਨਹੀਂ ਹੋਏ ਮਤਲਬ ਆਪਾਂ ਮੁੱਕਰ ਜੀ ਦਾ ਸੀ ਕੋਈ ਇਹੋ ਜਿਹਾ ਡੇਅਰ ਦਿੰਦਾ ਸੀ ਕੁੜੀਆਂ ਨੂੰ ਜਾਣ ਦਾ ਮੈਂ ਕਹਿੰਦਾ ਮੈਂ ਨਹੀਂ ਖੇਡਦਾ ਭੱਜੋ ਇਹ ਗੇਮ ਸਾਡੀ ਇੱਥੇ ਖਤਮ ਹੋ ਗਈ ਮਿਹਰਬਾਨੀ ਜੀ ਥੈਂਕ ਯੂ ਸੋ ਐਮੀ ਫਿਲਮ ਦੇ ਵਿੱਚ ਤੁਹਾਡੇ ਨਾਲ ਜਿਹੜੇ ਫੀਮੇਲ ਐਕਟਰ ਨੇ ਸਾਵਨ ਰੂਪਾ ਵਾਲੀਆ ਉਹਨਾਂ ਦੇ ਨਾਲ ਤੁਹਾਡੀ ਕੈਮਿਸਟਰੀ ਕਿੱਦਾਂ ਦੀ ਰਹੀ ਬਹੁਤ ਵਧੀਆ ਜੀ ਸਾਵਨ ਨੇ ਸਾਵਨ ਦੀ ਆਈ ਥਿੰਕ ਮਤਲਬ ਇੱਕ ਮੇਨ ਲੀਡ ਦਾ ਡੈਬਿਊ ਆ ਅਤੇ ਹਰਜੀਤਾ ਦੇ ਵਿੱਚ ਉਹਨੇ ਬੜਾ ਬਾਕਮਾਲ ਕੰਮ ਕੀਤਾ ਕਰੈਕਟਰ ਬਹੁਤ ਅੱਛਾ ਉਹਨੇ ਫੜਿਆ ਸਾਰੀ ਫਿਲਮ ਦੇ ਵਿੱਚ
ਬਿਕੋਜ਼ ਇੱਕ ਯੰਗ ਕੁੜੀ ਚਾਹੀਦੀ ਸੀਗੀ ਫਿਲਮ ਦੇ ਵਿੱਚ, ਕਿਉਂਕਿ ਯੰਗ ਕਰੈਕਟਰ ਹੈ, 19-20 ਸਾਲ ਦਾ ਸੀਗਾ ਹਰਜੀਤ ਦਾ, ਅਤੇ ਉਹਨੇ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੂਗਾ, ਉਹਨੇ ਵੀ ਮੋਟੀਵੇਟ ਕੀਤਾ ਕਾਫੀ ਹਰਜੀਤ ਨੂੰ, ਅਤੇ ਫਿਲਮ ਹੋਕੀ ਤੋਂ ਹਟ ਕੇ ਵੀ ਹੈ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਫਿਲਮ ਹੋਕੀ ਤੋਂ ਹਟ ਕੇ ਵੀ ਤੁਹਾਨੂੰ ਮਿਲੂਗਾ, ਸਭ ਕੁਛ ਦੇਖਣ ਨੂੰ ਮਿਲੇਗਾ, ਫੈਮਲੀਜ਼ ਆ, ਇਮੋਸ਼ਨਸ ਨੇ ਫਿਲਮ ਦੇ ਵਿੱਚ, ਪਿਆਰ ਸਭ ਕੁਛ ਤੁਹਾਨੂੰ ਫਿਲਮ ਦੇ ਵਿੱਚ ਜਦੋਂ ਦੇਖਣ ਨੂੰ ਮਿਲੂਗਾ, ਤੁਹਾਨੂੰ ਪਸੰਦ ਆਊਗਾ ਉਹ ਚੀਜ਼ਾਂ, ਵਧੀਆ ਕੀਤਾ ਜੀ ਕੰਮ ਸਭ ਨੇ। ਅਤੇ ਤੁਸੀਂ ਇੱਕ ਟੀਨੇਜਰ ਦਾ ਜਿਹੜਾ ਹੈਗਾ ਰੋਲ ਨਿਭਾ ਰਹੇ ਹੋ, ਅਤੇ ਤੁਹਾਨੂੰ ਮਤਲਬ ਜਦੋਂ ਤੁਸੀਂ ਆਪ ਟੀਨ ਸੀਗੇ ਅਤੇ ਹਰਜੀਤਾ ਜਦੋਂ ਤੁਸੀਂ ਪਲੇ ਕੀਤਾ ਐਜ਼ ਟੀਨ, ਤੁਸੀਂ ਕੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਰਿਲੇਟ ਕਰ ਸਕਦੇ ਹੋ ਕਿ ਸਿਮਿਲਰ ਸੇਮ ਹੈਗੀ ਆ? ਸ਼ਕਲ, ਸ਼ਕਲ ਤਾਂ ਜ਼ਰੂਰ ਮਿਲਦੀ ਆ। ਹਾਂਜੀ, ਸੇਮ ਹੀ ਸੀਗੀ ਜਦੋਂ ਮੈਂ ਟੀਨੇਜ 'ਚ ਆਉਂਦਾ ਸੀਗਾ, ਅਤੇ ਮਾਈਟ ਵੀ ਉਦੋਂ ਹਾਂ ਇੰਨੇ ਮਤਲਬ ਪਤਲਾ ਹੀ ਹੁੰਦਾ ਸੀਗਾ, ਓਰਿਜਨਲ 10th 'ਚ ਮੇਰੇ ਹੁੰਦੇ ਸੀਗੇ ਐਬਜ਼ੂਬਸ 10th ਤੱਕ ਸੀਗੇ, ਫਿਰ ਬਾਅਦ 'ਚ ਪਲੱਸ 1 ਪਲੱਸ 2 ਪੜ੍ਹਨ ਲੱਗ ਗਏ, ਪੜ੍ਹਨ ਦੇ ਨਾਲ ਸੈਂਸ ਵੀ ਮੈਡੀਕਲ ਹੋ ਗਿਆ ਫੀਲਡ, ਫਿਰ ਕਾਲਜ 'ਚ ਆ ਕੇ ਚਲੋ ਵੈਸੇ ਧਿਆਨ ਆਲੇ ਦੁਆਲੇ ਜਾਂ ਮਤਲਬ ਖਾਣੇ ਪੀਣ ਵਾਲਾ ਹੁੰਦਾ, ਗੇਮਾਂ ਛੁੱਟ ਜਾਂਦੀਆਂ ਜਦੋਂ ਤੁਸੀਂ ਕੋਈ ਮਤਲਬ ਉਹਦਾ ਕਹਿਣਾ ਉੱਚ ਪੱਧਰ ਦੀ ਪੜ੍ਹਾਈ ਕਰਦੇ, ਉਹਦਾ ਸਾਇੰਸ ਸੂਇੰਸ ਤੁਹਾਡੇ ਪੱਲੇ ਪੈ ਜਾਵੇ ਤਾਂ ਫਿਰ ਤੁਹਾਡੇ ਤੋਂ ਖੇਡਾ ਘੱਟ ਜਾਂਦਾ। ਹਾਂਜੀ, ਅਤੇ ਬਾਕੀ ਚੀਜ਼ਾਂ ਆਈ ਸ਼ਕਲ ਸੀਗੀ, ਬਾਕੀ ਹੋਰ ਕਾਫੀ ਆਦਤਾਂ ਅਤੇ ਬੱਚੇ 'ਚ ਲੱਗਦੇ ਸੀਗੇ, ਵਟਕਾ ਬੰਨ੍ਹਦੇ ਜਦੋਂ ਸਿਰ 'ਤੇ, ਹੈ ਨਾ, ਸੋ ਕਾਫੀ ਚੀਜ਼ਾਂ ਰਿਲੇਟ ਕਰਦਾ ਸੀਗਾ ਮੈਂ ਆਪਣੇ ਬਚਪਨ ਨਾਲ। ਅਤੇ ਸਕੂਲ ਕਾਲਜ ਦੇ ਵਿੱਚ ਤੁਸੀਂ ਕਿਹੜੀ ਗੇਮ ਖੇਡਦੇ ਹੁੰਦੇ ਸੀ? ਮੈਂ 10th ਤੱਕ ਹੈਂਡਬਾਲ ਖੇਡਿਆ ਜੀ ਸਟੇਟ ਤੱਕ, ਅਤੇ ਪਲੱਸ 1 ਪਲੱਸ 2 ਮੈਂ ਬੈਡਮਿੰਟਨ ਖੇਡਿਆ, ਅਤੇ ਕਾਲਜ 'ਚ ਆ ਕੇ ਛੁੱਟ ਗਿਆ ਸੀ ਸਾਰਾ ਕੁਛ। ਅਤੇ ਪਿੰਡਾਂ 'ਚ ਕ੍ਰਿਕਟ ਖੇਡਿਆ, ਆਪਦੇ ਟੂਰਨਾਮੈਂਟ ਪਿੰਡਾਂ ਵਾਲੇ ਜਿਹੜੇ ਹੁੰਦੇ ਆ ਕ੍ਰਿਕਟ ਤਾਂ ਰੋਜ਼ ਹੀ ਖੇਡਦੇ ਸੀ ਚਲੋ। ਹਾਂਜੀ, ਅਤੇ ਤੁਸੀਂ ਪਹਿਲਾਂ ਵੀ ਕਿਹਾ ਕਿ ਹੋਕੀ ਦੇ ਪਲੇਅਰਸ ਨੂੰ ਤੁਸੀਂ ਆਲਰੇਡੀ ਜਾਣਦੇ ਸੀ, ਹੈ ਨਾ, ਅਤੇ ਤੁਹਾਡੇ ਮਤਲਬ ਕਾਫੀ ਵਧੀਆ ਆਈ ਹੋਪ ਮਤਲਬ ਆਈ ਐਕਸਪੈਕਟ ਕਿ ਰਿਲੇਸ਼ਨਸ ਹੋਣਗੇ ਤੁਹਾਡੇ ਉਹਨਾਂ ਨਾਲ, ਅਤੇ ਕੋਈ ਇਹੋ ਜਿਹੀ ਸਟੋਰੀ ਜਿਹੜੀ ਤੁਸੀਂ ਇਸ ਫਿਲਮ ਦੇ ਵਿੱਚ ਵੀ ਉਹਨਾਂ ਦੇ ਨਾਲ ਯੂਜ਼ ਕੀਤੀ ਹੋਵੇ, ਕੋਈ ਇਹੋ ਜਿਹੀ ਤੁਹਾਨੂੰ ਜਾਣਨ ਨੂੰ ਮਿਲੀ ਹੋਵੇ ਜਦ ਤੁਸੀਂ ਟੀਮ ਨੂੰ ਮਿਲੇ ਹੋ ਹਰਜੀਤ ਸਿੰਘ ਦੀ? ਹਰਜੀਤ ਚਾਹ ਬਹੁਤ ਪੀਂਦਾ, ਹਰਜੀਤ ਚਾਹ ਦਾ ਬਹੁਤ ਜ਼ਿਆਦਾ ਸ਼ੌਕੀਨ ਆ, ਅਤੇ ਉਹ ਸਾਰਿਆਂ ਨੂੰ ਬਣਾ ਕੇ ਪਿਆਉਂਦਾ, ਸਰਦਾਰੇ ਭਾਅ ਜੀ ਉਹਨਾਂ ਨੂੰ, ਯਗਰਾਜ ਵੀਰ ਉਹਨਾਂ ਨੂੰ, ਮਨਦੀਪ ਹੈ, ਮਨਪ੍ਰੀਤ ਹੈ, ਹਰਮਨ ਹੈ, ਮਤਲਬ ਜਿੰਨੇ ਵੀ ਉਹਨਾਂ ਦੇ ਪਰਵਿੰਦਰ ਹੋਣੀ ਨੇ ਉੱਥੇ, ਗੁਰਜੰਟ ਹੋਣੀ ਨੇ, ਸਾਰੇ ਜਿਹੜੇ ਮਤਲਬ ਇੰਡੀਅਨ ਟੀਮ ਦੇ ਹੈਗੇ ਨੇ, ਵਰੁਣ ਹੋਣੀ ਨੇ, ਕਾਫੀ ਉਹਦੀ ਚਾਹ ਦੇ ਸ਼ੌਕੀਨ ਨੇ, ਸਾਰਿਆਂ ਨੂੰ ਬਣਾ ਕੇ ਪਿਆਉਂਦਾ, ਅਤੇ ਸਰਦਾਰੇ ਭਾਅ ਜੀ ਦੇ ਰੂਮ 'ਚ ਬਲੈਕ ਕਾਫੀ ਦੀ ਕੈਟਲ ਪਈ ਹੁੰਦੀ ਹੈ, ਮੈਂ ਗਿਆ 2-4 ਵਾਰ, ਸੋ ਬੜਾ ਇੱਕ ਫਰੈਂਡਲੀ ਜਿਹਾ ਮਾਹੌਲ ਹੁੰਦਾ ਜੀ ਉਹਨਾਂ ਦੇ ਕੈਂਪ ਦੇ ਵਿੱਚ, ਮੈਂ ਬੈਂਗਲੌਰ ਗਿਆ ਇੱਕ ਦੁਆਰਾ, ਜਿੱਥੇ ਵੀ ਜਾਂਦੇ ਆ ਮਤਲਬ ਵਧੀਆ ਤਰੀਕੇ ਨਾਲ ਰਹਿੰਦੇ ਸਾਰੇ ਪਿਆਰ ਨਾਲ। ਅਤੇ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਵਿਜੇ ਅਰੋੜਾ ਜੀ, ਉਹ ਬਾਲੀਵੁੱਡ ਵਿੱਚ ਕਾਫੀ ਮਤਲਬ ਮੰਨੇ ਹੋਏ ਸਿਨੇਮੈਟੋਗ੍ਰਾਫਰ ਨੇ, ਅਤੇ ਉਹਨਾਂ ਦੇ ਮਤਲਬ ਡਾਇਰੈਕਸ਼ਨ ਦੇ ਵਿੱਚ ਤੁਸੀਂ ਕੀ ਐਕਟਿੰਗ ਦੇ ਵਿੱਚ ਸਿੱਖਿਆ ਜਾਂ ਤੁਹਾਨੂੰ ਕੀ ਨਵਾਂ ਸਿੱਖਣ ਨੂੰ ਮਿਲਿਆ? ਦਾਦੂ ਬਹੁਤ ਪ੍ਰੋਫੈਸ਼ਨਲ ਹੈ ਜੀ, ਦਾਦੂ ਨੇ ਬੜੀ ਮਿਹਨਤ ਕੀਤੀ ਆ, ਲਾਈਕ ਜਦੋਂ ਤੁਸੀਂ ਪ੍ਰੀ ਪ੍ਰੋਡਕਸ਼ਨ 'ਤੇ ਕੰਮ ਵਧੀਆ ਕਰ ਲੈਂਦੇ, ਤੁਹਾਨੂੰ ਫਿਰ ਫਿਲਮ ਦੇ ਡਿਊਰਿੰਗ ਸ਼ੂਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ ਈਜ਼ੀਲੀ ਕਰਦੇ ਹੋ, ਕਿਉਂਕਿ ਐਡੀ ਵੱਡੀ ਫਿਲਮ ਹੈ ਜੀ, ਸ਼ੂਟ ਸੀਗਾ 10-12 ਦਿਨ ਮੈਚ ਸੀਗੇ ਇਕੱਲੇ, ਹੈ ਨਾ, ਅਤੇ ਉਹਨਾਂ 'ਚੋਂ 12-13 ਮਿੰਟ ਦਾ ਸ਼ੂਟ ਸੀਗਾ, ਬਾਕੀ 30 ਦਿਨਾਂ ਦੇ ਵਿੱਚ ਫਿਲਮ ਕੀਤੀ 2 ਘੰਟੇ ਦੀ ਨੀਅਰ ਬਾਏ, ਸੋ ਸਾਰਾ ਉਹ ਪ੍ਰੋਫੈਸ਼ਨਲਿਜ਼ਮ, ਫਿਲਮ ਸਾਡੀ 70 ਦਿਨ ਦੇ ਨੀਅਰ ਬਾਏ ਸੀਗੀ ਜੀ, 43-44 ਡੇਜ਼ ਦੇ ਵਿੱਚ ਅਸੀਂ ਫਿਨਿਸ਼ ਕੀਤੀ ਹੈ, ਵਿੱਚ 2-3 ਦਿਨ ਮੀਂਹ ਪਿਆ ਜਾਂ 2-3 ਦਿਨ ਅਸੀਂ ਟਰੈਵਲਿੰਗ ਸ਼ੂਟ ਮਤਲਬ ਸ਼ਿਫਟਿੰਗ ਕਰਦੇ ਸੀਗੇ ਉਹ ਵਿੱਚ ਲਾ ਕੇ, ਸੋ ਪ੍ਰੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਬੈਟਰ ਸੀਗੀ ਇਹਨਾਂ ਦੀ, ਅਤੇ ਇਹਨਾਂ ਨੇ ਸ਼ੂਟਿੰਗਸ ਕੀਤੀਆਂ ਜੱਗੀ ਨਾਲ, ਅਤੇ ਸਾਡੇ ਲਾਈਕ ਪ੍ਰੋਡਿਊਸਰਸ ਨਾਲ, ਸਾਰਿਆਂ ਨਾਲ ਸ਼ੂਟਿੰਗ ਕਰਕੇ ਇਹਨਾਂ ਨੇ ਫਿਲਮ ਵਧੀਆ ਤਰੀਕੇ ਨਾਲ ਨੇਪਰ ਚਾੜੀ ਆ। ਐਵੇਂ ਇੱਕ ਛੋਟਾ ਜਿਹਾ ਰਾਊਂਡ ਅਸੀਂ ਰੱਖਿਆ ਜਿਹਦਾ ਨਾਮ ਹੈ ਰੈਪਿਡ ਫਾਇਰ, ਸੋ ਮੈਂ ਤੁਹਾਨੂੰ ਕੁਐਸਚਨ ਪੁੱਛੂੰਗੀ, ਤੁਸੀਂ ਬਿਲਕੁਲ ਛੇਤੀ ਛੇਤੀ ਕੁਇਕਲੀ ਜਵਾਬ ਦੇਣੇ ਨੇ ਉਹਦੇ। ਪੁੱਛੋ ਜੀ। ਜੇ ਤੁਹਾਨੂੰ ਹੁਣੇ ਭੁੱਖ ਲੱਗ ਰਹੀ ਲੱਗੀ ਹੋਵੇ ਤਾਂ ਤੁਸੀਂ ਕੀ ਖਾਓਗੇ ਆਰਡਰ ਕਰਕੇ? ਮੈਂ ਗ੍ਰੀਨ ਟੀ ਪੀਊਂਗਾ ਨਾਲ ਛੋਲੇ ਖਾਊਂਗਾ, ਬਿਕੋਜ਼ ਮੈਂ ਵਾਟਰ ਡਾਇਟ 'ਤੇ ਹਾਂ, ਮੈਂ ਪਾਣੀ ਘਟਾ ਰਿਹਾ ਥੋੜ੍ਹਾ ਜਿਹਾ। ਅੱਛਾ, ਇਹਦੇ ਵਿੱਚ ਕੋਈ ਰੀਜ਼ਨ ਵੀ ਹੈ? ਹਾਂ ਥੋੜ੍ਹਾ ਜਿਹਾ ਦੁਬਾਰਾ ਫਿੱਟ ਕਰਕੇ ਨਾ, ਇੱਕ ਵਾਰੀ ਜਿਵੇਂ ਸਾਰਾ ਕੁਝ ਲੀਨ ਕਰਕੇ ਫਿਰ ਮਸਲ ਗੇਨਿੰਗ ਕਰਨੀ ਹੈ ਬੇਸਿਕਲੀ, ਅਤੇ ਜੇ ਦੂਜੀ ਤਰ੍ਹਾਂ ਤੁਸੀਂ ਰੋਟੀਆਂ ਪਾਣੀ ਦੁੱਧ ਸਾਰਾ ਕੁਛ ਛਕਣ ਲੱਗ ਗਏ ਫਿਰ ਢਿੱਡ ਗਲਾ ਵਧੂਗਾ, ਫਿਰ ਬਾਹਾਂ ਬਹਾਂ ਨਹੀਂ ਵਧਣੀਆਂ। ਹਾਂਜੀ, ਸੋ ਇੱਕ ਵਾਰੀ ਫਿੱਟ ਕਰਕੇ
ਵੈਸੇ ਦੂਜੋਂ ਪੁੱਛੋ ਵੀ ਜੇ ਊਂ ਖਾਣਾ ਹੀ ਆ ਕੁਛ ਅਤੇ ਆਪਣੇ ਬਾਹਰ ਸਾਹਮਣੇ ਆ ਸੱਤ ਫੇਸ ਵਾਲੀ ਮਾਰਕੀਟ ਦੇ ਵਿੱਚ ਉਹ ਨਾਂ ਲਾਉਂਦੇ ਆ ਅੰਮ੍ਰਿਤਸਰੀ ਅੰਕਲ ਜੀ ਉਹ ਖਾਣਾ ਨਾ ਕੋਈ ਇੱਕ ਫੂਡ ਆਈਟਮ ਜੀ ਤੋਂ ਬਿਨਾਂ ਤੁਸੀਂ ਐਵੇਂ ਸੋਚਦੇ ਹੋ ਕਿ ਇਹ ਤੋਂ ਬਿਨਾਂ ਨਹੀਂ ਮੈਂ ਰਹਿ ਸਕਦਾ ਸਾਗ ਸਾਗ ਦਾਲ ਮੱਖਣੀ ਦੋ ਬਸ ਅੱਜ ਸਵੇਰੇ ਜਦੋਂ ਤੁਸੀਂ ਉੱਠੇ ਉਹ ਪਹਿਲੀ ਚੀਜ਼ ਕੀ ਸੀ ਜਿਹੜੀ ਤੁਹਾਡੇ ਦਿਮਾਗ 'ਚ ਆਈ ਪ੍ਰੋਟੀਨ ਪੀਣਾ ਉੱਠ ਕੇ ਵੈਸੇ ਸੀ ਆਖਰੀ ਬੰਦਾ ਕਿਹੜਾ ਸੀ ਜਿਹਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਸਟਾਕ ਕੀਤਾ ਹੋਵੇ ਸਟਾਕ ਮਤਲਬ ਬਲੌਕ ਨਹੀਂ ਸਟਾਕ ਮਤਲਬ ਕਿ ਮਤਲਬ ਥੋੜ੍ਹਾ ਬਹੁਤ ਉਹਦੇ ਬਾਰੇ ਦੇਖਿਆ ਹੋਵੇ ਅੱਛਾ ਐਵੇਂ ਆ ਇਹਦੀ ਪ੍ਰੋਫਾਈਲ ਐਵੇਂ ਆ ਇਹ ਫੋਟੋਆਂ ਦੇਖ ਰਿਹਾ ਪੋਸਟ ਕਰ ਰਿਹਾ ਇੱਕ ਕਲੋਥਿੰਗ ਕੰਪਨੀ ਆ ਚੈਂਪੀਅਨ ਉਹ ਦੇਖ ਰਿਹਾ ਸੀਗਾ ਰਾਤੀ ਮੈਂ ਕਾਫੀ ਮੈਂ ਹੁਣ ਜਦੋਂ ਕੈਨੇਡਾ ਜਾਊਂਗਾ ਉਹਦੇ ਕੱਪੜੇ ਲੈ ਕੇ ਆਉਣੇ ਆ ਅਤੇ ਮੈਨੂੰ ਵਧੀਆ ਲੱਗਦਾ ਮੈਂ ਕਾਫੀ ਮਤਲਬ ਦੋ ਚਾਰ ਚੀਜ਼ਾਂ ਪਾਈਆਂ ਉਹਦੀਆਂ ਅਤੇ ਹੁਣ ਉਹਦੀਆਂ ਚੱਪਲਾਂ ਚੁੱਪਲਾਂ ਇਹੋ ਚੀਜ਼ਾਂ ਨਵੀਆਂ ਆਈਆਂ ਉਹ ਮੈਂ ਲੈ ਕੇ ਆਉਣੀ ਜੇ ਤੁਸੀਂ ਇੰਡੀਆ ਤੋਂ ਇਲਾਵਾ ਕਿਤੇ ਹੋਰ ਰਹਿਣਾ ਹੋਵੇ ਤਾਂ ਉਹ ਕਿਹੜਾ ਕੰਟਰੀ ਹੋਊਗਾ ਕੈਨੇਡਾ ਜੇ ਤੁਸੀਂ ਸਿੰਗਰ ਜਾਂ ਐਕਟਰ ਨਹੀਂ ਹੁੰਦੇ ਤਾਂ ਫਿਰ ਤੁਸੀਂ ਕੀ ਹੁੰਦੇ ਡਾਕਟਰ ਤੁਹਾਡਾ ਫੇਵਰੇਟ ਨਹੀਂ ਮੇਰੇ ਤੋਂ ਕੋਈ ਬਚਦਾ ਹੈ ਨਾ ਵਜਦਾ ਹੂੰ ਮੈਂ ਡਾਕਟਰ ਹੀ ਹੁੰਦਾ ਤੁਹਾਡਾ ਫੇਵਰੇਟ ਸਪੋਰਟਸ ਪਰਸਨ ਕੌਣ ਸੀ ਜਦੋਂ ਤੁਸੀਂ ਵੱਡੇ ਹੋ ਰਹੇ ਸੀ ਐਜ਼ ਯੂ ਵਰ ਗਰੋਇੰਗ ਅਪ ਮੇਰਾ ਸਹਿਵਾਗ ਤੇ ਯੁਵਰਾਜ ਸਿੰਘ ਜੇ ਤੁਸੀਂ ਇੱਕ ਸੁਪਰ ਹੀਰੋ ਬਣ ਸਕਦੇ ਜਾਂ ਤੁਹਾਨੂੰ ਇਹ ਪਾਵਰ ਮਿਲਦੀ ਇੱਕ ਦਿਨ ਲਈ ਤਾਂ ਤੁਹਾਡੇ ਤੁਸੀਂ ਕਿਹੜੀ ਪਾਵਰਸ ਲੈਂਦੇ ਅਵੈਂਜਰਸ ਦੇ ਵਿੱਚ ਦੱਸਾਂ ਜਿੱਦਾਂ ਮਰਜ਼ੀ ਅਵੈਂਜਰਸ ਵਿੱਚ ਮੈਂ ਥੌਰ ਬਣਦਾ ਉਹ ਥੋੜ੍ਹੇ ਵਾਲਾ ਸਭ ਤੋਂ ਪਹਿਲੀ ਚੀਜ਼ ਕੀ ਹੈ ਜੋ ਤੁਸੀਂ ਕੁੜੀ ਬਾਰੇ ਨੋਟਿਸ ਕਰਦੇ ਹੋ ਸਿੰਪਲਿਸਿਟੀ ਇਹ ਯਾਰ ਵੈਸੇ ਗੱਲਾਂ ਹੀ ਹੁੰਦੀਆਂ ਹੈ ਨਾ ਇਹ ਨੋ ਵੇਰੀਬਲ ਗਾਈਸ ਚਲੋ ਜੀ ਸਭ ਤੋਂ ਵਧੀਆ ਚੀਜ਼ ਜਿਹੜੀ ਤੁਹਾਨੂੰ ਸਭ ਤੋਂ ਵੱਧ ਪਸੰਦ ਆ ਇੱਕ ਸੈਲੀਬ੍ਰਿਟੀ ਹੋਣ ਦੀ ਸਭ ਤੋਂ ਵੱਧ ਪਸੰਦ ਆ ਸੈਲੀਬ੍ਰਿਟੀ ਹੋਣ ਦੀ ਲੋਕ ਤੁਹਾਨੂੰ ਪਿਆਰ ਕਰਦਾ ਬੇਸਿਕਲੀ ਬਹੁਤ ਜ਼ਿਆਦਾ ਇੱਜ਼ਤ ਬਹੁਤ ਰਿਸਪੈਕਟ ਅਤੇ ਲੋਕ ਤੁਹਾਨੂੰ ਵੇਖਣ ਲਈ ਹੈ ਨਾ ਕਿਤੋਂ ਵੀ ਆ ਸਕਦੇ ਆ ਮਤਲਬ ਕਿੰਨੀ ਕਿੰਨੀ ਦੂਰੋਂ ਤੁਹਾਨੂੰ ਵੇਖਣ ਲਈ ਇਕੱਠੇ ਹੁੰਦੇ ਆ ਉਹ ਚੀਜ਼ਾਂ ਜਿਹੜਾ ਪਿਆਰ ਅਤੇ ਬਲੈਸਿੰਗਸ ਹੁੰਦੀਆਂ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਚਲੋ ਪੈਸਾ ਨਾਲ ਸਭ ਕੁਛ ਇਹ ਤਾਂ ਆਮ ਹੈਗਾ ਹੀ ਆ ਜ਼ਿੰਦਗੀ ਦੇ ਵਿੱਚ ਸਭ ਦੇ ਹੀ ਆ ਇਕੱਲੇ ਕਲਾਕਾਰਾਂ ਕੋਲ ਨਹੀਂ ਮਤਲਬ ਕਾਫੀ ਜਿਹੜੇ ਇੰਡਸਟਰੀਲਿਸਟ ਆ ਬਿਜ਼ਨਸਮੈਨ ਜਾਂ ਸਪੋਰਟਸਮੈਨ ਜਾਂ ਹੋਰ ਵੀ ਜਿਹੜੇ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਉਹ ਮਿਹਨਤ ਨਹੀਂ ਕਰਦੇ ਸਾਰੀ ਮਿਹਨਤ ਕਰਦੇ ਆ ਕਲਾਕਾਰ ਫੀਲਡ 'ਚ ਵੀ ਬਹੁਤ ਜ਼ਿਆਦਾ ਮਿਹਨਤ ਸਾਰਿਆਂ ਕੋਲ ਹੀ ਆ ਬਟ ਪੈਸੇ ਦੇ ਨਾਲ ਨਾਲ ਇਸ਼ਕ ਮੁਹੱਬਤ ਪਿਆਰ ਬਲੈਸਿੰਗਸ ਇਹ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਕੋਈ ਫੈਨ ਸਟੋਰੀ ਤੁਹਾਡੇ ਕੋਲ ਹੈਗੀ ਹੈ ਜਿਹੜੀ ਤੁਹਾਨੂੰ ਯਾਦ ਹੋਵੇ ਬਹੁਤ ਅੱਡੋ ਅੱਡ ਦੇਸ਼ਾਂ 'ਚ ਅੱਡੋ ਅੱਡ ਮਾਹੌਲ ਹੁੰਦਾ ਸਾਰੇ ਪਾਸੇ ਅਤੇ ਪਿਆਰ ਹੀ ਮਿਲਦਾ ਜੀ ਆਲਮੋਸਟ ਸਾਰੇ ਪਾਸੇ ਜਿੱਥੇ ਵੀ ਗਏ ਹਾਂ ਮਤਲਬ ਇੱਜ਼ਤ ਹੀ ਕਰਦੇ ਆ ਜੀ ਸਾਰੇ ਅਤੇ ਕੋਈ ਐਸਾ ਸੱਚ ਮੇਰੇ ਸਪੈਸ਼ਲੀ ਯਾਦ ਨਹੀਂ ਗਾ ਅਤੇ ਵੈਸੇ ਜਿੱਥੇ ਵੀ ਮਿਲਦਾ ਕਿਉਂਕਿ ਮਿਊਚੁਅਲੀ ਸਾਰੇ ਪਿਆਰ ਕਰਦੇ ਆ ਸੋ ਪਰਟੀਕੁਲਰ ਇੱਕ ਨੂੰ ਕੱਢਾਂਗੇ ਤਾਂ ਬਾਕੀ 99% ਆ ਜਿਹੜੇ ਆ ਸੋ ਦੂਜਾ ਜਿਹੜਾ ਬਾਕੀ ਬੱਚੇ ਅਤੇ ਉਹਨਾਂ ਨੂੰ ਤੁਸੀਂ ਡੀਗ੍ਰੇਡ ਫੀਲ ਕਰਾਉਂਦੇ ਹੋ ਸੋ ਸਾਰਿਆਂ ਨੂੰ ਪਿਆਰ ਕਰੋ ਅਤੇ ਸਾਰਿਆਂ 'ਤੇ ਪਿਆਰ ਪਾਓ ਜੀ ਅਤੇ ਕੋਈ ਇੱਕ ਚੀਜ਼ ਜਿਹੜੀ ਤੁਹਾਨੂੰ ਸੈਲੀਬ੍ਰਿਟੀ ਹੋਣ 'ਤੇ ਮਾੜੀ ਲੱਗਦੀ ਹੈ ਸਭ ਤੋਂ ਪਰਸਨਲ ਲਾਈਫ ਤੁਹਾਡੀ ਤੁਸੀਂ ਬਾਹਰ ਅੰਦਰ ਨਹੀਂ ਜਾ ਸਕਦੇ ਤੁਸੀਂ ਲਾਈਕ ਬਾਹਰ ਅੰਦਰ ਘੁੰਮ ਨਹੀਂ ਸਕਦੇ ਬਾਹਰ ਰੇੜੀ 'ਤੇ ਕੱਢ ਕੇ ਕੁਛ ਖਾ ਨਹੀਂ ਸਕਦੇ ਬਸ ਮੈਂ ਖਾ ਲੈਂਦਾ ਮੈਨੂੰ ਕੋਈ ਟੈਨਸ਼ਨ ਨਹੀਂ ਅਤੇ ਫਿਰ ਵੀ ਜਦੋਂ ਲੋਕ ਤੁਹਾਨੂੰ ਟੀਜ਼ ਕਰਦੇ ਆਪਣੀਆਂ ਬੁਰਕੀਆਂ ਛੱਡ ਕੇ ਤੁਹਾਡੇ ਮੂੰਹ ਲਈ ਵਹਿੰਦੇ ਆ ਜਾਂ ਤੁਸੀਂ ਐਕਸਾਈਜ਼ ਲਾਉਂਦੇ ਹੋ ਕਿਤੇ ਵੀ ਫੋਰ ਐਗਜ਼ਾਮਪਲ ਮੈਂ ਵੈਸੇ ਪਬਲਿਕ ਜਿੰਮ 'ਚ ਜਾਂਦਾ ਨਹੀਂ ਮੈਂ ਆਪਣੀ ਜਾਂਦਾ ਘਰੇ ਹੀ ਅਤੇ ਉੱਥੇ ਜਾਂਦੇ ਹਾਂ ਉਹ ਜਦੋਂ ਮੈਨੂੰ ਕੋਈ ਬੰਦਾ ਵਹਿੰਦਾ ਮੈਂ ਐਕਸਾਈਜ਼ ਲਾ ਰਿਹਾ ਮੈਂ ਤਾਂ ਲਾਈ ਜਾਂਦਾ ਆਪਣੀ ਲਾਈ ਜਾਂਦਾ ਵੇਖੀ ਜਾ ਵੇਖੀ ਜਾ ਵੇਖੀ ਜਾ ਹੁਣ ਉਹ ਆਪਣੀ ਐਕਸਰਸਾਈਜ਼ ਛੱਡ ਕੇ ਮੇਰੇ ਵੱਲ ਦੇ ਰਹੇ
ਸੋ ਉਹਨਾਂ ਦਾ ਨੁਕਸਾਨ ਹੈ ਉਹ ਮੈਨੂੰ ਬੈਡ ਫੀਲ ਹੁੰਦਾ ਵੀ ਉਹ ਆਪਣੀ ਐਕਸਰਸਾਈਜ਼ ਕਿਉਂ ਲਾ ਰਹੇ ਹੋ, 45 ਸਕਿੰਟ ਜਾਂ 60 ਸਕਿੰਟ ਤੁਸੀਂ ਆਪਣਾ ਇੱਕ ਸੈੱਟ ਦੇ ਵਿੱਚ ਗੈਪ ਦੇਣਾ, ਉਹ 5-5 ਮਿੰਟ ਕੰਟੀਨਿਊਸਲੀ ਮੇਰੇ ਵੱਲ ਵੇਖੀ ਜਾਣਾ ਅਤੇ ਉਹ ਵੇਖ ਕੇ ਉਸ ਤੋਂ ਬਾਅਦ ਜਾ ਕੇ ਤੀਜੇ ਬੰਦੇ ਨੂੰ ਦੱਸਣਾ ਵੀ ਉਹ ਐਵੇਂ ਖੜਾ, ਉਹ ਵੀ ਛੱਡ ਛੱਡਾ ਕੇ ਟ੍ਰੈਡਮਿਲ ਤੋਂ ਉੱਤਰ ਕੇ ਮੇਰੇ ਲਈ ਵੇਖਿਆ। ਸੋ ਉਹ ਬਹੁਤ ਬੈਡ ਫੀਲ ਹੁੰਦਾ ਵੀ ਆਪਣੀ ਐਕਸਰਸਾਈਜ਼ ਛੱਡਦੇ ਪਏ ਹੈ ਨਾ। ਸੋ ਮੈਂ ਲਾਈਕ ਆਈ ਐਮ ਟਰਾਈਂਗ ਟੂ ਹਾਈਡ, ਸੋ ਦੈਟਸ ਵਾਈ। ਅਤੇ 10th ਅਤੇ 12th ਵਿੱਚ ਤੁਹਾਡੇ ਕਿੰਨੇ ਨੰਬਰ ਆਏ ਸੀ? 10ਵੀਂ ਸੀਗੇ ਮੇਰੇ 75, 12ਵੀਂ ਜੀ ਮੇਰਾ 70 ਜਾਂ 72 ਹੋਣਗੇ, 8ਵੀਂ ਵਿੱਚ ਸੀਗੇ 80 ਕਿਆ ਸੀ। ਮੈਡੀਕਲ ਤੁਸੀਂ ਸ਼ੁਰੂ ਸੋਚਿਆ ਸੀ ਡਾਕਟਰ ਬਣਨਾ? ਨਹੀਂ, ਐਸਾ ਕੁਛ ਸੋਚਿਆ ਨਹੀਂ ਸੀ, ਬਸ ਐਂ ਵੀ ਲਾਈਕ ਵੱਡੇ ਬਾਈ ਨੇ, ਵੱਡਾ ਬ੍ਰਦਰ ਹੈ, ਉਹਨੇ ਨੋਨ ਮੈਡੀਕਲ ਕੀਤਾ ਸੀ, ਮੈਂ ਚੱਲ ਮੈਂ ਮੈਡੀਕਲ ਕਰ ਲਾਂ। ਅਤੇ ਐਮੀ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕਿਹੜੇ ਨੇ ਹਰਜੀਤਾ ਤੋਂ ਇਲਾਵਾ? ਕਿਸਮਤ ਫਿਲਮ ਹੈ ਜੀ, ਉਸ ਤੋਂ ਬਾਅਦ ਸਪਟੈਂਬਰ ਦੇ ਵਿੱਚ ਹਾਂਜੀ ਇੱਕ ਗਾਣਾ ਹੋਣਾ, ਅਤੇ ਦੈਟਸ ਇਟ, ਨਥਿੰਗ ਐਲਸ। ਬਾਕੀ ਐਲਬਮ ਪਲਾਨ ਕਰ ਰਿਹਾ, ਮਾਈਟ ਬੀ ਸ਼ੁਰੂ ਕਰੂੰਗਾ ਜਲਦੀ। ਗਾਣਿਆਂ ਦੀ ਗੱਲ ਕਰ ਰਹੇ, ਤੁਹਾਡੇ ਜਾਂਦੇ ਜਾਂਦੇ ਤੁਹਾਡੇ ਤੋਂ ਦੋ ਲਾਈਨਾਂ ਤੁਹਾਡੇ ਫੇਵਰੇਟ ਗਾਣੇ ਦੀਆਂ ਸੁਣਨਾ ਚਾਹਾਂਗੇ। ਮੈਨੂੰ ਬੀ ਪ੍ਰੈਕ ਦਾ ਗਾਣਾ ਬਹੁਤ ਵਧੀਆ ਲੱਗਦਾ, ਮੈਂ ਹੋਰ ਸੁਣਾਉਂਦਾ। ਹਾਂਜੀ। ਵੇ ਮੈਥੋਂ ਤੇਰਾ ਮਨ ਭਰਿਆ, ਮਨ ਭਰਿਆ ਬਦਲ ਗਿਆ ਸਾਰਾ, ਵੇ ਤੂੰ ਮੈਨੂੰ ਛੱਡ ਜਾਣਾ, ਗੱਲਾਂ ਤੇਰੀਆਂ ਤੋਂ ਲੱਗਦਾ ਯਾਰਾ, ਵੇ ਮੈਥੋਂ ਤੇਰਾ ਮਨ ਭਰਿਆ। ਬਹੁਤ ਸੋਹਣਾ, ਆਈ ਮੀਨ ਬੀਪ੍ਰਾਕ ਜੀ ਨੇ ਵੀ ਬਹੁਤ ਸੋਹਣਾ ਗਾਇਆ, ਤੇ ਤੁਹਾਡੇ ਤੋਂ ਨਹੀਂ, ਉਹ ਬਦਲੋ ਬਹੁਤ ਘੈਂਟ ਆਰਟਿਸਟ ਆ ਜੀ ਬੀਪ੍ਰਾਕ, ਸਾਡਾ ਭਾਈ ਆ, ਬਹੁਤ ਜ਼ਿਆਦਾ ਬਾਕਮਾਲ ਗਾਉਂਦੇ। ਸੋ ਐਮੀ, ਜਾਣ ਤੋਂ ਪਹਿਲਾਂ ਤੁਸੀਂ ਸਾਡੇ ਪੰਜਾਬੀ ਮੇਨੀਆ ਦੇਖ ਰਹੇ ਵਿਊਰਸ ਨੂੰ ਕੀ ਕਹਿਣਾ ਚਾਹੋਗੇ? ਬਸ ਸਾਰਿਆਂ ਨੂੰ ਇਹੋ ਬੇਨਤੀ ਹੈ ਵੀ ਤੁਸੀਂ ਫੈਮਿਲੀਜ਼ ਦੇ ਨਾਲ ਜਾਓ, ਅਤੇ ਫਿਲਮ ਹੋਕੀ ਦੇ ਨਾਲ ਨਾਲ ਤੁਹਾਨੂੰ ਮੋਟੀਵੇਟ ਕਰੂਗੀ, ਅਤੇ ਗੂਜ਼ ਬੰਪਸ ਵਾਲੀ ਫਿਲਮਾਂ ਇਮੋਸ਼ਨਸ ਨੇ, ਬੱਚਿਆਂ ਨੂੰ ਲੈ ਕੇ ਜਾਓ, ਬਜ਼ੁਰਗਾਂ ਨੂੰ ਨਾਲ ਲੈ ਕੇ ਜਾਓ, ਅਤੇ ਫਿਲਮ ਦੇਖੋਗੇ ਅਤੇ ਤੁਹਾਨੂੰ ਮੋਟੀਵੇਸ਼ਨ ਮਿਲੂਗੀ, ਪਹਿਲਾਂ ਫਿੱਟ ਹੁੰਦੀ, ਜੇ ਮੇਰੇ ਵੱਲ ਦੇਖੋਗੇ ਫਿੱਟ ਹੁੰਦੀ ਮਿਲੂਗੀ, ਜੇ ਹਰਜੀਤ ਵੱਲ ਦੇਖੋਗੇ ਤੁਹਾਨੂੰ ਲਾਈਫ ਫਿੱਟ ਕਰਨ ਦੀ ਆਪਣੀ ਮੋਟੀਵੇਸ਼ਨ ਮਿਲੂਗੀ, ਅਤੇ ਹੋਰ ਕਾਫੀ ਚੀਜ਼ਾਂ ਨੇ ਲਾਈਕ ਸਿੱਖਣ ਨੂੰ ਮਿਲਣਗੀਆਂ ਬੱਚਿਆਂ ਨੂੰ ਤੁਸੀਂ ਜਦੋਂ ਲੈ ਕੇ ਜਾਓਗੇ, ਅਤੇ ਬੱਚੇ ਦੀ ਸਟਰਗਲ ਆ, ਬੱਚੇ ਦੀ ਮਿਹਨਤ, ਅਤੇ ਇੱਕ ਉਹਦਾ ਏਮ ਆ, ਉਹਦਾ ਫੋਕਸ ਹੋਊਗਾ ਬੰਦੇ ਦਾ, ਅਤੇ ਕਿੱਦਾਂ ਬੰਦਾ ਰੱਬ ਦੀਆਂ ਮਿਹਨਤਾਂ ਕਰ ਕਰਕੇ ਕਿੱਥੇ ਦਾ ਕਿੱਥੇ, ਆਪ ਮਿਹਨਤ ਕਰ ਕਰਕੇ ਕਿੱਥੇ ਦਾ ਕਿੱਥੇ ਪਹੁੰਚਦਾ। ਸੋ ਦੀਜ਼ ਆਰ ਦਾ ਥਿੰਗਸ, ਸੋ ਯੂ ਹੈਵ ਟੂ ਵਾਚ ਦਾ ਫਿਲਮ ਔਨ 18th May 2018 ਹਰਜੀਤਾ। ਬਿਲਕੁਲ, ਮਿਹਨਤ ਨਾਲ ਹੀ ਬੰਦੇ ਨੂੰ ਫਲ ਮਿਲਦਾ ਆ। ਅਤੇ ਥੈਂਕ ਯੂ ਐਮੀ, ਤੁਸੀਂ ਇੱਦਾਂ ਹੀ ਤਰੱਕੀਆਂ ਕਰਦੇ ਰਹੋ, ਅਸੀਂ ਤੁਹਾਡੀਆਂ ਹੋਰ ਫਿਲਮਾਂ, ਹੋਰ ਗਾਣੇ, ਅਤੇ ਛੇਤੀ ਛੇਤੀ ਤੁਹਾਡਾ ਸਿੰਗਲ ਟਰੈਕ ਵੀ ਦੇਖੀਏ, ਸੁਣੀਏ। ਅਤੇ ਥੈਂਕ ਯੂ ਸੋ ਮਚ ਪੰਜਾਬੀ ਮੇਨੀਆ ਤੋਂ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੋਂ ਤੁਹਾਡੇ ਤੋਂ ਵਿਦਾ ਲੈਂਦੀ ਹਾਂ, ਅਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ। ਸਤਿ ਸ਼੍ਰੀ ਅਕਾਲ।